ਮਨ ਲਾਈਵ ਦੀ ਸਮੁੱਚੀ ਟੀਮ ਅਤੇ ਮੇਰੇ ਵੱਲੋਂ ਜਾਣੀ ਕਸ਼ਮੀਰ ਸਿੰਘ ਹੇਰ ਪੱਦੀ ਜਗੀਰ ਵੱਲੋਂ ਸਾਰੇ ਹੀ ਦਰਸ਼ਕ ਵੀਰਾਂ ਨੂੰ ਬਹੁਤ ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅੱਜ ਅਸੀਂ ਘੁੰਮਣ ਲਾਈਵ ਟੀ ਵੀ ਦੇ ਇੱਕ ਛੋਟੇ ਜਿਹੇ ਉਪਰਾਲੇ ਸਦਕਾ ਸੋਚਿਆ ਵੀ ਜੋ ਇਹ ਬਲਦਾਂ ਦੇ ਸ਼ੌਕੀਨ ਪਰਿਵਾਰ ਆ ਉਹਨਾਂ ਨਾਲ ਗੱਲਬਾਤ ਕਰਕੇ ਸਾਰੇ ਦਰਸ਼ਕ ਵੀਰਾਂ ਤਾਈਂ ਪਹੁੰਚਾਈ ਜਾਵੇ। ਅੱਜ ਅਸੀਂ ਪਹੁੰਚੇ ਹਾਂ ਪਿੰਡ ਕੋਟ ਗਰੇਵਾਲ, ਦਸਾਂਝ ਕਲਾਂ ਤੋਂ 2-3 ਕਿਲੋਮੀਟਰ 'ਤੇ ਪੂਰਬ ਵਾਲੇ ਪਾਸੇ ਇਹ ਪਿੰਡ ਕੋਟ ਗਰੇਵਾਲ ਆ ਅਤੇ ਉੱਥੇ ਦੇ ਬੜਾ ਹੀ ਮਸ਼ਹੂਰ ਪਰਿਵਾਰ ਬਲਦਾਂ ਦੇ ਖੇਤਰ ਵਿੱਚ ਜਿਨ੍ਹਾਂ ਨੇ ਮੁੱਢ ਤੋਂ ਲੈ ਕੇ ਅੱਜ ਤੱਕ ਬਲਦਾਂ ਨਾਲ ਹੀ ਪਿਆਰ ਰੱਖਿਆ। ਪਹਿਲਾਂ ਬਲਦਾਂ ਨਾਲ ਖੇਤੀ ਵੀ ਕੀਤੀ, ਉਸ ਤੋਂ ਉਪਰੰਤ ਮੇਲਿਆਂ ਦਾ ਸ਼ਿਕਾਰ ਵੀ ਬਣੇ ਅਤੇ ਵਪਾਰ ਵੀ ਕੀਤਾ। ਮੈਂ ਗੱਲਬਾਤ ਤੁਹਾਡੀ ਕਰਾਉਣਾ ਸਰਦਾਰ ਦਲਜੀਤ ਸਿੰਘ ਸਿੱਧੂ, ਜਿਨ੍ਹਾਂ ਨੂੰ ਦਲਜੀਤ ਸਿੰਘ ਭੰਗਲ ਦੇ ਨਾਂ ਨਾਲ ਵੀ ਜਾਣਿਆ ਜਾਂਦਾ, ਅਤੇ ਆਪਾਂ ਮਿਲਦੇ ਹਾਂ ਦਲਜੀਤ ਸਿੰਘ ਸਿੱਧੂ ਜੀ ਨਾਲ। ਸਤਿ ਸ਼੍ਰੀ ਅਕਾਲ ਜੀ ਭਾਜੀ। ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਘੁੰਮਣ ਲਾਈਫ ਹੈਪੀ ਭਾਜੀ ਕਸ਼ਮੀਰ ਸਿੰਘ ਪੱਦੀ ਜਗੀਰ, ਬਹੁਤ ਬਹੁਤ ਇਹਨਾਂ ਦਾ ਧੰਨਵਾਦ। ਸਾਡੇ ਗ੍ਰਹਿ ਵਿਖੇ ਆਏ ਆ, ਬਹੁਤ ਉਪਰਾਲਾ ਕੀਤਾ। ਹੋਰ ਬੋਲ ਪਜਾਗ ਸਮਾਜ ਵੀਰਾਂ ਨੂੰ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਵੀਰਾ ਜੀ, ਆਪਣੇ ਅੱਜ ਜਿਹੜੇ ਮਹਿਮਾਨ ਇਕੱਠੇ ਹੋਏ ਆ ਸਾਰੇ ਜਾਂ ਭਾਈ ਭਰਾ, ਉਹਨਾਂ ਬਾਰੇ ਤੁਸੀਂ ਸਾਨੂੰ ਜਾਣਕਾਰੀ ਦਿਓ। ਇੱਧਰ ਆਪਣੇ ਲੜਕਾ ਤੁਹਾਡਾ? ਹਾਂਜੀ ਹਾਂਜੀ, ਨਾਂ ਹਰਵਿੰਦਰ ਸਿੰਘ। ਹਰਵਿੰਦਰ ਸਿੰਘ, ਹਾਂਜੀ ਹਾਂਜੀ। ਅਤੇ ਆਪਣੇ ਨਾਲ ਬੈਠੇ ਆ ਸਰਪੰਚ ਵੱਡਾ, ਨਾਂ ਦੱਸੋ। ਸੁਰਿੰਦਰ ਸਿੰਘ। ਅਤੇ ਉਦੋਂ ਅੱਗੇ? ਉਦੋਂ ਇਹ ਬਿੰਦੂ ਦੇ ਮਾਮੇ ਦਾ ਮੁੰਡਾ ਜੀ, ਗੁਰਪਾਲ ਦਾ ਮਨਪ੍ਰੀਤ। ਅਤੇ ਇਹ ਬੇਟੀ? ਇਹ ਬੇਟੀ ਸਾਡੀ ਦੋਤੀ ਜੀ। ਹਾਂਜੀ ਹਾਂਜੀ। ਇਹ ਕੰਮ? ਅਤੇ ਅੱਗੇ ਆਪਣੇ ਜਵਾਨ? ਇਹ ਰਾਜਪੁਰ ਭਾਈਆਂ ਤੋਂ ਭਾਣਜਾ ਸਾਡਾ ਜੀ, ਇਹਨੂੰ ਵੀ ਬਹੁਤ ਸ਼ੌਂਕ ਆ ਬੋਲਣਾ ਦਾ। ਠੀਕ ਹੈ ਵੀਰਾ ਜੀ, ਤੁਸੀਂ ਹੁਣ ਇਹ ਗੱਲ ਸਾਨੂੰ ਦੱਸੋ ਵੀ ਜਿਹੜਾ ਬਲਦਾਂ ਦਾ ਪਿਆਰ ਆ ਤੁਹਾਨੂੰ ਕਦ ਤੋਂ, ਅਤੇ ਇਹ ਦੌੜਾਂ ਵਾਲੇ ਪਾਸੇ ਤੁਸੀਂ ਕਦ ਤੋਂ ਆਏ? ਅਸੀਂ ਜੀ ਪਹਿਲਾਂ ਛੋਟੇ ਹੁੰਦੇ ਸਾਡੇ ਮਾਮਾ ਮੋਹਨ ਸਿੰਘ ਤਾਂ ਨਿਰਮਲ ਸਿੰਘ ਬੋਲਦ ਭਜਾਉਂਦੇ ਹੁੰਦੇ ਸੀ ਮੁੰਡਿਆਂ ਵਾਲੇ। ਉਹ ਜਦ ਦੌੜਾਂ ਨੂੰ ਬਾਬਾ ਲੱਖੋ ਜਾਂਦੇ ਹੁੰਦੇ ਜੀ ਤਾਂ ਅਸੀਂ ਤੁਰ ਕੇ, ਸਾਡੇ ਮਾਮੇ ਨਿਰਮਲ ਸਿੰਘ ਦਾ ਮੁੰਡਾ ਬੂਟਾ, ਤਾਂ ਮੈਂ ਦੁੱਧ ਤਾਂ ਘੇ ਲੈ ਕੇ ਜਾਂਦੇ ਹੁੰਦੇ ਸੀ। ਸਾਡੀ ਨਾਨੀ ਰਾਤ ਰਹਿ ਕੇ ਆਉਂਦੇ ਹੁੰਦੇ ਸੀ, ਬਹੁਤ ਦੂਰ ਹੁੰਦੇ ਸੀ, ਤੁਰ ਕੇ ਜਾਂਦੇ ਸੀ। ਅਸੀਂ ਲੈ ਕੇ ਮਗਰ ਜਾਂਦੇ ਰਹੇ ਹਾਂ, ਫਿਰ ਗੱਡੀ ਦੀ ਦੌੜ ਦੇਖਦੇ ਰਹੇ ਹਾਂ। ਜਦ ਤੋਂ ਠਰਕ ਪੈ ਗਿਆ ਹੌਲੀ ਹੌਲੀ, ਚਲੋ ਤਕੜੇ ਹੋ ਗਏ। ਫਿਰ 1985 ਤੋਂ ਲੱਗੇ ਅਸੀਂ ਜੀ, 85 ਤੋਂ ਇਹ ਸਾਡੇ ਵੱਡੇ ਭਰਾ ਸੁਰਿੰਦਰ ਸਿੰਘ, ਇਹ ਮੈਂ ਤਾਂ ਸਾਡਾ ਮਾਮਾ ਮੋਹਨ ਸਿੰਘ, ਅਸੀਂ ਜਗਰਾਮੀ ਮੰਡੀ ਗਏ। ਮੰਡੀ ਗਏ, ਇੱਕ ਬੋਲ ਦਾ ਸੀ ਲਿਆ 250 ਤੋਂ 3200 ਨੂੰ। ਇੱਕ ਪਟਿਆਲੇ ਜ਼ਿਲ੍ਹੇ 'ਚੋਂ ਬੋਲਦਾ ਆਇਆ ਸੀ ਵਿਕਣਾ, ਉਹ ਸਵੇਰ ਦਾ ਹੀ 5000 ਰੁਪਈਆ ਮੰਗਦੇ ਸੀ, ਕਹਿੰਦੇ ਘੱਟ ਨਹੀਂ ਦੇਣਾ। ਇਹ ਮੰਡੀ 'ਚ ਗਏ ਸੀ ਤੁਸੀਂ? ਮੰਡੀ ਜਗਰਾਮੀ। ਕਿਹੜੀ ਮੰਡੀ? ਜਗਰਾਮਾ। ਜਗਰਾਮਾ। ਇਹ ਸਰਪੰਚ ਨੂੰ ਮੈਂ ਕਿਹਾ ਵੀ ਨਹੀਂ ਪੈਸੇ ਇੰਨੇ ਲਾਉਂਦੇ, ਚੱਲ ਘੱਟ ਲੈ ਚੱਲਦੇ। ਕਹਿੰਦਾ ਛੱਡ, ਕੁੜਮਾ ਦੇ ਪਿੰਡ ਜਾਣਾ ਪੰਗਲੀ, ਵੀ ਚੰਗਾ ਹੀ ਲੈ ਲੈਂਦੇ ਹਾਂ। ਇਹ ਕਹਿੰਦਾ ਇਹੀ ਲੈਂਦੇ ਹਾਂ ਰੁਪਈਆ 5000, ਇਹਨੂੰ ਫੜਾਇਆ ਬੰਦੇ ਨੂੰ ਲੈ, ਕਹਿੰਦਾ 5000 ਹੀ ਰੱਖ ਲਾ। ਦੁਨੀਆ ਬਹੁਤ ਇਕੱਠੀ ਹੋ ਗਈ, ਉਹਨੂੰ 50 ਰੁਪਈਏ ਨੂੰ ਸਰਪੰਚ ਨੂੰ ਛੱਡੇ, ਕਹਿੰਦਾ 50 ਵੀ ਰਹਿਣ ਦੇ, ਕੋਈ ਗੱਲ ਨਹੀਂ। ਉਦੋਂ 5000 ਰੁਪਈਆ ਬਹੁਤ ਹੋਣਾ? ਬਹੁਤ ਸੀ 5000 ਰੁਪਈਆ, ਘੱਟ ਨਹੀਂ 100 ਵੀ ਗਿਆ, 5000 ਰੁਪਈਆ ਉਹਨੂੰ ਫੜਾ ਦਿੱਤਾ। ਉਹ ਜੀ ਅਸੀਂ ਟਰੱਕ ਕੀਤਾ, ਜਾਣੀ ਅੱਧੀ ਮੰਡੀ ਇਕੱਠੀ ਹੋ ਗਏ ਵੀ ਇੰਨੇ ਮਹਿੰਗੇ ਬੋਲਦ ਨਹੀਂ ਲਏ ਆ। ਟਰੱਕ ਅਸੀਂ 600 ਨੂੰ ਕੀਤਾ ਸੀਗਾ ਇੱਥੇ ਨਵੇਂ ਸ਼ਹਿਰ ਭੰਗਲਾਂ ਨੂੰ, ਪਿੰਡ ਲਿਆ ਕੇ ਬੰਨੇ ਤਾਂ ਮਾਮਾ, ਅਸੀਂ ਤਾਂ ਪੀਂਦੇ ਪੂੰਦੇ ਨਾ ਸੀ, ਮਾਮੇ ਨੇ ਸ਼ਰਾਬ ਪੀਤੇ ਨਹੀਂ, ਪਾਣੀ ਨਾ ਨਲਕੇ 'ਤੇ ਰੋਣਾ, ਨਲਕਾ ਹੁੰਦਾ ਸੀ ਉਹ। ਰਾਤ ਨੂੰ ਟਾਹਲੀ ਸੀ ਬਹੁਤ ਵੱਡੀ ਟਾਹਲੀ, ਤੋਂ ਜਾਨਵਰ ਜੂੰ ਉੜਿਆ, ਬਿਹੜਾ ਛੁੱਟ ਗਿਆ ਇੱਥੇ ਪਿੰਡ ਆ ਕੇ, ਆ ਭੰਗਲੀ ਆ ਕੇ। ਅੱਧੀ ਰਾਤ 'ਤੇ ਟੋਲਦੇ ਰਹੇ, ਕੀ ਟੋਲਣਾ ਸੀ, ਦੂਏ ਦਿਨ ਮਿਲਿਆ ਜੀ ਉਹ ਹਵੇਲੀ। ਗੱਲ ਮਕਾ ਕੋਈ ਟਰੈਕਟਰ ਲਿਆ ਵੀ ਦੇਖਣ ਨਹੀਂ ਜਾਂਦਾ, ਇੰਨੇ ਪਿੰਡਾਂ ਦੇ ਆਲੇ ਦੁਆਲੇ ਦੇ ਬੋਲਦ ਦੇਖਣ ਆਏ, ਬੋਲਦ ਸੀਗੇ ਵੀ ਬਹੁਤ ਵਧੀਆ। ਹੌਲੀ ਹੌਲੀ ਅਸੀਂ ਦੜਾਉਣ ਲੱਗ ਪਏ। ਇਹ ਭੰਗਲਾਂ ਦਾ ਮਹਾਂ ਸੁਣਦਾ ਜੀ ਸਾਡਾ ਰਿਸ਼ਤੇਦਾਰ,
रेड़ा जोड़ के असीं थानिए दौर से चले गए। जब दौड़ से गए तो यह 5000 वाला बॉल तो असीं हेठ जोड़िया मुड़िया बहुत भज्जा बहुत दोहरी दौड़ नूं ਇਹ ਨਾਲ ਦਾ ਘੱਟ ਭੱਜਾ ਜਦੇ ਬੰਦੇ ਮੇਰੇ ਦੁਆਲੇ ਲੱਗ ਗਏ ਤੂੰ ਸਾਡੇ ਨਾਲ ਜੋੜ ਸਾਡੇ ਨਾਲ ਜੋੜ ਨਵੇਂ ਸੀਗੇ ਸਾਨੂੰ ਕਿਹੜਾ ਪਤਾ ਸੀ ਮੈਂ ਕਿਹਾ ਚੱਲ ਜੋੜਾਂਗੇ ਕਰਾਂਗੇ ਰਹਿ ਇਹ ਜੀ ਦੋ ਦਾ ਨਿਕਲੇ ਤਾਂ ਮੋਰਾ ਵਾਲੀ ਦੇ ਬੰਦੇ ਮੇਰੇ ਕੋਲ ਚਲੇ ਗਏ ਤਾਂ ਫੋਨ ਹੁੰਦੇ ਨਾ ਸੀ ਨਾ ਟੈਲੀਫੋਨ ਮੈਲ ਤਾਂ ਕਿੱਥੋਂ ਟੈਲੀਫੋਨ ਮੈਂ ਨਹੀਂ ਘਰ ਹੁੰਦੇ ਉਹ ਜੀ ਹਟੇ ਨਾ ਤੂੰ ਮੁੱਲ ਕਰ ਮੈਂ ਜਗੀ ਜਾਵਾਂ ਮੈਂ ਕਿਹਾ ਯਾਰ ਸਾਡੇ ਬੰਦੇ ਨੇ ਗੁੱਸੇ ਹੋਣਾ ਹੁਣ ਬੜੇ ਨੇ ਕਹਿਣਾ ਵੇਚਣਾ ਨਾ ਸੀ ਉਹ ਨਹੀਂ ਹੋਰ ਲੈ ਮੈਨੂੰ ਵੀ ਇੰਨਾ ਪਤਾ ਨਹੀਂ ਮੈਂ 15000 ਰੁਪਈਆ ਮੰਗ ਬੈਠਾ ਉਹਨਾਂ ਤੋਂ ਉਹ ਗੱਲ ਮੰਗਾ ਜੀ ਸਾਡਾ 13000 ਨੂੰ ਸੌਦਾ ਹੋ ਗਿਆ ਮੈਂ ਜਿੱਦਾਂ ਕਰਦੇ ਸੀਗਾ ਮੈਂ ਡਰਿਆ ਬਹੁਤ ਉਹ ਮੈਨੂੰ ਕਹਿੰਦਾ ਡਰਦਾ ਕਰਦੇ ਮੈਂ ਯਾਰ ਲੜਾਈ ਪੈਣੀ ਸਾਡੇ ਘਰ ਵਿੱਚ ਚੱਲ ਹੁਣ ਸੌਦਾ ਹੋ ਗਿਆ ਦੇਖੀ ਜਾਓ ਸ਼ੌਂਕ ਨਾਲ ਲਿਆਂਦਾ ਹਾਂ ਸ਼ੌਂਕ ਨਾਲ ਲਿਆਂਦਾ ਤਾਂ ਵੇਚ ਦਿੱਤਾ ਅਸੀਂ ਘਰ ਚਲੇ ਗਿਆ ਚਾਹ ਚੂਹ ਪੀਤੀ ਉਹਨੇ ਮੈਨੂੰ 300 ਰੁਪਈਆ ਦਿੱਤਾ ਡੰਡੇ ਵਾਲੀ ਅਜੀਤ ਨੇ ਜੋ ਕਿ ਹਾਲੇ ਤਾਈਂ ਉਹ ਜਿਹਦਾ ਵੱਸਦਾ ਮੁੰਡਾ ਤਾਂ ਉਹਦਾ ਮੁੱਕ ਗਿਆ ਬੂਟਾ ਬਹੁਤ ਪਿਆਰ ਆ ਸਾਡੇ ਨਾਲ ਉਹਨੂੰ ਮੈਂ ਕਹਿੰਦਾ ਪੈਸੇ ਅਸੀਂ 8 ਦਿਨਾਂ 'ਤੇ ਦੇਵਾਂਗੇ ਮੈਂ ਕਿਹਾ ਮੈਂ 300 ਨਾ ਕਹੀ ਉਹ ਜੀਤ ਤੂੰ 300 ਰੁਪਈਆ ਵੀ ਰੱਖ ਮੈਂ ਮੋੜਤਾ ਮੈਂ ਕਿਹਾ ਸਾਰੇ ਇਕੱਠੇ ਆ ਜਾਣਗੇ ਪਰ ਜੀਤ ਤੁਸੀਂ ਬਹਿੜਾ ਲੈ ਜਾਓ ਤੁਹਾਡੇ ਤੋਂ ਜਾਣਾ ਨਹੀਂ ਅਸੀਂ ਲੈ ਜਾਣਾ ਸਾਡੇ ਪ੍ਰਾਹੁਣਾ ਰਾਜਪੁਰ ਵਾਲਾ ਮੋਹਨ ਸਿੰਘ ਵੀ ਆ ਗਿਆ ਸੀ ਉਹ ਜਦ ਪਿੰਡ ਦੇ ਬਾਹਰ ਗਏ ਤਾਂ ਛੁੱਟ ਕੇ ਫਿਰ ਆ ਗਿਆ ਉਹ ਸਾਈਕਲਾਂ 'ਤੇ ਜੀ ਫਿਰ ਸਾਈਕਲ ਲੈ ਕੇ ਭੱਜੇ ਆਏ ਕਹਿੰਦੇ ਇਹ ਨਹੀਂ ਜਾਣਾ ਚੱਲ ਮੈਂ ਕਿਹਾ ਮੈਂ ਛੱਡ ਆਉਣਾ ਅਸੀਂ ਫਿਰ ਮੋਰਾਲੀ ਛੱਡ ਕੇ ਆਏ ਉਹ ਨਹਿਰ ਪੱਕੀ 'ਤੇ ਸੀ ਉਹ ਮੁੰਡਾ ਬਹੁਤ ਜਿੱਤਿਆ ਉਹਨਾਂ ਦੇ ਕੋਲ ਬਹਿੜਾ ਉਹ ਫਿਰ ਹੌਲੀ ਹੌਲੀ ਸੀ ਦੂਜਾ ਵੀ ਵੇਚ ਦਿੱਤਾ ਫਿਰ ਸ਼ੌਂਕ ਤਾਂ ਸਾਨੂੰ ਪੈ ਗਿਆ 1-2 ਕਿੱਲੇ ਆ ਕੇ ਅਸੀਂ ਵੇਚੇ ਬੂਚੇ ਤਾਂ ਇੱਥੇ ਬੂਟਾਂ ਸੀਗੀਆਂ ਜੈਸਮ ਜਾਰੇ ਸਾਡੇ ਮਾਮੇ ਬੈਂਕ ਦੀਆਂ ਉਹ ਮੈਨੂੰ ਕਹਿੰਦਾ ਸਕੂਟਰ ਲੈ ਕੇ ਆਈ ਭਾਈ ਬੂਟਾਂ ਬਾਟਾਂ ਲਿਆਉਣ ਨੂੰ ਮੈਂ ਲੈ ਗਿਆ ਇਹ ਮਾਮਾ ਨਿਰਮਲ ਸੂ ਕਹਿੰਦਾ ਮੈਂ ਤੇਰੇ ਨਾਲ ਹੀ ਜਾਣਾ ਮੈਂ ਚੱਲ ਚੱਲ ਜਦ ਅਸੀਂ ਖੜਕੜੀ ਗਏ ਤਾਂ ਮੈਨੂੰ ਕਹਿੰਦਾ ਸਵੇਰ ਨੂੰ ਤੈਨੂੰ ਬਹਿੜਾ ਦੇਣਾ ਲੈ ਕੇ ਉਹ ਕਹਿ ਮੈਂ ਕਿਹਾ ਮਾਮਾ ਜਾਣ ਦੇ ਤੂੰ ਖੇਤੀ ਕਰਦੇ ਆ ਰਹਿਣ ਦੇ ਅੱਗੇ ਵੇਚ ਬੂਝਦਾ ਵੀ ਹੁਣ ਛੱਡ ਨਹੀਂ ਲੈ ਗਿਆ ਜੀ 4000 ਨੂੰ ਕਰਕੇ ਮੈਂ ਤਾਂ ਪੀਂਦਾ ਨਾ ਸੀ ਇਹ ਸੀਗਾ ਇੱਥੇ ਲੁਧਿਆਣੇ ਦੇ ਲੱਗ ਗਈ ਆ ਪਿੰਡ ਆ ਜਾਣਾ ਚੇਤਾ ਮੈਨੂੰ ਬੁੜੇ ਕੋਲ ਸੀ ਲੁਧਿਆਣੇ ਦੇ ਜਾਣੀ ਕੋਲੋਂ ਲਿਆਂਦਾ ਬਾਹਰ ਕੋਲੋਂ ਆਹੋ 4000 ਨੂੰ ਕਰਕੇ ਹੀ ਲਗਿਆ ਜੀ ਇਹ ਸ਼ਰਾਬੀ ਹੋਏ ਤੋਂ ਉਹ ਬੋਤਲ ਲਿਆਈ ਜਾਣੇ ਇਹਨੂੰ ਪੜਾਈ ਜਾਣ 8500 ਦੀ ਸਾਈ ਕਰ ਲਈ 4000 ਦਾ ਕਹਿ ਕੇ ਲਗਿਆ ਤਾਂ 8500 ਵੱਧ ਕਰ ਲਏ ਜਾਂ ਕਰ ਲਈ ਸਵੇਰੇ ਸੁੱਤੇ ਉੱਠੇ ਮਾਮਾ ਮੈਨੂੰ ਕਹਿੰਦਾ ਸੌਦਾ ਹੋ ਗਿਆ ਰਾਤ ਬੋਲਦਾ ਮੈਂ ਤੈਨੂੰ ਪਤਾ ਹੋ ਕਹਿੰਦਾ ਕਿੰਨੇ ਦਾ ਮੈਂ ਕਿਹਾ 8500 ਦਾ ਕਹਿੰਦਾ ਇਹਨੇ ਤਾਂ ਸਾਨੂੰ ਲੁੱਟ ਲਿਆ ਮੈਂ ਕਿਹਾ ਵੀ ਹੁਣ ਤੈਂ ਸੋਚਣਾ ਸੀ ਮੈਂ ਤੈਨੂੰ ਬੜੇ ਨੂੰ ਕੀ ਕਹਿਣਾ ਸੀ ਗੱਲ ਮੁਕਾ ਜੀ ਮਾਮਾ ਕਹਿੰਦਾ ਤੁਸੀਂ ਸਾਡੇ ਤੋਂ ਪੈਸੇ ਉਹ ਛੋੜ ਛੜਾਈਆ ਕਰ ਦਿਆਂਗੇ ਤੁਸੀਂ ਲੈ ਜਾਓ ਮੈਂ ਕਿਹਾ ਮਾਮਾ ਤਾਂ ਪਹਿਲਾਂ ਤੂੰ ਕਹਿੰਦਾ ਬੂਟਾ ਲਾਉਣਾ ਭਾਈ ਸਾਡੇ ਮੁੰਡਿਆਂ ਤਾਂ ਭੱਜਣੇ ਭੁੱਜਣੇ ਨਹੀਂ ਭਾਈ ਤੂੰ ਭਜਾਵੇਂਗਾ ਚੱਲ 8:30 ਨੂੰ ਕੁਛ ਨਹੀਂ ਹੁੰਦਾ ਮਾਮਾ ਜਾ ਜੀ ਉੱਠ ਕੇ ਤੁਰਨ ਲੱਗੇ ਉਹ ਬੁੜੇ ਦੇ ਚਾਤੇ ਮੈਂ ਪੈਸੇ ਨਹੀਂ ਦੇਣੇ ਤੋਂ ਮੈਨੂੰ ਆ ਗਿਆ ਚੇਤਾ ਇੱਕ ਨਾਰਗਵਾ ਗੁਰਦੇਵ ਕਹਿੰਦਾ ਬਾਲੇ ਡਿੱਗਣ ਵਾਲੇ ਜੇ 3-4 ਹਜ਼ਾਰ ਰੁਪਈਆ ਦੇ ਮੈਂ ਬਾਲੇ ਬਦਲਣਾ ਮੈਂ ਕਿਹਾ ਜੇ ਨਾ ਵਿਕਦਾ ਫਿਰ ਨਾ ਸੀ ਬਾਲੇ ਬਦਲ ਫਿਰ ਵੀ ਬਦਲੇ ਹੋਣੇ ਸੀ ਚੰਗੀਆਂ ਮੈਂ ਗੱਲਾਂ ਕੀਤੀਆਂ ਮੈਂ ਤੈਨੂੰ ਯਕੀਨ ਨਹੀਂ ਪਏ ਨਹੀਂ ਪੈਸੇ ਹੀ ਨਹੀਂ ਦੇਣੇ ਮੈਂ ਜੀ ਕੱਢਿਆ 3000 ਮੰਗਿਆ 4000 ਰੁਪਈਆ ਨੂੰ ਦੇ ਤਾ 4000 ਨੂੰ ਕਰਕੇ ਗਏ ਸੀ ਅਸੀਂ ਅਤੇ 4000 ਨੂੰ ਲੈ ਲੈਣਾ ਜਦ ਉਹ ਮੁੜ ਕੇ ਸਾਡੇ ਤੋਂ ਪੈਸੇ ਲੈਣ ਆਏ ਥੋੜ੍ਹੇ ਚਿਰ 'ਚ ਆ ਗਏ ਦਿਨੀ ਅਤੇ ਮੈਂ ਸੂੰਢ ਗਿਆ ਸੀ ਸੂੰਢ ਗਿਆ ਉਹਨਾਂ ਨੂੰ ਪੈਸੇ ਦਿੱਤੇ ਤਾਂ ਹੁਣ 20 ਰੁਪਈਏ ਛੱਡੇ ਮੈਨੂੰ ਮੈਂ 20 ਚੱਕ ਕੇ ਉਹਦੇ ਮਾਰੇ ਮੋਹਰੇ ਇੰਨਾ ਮਹਿੰਗਾ ਬਲ ਦੇ ਕੇ ਆਹੋ 20 ਰੁਪਈਏ ਮੈਂ ਕਿਹਾ ਤੂੰ ਦੁੱਗਣਾ ਲੈ ਲਾ ਮੈਂ ਉਹ ਤੋਂ ਛੋੜ ਨਹੀਂ ਲਈ ਉੱਥੇ 20 ਰੁਪਈਏ ਬਾਅਦ 'ਚ ਲਗਾਇਆ ਚੱਕ ਕੇ ਅਤੇ ਪਤਾ ਨਹੀਂ ਕੀ ਕੰਮ ਸੁਣ ਗਿਆ ਸੀ ਮੈਨੂੰ ਹੁਣ ਚੇਤਾ ਨਹੀਂ ਇਹ ਇੱਥੇ ਗੜੀ ਅਜੀਤ ਸਿੰਘ ਦੌੜ ਆ ਗਈ ਜਦ ਆ ਗਈ ਤਾਂ ਮਾਮੇ ਨੂੰ ਮੈਂ ਕਿਹਾ ਹੁਣ ਪੈਸੇ ਤਾਂ ਲਵਾ ਦਿੱਤੇ ਤੂੰ ਕਹਿੰਦਾ ਬੂਟਾ ਵੀ ਲਾਉਣਾ ਹੁਣ ਬੋਲਦ ਕਰ ਲਾ ਬੋਲਦ ਜੜਾਓ ਨਾਲ ਇਹ ਲੀਲਾਂ ਵਾਲੇ ਸਰਪੰਚ ਨੇ ਵੇਚਿਆ ਸੀ ਆ ਧਰਮੀ ਸੀ ਉਹ ਸੂਲ ਵਾਲਿਆਂ ਨੂੰ ਬੋਲੀ ਹੋਣਾ ਇਹ ਬੋਲਦ ਕਰ ਲਿਆ ਮੈਂ ਜੀ ਟਰਾਲੀ 'ਚ ਲੈ ਕੇ ਗੜੀ ਚਲੇ ਗਿਆ ਜਦ ਚਲੇ ਗਿਆ ਤਾਂ ਉੱਥੇ ਜੋੜੀਆਂ ਉਸ ਵੇਲੇ ਮੋਰਾ ਵਾਲੀ ਨਿਹੰਗ ਦੇ ਬੋਲ ਭਾਜੀ ਦੇ ਬਹੁਤ ਭੱਜਦੇ ਹੁੰਦੇ ਸੀ ਮਸ਼ਹੂਰ ਸੀ ਬਹੁਤ ਮਸ਼ਹੂਰ ਸੀ ਇਹ ਜੀ ਨੰਬਰ ਸਾਡਾ ਤਕਾਲਾਂ ਨੂੰ ਚੌਥਾ ਰਿਹਾ
ਜਾਂ ਚੌਥਾ ਰਿਹਾ ਤਾਂ ਅਸੀਂ ਵੀ ਹਾਂ ਰੇੜਾ ਬਹੁਤ ਭਾਰਾ ਸੀ ਮਗਰ ਪਾਇਆ ਅਤੇ ਫਿਰ ਜੀ ਮੈਨੂੰ ਇੱਥੇ ਗੋਸਲੀ ਦੌੜ 'ਤੇ 25,000 ਰੁਪਈਆ ਉਹਦਾ ਦੇਣ ਉਸੇ ਬੋਲਦਾ ਮੈਂ ਵੇਚਣ ਨੂੰ ਤਿਆਰ ਹੋ ਗਿਆ ਮਾਮਾ ਮੋਹਣ ਤੋਂ ਅੜ ਗਿਆ ਇੱਕ ਗੋਸਲਾਂ ਤੋਂ ਬਾਂਸਾ ਸਾਡਾ ਬਹੁਤ ਯਾਰ ਬੇਲੀ ਸਾਡਾ ਭਰਾ ਕਨੇਡਾ ਚਲੇ ਗਿਆ ਉਹ ਵੀ ਸਾਡਾ ਬਹੁਤ ਵਧੀਆ ਲਿਹਾਜ਼ ਸੀ ਭਜਾਉਂਦਾ ਵੀਰਾਂ ਨਾਲ ਉਹਨਾਂ ਦਾ ਪ੍ਰਾਹੁਣਾ ਜੋਧਨ ਮਾਮਾ ਆਪਾਂ ਹੋਰ ਲੈਣਾ ਇਹ ਜੋਧਨ ਗਿਆ ਘਰੋਂ ਰੁਪਈਆ 20,000 ਚੱਕ ਲਿਆ ਤਕੜਾ ਬੰਦਾ ਸੀ ਲਿਹਾਜ਼ ਵੀ ਬਹੁਤ ਸੀ ਮਾਮਾ ਚੱਲ ਪਏ ਬੋਲ ਲਈਏ ਉੱਥੇ ਸਾਨੂੰ ਚੱਕ ਵਾਲਾ ਭਾਜੀ ਟੱਕਰ ਗਿਆ ਭਲਵਾਨ ਲਗੇਰੀ ਵਾਲਿਆਂ ਦਾ ਰਿਸ਼ਤੇਦਾਰ ਪੰਪ ਵਾਲਿਆਂ ਦਾ ਇਹ ਕਹਿੰਦਾ ਆ ਜਾ ਮੋਹਣ ਸਿੰਘ ਤੈਨੂੰ ਬੋਲ ਚੱਕ ਤੋਂ ਆਵਾਂ ਮੇਲਾ ਵਿੱਚ ਛੱਡ ਕੇ ਉੱਧਰ ਨੂੰ ਤਿਰ ਗਿਆ ਬਾਰੀ ਤੋਂ ਲਿਆ ਸੀ 9,000 ਦਾ ਬੋਲ ਤੋਂ ਉਹ ਬੋਲ ਲਿਆ ਕੇ ਫਿਰ ਅਸੀਂ ਜੋੜਨ ਲੱਗੇ ਹੁਣ ਕਾਫੀ ਭੱਜ ਕੀਤੀ ਬਹੁਤ ਜ਼ਿਆਦਾ ਦੋਹਰੀ ਨੂੰ ਵੀ ਕੈਰੀ ਨੂੰ ਵੀ ਕੈਰੀ ਨੂੰ ਪਹਿਲੀ ਵਾਰ ਅਸੀਂ ਗਏ ਤਾਂ ਇੱਥੇ ਹਿਆਲੇ ਮੁੰਦੀਆਂ ਸੀਗੀਆਂ ਚਾਰ ਪਹਿਲੇ ਨੂੰ ਪਤਾ ਨਹੀਂ ਕਿਹੜਾ ਸੀ ਮੁੰਦੀ ਸੀ ਜਦ ਗਏ ਤਾਂ ਸਾਨਾ ਇਹ ਨਗਰ ਦੇ ਬੋਲ ਭਜਾਉਂਦੇ ਸੀ ਚੈਂਚਲ ਸਿੰਘ ਇਹ 2 ਦਿਨ ਪਹਿਲਾਂ ਗੁਣਾ ਚੌਰ ਦੌੜ ਹੋਈ ਸਾਡੇ ਬੋਲ ਚੰਗੇ ਭੱਜੇ ਚੈਂਚਲ ਸਿੰਘ ਕਹਿੰਦਾ ਬੋਲ ਨਾਰਾ ਵਧੀਆ ਭੱਜਦਾ ਦੂਆ ਘੱਟ ਭੱਜਦਾ ਗੱਲਾਂ ਲਾਪੇ ਕਰਨਾ ਇਹ ਬਾਂਸਾ ਕਹਿੰਦਾ ਕਿਤੇ ਮੇਲਾ ਤੱਕ ਦਿਖਾ ਲਦੇ ਭਾਈ ਆ ਹਿਆਲੇ ਲਈ ਕਰ ਲਿਆ ਸੀ ਉਹਦੇ ਕੋਲ ਰਾਤ ਨੂੰ ਸਾਧਨ ਨਾ ਉਹਦਾ ਬੋਲ ਜਿੱਤਿਆ ਸੀ ਅਤੇ ਅਸੀਂ ਗੁਣਾ ਚੌਰ 'ਤੇ ਇਹਨੂੰ ਨਗਰ ਛੱਡਣ ਆਏ ਮੋਟਰਸਾਈਕਲ 'ਤੇ ਜਦ ਹਿਆਲੇ ਦੌੜ ਹੋ ਗਈ ਤਾਂ ਬਾਂਸੇ ਦਾ ਭਰਾ ਬੰਤ ਤਾਂ ਬੜਾ ਸੱਤੋ ਸੱਤੋ ਕੋਲ ਸ਼ਰਾਬ ਲੈ ਗਿਆ 2 ਬੋਤਲਾਂ ਦੇਸੀ ਦੀਆਂ ਜਿੱਦਾਂ ਪੀਂਦੇ ਹੁੰਦੇ ਗੁਜਰੀ ਮੈਂ ਕਿਹਾ ਇੱਥੇ ਕਿਹੜੇ ਜਿੱਤੇ ਹੋ ਆਪਾਂ ਗੱਲ ਮੁਕਾ ਜੀ ਮੈਂ ਕਿਹਾ ਹਾਲੇ ਦੇਖਦੇ ਹਾਂ ਬੜੇ ਖੁਸ਼ ਪਏ ਬੋਲ ਜੇ ਜਾਣਾ ਸਾਡਾ ਨਗਰੀਆਂ ਜੋੜਿਆਂ ਨਾਲ ਜਵਾਬ ਦੇ ਦਿੱਤਾ ਕਹਿੰਦਾ ਮੈਂ ਤਾਂ ਡੋਗਰਿਆਂ ਨਾਲ ਜੋੜਨਾ ਇਹ ਬਾਂਸਾ ਉਹਨਾਂ ਵੱਧ ਘੱਟ ਮੈਂ ਕਿਹਾ ਕੱਲ੍ਹ ਹੀ ਬੋਲਦਾ ਅਗਲੇ ਦੀ ਮਰਜ਼ੀ ਆ ਤੂੰ ਆ ਜਾ ਇਕੱਠੇ ਜੋੜ ਦਿੰਦੇ ਹਾਂ ਉਹਨੇ ਜੋੜਿਆ ਨਹੀਂ ਦੋ ਜੋੜਿਆ ਨਹੀਂ ਜਾਨੋ ਜੀ ਇਹ ਸੂਡ ਜਾਂ ਸੱਤਾ ਮੁੰਡਾ ਮੋਗਿਆ ਵਿਚਾਰਾ ਬਹੁਤ ਬੀਬਾ ਸੀ ਗਿਆਨ ਦਾ ਗਿਆਨ ਕਨੇਡਾ 'ਚ ਅੱਜ ਕੱਲ੍ਹ ਬਹੁਤ ਸਾਡਾ ਯਾਰ ਬੇਲੀ ਸੀ ਇਹ ਸੱਤਾ ਮੈਨੂੰ ਕਹਿੰਦਾ ਤੂੰ ਉਰੇ ਆ ਜਾ ਮੈਂ ਕਿਹਾ ਦੱਸ ਕਹਿੰਦਾ ਬਹਾਦਰ ਤੋਂ ਬੋਲ ਦਿਖਾਉਂਦੇ ਹਾਂ ਬਹਾਦਰ ਮੰਗੂ ਵਾਲੀ ਆ ਹੌਲਾ ਹੀ ਸੀ ਮੈਂ ਕਿਹਾ ਉਹ ਹੌਲਾ ਜਿਹਾ ਮੁੰਡਾ ਹੈ ਬੋਲ ਦਾ ਹੱਕ ਦੋ ਕਹਿੰਦਾ ਤੂੰ ਪਟਾਕੇ ਪੈਂਦੇ ਦੇਖੀ ਲਓ ਜੀ ਗੱਲ ਮੁਕਾ ਅਸੀਂ ਬੋਲ ਲੱਗੇ ਸਾਡਾ ਨੰਬਰ 3 ਹੋ ਗਿਆ ਜੀ ਉੱਥੇ ਮੁੰਦੀ ਜਿੱਤੀ ਅਸੀਂ ਇਹ ਗੱਲ 90-91 ਦੀ ਹੋਊਗੀ ਇਹ ਮੇਰੇ ਖਿਆਲ 92 ਦੀ ਗੱਲ ਆ 92 ਤੋਂ ਪਹਿਲਾਂ ਇੱਕ ਵਾਰ ਦੌੜ ਹੋਈ ਮੈਨੂੰ ਚੇਤਾ ਭੁੱਲ ਗਿਆ ਹਲ ਪਾਉਂਦੇ ਸੀ ਅਸੀਂ ਉਦੋਂ ਹਾਲੇ ਦੌੜ ਹੋਈ ਸੀ ਇਹ 12 ਵਜੇ ਗਰਮੇਲ ਸੀ ਸਾਡੇ ਆ ਧਰਮੀ ਉਹ ਮੇਰੇ ਕੋਲ ਚਲੇ ਗਿਆ ਮੈਂ ਹਲ ਜੋੜਿਓ ਇਹ ਥੋੜ੍ਹਾ ਜਿਹਾ ਪਹਿਲਾਂ ਦੀ ਗੱਲ ਆ ਬੋਲ ਬਹੁਤ ਵਧੀਆ ਸੀ ਮੇਰੇ ਕੋਲ ਮਾਮੇ ਤੋਂ ਲੱਗਿਆ ਸੀ ਇੱਕ ਮੈਚ ਤੋਂ ਕੰਢੀ 'ਚੋਂ ਲਿਆ ਸੀ ਲਾਖਾ ਬੋਲ ਦਾ ਕਹਿੰਦਾ ਹਲ ਛੱਡ ਹਿਆਲੇ ਮੇਲਾ ਆ ਗਿਆ ਬੋਲ ਬਹੁਤ ਸਾਂਭਿਓ ਸੀ ਜ਼ਿਆਦਾ ਸਾਂਭਿਓ ਸੀ ਮਿਹਨਤ ਬਹੁਤ ਸੀ ਇਹਨੂੰ ਮੈਂ ਕਿਹਾ ਤੂੰ ਇੱਦਾਂ ਕਰ ਵੀ ਛੱਡ ਕੇ ਰੇੜਾ ਜੋੜ ਮੈਂ ਘਰੋਂ ਕੱਪੜੇ ਬਦਲ ਕੇ ਆ ਗਿਆ ਅਸੀਂ ਤੋਰ ਕੇ ਹਿਆਲੇ ਨੂੰ ਚਲੇ ਗਏ ਜਾਂਦਿਆਂ ਨੂੰ ਐਂਟਰੀਆਂ ਪੈਣ ਅਸੀਂ ਐਂਟਰੀ ਪਾ ਦਿੱਤੀ ਹਲ ਛੱਡ ਕੇ ਹਲ ਛੱਡ ਕੇ ਬਹੁੰਦੇ ਬਹੁੰਦੇ ਬੋਲਦੇ ਸਾਰੇ ਬਹੁਤ ਵਧੀਆ ਸੀ ਉਹ ਜਾਂਦੇ ਅਸੀਂ ਨਾ ਤਾਂ ਕੋਈ ਹੱਕਣ ਵਾਲਾ ਬਾਗ ਮੈਂ ਕਿਹਾ ਹਕਾਈਏ ਕਿਤੋਂ ਜਦ ਨੂੰ ਕਿਸ਼ਨਪੁਰੀਆ ਸੋਖੀ ਆ ਗਿਆ ਮਾੜਾ ਜਾਣਦਾ ਸੀ ਉਹਦਾ ਭਰਾ ਸੀ ਭੰਗਲੀ ਵਿਆਹ ਆ ਮੋਗਿਆ ਵਿਚਾਰਾ ਹੁਣ ਤਾਂ ਉਹਨੂੰ ਮੈਂ ਕਿਹਾ ਤੂੰ ਹੱਕ ਦੇ ਕਹਿੰਦਾ ਮਗਰ ਬੰਦਾ ਕਿਹੜਾ ਬਾਣਾ ਮਗਰ ਦੀ ਲੋੜ ਹੀ ਨਹੀਂ ਮੈਂ ਕਿਹਾ ਤੂੰ ਇਹਨਾਂ ਨੂੰ ਜਿੱਦਾਂ ਬੋਲੇਗਾ ਥੈਂ ਮੁੜੇ ਆਉਣਾ ਦੋਹਰੀ ਦੌੜ ਸੀ ਦੋਹਰੀ ਦੌੜ ਉੱਥੇ ਜੀ ਨੰਬਰ ਸਾਡਾ ਪਹਿਲਾ ਹੋ ਗਿਆ ਔਰ ਸ਼ਾਇਦ ਹੁਣ ਤਾਂ ਪਤਾ ਉਹ ਘੜੀਆਂ ਕੋਲ ਸਕਿੰਟਾਂ ਸਕੁੰਟਾਂ ਵਾਲੀਆਂ ਹੁੰਦੀਆਂ ਸੀ ਪੁਆਇੰਟ ਨਹੀਂ ਸੀ ਹੁੰਦੇ ਪੁਆਇੰਟ ਨਾ ਸੀ ਹੁੰਦੇ ਉੱਥੇ ਰੌਲਾ ਪੈ ਗਿਆ ਜਿਸ ਵੇਲੇ ਬਾਕੀ ਬੋਲ ਦਾ ਹਰ ਗਏ ਤਕੜੇ ਤਕੜੇ ਸੀਗੇ ਉਹ ਕਹਿੰਦੇ ਜੀ ਇਹਨਾਂ ਨੂੰ ਭੰਗੜਾ ਵਾਲਿਆਂ ਨੂੰ ਟਾਈਮ ਮਿਲ ਗਿਆ ਸਾਨੂੰ ਤਾਂ ਇੰਨਾ ਪਤਾ ਨਾ ਸੀ ਮੈਂ ਕਿਹਾ ਵੀ ਮਿਲ ਗਿਆ ਉਹ ਸਾਰੀ ਕਿਹੜਾ ਬੋਲ ਭਜਾਉਂਦੇ ਹਾਂ ਫਿਰ ਗੱਲ ਮੁਕਾ ਜੀ ਉਹ ਪੰਚਾਇਤ ਨੇ ਸਾਨੂੰ ਨੰਬਰ ਪਹਿਲਾਂ ਹੀ ਦਿੱਤਾ ਪੰਚਾਇਤ ਨਹੀਂ ਮੰਨੀ ਵੀ ਸਹੀ ਪੰਚਾਇਤ ਨਹੀਂ ਮੰਨੀ ਉਹ ਰੈਫਰੀ ਵੀ ਨਹੀਂ ਮੰਨਿਆ ਉਹ ਕਹਿੰਦਾ ਵੀ ਸਹੀ ਆ ਉਹ ਕਹਿੰਦਾ ਬਿਲਕੁਲ ਸਹੀ ਹੈ ਗਲਤ ਨਹੀਂ ਬੰਦੇ ਟਾਈਮ ਜਿਹੜਾ ਆ ਵੀ ਇਹ ਸਹੀ ਲੱਗਾ ਉਦੋਂ ਬਾਅਦ ਫਿਰ ਅਸੀਂ ਕੈਰੀ ਭਜਾਉਂਦੇ ਰਹੇ ਫਿਰ ਅਸੀਂ ਜ਼ਿਆਦਾ ਮਸ਼ਹੂਰੀ ਉਹ ਬੋਲ ਨੇ ਕੀਤੀ ਅਸੀਂ ਚਲੇ ਗਏ ਇੱਥੇ ਨਮਰੈਪੁਰ ਭਜਾਉਣ ਮਲਪੁਰੀ ਮੇਜੀ ਨਾਲ ਜਦ ਗਏ ਤਾਂ ਜੀ ਗੋਲ ਚੱਕਰ ਇੱਥੇ ਨਮਰੈਪੁਰ ਚੱਕਰ ਦੀ ਦੌੜ ਹੁੰਦੀ ਅੱਛਾ ਜਦ ਜਿੱਤ ਗਏ ਤਾਂ ਇਹ ਬੰਦੇ ਤਕੜੇ ਸੀਗੇ ਹਿਆਲੀਏ
ਇਹਨੇ ਰੌਲਾ ਰੂਲਾ ਪਾਇਆ ਰੈਫਰੀ ਨੂੰ, ਕਹਿੰਦਾ ਟਾਈਮ ਗਲਤ ਲੱਗ ਗਿਆ ਸੀਗੀ ਮੁੰਦੀ ਉੱਥੇ, ਦੂਜੇ ਮੇਲੇ ਫੇਰ ਜਾਣੀ ਰੌਲਾ ਪੈ ਗਿਆ ਵੀ ਦੂਏ ਫੇਰ ਪੈ ਗਿਆ ਟਾਈਮ ਗਲਤ ਲੱਗ ਗਿਆ। ਮੈਂ ਕਿਹਾ ਵੀ ਚਲੋ ਜਿੱਦਾਂ ਤੁਸੀਂ ਕਹਿੰਦੇ ਉੱਦਾਂ, ਉਹ ਕੀ ਕਹਿਣਾ ਸੀ, ਮੇਜੀ ਮਲਪੁਰੀਆ ਫਸੇ ਬਹੁਤ। ਮੈਂ ਕਿਹਾ ਉਹ ਲੜੀਦਾ ਨਹੀਂ ਹੁੰਦਾ, ਫਿਰ ਦੇਖ ਲਾਂਗੇ ਮੂਹਰੇ ਮੇਲਾ ਆ ਜਾਣਾ। ਇਹ ਜੀ ਪੰਚਾਇਤ ਨੇ ਰੈਫਰੀ ਨੇ ਜਗ੍ਹਾ ਦੇ ਮੂਹਰੇ ਖੜ ਕੇ ਕਿਹਾ ਇਹ ਗੱਲ, ਜਗ੍ਹਾ 'ਤੇ ਸਹੁੰ ਖਾਣੀ ਬਹੁਤ ਮਾੜੀ ਆ, ਸਹੁੰ ਤਾਂ ਉੱਦਾਂ ਵੀ ਮਾੜੀ ਮਾੜੀ ਆ। ਇਹ ਕਹਿੰਦਾ ਵੀ ਮੈਂ ਬਿਲਕੁਲ ਇਹ ਗੱਲ ਕਰਦਾ ਵੀ ਭੰਗੜਾ ਵਾਲਾ ਬੋਲ ਤਾਂ ਮਲਪੁਰੀਆ ਬੋਲ ਦੱਸ ਕੇ ਜਿੱਤੇ 3 ਸਕਿੰਟ 'ਤੇ, ਮੈਂ ਬਾਬੇ ਦੀ ਕਸਮ ਖਾਂਦਾ ਨੰਬਰ ਜਿਹਨੂੰ ਮਰਜ਼ੀ ਦੇ ਦਿਓ। ਇਹ ਜੀ ਮੁੱਦੇ ਲੈ ਗਏ ਬੰਦੇ ਹਿਆਲੇ ਵਾਲੇ, ਸਾਨੂੰ ਨਹੀਂ 1500 ਰੁਪਈਆ ਮੇਜੀ ਨੂੰ ਦਿੱਤਾ, ਮੇਜੀ ਮੈਨੂੰ ਕਹਿੰਦਾ 15। ਮੈਂ ਕਿਹਾ ਜਗ੍ਹਾ 'ਤੇ ਮੱਥਾ ਟੇਕ ਦੇ ਤੂੰ ਇਹਨਾਂ ਨੂੰ ਮੁੜ ਦੇ, ਆਪਾਂ ਇੱਦਾਂ ਨਹੀਂ ਲਿਆਉਣਾ। ਤੁਸੀਂ ਉਹ ਵੀ ਨਹੀਂ ਲਿਆਏ ਬੰਦੇ? ਲਿਆਏ ਨਹੀਂ ਜੀ ਅਸੀਂ। ਫਿਰ ਅਸੀਂ ਕਿਤਨੇ ਚਲੇ ਗਏ, ਕਿਤਨੇ ਦੂਰੀ ਨੂੰ 2.5 ਸਕਿੰਟ ਦਾ ਹੀ ਫਿਰ ਜਿੱਤ ਗਏ। ਉੱਥੇ ਫਿਰ ਰੌਲਾ ਪੈ ਗਿਆ, ਕਹਿੰਦੇ ਜੀ ਟਾਈਮ ਗਲਤ ਲੱਗ ਗਿਆ, ਮੇਜੀ ਫਸਦਾ ਫਿਰੇ ਉਹਨਾਂ ਨਾਲ। ਮੈਂ ਕਿਹਾ ਕਾਹਨੂੰ ਫਸਦਾ, ਆਪੇ ਪੰਚਾਇਤ ਦੀ 2 ਸਕਿੰਟ ਸਾਡਾ ਟਾਈਮ ਕੱਟਤਾ ਜੀ, ਉਹਨੇ ਟਾਈਮ ਕੱਟ ਦਿੱਤਾ ਆ 2 ਸਕਿੰਟ, ਬਾਕੀ ਰੱਖ ਲਿਆ। ਫਿਰ 3ਆ ਨੰਬਰ ਅੱਜ ਵੀ ਮੇਜੀ ਦਾ ਟਾਈਮ ਫੀਸ ਲੱਗਾ ਉਹ, ਉੱਥੇ ਫਿਰ 3ਆ ਨੰਬਰ 3ਆ ਨੰਬਰ ਹੋਇਆ, ਪਹਿਲਾਂ ਬਣਦਾ ਸੀ। ਆਹੋ ਮੇਜੀ ਕਹਿੰਦਾ ਹੁਣ ਹਟੂ ਕਿੱਦਾਂ। ਮੈਂ ਕਿਹਾ ਤੂੰ ਘਬਰਾ ਨਾ ਰੱਬ ਦੇ। ਫਿਰ ਅਸੀਂ ਆ ਗਏ ਸਮਰਾੜੀ, ਇੱਥੇ ਸਮਰਾੜੀ ਆ ਕੇ ਅਸੀਂ 3 ਸਕਿੰਟ 'ਤੇ ਫੇਰ ਜਿੱਤ ਗਏ। ਚੌਥਾ ਮੇਲਾ ਵੀ ਜਾਣੀ 2-3 ਸਕਿੰਟ 'ਤੇ ਜਿੱਤੇ ਇੱਥੇ ਸਮਰਾੜੀ, ਜਾ ਜਿੱਤੇ ਫਿਰ ਤਾਂ ਧੁੰਮਾਂ ਪੈ ਗਈਆਂ ਬਸ ਸਹੀ ਆ। ਉੱਥੇ ਫਿਰ ਮੇਜੀ ਨੇ ਕਿਹਾ ਕਹਿੰਦਾ ਤੂੰ ਵਾਕਿਆ ਸਰਦਾਰ ਆ, ਤੇਰਾ ਨਾਂ ਸਰਦਾਰ। ਇਹ ਸਮਰਾੜੀ ਮੇਲੇ ਤੇ ਫਿਰ ਜਿਹੜੀ ਤੁਹਾਨੂੰ ਖਿਤਾਬ ਮਿਲਿਆ ਸਰਦਾਰ ਦਾ, ਮੇਜੀ ਨੇ 4 ਮੇਲੇ ਲਗਾਤਾਰ ਜਿੱਤਣ ਤੇ, ਹਾਂਜੀ ਉਹ ਫਿਰ ਸਰਦਾਰ ਦਾ ਖਿਤਾਬ ਸਮਰਾੜੀ ਮੇਲੇ ਤੇ, ਸਮਰਾੜੀ ਮੇਜੀ ਨੇ ਦਿੱਤਾ ਮਲਪੁਰੀਏ ਨੂੰ। ਮਲਪੁਰੀਏ ਮੇਜੀ ਨੇ ਕਹਿ ਵੀ ਦਿੰਦਾ ਹੁੰਦਾ ਸੀ ਕਈ ਵਾਰ, ਸ਼ਰਾਬੀ ਦਾ ਵਿਆਹ ਚੱਲ ਤੇਰਾ ਨਾਂ ਮੈਂ ਹੀ ਪਾਇਆ, ਤੇ ਬਹੁਤ ਪਿਆਰ ਸੀ ਮੇਜੀ ਨਾਲ ਸਾਡਾ। ਫਿਰ ਭਜਾਉਂਦੇ ਗਏ, ਫਿਰ ਨਾ ਪਤਾ ਨਾ ਸੀ, ਅਸੀਂ ਮਾਲਵੇ ਚਲ ਗਏ ਰਾਜਕੋਟ ਦੌੜਾਉਣ ਕਹਿਰੀ ਨੂੰ। ਉੱਥੋਂ ਨੰਬਰ ਤਾਂ ਸਾਡਾ ਬਣਿਆ ਨਾ, ਲੇਟ ਬਣਿਆ, ਫਿਰ ਉਹਦਾ ਕੀ ਹੁੰਦਾ 100-200 ਦਾ। ਅਸੀਂ ਅਗਰ ਬੋਲ ਪਾਰੀਏ, ਕਹਿੰਦੇ ਚੰਗਾ ਭੱਜਦਾ ਤੁਹਾਡਾ, ਇੱਕ ਘੱਟ ਭੱਜਦਾ। ਅਸੀਂ ਦੋਧਰ ਦੌੜ ਅਤੇ ਟਰੱਕ 'ਚ ਬਾਂਸਾ ਵੀ ਨਾਲੇ ਬਾਂਸੇ ਦੇ ਪੈਂਦੇ, ਉੱਥੇ ਦੋਧਰ ਚਲ ਗਿਆ, ਦੋਧਰ ਚਲ ਗਿਆ। ਉਹ ਜਿੱਥੇ ਕੋ ਪਰੇ ਝੋਲਾਂ ਦੇ ਨਾਲ ਇੱਕ ਗੁਰਦੁਆਰਾ, ਰਾਤ ਨੂੰ ਫੋਟੋਆਂ ਜਗਦੀਆਂ ਜਿੱਦਾਂ ਲੜਾਈ ਹੁੰਦੀ ਆ, ਮਹਿਤਾ ਸਾਹਿਬ ਮਹਿਤਾਣਾ, ਉੱਥੇ ਅਸੀਂ ਚਾਹ ਪਾਣੀ ਪੀਤਾ, ਪੀ ਕੇ ਉੱਥੇ ਮੱਲੇ ਵਾਲੇ ਬੰਦੇ ਜਾਣਦੇ ਸੀਗੇ, ਅਤੇ ਪਹਿਲਾਂ ਤਾਂ ਪਿੰਡ 'ਚ ਐਂਟਰੀ ਨਾ ਹੋਣ ਦੇਣ, ਉਹ ਪਹਿਰੇ ਲੱਗਦੇ ਹੁੰਦੇ ਸੀ, ਹੋ ਗਏ ਅਸੀਂ। ਫਿਰ ਦੋਧਰ ਭਜਾ ਕੇ ਉਹਨੇ ਕਿਹਾ ਵੀ ਰਾਤ ਰਹੋ, ਆਏ ਨਾ। ਉਹ ਟਰੱਕ 'ਚ ਹਵਾ ਲੱਗ ਗਈ ਬੋਲ ਦਿਨ, ਕਿਹੜਾ ਬੋਲ ਸੀ? ਨਾਰਾ ਤੇਜ਼ ਹਵਾ ਨਾਰਾ ਜਿਹੜਾ ਇੱਥੇ ਇੱਥੇ ਆਹੋ। ਫਿਰ ਉਹ ਬੋਲਦੀ ਕਹੋ ਮੈਂ ਹਟ ਗਈ ਵੇ, ਇਹਨੂੰ ਭੱਜਣਾ ਨਹੀਂ। ਇਹ ਫਿਰ ਸਰਪੰਚ ਕੋ ਮੈਂ ਇੱਥੇ ਪਿੰਡ ਛੱਡ ਗਿਆ, ਦੂਆ ਵੇਚ ਦਿੱਤਾ ਅਸੀਂ। ਉਹ ਬੋਲਦੇ ਨੇ ਇੰਨਾ ਸਾਂਭਿਆ, ਮੁੜ ਕੇ ਤਾਂ ਗੱਲ ਛੱਡ, ਉਹਨੂੰ ਫਿਰ ਬਹੁਤ ਜਿੱਤ ਕੀਤੀ, ਬਹੁਤ ਜ਼ਿਆਦਾ। ਠੀਕ ਹੈ, ਉਦੋਂ ਬਾਅਦ ਫਿਰ ਇਹ ਗੱਲ ਮੇਰਾ ਖਿਆਲ 95-95 ਦੀ ਹੋਊਗੀ। ਨਹੀਂ ਜੀ, ਇਹ 93-94 ਦੀ ਇੱਥੇ ਹੁੰਦੀ ਆ। ਫਿਰ ਤਾਂ ਗੱਲ 94 'ਚ ਤੁਸੀਂ ਉਹ ਨਾਰਾ ਬੋਲਦੇ ਇੱਥੇ ਛੱਡਿਆ ਸੀ, ਉਹ ਤੋਂ ਬਾਅਦ 95 ਦੀ ਹੋਊ। ਫਿਰ ਅਸੀਂ ਇੱਥੋਂ ਲਿਜਾ ਕੇ ਬੋਲਦ ਲਗੇਰੀ ਦੌੜ ਆ ਗਈ। ਮੈਂ ਅਸਾਰ 'ਚੋਂ ਬੱਚੇ ਲਿਆ 4, ਉਹ ਇੱਕ ਮੈਂ ਵੇਚਤਾ, 3 ਰੱਖ ਲਏ। ਉਹ 3ਾਂ 'ਚੋਂ ਇੱਕ ਪਿੰਡ ਦੇ ਮੁੰਡੇ ਨੂੰ, ਅਮਰਜੀਤ ਮੁੰਡਾ ਇਟਲੀ ਆ, ਹੁਣ ਬਹੁਤ ਪਿਆਰ ਸੀ ਮੇਰਾ, ਉਹਨੂੰ ਦੇਤਾ, ਉਹ ਰੱਖ ਲਿਆ ਇੱਕ ਬੱਚਾ। ਲਗੇਰੀ ਆ ਕੇ ਅਸੀਂ ਜੋੜੇ, 2 ਸਾਡੇ ਇਕੱਠੇ ਜਿੱਤ ਗਏ, ਇੱਕ ਬੇੜਾ ਖੈਰਾ 4ਵਾਂ ਨੰਬਰ ਕਰ ਗਿਆ। ਉਹ ਫਿਰ ਜੋਧਨ ਨਾਲ ਮਜ਼ਾਰੀ ਵਾਲੇ ਨਾਲ ਪਿਆਰ ਸੀ, ਇਹਨੇ ਲਾ ਲਿਆ ਰਾਹ ਦੇ ਵਿੱਚ ਮਜ਼ਾਰੀ, ਕਹਿੰਦਾ ਸੀ ਰੱਖਣਾ ਇਹ। ਮੈਂ ਕਿਹਾ ਚੱਲ ਰੱਖ ਲਾ। ਦੂਏ ਦਿਨ ਦੌੜ ਸੀ ਦੋਰੀ, ਇਹ ਦੋਰੀ ਦੌੜ ਨੂੰ ਲੈਂਬਰ ਲੀਲਾਂ ਵਾਲਾ ਮੇਰੇ ਨਾਲ ਬੋਲਦ ਕਰ ਗਿਆ। ਮੈਂ ਕਿਹਾ ਵੀ ਸ਼ਾਇਦ ਤੇਰਾ ਬੋਲਦ ਕਈ ਵਾਰ ਇਲਤ ਕਰ ਜਾਂਦਾ, ਵੀ ਜੋੜ ਲਾ ਤੇ ਇੰਨਾ, ਚਲੋ ਲਿਹਾਜ਼ ਆ ਗੁਆਂਢ ਮੱਥਾ, ਵੀ ਜੇ ਇਲਤ ਕਰ ਗਿਆ ਫਿਰ ਮੈਂ ਦੁਬਾਰੇ ਨਹੀਂ ਜੋੜਨਾ। ਚਲੋ ਬੋਲ ਤੋਂ ਖਰਾਬ ਕਰ ਗਿਆ, ਅਸੀਂ ਛੱਡ ਕੇ ਬੰਨ ਲਿਆ। ਇਹ ਬਹਾਦਰ ਮੈਨੂੰ ਕਹਿੰਦਾ ਬੋਲਦ ਮੇਜੀ ਨਾਲ ਜੋੜਦੇ ਵਾਂ, ਮੇਜੀ ਨੇ ਕਿੱਥੇ ਮੰਨਣਾ, ਕਹਿੰਦਾ ਨਹੀਂ ਮੰਨ ਜਾਣਾ, ਜਾਤੇ ਦੇ ਰੰਗ ਦੇਖ ਲਾ, ਮੁੜ ਕੇ ਢਿੱਲਾ ਹੋ ਕੇ ਜਿੱਤ ਕੇ ਕਿੱਥੇ ਦੀ ਕਿੱਥੇ ਗਿਆ, ਮੁੜ ਕੇ ਵੀ ਬਹੁਤ ਮੁੜ ਕੇ ਜਦ ਅਸੀਂ ਜੋੜੇ ਤਾਂ ਬੋਲ ਸਾਡੇ ਜੀ 2 ਸਕਿੰਟ 81 ਪੁਆਇੰਟ 'ਤੇ ਜਿੱਤ ਗਿਆ, ਥੱਲੇ ਸ਼ੀਲਡ ਵੀ ਪਈ ਆ ਉਹਦੀ, ਪਹਿਲਾ ਨੰਬਰ ਕਰ ਗਿਆ।
तो लोगों ताड़िया मारतियाँ या ताड़िया मारिया पे नहीं ताड़िया मार के बॉल जाते बॉल स्क्रैच करो बंदे अपने से जहाँ का पंजा बनता ही वो बॉल स्क्रैच कर फिर तो चरणजीत पता लग गया बुकरे वाले ये बंदा तो तेन पता बहुत इमानदार सच्चा सुचा बंदा बिल्कुल ये पंचायत को आया कहिंदा बॉल काते कट रहे उन्हें कहिंदा ताड़िया मार के जताए आ ये कहिंदा लोग रुंदे मोहरे पै गए ताड़िया भी मार सकते तीन सेकेंड से काले बॉल बुकरे वाले जितना को मैं ना रखाउंदे आ तुसीं बंदिया नंबर इहनू दिओ वो चरणजीत ने सानू नंबर दवाया जितया भी उहदा बॉल सी हाँ जितया भी उहदा सी ठीक वो नंबर दवाया बस उस तों बाद फिर गेम चलदी चलदी चली गई फिर बॉल नहीं पीर दे बिना मेरे को बहादुर आ गया मंगू वाली एक बैठे मैं लिया दो मैरूपुरों एक कजन आने ने बहादुर के कोल मुंडा जसविंदर रहा हूँ पातलों का इन्होंने चंगा प्यार से वो चले गया बैड़ा लैन वो जसविंदर कहता बॉल भी दे मैं यार बॉल नहीं बेचना जानू बहादुर आ गया स्कूटर से मैं क्या इदा इदा होंगी है कहता तू फड़ा रस्था आप बैठा तेन हो रोने साधकू समाजपुरी आ मैं क्या कितने रड़े ना रह जाए मिल जाऊ कहता मिल जाऊ बेचता मेरे गल हुई असी जी 25,000 का जसविंदर फड़ाता उन्होंने मैं क्या ट्रैक्टर ट्राली लै जा तू आपे चाड़ के लै जा चलेगा जद असी उ पलिए गए तो साध मुकर गया पलिया कहता मैं नहीं बेचना बस फिर होर लिया रहे होर भी तेन पता ही है फिर लड़ी लगी गई गांह की गांह ती सू कोई दसो जो बॉल थोड़े को जाके बेचा हो गांह जाके बहुत थोड़ा नाम भी उन्हें चमकया हो अगले मालक का भी उन्हें नाम चमकया हो बॉल तो फिर असी चीना बॉल बेचा सी असी लिया जगजीत तो मैं 6,000 का जोड़ा कि उन्हें टाइमी अज तो देख लो किन्ने साल पहला 80,000 का बच्चा लिया उतों मिंदर कि पिंड का मिलो मैनपुर का तो एक ढडारी वालू बेचा सी 1,40 का वो जी बच्चा घूमते घुमाते असी जीते तो भार से आए तो मैं तो भगौरिया दर्शन लैन चले गए अभी क्या मूहो मंग रुपई कहता मैं बेचना ही नहीं असी मुड़ के आ गया जगजीत लै आ ये बंसा तो मैं अपने सुखे के ब्याह तो बाद की गल आई गल सोडी के ब्याह की किन्ने तो है 97 97 तो वो जी असी जा गए डुगर को बॉल जोड़ की खातर मैं कहता सरदार जी तेरी एक डिमांड आ मैं क्या हाँ जी दसो मैं तो चेता नहीं कहता जगजीत बॉल लै आ चीना फिर तू सौदा ना करी मैं तेन दवाना ये साढ़े नमो भी नाले से इन भुआ दे बाल गए बांसे ने मैं चल देखता ही है जब देख गए लैंबर ने देखा उन्होंने भी पता ही बॉल लगेगा असी 10 कर महाले स्कूटर के उत्ते ही तो लैंबर रस्सा खोल के तुरया आवे मैं क्या तू रस्सा खोलिया मैं कहना पला कर पला लैंबर केड़ा लैंबर इतने जगतपुर का जी जीतना रहता हूँ जटा लैंबर जगतपुर जगतपुर का ओन जी लिया के मेरे पल च रस्सा पाता मैं कहा तू मुल भी नहीं दसिया कहिंदा जगजीत ने तेन दसना मैं कह कि गल हुई कहिंदा जो कह दे मैं छपैया 6,000 देना कहिंदा 6 दे दे वो लैंबर पिंड साढ़े छड़े वो मुड़ के मैं जगजीत नूं पैसे देन आया खीरे बच्चे आए उसी ये बिंदू छोटा जिहा ही सी ओह इहनूं स्कूटर की सीट से मोहरे बहालिया कह बच्चा लैना जरूर वो बागरों तो रामचंद्र तो जगजीत जोड़ के देखता सी वो मैनू कहिंदा बे ये जे भारा हो जाना बागरू नूं बहुत बे तू हुण छड़ दे इहनूं उह लैके मैनू कहिंदा बे इक शर्त आ मैं कहा दस कहिंदा मुंडे दे रूह आ पैसा नहीं लैणा ते तों इक वी पैसे मैं देने आ जगजीत ते बेची ना सौ खा मैं कहा नहीं बेचदा 6,700 दा जगजीत ने मल्लो जोरी मैं पैसे उहनूं दित्ते उह मुंडा इहो जिहा दिल वाला सी लैंदा ही ना सी मेरे तों उन्हें बिंदु नू जानी बच्चा बिंदु नू बच्चा लैके दिता एवं ओ कहना उसका निहाला कित्थे होना बहुत दिल वाला सी जगजीत जानी मैं धक्के रुपये मंजे से रख के आ लैंदा ना सी कहिंदा मुंडे नू दिता वो बच्चा सी पालिया ये फिर लाखा बॉल गड्डी नू इत्थे आ गया सी चिंगड़ी उदा ही लैके मैं परे चले गया अमरजीता बिंदु कोल सी ये जी घूमते घुमाते
ਮਹਿਤਪੁਰੀ ਅਮਿੰਦਰ ਆ ਗਿਆ। ਇਹ ਅਮਿੰਦਰ ਕਹਿੰਦਾ ਸਾਲਿਆ ਰਾਜੇ ਘਰੋਂ ਹੁਣ ਵਪਾਰੀਆਂ ਕੋਲ ਆ ਗਿਆ ਪੁੱਛਣਾ ਕੋ, ਇਹ ਬੜੇ ਘਬਰਾਏ ਹੋ ਅਮਰਜੀਤ, ਮੈਂ ਕੁੱਟਾਂ ਮੈਂ ਕਰਨੀ, ਮੈਂ ਕੁਛ ਨਹੀਂ ਕਹੀਦਾ। ਮੈਨੂੰ ਉਹਦਾ ਭੇਤ ਸੀ ਬੋਲਦਾ, ਮੈਂ ਅਲਸੀ ਦੀਆਂ ਪੀਠਾਂ ਦੋ ਕਰਾ ਕੇ ਲਿਆ। ਜਦ ਅਸੀਂ 20-25 ਦਿਨ ਮਹੀਨਾ ਰੱਖ ਲਿਆ, ਮਹੀਨਾ ਹੀ ਜੋੜਿਆ ਹੀ ਨਹੀਂ ਗਏ, ਇੱਥੇ ਪਧਾਣੀ ਦੌੜ ਆ ਗਈ। ਪਧਾਣੀ ਦੌੜ 'ਤੇ ਉਹ ਬਾਂਸੇ ਨੇ ਮੇਰੇ ਕੋਲੋਂ ਬਹਿੜਾ ਲਿਆ ਸੀ, ਧੰਨੇ ਤੋਂ ਮੈਂ ਲਿਆ ਸੀ। ਉਹਨਾਂ ਜੋੜਿਆ ਦਾ ਨੰਬਰ ਸਾਡਾ ਤੀਆ ਹੋਇਆ ਜੀ, ਮੈਨੂੰ ਇਹ ਡੋਗਰ ਦੇ ਕਹਿੰਦੇ ਵੀ ਬੋਲ ਤੇਰਾ ਨੰਬਰ ਪਹਿਲਾਂ ਹੀ ਕਰਦਾ ਹੁੰਦਾ। ਮੈਂ ਕਿਹਾ ਚਲੋ ਠੀਕ ਆ। ਇੱਥੇ ਅਸੀਂ ਦੁਬਾਰੇ ਅੰਗਰੇਜ਼ ਨਾਲ ਬਾੜੋਵਾਲ ਜੋੜਿਆ, ਅੜਬ ਬਹੁਤ ਸੀ। ਸਾਲੇ ਨੂੰ ਮੇਰੇ ਟੱਕਰ ਮਾਰੀ, ਪੈਂਟ ਪਾਈ, ਉਹ ਰੁਪਈਆ 10,000 ਕਿਸੇ ਨੂੰ ਦੇਣਾ ਸੀ, ਮੈਂ ਜੇਬ 'ਚ ਪਾ ਆਇਆ। ਮੈਂ ਜੀ ਰੋੜਦਾ ਰੋੜਦਾ ਨਹਿਰ 'ਤੇ ਚਲੇ ਗਿਆ, ਅਮਰਜੀਤ ਨਿਆਣਾ ਸੀ, ਉਹ ਰੱਸਾ ਨਹੀਂ ਛੱਡਿਆ। ਮੈਨੂੰ ਕਹਿੰਦੇ ਇਹ ਨਹੀਂ ਜੋੜਨਾ, ਮੈਂ ਜੋੜਦੇ ਹਾਂ। ਮੈਂ ਅਮਰਜੀਤ ਨੂੰ ਮੈਂ ਪਰੈਣ ਲਿਆ ਫੜ ਕੇ ਬੰਦੇ ਕੋਲ ਬਦਲੀ ਇਹ, ਕਹਿੰਦਾ ਦੱਸ। ਮੈਂ ਕਿਹਾ ਮੈਂ ਇਹਨੂੰ ਘੁਮਾ ਕੇ ਥੱਲੇ ਛੱਡਦਾ, ਥੱਲੇ ਨੱਕ 'ਚ ਪਾ ਕੇ ਤੂੰ ਉਹਦਾ ਨੱਕ ਭੰਨੀ। ਉਹ ਐਸਾ ਕੀਤਾ ਸੀ ਰੱਸੀ ਪਾ ਲਈ, ਮੁੜ ਕੇ ਉਹ ਬੋਲ ਸਾਡਾ ਦੇਖਾ ਬੋਲ ਦਿੱਤਾ ਜੀ, ਬਹੁਤ ਜਿੱਤਿਆ। ਕੈਰੀ ਵੀ ਦੂਰੀ ਵੀ ਦੋਹਾਂ ਗੇਮਾਂ 'ਚ ਦੋਹੀਂ ਸਹੀ ਨੰਬਰ ਲਾਈ ਗਿਆ। ਇੱਕ ਤੁਸੀਂ ਪਹਿਲਾਂ ਗੱਲ ਕਰਦੇ ਸੀ ਹੁਣ, ਹਾਂ ਵੀ ਇੱਕ ਵਾਰੀ ਜਗਤਪੁਰ ਸਾਡੇ 4 ਨੰਬਰ ਪਹਿਲੇ, ਉਹ ਬਾਅਦ ਦੀ ਗੱਲ ਆ ਭਾਜੀ, ਉਹ ਤੋਂ ਬਾਅਦ ਦੀ ਗੱਲ। ਹਾਂਜੀ ਹਾਂਜੀ, ਬਸ ਫਿਰ ਤਾਂ ਗੱਲ ਮੁਕਾਓ, ਬੋਲ ਜਿੱਤਿਆ। ਫਿਰ ਅਸੀਂ ਉਹ ਜਿੰਦਰ ਨੂੰ ਹਲਟ ਨੂੰ ਜੋੜ ਕੇ 85,000 ਦਾ ਵੇਚਿਆ। ਇਹ ਇੱਕ ਵਾਰ ਰਾਜਾ ਦਾ ਮੈਂ ਗੱਲ ਟੋਕਦਾ ਤੁਹਾਡੀ, ਜਿਹੜਾ ਹਲਟ ਨੂੰ ਚੀਨਾ ਬੋਲ ਜਿੱਤ, ਉਹ ਬਾਅਦ ਲਿਆ, ਉਹ ਬਾਅਦ 'ਚ ਲਿਆ। ਪਹਿਲਾਂ ਦੱਸਦੀਆਂ ਬਦਲੀਆਂ ਬਹੁਤ ਹੋਈਆਂ, ਮੈਂ ਤੁਹਾਨੂੰ ਦੱਸਦਾ ਗੱਲ। ਇਹ ਬਿੰਦੂ ਹੁਣੀ ਜੋੜਨ ਚਲੇ ਗਿਆ, ਇਹ ਤਾਂ ਅਮਰਜੀਤ, ਮੈਂ ਇਹ ਸਰਪੰਚ, ਸਾਡੀ ਭਰਜਾਈ ਸੀ ਲੁਧਿਆਣੇ, ਅਪਰੇਸ਼ਨ ਹੋਇਆ ਸੀ ਉਹਦਾ। ਨੰਬਰ ਨੂੰ ਮੈਂ ਕਿਹਾ ਜਾਣਾ ਨਹੀਂ, ਅਸੀਂ ਬੋਲ ਜੋੜਨੇ ਹਾਂ। ਇਹ ਕਹਿੰਦੀ ਜਾਣਾ ਕਿੱਦਾਂ ਨਹੀਂ ਖਬਰ ਨੂੰ, ਚਲੋ ਅਸੀਂ ਖਬਰ ਨੂੰ ਚਲੇ ਗਿਆ। ਇਹ ਸਾਲੇ ਨਿਆਣੇ ਬੋਲਦ ਲੈ ਗਿਆ ਜੋੜ ਕੇ, ਅਚਾਲੀ ਚਾੜ ਕੇ ਰਾਜਾ ਸਾਹਿਬ ਦੇ ਮਜਾਰੇ, ਹੇਠ ਤਾਂ ਕੋਈ ਵੀ ਨਹੀਂ ਤੁਰਦਾ ਉਹਨਾਂ 'ਚੋਂ, ਦੋ ਹੀ ਉੱਪਰ ਵਾਲੇ ਸੀ। ਅੱਛਾ, ਬੋਲਦ ਖੇਤਾਂ 'ਚ ਵੜ ਜਾਣਾ, ਇਹਨੂੰ ਵੜ ਜਾਣਾ, ਇਹਨੂੰ ਵੜ ਜਾਣਾ, ਹੁਣ ਨੌ ਕਾਹਨੂੰ ਲੈਣਾ ਇੱਥੇ ਸਾਡੇ ਲਾਗੇ ਦਾ ਬੰਦਾ। ਇਹਨੂੰ ਕਹਿੰਦਾ ਆਪਣੇ ਪੇ ਨੂੰ ਕਹੀਂ ਇੱਟਾਂ ਦਾ ਟਰੱਕ ਸਟਾ ਲਿਆ ਕਰੇ, ਪਹਿਲਾਂ ਕੰਧਾਂ ਕਰ ਲਵੇ, ਕੰਧਾਂ ਕਰਕੇ ਤਕਾਲਾਂ ਨੂੰ ਟਰੱਕ 'ਚ ਪਾ ਕੇ ਲੈ ਗਏ। ਇਹਨੂੰ ਇੰਨਾ ਪਤਾ ਨਾ, ਇਹ ਨਿਆਣਾ ਸੀ ਜ਼ਿਆਦਾ, ਇਹ ਤਕਾਲਾਂ ਨੂੰ ਜਦ ਅਸੀਂ ਆਏ ਰੋਣ, ਮੈਂ ਕਿਹਾ ਗੱਲ ਕੀ ਹੋਈ ਬੋਲ, ਇੱਦਾਂ ਇੱਦਾਂ ਹੋ ਗਏ। ਮੈਂ ਕਿਹਾ ਤੁਸੀਂ ਲਿਜਾਣੇ ਕਾਹਨੂੰ ਸੀ? ਕਹਿੰਦਾ ਜੀ ਮੈਨੂੰ ਇੱਕ ਬੰਦੇ ਨੇ ਇੱਦਾਂ ਇੱਦਾਂ ਕਰਕੇ ਉਹਦਾ ਨਾਂ ਲਿਆ ਕਿਹਾ, ਹੁਣ ਟੀਚਰ ਕੀਤੀ, ਟੀਚਰ ਕੀਤੀ। ਮੈਂ ਕਿਹਾ ਕੋਈ ਗੱਲ ਨਹੀਂ, ਜਿਗਰਾ ਕਰ, ਆਪਾਂ ਠਾ ਦਿਆਂਗੇ, ਛੇਤੀ ਠਾ ਦਿਆਂਗੇ। ਫਿਰ ਮਹੀਨਾ ਖੰਡ ਕੇ ਬੋਲ ਦੇ ਚੀਨਾ ਵੇਚਤਾ ਜਿੰਦਰ ਨੂੰ 85,000 ਦਾ। ਜਿੰਦਰ ਲੈ ਗਿਆ ਸੀ ਸਰੀ ਵਾਲਾ, ਲੈ ਗਿਆ ਸਰੀ ਵਾਲਾ। ਉਹਨੇ ਫਿਰ ਗੱਡੀ ਨੂੰ ਭਜਾਇਆ ਨਾ, ਹਲਟੋਂ ਬਹੁਤ ਜਿੱਤਿਆ ਉਹਦੇ ਕੋਲ। ਠੀਕ, ਇਹ ਫਿਰ ਅਸੀਂ ਇੱਥੇ ਆ ਗਿਆ ਸੂੰਡ, ਸੀਮਾ ਤਾਂ ਮੈਂ ਦੋ ਹੀ। ਕਹਿੰਦਾ ਕਿੱਦਾਂ ਕਰਨੀ ਆ? ਮੈਂ ਕਿਹਾ ਬੋਲਦਾ ਜਿੱਦਾਂ ਲੈਣਾ, ਜਿੰਨੇ ਮਰਜ਼ੀ ਰੁਪਈਏ ਲੱਗ ਜਾਣ। ਕਹਿੰਦਾ ਇੰਨੀ ਗਰਮੀ, ਤੂੰ ਤਾਂ ਰੁਪਈਏ ਲਾਉਂਦਾ ਨਹੀਂ। ਮੈਂ ਲਾਉਣ ਵਾਲੇ ਸਾਂ, ਲਾਉਣੇ ਹੀ ਪੈਂਦੇ ਹੁੰਦੇ ਆ ਇਹਨੂੰ। ਮੈਂ ਕਿਹਾ ਜਾ ਬੋਲ 42 ਪੇਂਦਰ ਜਿੱਤ ਕੇ ਗਿਆ, 42 ਕੈਰੀ ਦੋਹਰੀ ਨੂੰ ਇਹ ਪੁੱਛ। ਉਹ ਸੀਮੇ ਨੂੰ ਕਹਿੰਦੇ ਤੂੰ 2 ਮਹੀਨੇ ਉੱਦਾਂ ਹੀ ਭਜਾਰਾ ਲਿਆ ਕੇ ਬੋਲ, ਸਾਨੂੰ ਸਾਡਾ ਮੋੜ ਜਾਈਂ। ਕਿੰਨਾ ਕੋਲ ਸੀ? ਇਆਲੀ ਵਾਲੇ ਰਤਨ ਕੋਲ, ਇਆਲੀ ਸੀਗਾ, ਬਹੁਤ ਜਿੱਤਿਆ ਸੀ ਬੋਲ ਲਓ। ਅਤੇ ਇਹਦੀ ਆ ਗਿਆ ਮੁੜ ਕੇ, ਮੈਂ ਕਿਹਾ ਮੁੱਲ ਕੀ ਮੰਗਦੇ? ਕਹਿੰਦਾ 40,000। ਮੈਂ ਕਿਹਾ ਤੈਂ ਕੀ ਕਿਹਾ? ਕਹਿੰਦਾ 31,000। ਮੈਂ ਕਿਹਾ 31-31 ਨੂੰ ਛੱਡ, ਆਹ ਫੜਸਾਈ 40,000 ਰੁਪਈਆ ਕਹਿੰਦੇ ਬੋਲਦੇ 40,000 ਦਾ। ਹਾਂ, ਕਹਿੰਦਾ 37-38 ਨਾ ਕਹਾ। ਮੈਂ ਕਿਹਾ 39 ਬਣਾ ਕਹੀ। ਕਹਿੰਦਾ ਕੀ ਗੱਲ ਹੈ? ਮੈਂ ਗਿਆ ਘੰਟੇ ਹੀ ਸਮਝ ਨਹੀਂ, ਅਸੀਂ 40,000 ਦਾ ਜਿਹੜਾ ਲੈ ਕੇ ਬਣਿਓ ਮਾਣਕਾਣੇ ਨਾਲ ਯਾਰੀ ਦੋਸਤੀ ਸਾਡੀ ਬਹੁਤ, ਗੜਾਂਗਾ ਬੋਲ ਜਿੱਤਿਆ ਸੀ। ਬਾਰੀ ਨੂੰ ਮੈਂ ਕਿਹਾ ਬੋਲ ਲਿਆ, ਬੋਲ ਜੋੜਨਾ ਜੀ ਉੱਥੇ ਫਸ ਫਸਾ ਮੇਲੇ 'ਚ ਬੰਦਿਆਂ ਨਾਲ ਬਹੁਤ ਹੋਇਆ, ਕੋਈ ਕਹੇ ਮੈਂ ਜੋੜਨਾ, ਕੋਈ ਕਹੇ ਮੈਂ ਜੋੜਨਾ। ਕਿਹੜੇ ਮੇਲੇ ਦੀ ਗੱਲ? ਇਹ ਸੂੰਢ ਦੀ ਆ, ਸੂੰਢ ਮੇਲੇ 'ਤੇ। ਇਹ ਬਾਰੀ ਕਹਿੰਦਾ ਦੁਨੀਆਂ ਪਲਟ ਜਾ, ਜੋੜੂ ਤਾਂ ਸਰਦਾਰ ਨਾਲ ਹੀ ਜੋੜੂ, ਹੋਰ ਨਹੀਂ ਕਿਸੇ ਨਾਲ ਜੋੜਨਾ। ਉਦੋਂ ਸਰਦਾਰ ਨਾਂ ਪਿਆ, ਆ ਪਿਆ ਸੀ ਜੀ। ਇਹ 2 ਸਕਿੰਟ 'ਤੇ ਜੀ ਅਸੀਂ ਜਿੱਤ ਗਏ ਨੰਬਰ ਪਹਿਲਾਂ ਕਰ ਗਏ। ਅੱਛਾ, ਅਸੀਂ ਕਿਹਾ ਵੀ ਆਲੀ ਵਾਲੇ ਕਹਿੰਦੇ ਪੈਸਿਆਂ ਨੂੰ ਸਾਰੇ ਨੱਠ ਜਾਣਗੇ ਫ੍ਰੀ, ਕਹਿੰਦੇ ਜੀ ਬੋਲਦੇ ਜਾਂ। ਐਂਟਰੀ ਵੀ ਮੈਂ ਭਾਈ ਬੋਲਦ ਵੀ ਮੈਂ ਜੋੜਿਆ, ਇੰਨੇ ਔਖੇ ਔਖੇ ਉਹ ਨਾਮ ਦਾ ਪੀਪਾ ਚੱਕਿਆ, ਚੱਕ ਕੇ ਟੈਂਪੂ 'ਚ ਰੱਖ ਲਿਆ। ਸੀਮਾ ਕਹਿੰਦਾ ਬੋਲਦ ਲਿਆ ਅਸੀਂ, ਕਹਿੰਦੇ ਬਿਨਾਂ ਰੁਪਈਆਂ ਤੋਂ ਦੇ ਦਈਏ, ਕੱਲ੍ਹ ਨੂੰ ਰੁਪਈਏ ਲੈ ਆਇਓ। ਅੱਛਾ, ਜਾ ਜੀ ਇੰਨੀ ਗੱਲ, ਉਹ ਤਾਂ ਟੈਂਪੂ ਭਜਾ ਕੇ ਚਲੇ ਗਿਆ। ਚਰਨਜੀ ਬੁਗਰੇ ਵਾਲਾ ਲੈਂਦਾ ਸੀ ਉੱਥੇ ਪਰੇ, ਮਨਜੀਤ ਸਾਡਾ ਮਸੇਰੇ ਜਿਹਾ ਲੱਗਦਾ, ਉਹਦੇ ਘਰ ਬੈਠੇ
ਮਨਜੀਤ ਮੈਨੂੰ ਪਵੇ 30 ਰੁਪਈਆ ਖਲੋਂ ਬਹੁਤ ਜਾਣਤਾ ਇਹ ਚਰਨਜੀਤ ਬੁਗਰੇ ਵਾਲਾ ਆ ਗਿਆ ਉਹਦੇ ਕੀ ਫੋਨ ਵਾ ਅੱਛਾ ਇੱਕ ਬੁਗਰੇ ਵਾਲਾ ਆ ਗਿਆ ਇਹ ਜੀ ਮੈਨੂੰ ਫਸੇ ਬਹੁਤ ਹੁਣੇ ਗੱਡੀ ਪੰਜਾਬ ਢਾਡੀ ਹੈ ਵੀ ਕਹਿਣਾ ਮਗਰ ਜਾ ਕੇ ਬਲਦ ਲਿਆਉਣਾ ਰੁਪਈਏ ਦੇਣੇ ਆ ਮੈਂ ਕਿਹਾ ਕਿੱਥੇ ਟੋਲਦੇ ਫਿਰਦਾ ਹੈ ਦੂਏ ਦਿਨ ਚੱਲਦੇ ਹਾਂ ਇਹ ਚਰਨਜੀਤ ਮੈਨੂੰ ਕਹਿੰਦਾ ਰੁਪਈਏ ਕਿੰਨੇ ਕੁ ਭਾਰ ਪਏ ਆ ਮੈਂ ਕਿਹਾ 10-12 ਹਜ਼ਾਰ ਆ ਵੀ ਕੋਈ ਨਹੀਂ ਰੁਪਈਆਂ ਦਾ ਇੰਤਜ਼ਾਮ ਕਰ ਲਵਾਂਗੇ ਮੈਨੂੰ ਕਹਿੰਦਾ ਸੇਮੇ ਨੂੰ ਕਹਿੰਦਾ ਇਹਨੂੰ ਸਿੱਧਾ ਬੁਕਰੇ ਨੂੰ ਲੈ ਗਏ ਉਹ ਬਲਦਾਂ ਵਾਲੇ ਰੋਟੀ ਰਾਟੀ ਖਿਲਾਈ ਸਾਨੂੰ ਕਹਿੰਦਾ ਚਲੋ ਬੈਂਕ 'ਚੋਂ ਰੁਪਈਏ ਕਢਾਈਏ ਜਾਂ ਰੁਪਈਏ ਕਢਾਉਣ ਗਏ ਤਾਂ ਬੈਂਕ ਬੰਦ ਕੋ ਮੁਸਲਮਾਨ ਮਰਿਆ ਸੀ ਛੁੱਟੀ ਕਹਿੰਦਾ ਇੱਕ ਬੈਂਕ ਢਾਡੀਆਂ ਦੀ ਹੈਗੀ ਆ ਮੈਂ ਕਿਹਾ ਉੱਥੇ ਚੱਲ ਚੱਲਦੇ ਹਾਂ ਉੱਥੇ ਦਾ ਛਿਗਾਰਾ ਗਿਆ ਆ ਚਲੋ ਅਸੀਂ ਚੱਕ ਵਾਲੇ ਮੀਕੇ ਨੂੰ ਫੋਨ ਕੀਤਾ ਇਹ ਕਹਿੰਦਾ ਵੀ ਰੁਪਈਆ ਮੇਰੇ ਕੋਲ 10,000 ਰੁਪਇਆ ਵੀ ਆਹ ਲੈ ਜਾਓ ਬਾਕੀ ਮੈਂ ਬੈਂਕ 'ਚੋਂ ਹੁਣੇ ਕਢਾਉਣਾ ਕਿਉਂ ਮੀਕੇ ਨਾਲ ਵੀ ਬਹੁਤ ਪ੍ਰੇਮ ਸੀ ਅਸੀਂ ਕਿਹਾ ਬੈਂਕਾਂ ਬੰਦ ਆ ਫਿਰ ਕਹਿੰਦਾ 10,000 ਮੈਂ 10 ਨੂੰ ਰਹਿਣ ਦੇ ਹੁਣ ਤੋਂ ਹੁਣ ਅਸੀਂ ਹੋਰ ਕੋਈ ਦੇਖਦੇ ਅਸੀਂ ਖਾਣ ਖਾਣੀ ਤਾਰ ਕੋ ਆਏ ਉਹਨੂੰ ਫਿਰ ਸਾਨੂੰ ਰੁਪਈਏ ਖੜ੍ਹੇ ਪੈਰ ਲਿਆ ਕੇ ਦਿੱਤੇ ਕਾਲੇ ਨੂੰ ਲਗਾਏ ਫਿਰ ਅਸੀਂ 40,000 ਨੂੰ ਬਾਲਦ ਲਿਆਂਦਾ ਫਿਰ ਉੱਥੋਂ ਮੋੜ ਕੇ ਲਿਆਏ ਬਾਲਦ ਆਹ ਉੱਥੋਂ ਜਾ ਕੇ ਲਿਆਏ ਇਹ ਕਿਹੜੇ ਸਨ ਦੀ ਗੱਲ ਹੋਊ ਇਹ ਤਕਰੀਬਨ ਹੁਣ ਚੇਤਾ 2000 ਤੋਂ ਪਹਿਲਾਂ ਦੀਆਂ 95-96 ਕੁ ਦੀਆਂ ਗੱਲਾਂ ਹੋਣੀਆਂ ਫਿਰ ਤਾਂ ਤੂੰ ਗੱਲ ਮੁਕਾ ਇਹ ਬਾਲਦ ਪਹਿਲੇ ਹੀ ਮੇਲੇ ਜੋੜਿਆ ਸ਼ਿਕਾਰੇ ਨੇ ਮੈਨੂੰ ਉੱਥੇ ਸੱਦ ਲਿਆ ਬੰਦਾ ਆ ਕੇ ਲੈ ਗਿਆ ਮੈਂ ਕਿਹਾ ਕੀ ਗੱਲ ਅੰਦਰ ਬਾਲ ਲੈ ਯਾਰੀ ਬਹੁਤ ਸੀ ਕਹਿੰਦਾ ਕੰਮ ਆ ਲੰਬੜਦਾਰ ਮੈਂ ਤਾਂ ਨੰਗਲੀਆ ਪੈਂਦਾ ਇਹ ਵਾਲੀ ਬਾਲਦਾ ਤਾਂ ਮੈਨੂੰ ਉੱਥੇ ਰੁਪਈਏ ਸੁੰਢੇ ਦਿੰਦੇ ਸੀ ਮੈਂ ਕਿਹਾ ਵੇਚਣਾ ਨਹੀਂ ਅਸੀਂ ਮਾੜਾ ਜਿਹਾ ਭਜਾਉਣਾ 8-10 ਮੇਲੇ ਚਲੋ ਇਹਨੇ ਸ਼ਿਕਾਰੇ ਨੇ ਜ਼ੋਰ ਪਾਇਆ ਕਹਿੰਦਾ ਬਾਲਦ ਰੱਖਣਾ ਖੋਲ੍ਹਣਾ ਵੀ ਨਹੀਂ ਭੰਗਲਾਂ ਤੋਂ ਰਹਿਣਾ ਵੀ ਉੱਥੇ ਹੀ ਆ ਕਹਿੰਦਾ ਰੁਪਈਏ 10 ਮੈਂ ਕਿਹਾ ਸ਼ਿਕਾਰੇ ਝੂਠ ਨਹੀਂ ਬੋਲਣਾ ਵੀ ਮਾੜਾ ਹੁੰਦਾ ਤਾਂ ਨਾ ਵੀ ਮੈਨੂੰ ਰੁਪਈਆ 80,000 ਉੱਥੇ ਹੀ ਦਿੰਦੇ ਸੀ ਇਹ ਕਹਿੰਦਾ ਵੱਧ ਲੈ ਲਾ ਮੂੰਹੋਂ ਮੰਗ ਹੋਰ ਕਿੰਨੇ ਲੈਣੇ ਆ ਮੈਂ ਕਿਹਾ ਇੱਦਾਂ ਮੂੰਹੋਂ ਵੀ ਤੈਨੂੰ ਲੋਕਾਂ ਨਾਲ ਰਲਾ ਤਾ ਚੱਲ ਤੂੰ 75,000 ਨੂੰ ਬਾਲਦ ਲੈ ਲਾ 75,000 ਉਹਨਾਂ ਤੋਂ ਮੰਗਿਆ ਆਹ ਮੰਗਿਆ ਮੈਂ 75 ਹੀ ਦੇਤਾ ਉਹਨੂੰ ਮੰਗਿਆ ਕਾਹਦਾ ਉਹ ਤਾਂ ਕਹਿੰਦਾ ਵੱਧ ਲੈ ਲਾ ਮੈਂ ਕਿਹਾ 80 ਦਿੰਦੇ ਤੈਨੂੰ 5,000 ਘੱਟ ਦੇਣਾ ਮੈਨੂੰ ਕਹਿੰਦਾ ਬਾਲਦ ਨਾ ਛੱਡਣਾ ਸੀ ਮੈਂ ਕੀ ਗੱਲ ਕਹਿੰਦਾ ਤੂੰ ਭਜਾ ਲਾ ਅਸੀਂ ਫਿਰ ਸਲੋਏ ਚਲੇ ਗਏ ਸਲੋਏ ਹੋਏ ਜੀ ਸਾਡਾ ਪਹਿਲਾ ਤਾਂ ਸੇਵੇਂ ਨੇ ਕੀਤੀ ਆ ਨੰਬਰ ਦੋ ਵਾਰ ਜੋੜਿਆ ਇਹ ਨੀਲੇ ਨਾ ਹਿਆਲੀਏ ਨਾ ਯਾਰੀ ਪਹਿਲਾਂ ਤੋਂ ਬਹੁਤ ਸੀ ਇਹ ਨੀਲੇ ਦੇ ਸਕੂਟਰ 'ਤੇ ਬਾਲ ਦੇ ਬਿੰਦੂਣੀ ਤਾਂ ਬਈਆ ਸੀਗਾ ਨਾਲ ਹੋਰ ਬੰਦੇ ਸੀਗੇ ਅਮਰਜੀਤ ਕਹਿੰਦਾ ਮੈਂ ਲੈ ਆਉਣਾ ਅਸੀਂ ਸਕੂਟਰ 'ਤੇ ਬਹਿ ਗਿਆ ਤਾਂ ਸ਼ਿਕਾਰਾ ਗੱਡੀ ਮਗਰ ਭਜਾਈ ਆਵੇ ਸਾਡੇ ਢਾਡੇ ਵਾਲਾ ਤਾਂ ਲੰਬੜਦਾਰ ਇਹਨੂੰ ਗੱਡੀ ਮਗਰੇ ਲਾ ਦਿੱਤੀ ਉਹਦਾ ਰੌਲਾ ਘਦੌੜਾ ਬਹੁਤ ਸੀ ਇਹ ਨੀਲਾ ਕਹਿੰਦਾ ਬੰਦਿਆਂ ਸਾਲਿਆਂ ਨੇ ਘੇਰ ਲਿਆ ਮੈਂ ਚੱਲ ਦੇਖੀ ਉਹ ਇਹ ਕਹਿੰਦਾ ਬੰਦੇ ਚੰਗੇ ਆ ਤੁਸੀਂ ਪੈਸੇ ਨਹੀਂ ਲਏ ਅਤੇ ਬਾਲਦ ਨੰਬਰ 2 ਕਰ ਗਿਆ ਮੈਂ ਕਿਹਾ ਘਰ ਦੀ ਗੱਲ ਆ ਤੂੰ ਮਗਰ ਬੰਦੇ ਘੱਲੇ ਸੀ ਦੂਏ ਦਿਨ ਅਤੇ ਰੁਪਈਏ ਲੈ ਕੇ ਫਿਰ ਰੁਪਈਏ ਲੈ ਲਾ ਬਾਲਦ ਸੀ ਮੈਂ ਕਿਹਾ ਆ ਗਿਆ ਉਹੀ ਬੰਦਾ ਰੁਪਈਏ ਮੰਗੀਏ ਕਿੱਦਾਂ ਇਹਨਾਂ ਜੀ ਸ਼ਿਕਾਰੇ ਨੂੰ 50,000 ਦੀ ਦੱਥੀ ਕੱਢੀ 2 ਦੱਥੀਆਂ ਕੱਢੀਆਂ ਮੈਨੂੰ ਕਹਿੰਦਾ ਕੱਢ ਲਾ ਗਿਣ ਕੇ ਮੈਂ ਤਾਂ ਨਹੀਂ ਲਿਆਣੇ ਕਹਿੰਦਾ ਕੀ ਗੱਲ ਮੈਂ ਹਨੇਰਾ ਹੋਇਆ ਅਸੀਂ 20,000 ਰੁਪਈਆ ਕੱਢਿਆ 20,000 ਕੱਢ ਕੇ ਨੀਲਾ ਮੈਂ ਤਾਂ ਅਮਰਜੀਤ ਰਾਜੇ ਵਾਲੀ ਅਮਰਿੰਦਰ ਕੋਲ ਚਲੇ ਗਏ ਫਿਰ ਅਸੀਂ ਗੁੰਮੇ ਤੋਂ ਬਾਲ ਲਿਆ ਸੌਂਸਪੁਰੀਆ ਸਾਡੇ ਬਾਈ ਦਾ ਸੌਂਸਪੁਰੀਆ ਸਾਢੇ 20,000 ਰੁਪਈਆ ਮੈਂ ਕਹਿ ਕੇ ਉਹਨੂੰ ਤੁਰ ਪਿਆ 20,000 ਕਹਿ ਕੇ ਤੁਰ ਪਿਆ ਮੈਂ ਨਹੀਂ ਲੈਣਾ ਵੱਧ ਗੁੰਮਾ ਵੀ ਨਿਆਣਾ ਹੀ ਸੀ ਵਿਚਾਰਾ ਹੁਣ ਤਾਂ ਪਿਆਰ ਆ ਚਲੋ ਬਹੁਤ ਉਹਨਾਂ ਗੁੰਮੇ ਨਾਲ ਇਹ ਜੀਤੀ ਦਾ ਗੁੰਮਾ ਛੋਟੇ ਛੋਟੇ ਸੀ ਦਰਸ਼ਨ ਹੈ ਨਾ ਸੀ ਘਰ ਨਾਲ ਬੰਦ ਸੀ ਖੇਤਾਂ 'ਚ ਇਹਨਾਂ ਦੇ ਇਹ ਨੀਲਾ ਕਹਿੰਦਾ ਆ ਫੜ ਸਾਜੀ ਮਿੰਦਰਾ ਤੂੰ 20,000 ਰੁਪਈਆ ਤੈਨੂੰ ਦੇ ਜਾਂਦੇ ਹਾਂ 2,200 ਰੁਪਈਆ 2,250 ਤੈਨੂੰ ਮੈਂ ਦਊਂ ਇਹ ਤੋਂ ਨਾ ਮੰਗੀ ਬਾਲਦ ਲੈ ਜਾਣਾ ਯਾਦ ਹੀ ਲੈ ਕੇ ਅਸੀਂ ਲਏ ਬਾਲਦ ਮਿੰਦਰ ਜਾਣਦਾ ਸੀ ਚਲੋ ਰੁਪਈਆ 2,500 ਨੂੰ ਬਾਦ ਦਿੱਤਾ ਅਸੀਂ ਘਰ ਬੰਨਿਆ ਹਨੇਰੇ ਹੋਏ ਅਸੀਂ 1 ਵਜੇ ਆਏ ਤਾਂ ਜੰਮੂ ਕਹਿੰਦੀ ਜੱਬੋ ਵਾਲੇ ਸੁਨੇਹਾ ਦੇ ਗਿਆ ਦੌੜ ਆ ਗਈ ਕਹਿ ਰਹੀ ਮੈਂ ਕਿਹਾ ਚਲੋ ਦੇਖਦੇ ਹਾਂ ਸਵੇਰ ਨੂੰ ਚਲੇ ਗਿਆ ਜੀ ਸੇਮੇ ਨੂੰ ਪਤਾ ਸੀ ਬਾਲਦ ਲੈਣ ਗਏ ਵਾ ਜਦ ਅਸੀਂ ਗਏ ਤਾਂ ਅਸੀਂ ਕਿਸੇ ਨਾਲ ਨਾ ਕੀਤਾ ਪੁੰਨਿਆ ਵਾਲਿਆ ਡੋਗਰ ਕਹਿੰਦਾ ਮੈਂ ਬਹਿੜਾ ਤੁਹਾਡੇ ਨਾਲ ਜੋੜਨਾ ਮੈਂ ਕਿਹਾ ਤੂੰ ਜੋੜ ਲਾ ਵੀ ਕੀਤਾ ਤਾਂ ਨਹੀਂ ਕਹਿੰਦਾ ਨਹੀਂ ਕੀਤਾ ਜਾਨੂੰ ਰੁੜਕੀ ਵਾਲਾ ਭਲਵਾਨ ਆ ਗਿਆ ਵੀਜ਼ਾ ਬਾਲਦ ਭੱਜਦਾ ਹੁੰਦਾ ਜੀ ਉਹਦੇ ਕੋਲ
ਉਹ ਸੇਮੇ ਤਾਂ ਮੈਨੂੰ ਕਹਿੰਦਾ ਜੇ ਚੱਲਦੀ ਆ ਜੀ ਧੱਕਾ ਖਾਤੇ ਕਰਦੇ ਹਾਂ ਬੋਲ ਤਾਂ ਮੈਂ ਕਰਕੇ ਆਇਆ ਜੋੜ ਲਿਆ ਤੁਸੀਂ। ਸੇਮਾ ਕਹਿੰਦਾ ਸੀ ਇਹ ਕੰਮ ਕਦੇ ਵੀ ਨਹੀਂ ਕੀਤਾ ਨਾ ਜ਼ਿੰਦਗੀ 'ਚ ਕਰਨਾ, ਇਹ ਨਹੀਂ ਕੰਮ ਅਸੀਂ ਕਰਨਾ ਭਲਵਾਨਾ, ਤੂੰ ਜੋੜ ਲਾ ਅਸੀਂ ਹੋਰ ਕੋਈ ਜੋੜ ਲਾਂਗੇ। ਚਲੋ ਜੀ ਅਸੀਂ ਡੋਗਰ ਨਾ ਹਟਿਆ, ਮੇਰਾ ਬੱਚਾ ਜੋੜੋ ਦੁਬਾਰੇ ਜੋੜਿਆ ਤਾਂ ਨੰਬਰ ਸਾਡਾ ਚੌਥਾ ਹੋ ਗਿਆ। ਚੌਥਾ ਹੋਇਆ ਡੋਗਰ ਨੇ ਉੱਥੋਂ ਟਰਾਲੀ 'ਚ ਬੋਲ ਚਾੜਿਆ, ਪਿੰਡ ਲੈ ਗਿਆ ਲਿਹਾਜ਼ ਬਹੁਤ ਸੀ, ਵਿਚਾਰਾ ਮਰ ਗਿਆ ਪੁੰਨੀਆਂ ਵਾਲਾ ਪੁੰਨੀਆਂ ਵਾਲਾ। ਹਾਂ ਸਾਨਵੀਂ ਦੌੜ ਆ ਗਈ, ਉਹ ਮੈਂ ਕਿਹਾ ਇਹਨੂੰ ਕੋਲ ਦੇਈ ਨਾ, ਇਹ ਨਸ਼ਾ ਨਸ਼ਾ ਨਹੀਂ ਕੋਈ ਵੀ ਚੱਕਰ, ਬੋਲ ਵਧੀਆ ਹੀ ਆ ਅਤੇ ਚਾਹ ਚੂਹ ਦੇਣੀ ਪੈਣੀ ਘੁੱਟ। ਕਹਿੰਦਾ ਕੋਈ ਗੱਲ ਨਹੀਂ। ਜਦ ਅਸੀਂ ਗਏ ਤਾਂ ਛਿੰਦਰ ਖੇੜੀ ਵਾਲਾ ਯਾਰ ਬੇਲੀ ਸਾਡਾ ਬਹੁਤ, ਕਹਿੰਦਾ ਤੁਹਾਨੂੰ ਪਤਾ ਸੀ ਵੀ ਜੱਸਣ ਨੇ ਆਉਣਾ, ਤੁਸੀਂ ਕਿੱਦਾਂ ਆਏ? ਮੈਂ ਮੇਲਾ ਦੇਖਣ। ਗੱਲ ਮੁਕਾ ਜੀ, ਅਸੀਂ ਤਾਰੇ ਵਾਲਾ ਤਾਂ ਨੀਲੇ ਵਾਲਾ ਬੱਚਾ ਛੱਡੇ, ਗਰਚਾਂ ਵਾਲੇ ਤਾਰੇ ਦਾ ਬਹੁਤ ਮਸ਼ਹੂਰ ਬੱਚਾ ਰਿਹਾ ਸਕੋਪਰੀਆ, ਉਹ ਵੀ ਸਾਡੇ ਲਾਖੇ ਬੋਲਦਾਂ ਹੀ ਨਿਕਲਿਆ ਸੀ, ਲਾਖੇ ਨਾਲ ਗੇੜਾ ਦਿੱਤਾ ਸੀ। ਉਹ ਮੁੰਡੇ ਵਿਚਾਰੇ ਮਾਤੜ ਸੀਗੇ, ਮੇਰੇ ਹਟੇ ਨਾਲ ਤੂੰ ਗੇੜਾ ਦਵਾ ਦੇ। ਮੈਂ ਕਿਹਾ ਦੇ ਲਓ ਜੇ ਗੇੜਾ ਦੇੜਾ ਬੱਚਾ ਭੱਜਿਆ ਬਹੁਤ, ਜਦੇ ਦਵਾਈ ਪੈ ਗਏ ਤਾਰੇ ਨੇ 55,000 ਦਾ ਲੈ ਲਿਆ ਉਹਦੇ। ਉਹ ਤਾਂ ਨੀਲੇ ਵਾਲਾ ਪਹਿਲਾ ਕਰ ਗਿਆ। ਜਦ ਦੂਈ ਗੱਡੀ ਛੱਡੇ ਤਾਂ ਜਗਜੀਤ ਵਾਲਾ ਬੱਚਾ ਸਾ ਮੂਸਾਪੁਰੋਂ ਡਿਆ ਸੀ, ਉਹ ਟਲ ਗਿਆ ਹੇਠੋਂ, ਸੇਮੇ ਦੇ ਹੱਥ 'ਤੇ ਸੱਟ ਲੱਗ ਗਏ। ਸੱਟ ਲੱਗੀ ਤੈਨੂੰ ਪਤਾ ਮਾੜੀ ਆ, ਇਹਨੂੰ ਅਸੀਂ ਜੈਬ ਸਿੰਘ 'ਚ ਬਹਾ ਲਿਆ। ਮੈਂ ਕਿਹਾ ਇੱਥੇ ਇਹ ਬਿੰਦੂ ਦੇ ਨਾਨਕੀ ਹੁੰਦਾ ਸੀ ਬਾਜੀਗਰ, ਉਹਦੇ ਕੋਲ ਚੱਲਦੇ ਹਾਂ, ਇਹਦੇ ਦਰਦ ਹੋਵੇ ਦੁਹਾਈ ਪਾਵੇ। ਤਾਰੇ ਨੇ ਗਲਾਸੀ ਸ਼ਰਾਬ ਵੀ ਪਿਲਾਤੀ, ਉਹਨੂੰ ਦਰਦ ਬਹੁਤ ਹੁੰਦਾ ਸੀ। ਕਹਿੰਦਾ ਇੱਕ ਹੋਰ ਸੀ ਮੈਨੂੰ ਸੀ ਦੇ ਗਲਾਸ 'ਚ ਭਾਈ ਅੱਗ ਪਾ ਗਏ, ਚੱਲ ਤਾਰੇ ਨੂੰ ਮੈਂ ਕਿਹਾ ਦੇ ਦਰਦ ਹੁੰਦਾ ਤੜਫਦਾ ਬਹੁਤ। ਇਹ ਮਹਾਰਾਜ 10 ਕੁ ਮਿੰਟ ਲੱਗੇ ਚੱਲਦੇ ਚੱਲਦੇ, ਉੱਤਰ ਕੇ ਜੈਬ ਸਿੰਘ ਛਾਲ ਮਾਰੀ ਹੈ ਨਾ। ਮੈਂ ਕਿਹਾ ਉਹ ਤੂੰ ਥੱਲੇ ਉੱਤਰ ਖੜਿਆ, ਉੱਤਰ ਖੜਿਆ ਮੈਨੂੰ ਕੰਮ ਆ। ਉਹ ਮੈਂ ਕਿਹਾ ਤੇਰਾ ਦਿਮਾਗ ਹਿੱਲਿਆ ਆ। ਕਹਿੰਦਾ ਬੋਲ ਹਰ ਜਾਣਾ। ਮੈਂ ਕਿਹਾ ਹਰ ਜਾਵੇ? ਕਹਿੰਦਾ ਇੱਦਾਂ ਕਿੱਦਾਂ ਹਰ ਜਾਓ? ਮੈਂ ਕਿਹਾ ਤੂੰ ਹੁੱਕੇਗਾ ਕਿੱਦਾਂ? ਕਹਿੰਦਾ ਗੱਡੀ ਨਾਲ ਰੱਸੇ ਬੰਨਦੇ, ਮੂਹਰੇ ਬੰਦਾ ਭੇਜਦੇ, ਡਾਂਗ ਵਾਲਾ ਰੋਕ ਕੇ ਛੱਡ ਲਵੇ। ਲਓ ਜੀ ਨੰਬਰ ਸਾਡਾ ਦੂਆ ਹੋਇਆ ਉੱਥੇ। ਸੱਟ ਲੱਗੀ ਤੇ ਮੇਰਾ ਜ਼ੋਰ ਲੱਗ ਗਿਆ ਤੇ ਮਹਾਬਤ ਸੌਂਸਪੁਰੀਏ ਦਾ। ਫਿਰ ਇਹ ਗਰਚਿਆਂ ਵਾਲਾ ਗੀਕ ਨਾ ਹਟਿਆ ਮੈਂ ਜੋੜਨਾ। ਮੈਂ ਕਿਹਾ ਤੂੰ ਜੋੜ ਲਾ, ਕਪੂਰ ਪਿੰਡ ਬਹੁਤ ਤਕੜੀ ਹੁੰਦੀ ਸੀ, ਤਿੰਨੇ ਇਨਾਮ ਹੁੰਦੇ ਸੀ। ਇਹ ਗੀਕ ਨੂੰ ਮੈਂ ਕਿਹਾ ਹੇਠ ਨਹੀਂ ਜਿੱਤਣਾ ਬੋਲ, ਮੈਨੂੰ ਉੱਤੇ ਜੋੜ ਦੇ, ਮੰਨਿਆ ਹੀ ਨਾ ਗੀਕ। ਜਾ ਨੰਬਰ ਬਣਿਆ ਸਾਡਾ 30 ਤਕਾਲਾ ਨੂੰ। ਇਹ ਸੀਮਾ ਮੈਨੂੰ ਕਹਿੰਦਾ ਹਾਰ ਦੇਖਣੀ ਸਾਲੀ ਬੜੀ ਮਾੜੀ ਆ, 30 ਨੰਬਰ ਕੀ ਪਤਾ ਹੁੰਦਾ ਨਿਕਲ ਗਿਆ, ਮੈਂ ਹੁਣ ਫਾਹਾ ਲੈ ਲੈਣਾ। ਕਹਿੰਦਾ ਬੁਗਰੇ ਦੀ ਟਰਾਲੀ 'ਚ ਸੁਣ ਲੱਗ ਗਿਆ ਆ, ਬੁਗਰੇ ਦੀ ਟਰਾਲੀ 'ਚ ਬਈ ਚਾਲ ਲਾ ਤੂੰ ਨੌਲੀ ਚੱਲ ਦੇਖ ਲਾ, ਖੜਿਆ ਨੀਲੇ ਹੋਣੀ ਬਾਹਰ ਖੜੇ ਹੋਊਗੇ ਦੇਖ ਲਾ। ਅਤੇ ਮੈਂ ਕਿਹਾ ਚੱਲ ਇੱਦਾਂ ਹੀ ਕਰ ਲੈਂਦਾ। ਮੈਂ ਚਰਨਜੀਤ ਲਿਆ ਸੀਗੀ, ਮੈਂ ਉਹਦੀ ਟਰਾਲੀ ਚਾੜਿਆ ਕਿ ਨਸਲਪੁਰੀਆ ਬੋਲ ਸੀ, ਅਸੀਂ ਨੌਲੀ ਆ ਗਏ। ਨੌਲੀ ਆਏ ਤਾਂ ਪਿਆਰੇ ਦਾ ਬੋਲਦ ਸੇਮੇ ਨੇ ਵੇਚਿਆ ਸੀ, ਉਹ ਜਾਖਲ ਸੀ ਜੀ ਕਰ ਲਿਆ ਮੈਂ, ਅਤੇ ਜੋੜਿਆ ਕਿਤੇ ਨਾ ਪਿਆਰਾ। ਕਹਿੰਦਾ ਕਿੱਦਾਂ? ਮੈਂ ਕਿਹਾ ਬਹੁਤ ਮੁੜਦਾ ਜਿੱਤਿਓ ਬੋਲ, ਅਸੀਂ ਰਾਹ ਦਿਖਾ ਲਿਆ। ਇਹ ਧਲੇਸੀਏ ਤਾਂ ਕਲਪੁਰੀਆ ਲੈਂਬਰ ਜਿੱਤਿਓ ਸੀ, ਇਹ ਬਥੇਰਾ ਲੋਕ ਜ਼ੋਰ ਲਾਉਣ, ਲੈਂਬਰ ਵੀ ਲਾਵੇ, ਨੰਬਰ ਕੱਢੋ, ਛੇਤੀ ਕਰੋ। ਪੰਚਾਇਤ ਵਾਲੇ ਕਹਿੰਦੇ 2 ਘੰਟੇ ਦਿਨ ਖੜ੍ਹਾ, ਅਤੇ ਸਾਡਾ ਮਸ਼ਹੂਰ ਏਰੀਏ ਦਾ ਬੋਲਦਾ ਵੀ ਅਸੀਂ ਇੱਦਾਂ ਜੁੜੇ ਬਿਨਾਂ ਕਿੱਦਾਂ ਕਰੀਏ। ਗੱਲ ਮੁਕਾ ਜਾਣੋ ਸੇਮਾ ਆ ਗਿਆ, ਨੰਬਰ ਜੀ ਸਾਡਾ ਦੂਆ ਹੋਇਆ। ਕਿਹੜੇ ਪਿੰਡ? ਇੱਥੇ ਨੌਲੀ, ਨੌਲੀ ਜਗਪਾਲਪੁਰ ਦੇ ਨਾਲ। ਬਾ ਉਦੋਂ ਮੈਨੂੰ ਸੇਮੇ ਨੂੰ ਕਹਿਤਾ, ਕਹਿੰਦਾ ਵੇਚਣਾ ਨਹੀਂ। ਇਹਦੀ ਫੋਟੋ ਹੈਗੀ ਸੌਂਸਪੁਰੀਏ ਬੋਲ ਦੀ? ਹੈਗੀ ਹੋਣੀ ਆ, ਆਉਣ ਸਾਰੀਆਂ ਗਵਾਚ ਗੁਜ ਗਈਆਂ, ਪਤਾ ਨਹੀਂ ਲੱਗਦਾ। ਜ਼ਿਆਦਾ ਸਮਾਨ ਚੱਕਿਆ, ਫੋਟੋਆਂ ਤਾਂ ਬਥੇਰੀਆਂ ਸੀ ਚੀਨੇ ਦੀਆਂ ਇਹਦੀਆਂ। ਬਹੁਤ ਮਸ਼ਹੂਰ ਹੋਇਆ ਸੌਂਸਪੁਰੀਏ ਬੋਲ ਦਾ? ਬਸ ਬਹੁਤ ਮਸ਼ਹੂਰ ਹੋਇਆ। ਹਾਂਜੀ ਵੀਰ ਜੀ, ਹੁਣ ਤੁਸੀਂ ਗੱਲ 1995 ਤੱਕ ਤਾਂ ਤੁਹਾਡੇ ਇਹ ਗੱਲ ਹੋ ਗਈ ਆ, ਉਹਦੇ 'ਚ ਵੀ ਚਲੋ ਤੁਸੀਂ ਮੇਨ ਬੋਲਦ ਦੱਸੇ ਆ ਵੀ ਜਿਹੜੇ ਜ਼ਿਆਦਾ ਜਿੱਤੇ ਆ, ਤੁਸੀਂ ਲਿਆਂਦੇ ਵੀ ਬਹੁਤ ਅਤੇ ਵੇਚੇ। ਚਲੋ ਸੌਂਸਪੁਰੀਆ ਤਾਂ ਬੋਲਦ ਅਸੀਂ ਵੇਚਿਆ ਨਹੀਂ, ਕਹਿਰੀ ਵੀ ਬਹੁਤ ਜਿੱਤਿਆ, ਦੋਹਰੀ ਵੀ ਬਹੁਤ ਜਿੱਤਿਆ, ਉਹ ਤਾਂ ਵੇਚਿਆ ਨਹੀਂ, ਘਰੇ ਰਹਿ ਗਿਆ। ਹੁਣ ਤੁਸੀਂ 1995 ਤੋਂ ਲੈ ਕੇ ਸਨ 2000 ਤੱਕ ਫਿਰ ਦੱਸੋ ਵੀ ਕਿਹੜੇ ਬੋਲਦ ਤੁਸੀਂ ਲਿਆ ਕੇ ਅਤੇ ਉਹ ਤੁਹਾਡੇ ਜਿੱਤੇ ਆ ਇੱਧਰ ਵੀ ਅਤੇ ਮਾਲਵੇ 'ਚ ਵੀ? ਠੀਕ ਆ ਜੀ, ਫਿਰ ਅਸੀਂ ਜੀ ਲਿਆਂਦਾ ਸੀਗਾ ਰੋਮਪੁਰੀਏ ਧੰਨੇ ਤੋਂ ਬੱਚਾ ਮੈਂ, ਇਹ ਮਾਲਵੇ 'ਚ ਜਾਂ ਰੋਮਪੁਰ? ਮਾਲਵੇ 'ਚ 10,000 ਨੂੰ ਉਹ ਬਹਿੜਾ ਮੇਰੇ ਕੋਲ ਜਿੱਤਿਆ, ਫਿਰ ਮੈਂ ਵੇਚਤਾ ਸੀ ਮਾਲ ਵਾਲੇ ਜਸਵੀਰ ਨੂੰ, ਬਹੁਤ ਜਿੱਤਿਆ ਉਹ।
वो बैड़ा यहाँ जहाँ से दूरी नू भी कैरी नू भी जज जंदा सी जसवीर तो फिर मेरे को आ गया जब आ गया कामकार जितने नू पता भी बहुत होंदे सी बिजी उस बेले वो बैड़ा भी ज़्यादा जितने एक बार मैं बैड़ा मालिक आलता मेजी को तब नंबर होती आ कर गया वो मैं बेला जा हो गया मैं क्या चल दौड़ देखे उन्हें नाले बैड़ा लिया उन्हें नाले बॉल जान लिया दौरी दौड़ मारी ये मारी हूँ तकाला हल्ट की जिदा गड्डिया आई जाने एंट्रिया पाई जाने माल गले हाँ माल गले जब मैं गया जी मैनू कहता तू की करना आया मेला तो मुक गया मैं चल घूम फिर के मुड़ जाऊ ये हूँ कहीं ना जुड़ेगा मैं आप ही इंतजाम कर लेना मैं बॉल लाया लोग कह ट्राली ना बनया उदा ही छाल मराती खेत चो ये तो छोटी मैं क्या किदा कहता हर गया मैं क्या फिर जितना तो लिया बॉल इन्हों का चावक मने ना लै जी काले नूं कहिंदा दिखाल के लिया रहा जा रहा दिखा लिया तो बॉल डेढ़ सेकेंट से जित गया पहला नंबर दोहरी दौड़ी दौड़ा ढूंगा ढूंगा से फिर तो जी गल मुका इतने बंसिए बहुत नंबर लाए वो बॉल ने फिर बंसा लाए आ फिर असी साधपुर सीते तो बॉल लै गया मैं 13,000 का सरजीत तो रोमपुरी धन्ने तो आया वो पहले दिन बनियों चंगी सी अकलपुरी लैंबर से मेला होया लैंबर कहता भी एको एक बार बॉल जोड़ने मैं क्या तेरी मर्जी आ कहता तू लैं मैं तेरे मारा तकाला खोल देंगे चलो लिहाज चंगी सी सोडी नूं मैं कहा कहता बड़ा बॉल द जोड़ ला बबली वाला जिदा सी इन्हां को वो जोड़िया सेमे नके खुला खाला करके मुड़ा जी पहले दिन हर गया नंबर 30 करके बॉल तलेतिया मुंदियां सी बहुत भारिया सोडी ने मुंदी नहीं मेरे तो अद्ध की लई हिसाब ला ला इन्नी जा रही थी मैनु देती कहिंदा लै जा बस लैने नहीं कहिंदा साढ़े दो नंबर बन गया तीन बन गया तू लै जा वो दूए दिन दूई दौड़ से लैंबर आया इधर पाल दी लैंबर अकलपुरी ने जोड़ लिया सी 66 ना शिंदे वाले ना वो 66 ना जोड़िया वो फिर पहला नंबर करके आ जी मुड़ के वह बॉल भी साढ़े को चलो शॉर्टकट बहुत जितया फिर असी माणकाले देता ही 35,000 का फिर असी बॉल लिया उधरों मरिंडे तो कह तो 15,000 रुपये का मीरपुरिया बॉल का वो भी बॉल कैरी दूरी बहुत जितया जी दोहरी घट जितया कैरी बहुत मालवे चो जे कैरी तो बॉल हटे हाँ वो लिया कंडमे लिया जी कंडम तो नहीं उन्होंने कह सकते हट जाते फिर इधर आके दोहरी चल जाते फिर मैं जैनपुरी जेले तो लिया और घरूटी मेले से लिया मैं तो सिमा गया उसी बॉल लैके गैले लिया 62,000 का 65 का बॉल खरे बद लिया होगा फिर गुड़ियाला बब्बी लै गया 65,000 का इतों तो मैं बांसे की भतीजी का उसका रिश्ता कराया सी मंडी सी रोपड़ उत्थे बॉल बेच के वो लिया वो बॉल बहुत जितया साढ़े को एक ये बॉल चरण वाला सीधा ही हल्ट चौथा नंबर गोसरी कर गया चरण कहड़ा गिल्लाले वाला जैनपुरी बॉल इन्हें गोरे ने मैं मिल गया कहता सरपंच नालू बॉल है नहीं मैं बॉल हूँ भी मैं तो पता नहीं कहिंदा कोई सीधा पुट्ठा तेरे को नहीं चलता मैं गिल वाला तक मैं बसियां तो बॉल लिया मैं हलाली बजाली हल्ट जोड़े पे खोरू पटता उन्हें कहिंदा लिया सवेरे मैं ट्राली चाढ़ के लिया मेसी टैक्सी 245 मेरे को 7 मिनट हके बोलदा डक्का नहीं लगन का सीधे ही लिया ना जी कोई सत्त मिनट दौड़ गया क्यों हली सभागी मैं जोड़ता ही बहुत ये फिर बॉल गोरा मैनू कहना गोसनी लिया तेरे मुंदी पवा के तोड़ू गोरा साधपुर साधपुर वाला बहुत मित्र सी मेरा वो मैं क्या गोरे जोड़िया नहीं कहता तू चुप करके लै ये हौला जहा ही बिंदू वो लै गया जी असी लिया के सरपंच ना जोड़िया नंबर साढ़ा चौथा रहा सरपंच केड़ा जगतपुरी हाँ सरपंच नालू बॉल देना सी ये गोरा कहता मैं मुंदी मंदी नहीं बटाउनी मेरे मेरे पा के तोड़िया ਕਹਿੰਦਾ ਦੁੱਧ ਨਹੀਂ ਲੈਣਾ ਇੰਨਾ ਬਹੁਤ ਸਾਡਾ ਨੰਬਰ ਲੱਗ ਗਿਆ ਉਹ ਬੋਲ ਜਾਣੀ ਸਿੱਧਾ ਹਲਟ ਨੂੰ ਸਾਡੇ ਕੋਲ ਜਿੱਤਿਆ ਬਾਅਦ 'ਚੋਂ ਚਲੋ ਫਿਰ ਵਿਕਦੇ ਰਹੇ ਆਉਂਦੇ ਜਾਂਦੇ ਮੀਰਪੁਰੀਆ ਬੋਲ ਬਹੁਤ ਜਿੱਤਿਆ ਪਹਿਲੇ ਦੌੜ ਉਹ ਪਹਿਲੀ ਦਿਨ ਗੱਲ ਆਖਦਾ ਮੈਂ ਢੇਰ ਪਾਵਾਂ
ਬਹਾਦਰ ਕਹਿੰਦਾ ਬਾਲਮੀਰਪੁਰੀਆ ਸੇਵੇ ਦੇ ਪਿੰਡ ਛੋਕਰੀ ਝੋਲਣਾ, ਖਰੇ ਪੱਲੀ ਕੁ ਛੋਕਰੀ ਦੌੜ। ਮੈਂ ਕਿਹਾ ਮੇਰਾ ਟਾਈਮ ਨਹੀਂ। ਕਹਿੰਦਾ ਚਾੜ ਕੇ ਮੈਂ ਲੈ ਜਾਂਦਾ, ਜਲਾਉਣ ਮਿਲ ਕੇ ਨਹੀਂ ਜੁੜਦਾ ਮੇਰੇ ਤੋਂ ਹੀ ਸੀ। ਚਲੇ ਗਏ ਬਾਂਸਾ ਤਾਂ ਅੰਗਰੇਜ਼ ਦਿੱਤਿਓ, ਇੱਕ ਸੇਮੇ ਨੂੰ ਜੋੜਨਾ ਸੀ, ਇੱਕ ਮੈਂ ਕਿਹਾ ਮੈਨੂੰ ਦੇ ਦੇ ਜਿਹੜਾ ਦੇਣਾ। ਮੈਂ ਬਾਂਸੇ ਨੂੰ ਜਿਹੜਾ ਬਿਹੜਾ ਦਿੱਤਾ ਲੱਖਾ, ਉਹਨਾਂ ਜੋੜਿਆ ਸੀ ਪਹਿਲਾਂ ਕਰਕੇ। ਕੈਰੀ ਦੌੜ ਦੀ ਗੱਲ, ਕੈਰੀ ਦੌੜ ਦੀ ਨਾਲ ਦੌੜ ਦੱਸਿਆ ਕਰੋ, ਕੈਰੀ ਕੈਰੀ ਤੁਸੀਂ ਦੋਵੇਂ ਦੌੜਾਂ ਭਜਾਉਂਦੇ ਆ ਇਕੱਠੀਆਂ ਹੀ। ਫਿਰ ਜੜਿਆਲੇ ਵੀ ਇੱਦਾਂ ਹੋਈ, ਜੜਿਆਲੇ ਫਿਰ ਅਸੀਂ ਜਿੱਤ ਗਏ, ਜੜਿਆਲਾ ਮੰਝ ਕੇ ਮੰਝ ਕੇ, ਅਤੇ ਉਹ ਬਾਲ ਵੀ ਚਲੋ ਵਿਕਦੇ ਰਹੇ। ਅਸਾਧਪੁਰੀਆ ਵੀ ਚਲੋ ਦੇ ਲੈ ਜਿੱਤੇ ਬਹੁਤ, ਐਵੇਂ ਕਹੀਏ ਗਾਉਂਦੇ ਜਾਏ। ਫਿਰ ਅਸੀਂ ਲਿਆਏ ਜੀ, ਮੈਂ 11,500 ਨੂੰ ਝੋਲਣਾ ਤੋਂ ਲਿਆ ਬੋਲ ਢਾਲਾ, ਗੜੀ ਜੀਤ ਸਿੰਘ ਹੋਈ ਸੀ ਦੌੜ, ਲਤਾਲੇ ਤੋਂ ਲਿਆ ਸੀ 20,500 ਦਾ ਬੋਲ, ਕਲੇਰਾਂ ਤੋਂ ਲਿਆ ਸੀ ਮੈਂ 7,000 ਦਾ, ਇੱਕ ਮਹੀਰ ਨੂੰ ਲਿਆ ਸੀ ਬੜਾ 5,500 ਦਾ। ਇਕੱਠੇ ਸਾਰੇ ਹੀ ਸੀ ਕੋਲ ਬੋਲ ਤੋਂ? ਇਕੱਠੇ ਹੀ ਲਿਆਂਦੇ ਸੀ ਇਹ ਤਿੰਨੇ ਹੀ। ਅੱਛਾ। ਅਤੇ ਇੱਕ ਭੂਤਨ ਤੋਂ ਬੱਚਾ ਲਿਆ ਸੀ 10,000 ਦਾ, ਇਹ 4 ਲਏ ਸੀ ਜੀ ਇਕੱਠੇ ਮੈਨੂੰ ਚੇਤਾ। ਇਹ ਫਿਰ ਗੜੀ ਜੀਤ ਸਿੰਘ ਉਹਦੇ ਝੋਲਣਾ ਵਾਲੇ ਬੋਲ ਦੇ ਨਾਲ ਜੋੜਿਆ, ਝੋਲਣਾ ਦਾ ਚਰਨੇ ਵਾਲਾ ਬੋਲ ਦਾ। ਚਰਨਾ ਕਿਹੜਾ? ਝੋਲਣਾ ਦਾ ਸੀ, ਝੋਲਣਾ ਦਾ। ਹਾਂ, ਉਹਦਾ ਭਰਾ ਹੋਟਲ ਵੀ ਕਰਦਾ ਇੱਥੇ ਲੁਧਿਆਣੇ, ਮੈਨੂੰ ਨਾਂ ਭੁੱਲ ਗਿਆ, ਜਾਣਦੇ ਚੰਗੀ ਤਰ੍ਹਾਂ, ਮਿਲ ਵੀ ਆਇਆ ਮੈਂ ਉਹਨਾਂ ਨੂੰ, ਘਰ ਦਾ ਬੱਚਾ ਪਾਲਿਆ ਸੀ, ਬਹੁਤ ਭੱਜਦਾ ਸੀ ਬੋਲ ਦਾ। ਨੰਬਰ ਸਾਡਾ ਪਹਿਲਾ ਹੋ ਗਿਆ ਜੀ ਗੜੀਜੀਤ ਸਿੰਘ। ਗੜੀਜੀਤ ਸਿੰਘ 2 ਸਤੰਬਰ ਦੀ ਦੌੜ ਮੇਰੇ ਖਿਆਲ ਦੋ ਦੀ ਹੁੰਦੀ ਆ, ਪਹਿਲਾਂ ਬਰਸਾਤ ਤੋਂ ਬਾਅਦ ਇਹੀ ਦੌੜ। ਹਾਂ, ਦੁਬਾਰੇ ਅਸੀਂ ਝੋਲਣਾ ਵਾਲਾ ਜੋੜਿਆ, ਲਤਾਲੇ ਨਾਲ 3 ਨੰਬਰ ਕਰ ਗਿਆ। ਉਦੋਂ ਗੜੀਜੀਤ ਸਿੰਘ ਮਾਲਵਾ ਆਇਆ ਸੀ, ਪੂਰਾ ਗੱਜ ਕੇ ਲੱਗਦਾ, ਮਸ਼ਹੂਰ ਦੌੜ ਸੀ ਪੂਰੀ ਮਸ਼ਹੂਰ। ਉੱਥੇ ਤੁਸੀਂ ਨੰਬਰ ਪਹਿਲਾਂ ਕੀਤਾ ਝੋਲਣਾ ਵਾਲੇ? ਹਾਂਜੀ ਹਾਂਜੀ ਹਾਂਜੀ, ਇੱਕ 3 ਕੀਤਾ, ਫਿਰ 2 ਬਾਲ ਮੇਰੇ ਰਹਿ ਗਿਆ ਭੱਜਣ ਤੋਂ। ਉਹ ਫਿਰ ਢਾਡੀਆ ਸ਼ਿਕਾਰੇ ਨੂੰ ਮੈਨੂੰ ਜੱਫੀ ਪਾ ਕੇ ਮਿਲਿਆ, ਬੜਾ ਪਿਆਰ, ਕਹਿੰਦਾ ਬਈ ਸਵਾਦ ਕਰਤਾ। ਮੈਂ ਕਿਹਾ ਲੈ ਹੁਣ ਨਹੀਂ ਜੋੜਨੇ। ਫਿਰ ਮੈਂ 2 ਖਾਲੀ ਲਏ ਸੀ ਮੋੜ ਕੇ, ਸਾਰੇ ਨਹੀਂ ਜੋੜੇ, ਸਾਰੇ ਨਹੀਂ ਜੋੜੇ। 2 ਨੰਬਰ ਪਹਿਲਾਂ ਤਾਂ 3 ਪਹਿਲਾਂ ਤਾਂ 3 ਕਰ ਗਏ। ਫਿਰ ਉਹ ਬੋਲ ਤਕੜਾ ਚਿਹਰ ਭਰੇ, ਲਤਾਲਾ ਬੋਲ ਤਾਂ ਐਡਾ ਝੋਲਣਾ ਵਾਲਾ ਤਾਂ ਫਿਰ ਵੇਚ ਦਿੱਤਾ ਸੀ, ਲਤਾਲਾ ਰਿਹਾ 2 ਸਾਲ, ਜਾਣੀ ਬਹੁਤ ਜਿੱਤਿਆ, ਜਾਣੀ ਚੋਟੀ ਚੋਟੀ ਦੇ ਜਿਹੜੇ ਉਹਨੂੰ ਮੇਲੇ ਕੀਤੇ। ਇੱਕ ਵਾਰ ਡੱਫਰ ਚਲ ਗਏ ਸੀ ਅਸੀਂ ਸੇਮੇ ਨਾਲ ਭਜਾਉਣ, ਇਹਨਾਂ ਜੋੜਿਆ ਰੇਤਾ ਬਹੁਤ ਜ਼ਿਆਦਾ ਸੀ, ਰੇਤਾ ਜ਼ਿਆਦਾ ਸੀ ਤਾਂ ਬੋਲ ਸਾਡੇ ਹਰ ਗਏ। ਇਹ ਗੋਰਾ ਸਾਧਪੁਰੀਆ ਮੈਨੂੰ ਚੇਤਾ ਨਹੀਂ ਕਿਹੜਾ ਬੋਲ ਸੀ, ਇਹਦੇ ਕੋਲ ਟਰੱਕ 'ਚ ਗਿਆ ਗੋਰਾ। ਮੈਂ ਕਿਹਾ ਉਹ ਲੇਟ ਹੋ ਗਿਆ ਬੋਲ, ਕਹਿੰਦਾ ਬੋਲ ਕਹਿੰਦਾ ਨਹੀਂ ਕੀਤਾ। ਮੈਂ ਕਿਹਾ ਵੀ ਹੁਣ ਕਿੱਦਾਂ? ਕਹਿੰਦਾ ਤੇਰੇ ਵਾਲਾ ਥੱਕ ਗਿਆ, ਲਿਆ ਥੱਲੇ ਜੋੜੀ। ਇਹ ਗੱਡੀ ਵੀ ਭਜਾਉਂਦੇ ਰਹੇ? ਗੱਡੀ ਭਜਾਉਂਦੇ ਰਹੇ ਆ। ਅਤੇ ਮੈਨੂੰ ਇੰਨਾ ਚੇਤਾ ਗੋਰੇ ਨਾ ਵੇਖ ਕੇ 2 ਨੰਬਰ ਕਰ ਗਿਆ ਕੈਰੀ ਦੌੜ। ਕੈਰੀ ਦੌੜ ਫਿਰ ਸੇਮੇ ਨੂੰ ਮੈਂ ਦੱਸਿਆ, ਮੈਂ ਕਿਹਾ ਤਾਰਾ ਪੱਠ ਹੋਇਆ ਕਿ ਪੋਲਾ ਹੋਇਆ ਕਿ ਕਰੜਾ ਹੋ ਗਿਆ, ਬੋਲ ਦੇ ਬਾਹਲਾ ਭੱਜਦਾ ਸੀ ਲਤਾਲਾ, ਬਾਹਰ ਲਤਾਲੇ ਹੋਣੀ। ਫਿਰ ਤੈਨੂੰ ਪਤਾ ਇੰਨਾ ਚਿਰ ਅਸੀਂ ਨਾ ਜਾਂ ਬੋਲ ਕਲੇਰ ਬਹੁਤ ਜਿੱਤਿਆ ਸਾਡੇ ਕੋਲ, ਉਹ ਫਿਰ ਅਸੀਂ ਆਹ ਦੇ ਦਿੱਤਾ ਸੀ ਦਾਦੂ ਵਾਲੀ ਮੇਜਰ, ਇਹ ਮੇਜਰ ਨੂੰ ਦੇ ਦਿੱਤਾ, ਢਾਲਾ ਵੀ ਵੇਚ ਦਿੱਤਾ, ਲਤਾਲਾ ਵੀ ਦੇ ਦਿੱਤਾ। ਇਹ ਮੇਜਰ ਮੈਨੂੰ ਕਹਿੰਦਾ ਵੀ ਬੋਲ ਨਹੀਂ ਜਿੱਤਦਾ। ਮੈਂ ਕਿਹਾ ਜਿੱਤ ਜੋ ਸੱਤੀ। ਕਹਿੰਦਾ ਕਦੋਂ ਜਿਤਾਵੇਂਗਾ? ਮੈਂ ਕਿਹਾ ਯਾਦ ਕਹੇ ਜੋ ਬੰਦੇ ਬਹੁਤ ਪਿਆਰ ਵਾਲੇ ਸੀ, ਅਤੇ ਇਸੇ ਦੌੜ ਆ ਗਈ ਮੈਂ ਆਇਆ। ਕਹਿੰਦਾ ਅੱਜ ਜਿਤਾ ਦੇ। ਮੈਂ ਆਖਿਆ 1 ਨੰਬਰ? ਕਹਿੰਦਾ 1 ਲੱਖ ਜਾਂ 1.25 ਲੱਖ ਦਾ। ਮੈਂ 2 ਲੱਖ ਗਿਆ ਸਮਝ। ਮਾਨ ਵਾਲੇ ਜਸਵੀਰ ਵਾਲਾ ਬੱਚਾ ਜੋੜਿਆ ਤਾਂ ਬਲਵੀਰ ਨੇ ਹੱਕੇ ਸਲੀ ਦੀ ਇਹਨੇ। ਉਹ ਬਲਵੀਰ ਨੂੰ ਕਿਹਾ ਵੀ ਮੈਂ ਕਿਹਾ ਬੋਲ ਦੀ ਛਾਲ ਪਹਿਲੀ ਬਹੁਤ ਜ਼ਿਆਦਾ, ਬਲਵੀਰ ਕਰੜਾ ਹੋ ਕੇ ਬੈਠੀ। ਉਹਨੇ ਛਾਲ ਹਜੇ ਐਡੀ ਬੜੀ ਮਾਰੀ ਹੈ, ਪਿਛਾ ਨੂੰ ਡੈਪਿਆ ਰੱਸੀ ਖਿੱਚੋ ਗਏ। ਨੰਬਰ ਹੋਇਆ ਜੀ ਸਾਡਾ 2। ਜਾਂ 2 ਹੋਇਆ ਤਾਂ ਫਿਰ ਮੈਂ ਕਿਹਾ 1 ਨੰਬਰ। ਫਿਰ ਅਮਰਜੀਤ ਤੋਂ ਬੱਚਾ ਲਿਆ ਸੀ ਮੀਕੇ ਨੇ, ਡੋਗਰ ਹੋਣਾ ਕੋ ਆਇਆ ਜਾਦੂਰੀ ਪੱਪੂ ਸੁਖਵਿੰਦਰ ਕੋਲ, ਉਹਨਾਂ ਜੋੜਿਆ 5 ਕਰ ਗਿਆ। ਫਿਰ ਬਾਅਦ 'ਚ ਲੜੀ ਚੱਲਦੀ ਰਹੀ, ਫਿਰ ਹੋਰ ਲਿਆਉਂਦੇ ਰਹੇ ਬੋਲ ਤੋਂ 2000 ਤੋਂ ਪਹਿਲਾਂ ਪਹਿਲਾਂ ਹੀ। ਸਾਨੂੰ 2000 ਤੱਕ ਜਾਣੀ ਇਹ ਬੋਲ ਤੁਸੀਂ ਲਿਆ ਕੇ ਭਜਾਏ ਵੀ? ਭਜਾਏ 2000 ਤੋਂ ਪਹਿਲਾਂ ਹਲਟ ਦੀ ਸੁਣ ਲਾ, ਜੇ ਕੋ ਕਰਾਉਣੀ ਤਾਂ ਹਲਟ ਦੀ। ਹਲਟ ਦੀ ਦੱਸੋ ਕਿਹੜੀ ਤੁਸੀਂ ਬੋਲ ਲਿਆ? ਦੱਸਣਾ 97 'ਚ ਗਿਆ ਸੀ ਮੈਂ ਜਿੰਦਰ ਨੂੰ ਮਿਲਣ, ਜਿੰਦਰ ਨਾਲ ਸਰੀ ਵਾਲੇ ਨਾਲ ਸਾਡਾ ਪਿਆਰ ਆ, ਹੁਣ ਵੀ ਬਹੁਤ, ਐਵੇਂ ਕਹੀਏ ਘਰ ਨਾਲ ਦੀ ਗੱਲ ਆ, ਅਤੇ ਜ਼ਿਆਦਾ ਪਿਆਰ ਆ। ਜਿੱਦਣ ਚੀਨਾ ਬੋਲਦ ਵੀ ਅੱਟੇ ਜੋੜਿਆ, ਸ਼ਾਇਦ ਤੁਹਾਨੂੰ ਚੇਤਾ ਹੋਊ, ਫਤਿਹਪੁਰੀਏ ਬੋਲਦ ਨਾਲ 10 ਮਿੰਟ ਹਲਟ ਨੂੰ ਲਾਏ ਸੀ ਅੱਟੇ। ਪਹਿਲਾਂ 10 ਮਿੰਟ ਦੀ ਦੌੜ ਹੁੰਦੀ? ਹਾਂ, 10 ਮਿੰਟ
ਜਦ ਉਹ ਬਾਲ ਭਜਾ ਕੇ ਹਟੇ ਤਾਂ ਬੰਦੇ ਇਕੱਠੇ ਹੋ ਗਏ, ਮੈਨੂੰ ਕਹਿੰਦੇ ਸੱਤੀ ਕਹਿ ਮੈਨੂੰ ਦੇਣਾ, ਕੋਈ ਕਹੇ ਮੈਨੂੰ ਦੇਣਾ। ਜਿੰਦਰ ਆ ਗਿਆ, ਕਹਿੰਦਾ ਕਿਹਨੂੰ ਦੇਣਾ? ਮੈਂ ਕਿਹਾ ਜਿੰਦਰ ਨੂੰ। ਫਿਰ ਜਿੰਦਰ ਨੂੰ ਅਸੀਂ ਦਿੱਤਾ ਸੀ 85,000 ਦਾ। ਇਹ ਮੈਂ ਮਿਲਣ ਗਿਆ ਤਾਂ ਉੱਥੇ ਬੰਦੇ ਆ ਗਏ, ਬੰਦੇ ਆ ਗਏ ਮੈਨੂੰ ਕਹਿੰਦੇ ਗੱਡੀ ਨੂੰ ਰੁਪਈਏ ਪੱਟੀ ਜਾਂਦਾ, ਐਂ ਕਰੀ ਜਾਂਦਾ, ਹਲਟ ਨੂੰ ਜੋੜ ਕੇ ਦੇਖ ਫਲਾਨਾ ਕਰ। ਮੈਂ ਕਿਹਾ ਉਹ ਹਲਟ ਹੁਲਟ ਨੂੰ ਚੱਲ ਕੀ ਭਜਾਉਣੇ, ਛੱਡ ਖੇੜਾ ਪੇ ਬਾੜ ਸੂਰ ਪੈ ਜਾਂਦੀ ਸਾਨੂੰ। ਗੱਲ ਮਗਾ ਦੀ ਸਾਡੀ ਬਹਿਸ ਹੋ ਪਈ, ਬਹਿਸ ਇੱਥੇ ਤਾਂ ਹੋ ਗਏ। ਮੈਨੂੰ ਕਹਿੰਦਾ ਜੇ ਤੂੰ ਸ਼ੰਕਰ ਇੱਕ ਮੇਲਾ ਲਾਜ਼ਮੇ ਤਾਂ ਤੈਨੂੰ ਅਸੀਂ ਮੰਨਾਂਗੇ। ਮੈਂ ਕਿਹਾ ਹੈਂ? ਕਹਿੰਦੇ ਆਹੋ। ਮੈਂ ਕਿਹਾ ਜੇ ਮਨਜ਼ੂਰ ਰੱਬ ਨੂੰ ਉਹਨੇ ਭਾਵੇਂ ਕਰੋੜ ਰੁਪਈਆ ਲਾ ਦੇ, ਜਿੱਤ ਨਹੀਂ ਹੁੰਦੀ। ਗੱਲ ਵੱਧ ਗਈ ਜੀ। ਜਿੰਦਰ ਨੂੰ ਮੈਂ ਕਿਹਾ ਇੱਦਾਂ ਕਰ, ਜਮਸ਼ੇਰੀਆ ਪਿੱਠਰੀ ਭੱਜਦਾ ਹੁੰਦਾ ਸੀ ਮੱਖਣ ਵਾਲਾ, ਮੈਂ ਕਿਹਾ ਉਹਨੂੰ ਪੁੱਛ ਦੇਣਾ, ਘਰ ਦੇ ਫੋਨ ਹੁੰਦੇ ਸੀ। ਕਹਿੰਦਾ ਮਹਿੰਗਾ ਮਿਲੂ। ਮੈਂ ਕਿਹਾ 2,00,000 ਰੁਪਈਏ ਨੂੰ ਲੈ ਲਏ। ਇਹ ਮੱਖਣ ਨੇ ਜਵਾਬ ਦੇ ਦਿੱਤਾ। ਮੈਂ ਕਿਹਾ ਸੱਤੀ ਹੋਣਾ ਕੋਲ ਨਾਗਣੀਆਂ ਵਾਲਾ ਬੋਲਦ ਭੱਜਦਾ ਸੀ ਗੁੱਜਰਾਂ ਵਾਲਾ। ਕਹਿੰਦਾ ਮਹਿੰਗਾ ਬਣੂ। ਮੈਂ 2-2.5-3 ਲੱਖ ਦਾ ਲੈ ਦੇ, 3.5 ਲੱਖ ਲੈਣਾ। ਇਹ ਜਿੰਦਰ ਮੈਨੂੰ ਕਹੀ ਆ, ਇੰਨਾ ਗੁੱਸਾ ਕਾਹਤੇ ਕਰ ਗਿਆ? ਮੈਂ ਕਿਹਾ ਲੈਣਾ ਬੋਲਦ ਸ਼ੰਕਰ, ਰੱਬ ਕਰੇ ਆਪਾਂ ਜਿੱਤਣਾ। ਜਾਨੋ ਜੀ ਬਾਠਾ ਵਾਲਾ ਪ੍ਰਧਾਨ ਆ ਗਿਆ, ਵਿਚਾਰਾ ਭਲਾ ਹੋਵੇ ਉਹਦਾ ਪ੍ਰਧਾਨ, ਜਿਹੜਾ ਕੀ ਨਾਂ ਉਹਦਾ, ਚਿਗਾਰੇ ਦਾ ਭਰਾ ਛੋਟਾ, ਦਲਵਾਰਾ। ਕਹਿੰਦਾ ਸਾਡਾ ਸਰਦਾਰ ਕਾਹਦੇ ਘਬਰਾ ਜਾਂ ਲਾਲੋ ਲਾਲ ਹੋਇਆ? ਮੈਂ ਕਿਹਾ ਗੱਲ ਹੋਈ ਆ, ਫਲਾਨਾ ਬੰਦਾ ਇਹ ਮੀਣਾ ਮਾਰਦਾ ਬਹੁਤ। ਕਹਿੰਦਾ ਇਹ ਤਾਂ ਸਦਾਈ ਹੋਇਆ, ਤੂੰ ਤਾਂ ਅਕਲ ਲੈਣਾ, ਤੂੰ ਗੁੱਸਾ ਕਾਹਨੂੰ ਕਰੀ ਫਿਰਦਾ? ਮੈਂ ਕਿਹਾ ਨਹੀਂ, ਪ੍ਰਧਾਨ ਬੋਲਦ ਲੈਣਾ। ਕਹਿੰਦਾ ਚੀਨਾ ਬੋਲਦ ਲੈ ਲਾ ਸਰੀ ਵਾਲਾ। ਚੀਨਾ ਬੋਲਦ ਮੈਂ ਜਿੰਦਰ ਦੇ ਸਾਵੇ ਨਾਲ ਜਲਾਇਆ ਸੀ, ਜਿੰਦਰ ਮੇਰੇ ਕੋਲ ਮਿਲਣ ਆਇਆ ਸੀ। ਮੈਂ ਕਿਹਾ ਤੂੰ ਉਹ ਜੋੜ ਭਾਰਦਵਾਜ ਨੇ ਕੜਾ ਜਿੱਤਿਆ ਸੀ ਇਹਨੇ। ਮੈਂ ਕਿਹਾ ਕੀ ਮੰਗਦੇ ਆ? ਕਹਿੰਦਾ 30,000 ਰੁਪਈਆ। ਮੈਂ ਇਹਨੂੰ 500 ਦਾ ਨੋਟ ਫੜਾਇਆ, ਮੈਂ 35 ਦਾ ਲੈ ਦੇ। ਕਿੱਥੇ ਸੀ ਬੋਲਦੇ ਇਹ? ਕਾਲੇ ਸੰਘੇ ਸੀ, ਕਾਲੇ ਸੰਘਾਂ ਸੀ। ਹਾਂਜੀ, ਬਹੁਤ ਜਿੱਤਿਆ ਸਾਡੇ ਕੋਲ ਉਹਦੀ ਬੋਲ ਦਾ ਸੀ। ਪ੍ਰਧਾਨ ਕਹਿੰਦਾ ਜਿਹੜਾ ਕਿਹੜੀ ਧੀਨਾ ਕਰਨੀ ਆ, ਉੱਠ ਚੱਲੀਏ। ਤੁਰ ਪਏ। ਉਹ ਬੰਦਾ ਕਹਿੰਦਾ ਮੈਨੂੰ ਵੀ ਨਾਲ ਲੈ ਚੱਲੋ, ਮੈਂ ਤੈਨੂੰ ਨਹੀਂ ਜਾਣਾ, ਤੇਰੀ ਤਾਂ ਹੀ ਬੰਨਣੀ ਆ। ਤਿੰਨ ਜਣੇ ਜਿੰਦਰ ਨੂੰ ਮੈਂ ਦਿਆਲ ਨੂੰ ਹਾਕ ਮਾਰ। ਕਹਿੰਦਾ ਕੀ ਗੱਲ? ਮੈਂ ਕਿਹਾ ਰਾਜ ਹੁੰਦਾ ਗੱਲ 'ਚ, ਦਿਆਲ ਕੰਮ ਆਉਣ ਵਾਲਾ ਬੰਦਾ। ਚਲੋ ਦਿਆਲ ਤਾਂ ਮੈਂ ਇੱਕ ਸਕੂਟਰ 'ਤੇ ਹੋ ਗਿਆ, ਪ੍ਰਧਾਨ ਤਾਂ ਜਿੰਦਰ ਇੱਕ 'ਤੇ ਹੋ ਗਿਆ। ਚਲੇ ਗਿਆ ਜੀ ਧੌਰ। ਮੈਂ ਤਾਂ ਦਿਆਲ ਬੈਠੇ ਰਹਿ, ਜਿੰਦਰ ਤਾਂ ਪ੍ਰਧਾਨ ਚਲੇ ਗਿਆ ਜਾਂ 55,000 ਰੁਪਈਆ ਲੱਗਾ ਤਾਂ ਪ੍ਰਧਾਨ ਭੱਜੇ ਆ। ਉਹਨੇ ਕਿੰਨੇ ਪੈਸੇ ਮੰਗੇ ਬੋਲ? ਮੰਗੇ ਹੀ ਨੇ, ਮੁੱਲ ਹੀ ਨਹੀਂ ਕੀਤਾ। ਅੱਛਾ, ਕੋਈ ਕਹਿੰਦੇ ਚੱਲਦਾ ਨਹੀਂ ਹੁੰਦਾ ਬੋਲ ਜੇ ਮੁੱਲ ਕਰੀਏ। ਅੱਛਾ, ਇਹ ਆ ਗਿਆ। ਮੈਂ ਪ੍ਰਧਾਨ ਦੌੜਾ ਖਾਧੇ ਹੋਣਾ, ਉਹ ਨੱਠ ਚਾਲੋ ਸਦਾਰਾ ਨੱਠ ਚਾਲੋ ਪੰਗਲਾ ਚੱਕ ਲਾ ਸਕੂਟਰੋਂ। ਮੈਂ ਕਿਹਾ ਬੰਬ ਡੇ ਪਿਆ, ਤੂੰ ਮੈਨੂੰ ਗੱਲ ਤਾਂ ਦੱਸ ਗੱਲ ਕੀ ਹੋਏ? ਕਹਿੰਦਾ 55,000 ਲਾ ਦਿੱਤਾ, ਮੰਨੇ ਨਹੀਂ, ਮੁੱਲ ਵੀ ਨਹੀਂ ਕਰਦੇ। ਮੈਂ ਕਿਹਾ ਫੇਕ ਹੀ ਬੰਬ ਡੱਪ ਪਿਆ, ਔਰ 55,000 ਬਹੁਤ ਹੁੰਦਾ। ਮੈਂ ਕਿਹਾ ਇੰਨਾ ਇਹਦਾ 55 ਖਰਿਆ, ਕਿੰਨੇ ਕੁ ਲੋਕਾਂ ਨੇ ਮੈਂ ਵਪਾਰ ਛੱਡਿਓ ਆ, ਕਿੰਨੇ ਕੁ ਮਰੇ ਆ, ਮੰਗੇ ਵੀ ਨਹੀਂ, ਤੂੰ ਖਾਧੇ ਧੜਕਦਾ? ਕਹਿੰਦਾ ਬੋਲਦ ਨਹੀਂ ਮਿਲਣਾ। ਮੈਂ ਕਿਹਾ ਲੈ ਕੇ ਜਾਣਾ। ਜਾਨੋ ਜਿੰਦਰ ਆ ਗਿਆ, ਮੈਂ ਬੋਲ ਦੇਖਿਆ ਤਾਂ ਮੂਹਰੇ ਕਾਹੀ ਹੈ ਭਾਈ, ਉਹ ਤਾਂ ਰੂੰ ਵਾਲੇ ਬੜੇ ਮੇਰੇ ਦੇਸੀ ਪਾਏ ਵਜੋਂ। ਮੈਂ ਘੁੰਮ ਕੇ ਆ ਕੇ ਮੈਂ ਜਿੰਦਰ ਨੂੰ ਮੈਂ ਕਿਹਾ ਜਿੱਤ ਜਾਊ? ਕਹਿੰਦਾ ਚਾਚਾ ਸਾਵੇ ਥੱਲੇ ਫੱਟੇ ਚੱਕ ਦਿਉ। ਮੈਂ ਉਰੇ ਘਰ 500 ਫੜਾ ਮੇਰੇ ਕੋਲ, ਬੋਲ ਤਾਂ ਛੱਡਣਾ ਨਾ ਜੀ, ਭਾਵੇਂ ਸਾਨੂੰ 1.5 ਲੱਖ ਦਾ ਲੈਣਾ, ਜਿੰਨੇ ਦਾ ਵੀ ਮਿਲਦਾ ਲੈਣਾ, 2 ਦਾ ਮਿਲਦਾ। ਉਹ ਮੈਂ ਜਿੱਦਾਂ ਵਪਾਰੀਆਂ ਕੋਲ ਪੱਤਾ ਜਿਹਾ ਹੁੰਦਾ, ਮੈਂ ਕਿਹਾ ਪੰਮੇ 3 ਗੱਲਾਂ ਤੇ ਨਾ ਕਰਨੀਆਂ। ਕਹਿੰਦਾ ਦੱਸ। ਮੈਂ ਫਿਰ ਮੈਂ ਚੱਲ ਜਾਣਾ। ਮੈਂ ਰੁਪਈਆ 60,000 ਲੈਣਾ। ਕਹਿੰਦਾ ਨਹੀਂ। ਮੈਂ 65 ਲੈਣਾ। ਕਹਿੰਦਾ ਨਹੀਂ। ਮੈਂ ਕਿਹਾ ਹੁਣ ਮੈਂ ਚੱਲਿਆ। ਕਹਿੰਦਾ 500 ਹੋਰ ਛੂਟ ਦਾ ਪਾ ਦੇ। ਮੈਂ ਕਿਹਾ ਫੜ ਸਾਈ, 65,500 ਨੂੰ ਹੋ ਗਿਆ, 65,500 ਦਾ ਲੈ ਲਿਆ, ਯਾਦ ਹੋ ਗਿਆ ਪੰਮੇ ਨੂੰ। ਮੈਂ ਕਿਹਾ ਇੱਥੋਂ ਘਰੋਂ ਵੀ ਡਰ ਲੱਗਦਾ, ਖੇਤੀ ਦਾ ਕੰਮ ਬਹੁਤ ਸੀ। ਮੈਂ ਰਾਤ ਰਹਿ ਗਿਆ ਉੱਥੇ। ਮੈਂ ਕਿਹਾ ਤਾਂ ਨਿੰਮ ਉਹਨੇ ਲੜਨਾ ਪਿਆ, ਤੂੰ ਰਾਤ ਰਹਿ ਗਿਆ। ਅੱਛਾ, ਉਹਨੂੰ ਮੈਂ ਕਿਹਾ ਪੰਮਿਆ ਇੱਦਾਂ ਘਰ ਫਿਰ ਤੂੰ ਜਾ ਬੋਤਲ ਲਿਆ, ਨਾਲੇ ਲਿਆ ਟੈਂਪੂ ਵਾਲਾ, ਪੈਸੇ ਫੜ। ਪੈਸੇ ਅਗਲਾ ਫੜਦਾ ਘਰ ਗਿਆ ਤਾਂ ਤੂੰ ਵਾਪਸ ਆਉਣਾ। ਉਹ ਟੈਂਪੂ ਵੀ ਨਹੀਂ ਲਿਆ, ਬੋਤਲ ਵੀ ਨਹੀਂ ਲਿਆ। ਕਹਿੰਦਾ ਟੈਂਪੂ ਮਿਲਿਆ ਨਹੀਂ। ਮੈਂ ਕਿਹਾ ਟੈਂਪੂ ਤਾਂ ਚੱਲ ਨਹੀਂ ਮਿਲ ਸਕਦਾ, ਠੇਕਾ ਬਿਨਾਂ ਹੀ ਖੁੱਲ੍ਹਾ। ਕਹਿੰਦਾ ਮੈਨੂੰ ਖਿਆਲ ਨਹੀਂ ਰਿਹਾ। ਮੈਂ ਕਿਹਾ ਨਹੀਂ, ਸਭ ਕੋ ਖਿਆਲ ਆ ਤੈਨੂੰ ਪੰਮੇ, ਕਸਰ ਪੈਸਿਆਂ ਦੀ ਆ। ਕਹਿੰਦਾ ਆਹੋ, ਇਹ ਵੀ ਹੈਗੀ ਆ, ਵੀਰੇ ਨੂੰ ਆ ਲੈਣ ਦਿਓ, ਤੁਸੀਂ ਕੱਲ੍ਹ ਨੂੰ ਲੈ ਜਿਓ। ਮੈਂ ਕੱਲ੍ਹ ਕਿਹਨੂੰ ਆਇਆ? ਬੋਲ ਤਾਂ ਗਿਆ ਰਾਤ ਨੂੰ ਪਿੰਡ। ਮੈਂ ਕਿਹਾ ਮੈਂ ਲਿਆਉਣਾ ਪੰਗਲਾਂ ਤੋਂ ਪੈਸੇ ਜਾ ਕੇ ਸ਼ਹਿਰੋਂ। ਦਿਆਲ ਬੈਠਾ ਸੀ,
ਦਿਆਲ ਕਹਿੰਦਾ ਸਾਡਾ ਸਰਦਾਰ ਹੋਵੇ ਭੰਗਲਾਂ ਨੂੰ ਰੁਪਈਏ ਜਾਵੇ ਲੈਣ। ਪੰਮੇ ਨੂੰ ਕਹਿੰਦਾ ਵਿਆਹ ਆ ਕਿੱਥੇ ਆ? ਕਹਿੰਦਾ ਸਰੀ। ਕਹਿੰਦਾ ਸਾਡੇ ਚੁਬਾਰੇ ਘਰ ਦੇਖੇ ਆ? ਕਹਿੰਦਾ ਦੇਖੇ ਆ। ਕਹਿੰਦਾ ਹਲਮਾਰੀ 'ਚ ਰੁਪਈਏ ਪਏ ਇੱਕ 'ਚ। ਜਿੰਦਰ ਨੂੰ ਕਹਿੰਦਾ ਇਹਨੂੰ ਘੱਲਣਾ ਮਾਰ ਕੇ ਜ਼ਿਆਦੇ ਅੱਧਾ ਖੇਸ ਗਿਆ। ਦਿਆਲ ਕਹਿੰਦਾ ਸੀ ਡੇਢ ਘੰਟੇ ਜਾਏ ਰੁਪਈਏ ਲੱਗੇ, ਕਾਲੇ ਸੰਘੇ ਤੋਂ ਬਾਟ ਵੀ ਹੈਗੀ। ਅੱਛਾ ਅੱਧਾ ਖੇਸੇ ਗਏ ਤਾਂ ਪੰਮਾ ਹੱਕਾਂ ਮਾਰੇ, ਮੁੜਿਓ ਮੁੜਿਓ ਮੁੜਿਓ, ਇਹ ਮੁੜਿਆ। ਕਹਿੰਦਾ ਬੋਲਦ ਲੈ ਜਾਓ। ਦਿਆਲ ਕਹਿੰਦਾ ਮੈਂ ਤੂੰ ਰੁਪਈਏ ਲੈ ਆਉਣ ਦੇ, ਨਕਦ ਲੈ ਕੇ ਬੋਲਤਾ ਹੀ ਲੈ ਜਾਣਾ। ਕਹਿੰਦਾ ਨਹੀਂ, ਮੈਂ ਕਿਹਾ ਫਿਰ ਤੈਨੂੰ ਸ਼ੰਕਰ ਜੁੜਨ ਤੋਂ ਪਹਿਲਾਂ ਰੁਪਈਏ ਮਿਲ ਜਾਣਗੇ। ਸਰਪੰਚ ਲੇਲਾਂ ਵਾਲੇ ਕੋਲ ਮੈਂ ਰੁਪਈਏ ਇਕੱਲੇ ਸੀ। ਅੱਛਾ ਬੋਲਦ ਅਸੀਂ ਲੈ ਲਿਆ। ਰਾਤ ਨੂੰ ਜਿੰਦਰ ਸੱਤੀ ਨੂੰ ਕਹਿੰਦਾ ਵੀ ਸਰਦਾਰ ਨੂੰ ਬੋਲਦ ਲੈ ਲਿਆ 65,000 ਦਾ। ਕਹਿੰਦਾ ਵਪਾਰੀ ਰੁਪਈਏ ਲੈਣ ਗਿੱਝੇ, ਉਹ ਦੇਣ ਤਾਂ ਗਿੱਝੇ, ਉਹਨੂੰ ਕਿਸੇ ਨੂੰ ਕਦੇ ਲੈ ਨਹੀਂ ਸਕਦਾ। ਇਹ ਕਹਿੰਦਾ ਹੁਣ ਤਾਂ 10-11 ਵਜੇ ਰਾਤ ਦੇ ਸਵੇਰੇ ਆ ਗਏ। ਕਹਿੰਦਾ ਮੈਂ ਉਹਨਾਂ ਨੂੰ ਖੁਰਾਕ ਦੇ ਪੈਸੇ ਦਿੱਤੇ ਆ। ਕਹਿੰਦਾ ਤੇਰੇ ਦਿੱਤੇ ਰਹਿਣ, ਅਸੀਂ ਤਾਂ ਲੈ ਆਏ ਹਾਂ। ਟੈਂਪੂ ਕੀਤਾ ਜੀ 600 ਨੂੰ। ਬੋਲਦ ਚਾੜ ਲਿਆ, ਡਾਲਾ ਲਾ ਦਿੱਤਾ। ਜਿਹਾ ਤੁਰਨ ਲੱਗੇ ਤਾਂ ਜਿੰਦਰ ਮੈਨੂੰ ਕਹਿੰਦਾ ਚਾਚਾ ਵੀ ਇੱਦਾਂ ਕਰੀ ਪਰਸੋਂ ਨੂੰ ਟਾਈਮ ਨਾਲ ਆ ਜਾਈ, ਵੀ ਪੈਡ ਚੁਕਾਉਣਾ ਮਾੜੀ ਜਿਹੀ ਪੈਡ ਖਲਣੀ ਪੈਣੀ ਬੋਲਦ ਨੂੰ, ਵੀ ਚਿਹਰ ਹੋ ਗਿਆ ਜੋੜੇ ਨੂੰ। ਮੈਂ ਕਿਹਾ ਪਰਸੋਂ ਨੂੰ? ਕਹਿੰਦਾ ਉਹ, ਮੈਂ ਕਿਹਾ ਫਿਰ ਮੈਨੂੰ ਆਉਣਾ ਹੀ ਪਊ। ਕਹਿੰਦਾ ਆਉਣਾ ਹੀ ਪੈਣਾ, ਰੁਪਈਏ ਲਾਏ ਆ। ਮੈਂ ਕਿਹਾ ਜਿੰਦਰਾ ਡਬਿੱਡੇ ਕਦੋੜੇ ਦੌੜ ਆ, ਵੀ ਮੇਰੇ ਬੋਲ ਦੋਈ ਦੋਹਰੀ ਨੂੰ ਜਿੱਤਦੇ ਆ, ਚੱਕਰ ਦੀ ਦੌੜ ਆ, ਦੋ ਹੀ ਜਿੱਤਣੇ, ਮੈਨੂੰ ਤਾਂ ਉਹਨਾਂ ਬਹੁਤ ਕੰਮ ਖਰਾਬ ਹੋਣਾ ਜੇ ਮੈਂ ਬੋਲ ਦੇਣਾ ਲੱਗਿਆ, ਗਲ ਪੈਣਗੇ ਬੰਦੇ। ਕਹਿੰਦਾ ਕਿਸੇ ਕੋਲ ਘੱਲ ਦੇਈਂ? ਮੈਂ ਕਿਹਾ ਨਹੀਂ ਜਿੰਦਰਾ। ਕਹਿੰਦਾ ਫਿਰ ਮੈਂ ਟੈਂਪੂ ਦਾ ਥੱਲੇ ਉਤਰਿਆ, ਟੈਂਪੂ ਵਾਲੇ ਨੂੰ ਮੈਂ 100 ਰੁਪਈਆ ਦਿੱਤਾ, ਮੁੰਡਾ ਲਵੇ ਨਾ। ਮੈਂ ਕਿਹਾ ਨਹੀਂ, ਤੇਰਾ ਗੇੜਾ ਮਰਿਆ, ਤੂੰ ਐਵੇਂ ਮਨ 'ਚ ਕਰੇਗਾ ਵੀ ਮੇਰਾ ਬੋਲ ਚਾੜਿਆ ਲਾਇਆ? ਜਿੰਦਰ ਨੂੰ ਮੈਂ ਡਾਲਾ ਖੋਲ। ਕਹਿੰਦਾ ਕੀ ਗੱਲ ਹੋਈ? ਮੈਂ ਕਿਹਾ ਚਾੜ ਦਿਆਂ ਤੂੰ ਬੋਲ ਡਾਲਾ ਖੋਲ। ਮੁੰਡੇ ਨੂੰ ਮੈਂ ਲੈ ਜਾ ਟੈਂਪੂ ਜਿੰਦਰ। ਕਹਿੰਦਾ ਗੱਲ ਕੀ ਹੋਈ? ਮੈਂ ਕਿਹਾ ਤੂੰ ਬੋਲ ਦਾ ਇੱਥੇ ਰੱਖ ਲਾ, ਫਿਰ ਰੁਪਈਏ ਤੈਨੂੰ ਮੈਂ ਸ਼ੰਕਰ ਪਹਿਲਾਂ ਉੱਪੜਦੇ ਕਰੂੰ ਜਿੰਦਰ, ਫਿਰ ਤੂੰ ਇੱਦਾਂ ਕਰੀ ਜੇ ਤਾਂ ਨੰਬਰ 5 ਲਾ ਤੇ, 5 'ਚ 1 ਨੰਬਰ ਆ ਗਿਆ ਫਿਰ ਰੱਖ ਲਈ, ਨਹੀਂ ਇਹਦੀ ਨੱਥ ਵੱਢ ਕੇ ਛੱਡ ਦੇ, ਤੂੰ ਨਾ ਰੱਖੀ ਜੇ ਰੱਬ ਨੂੰ ਨਾ ਮਨਜ਼ੂਰ ਹੋਇਆ, ਇੱਕ ਤੂੰ ਨਾ ਫੜੀ, ਜਿਹੜਾ ਮਰਜ਼ੀ ਫੜ ਲਵੇ, ਬਸ ਤੂੰ ਭਜਾ ਲਾ ਜਿੰਦਰਾ ਇਹਨੂੰ ਸੌਖਾ, ਮੇਰੇ ਤੋਂ ਨਹੀਂ ਭੱਜਣਾ, ਮੇਰੇ ਤੋਂ ਨਹੀਂ, ਇੱਕ ਹੀ ਭਗਾਉਣੀ 1 ਨੰਬਰ ਲਾ ਦੇ। ਉਹ ਪਰਮਾਤਮਾ ਦੇ ਬੜੀ ਬੇਅੰਤ ਆ। ਉੱਧਰੋਂ ਇਹ ਬੱਚਾ ਜਿਹੜਾ ਬਿੰਦੂ ਨੂੰ, ਉਹ ਵੀ ਤਕੜਾ ਹੋ ਗਿਆ ਸੀ, ਉਹ ਬੱਚੇ ਦੇ ਸਾਡੇ ਨੰਬਰ 2 ਕਹਿ ਰਹੇ ਨੂੰ। ਉੱਧਰੋਂ ਤੜਕੇ 4 ਵਜੇ ਆ ਤਾਂ ਲੱਲੀਆਂ ਵਾਲੇ ਮੱਖਣ ਦਾ ਪਿਆਰ ਸੀ ਬਹੁਤ ਸਾਡੇ ਨਾਲ, ਚਲੋ ਹੁਣ ਵੀ ਆ, ਹੁਣ ਵੀ ਬੜੀ ਅਸੀਂ ਉਹਦੀ ਇੱਜ਼ਤ ਕਰਦੇ ਹਾਂ। 4 ਵਜੇ ਫੋਨ ਕਰਦਾ ਖੜਕਾ ਦਿੱਤਾ, ਮੈਂ ਕਿਹਾ ਤੜਕੇ 4 ਵਜੇ ਕਿਹਦਾ ਫੋਨ ਆ ਗਿਆ? ਬਈ ਛੋਟੇ ਭਾਈ ਸਾਡੇ ਏਰੀਏ ਦੀ ਬਹਿਜਾ ਹੋ ਗਏ, ਤੈਂ ਰਿਕਾਰਡ ਕੱਢਤਾ, ਮੈਂ ਗੱਲ ਕੀ ਹੋਈ? ਕਹਿੰਦਾ ਬੋਲ ਚੀਨਾ 3:30 ਗੇੜਿਆ, 3:15 ਕਦੇ ਖਰੇ, 3 'ਤੇ ਜਿੱਤ ਗਿਆ, ਤੇਰੇ ਨਾਲ ਐਂਟਰੀ ਪਾਈ ਸੀ ਉਹਨੇ। ਕਹਿੰਦਾ ਲੋਕਾਂ ਨਾਲ ਮੇਰੀ ਬਹਿਸ ਹੋਈ, ਉਹ ਕਹਿੰਦੇ ਬੋਲ ਜਿੰਦਰ ਦਾ। ਕਹਿੰਦਾ ਮੈਂ ਕਿਹਾ ਸਰੀ ਵਾਲੇ ਵੱਢ ਹੋ ਕੇ ਮਰ ਜਾਣ, ਗੁਆਂਢ ਐਂਟਰੀ ਨਹੀਂ ਕਿਸੇ ਨਾਂ ਪਾਉਂਦੇ ਜਿੰਦਰ ਹੋਣੀ, ਫਿਰ ਬੋਲ ਤਾਂ ਲਿਆ ਉਹਨੇ ਠੀਕ ਆ। ਜਿੰਦਰ ਨਾਲ ਉਹਦਾ ਪਿਆਰ ਆ, ਬੋਲ ਲਾਉਂਦੇ ਜਾਂਦੇ ਆ, ਰਹਿੰਦੇ ਹੀ ਆ ਇਹਨਾਂ ਕੋਲ। ਉਹ ਬੋਲਦ ਫਿਰ ਸਾਡਾ ਲੇਖਾ ਹੁਣ ਬਹੁਤ ਦਿੱਤਾ, ਉੱਥੇ ਫਿਰ ਪਹਿਲਾਂ ਕੀਤਾ, ਉੱਥੇ ਪਹਿਲਾਂ 3-3 ਗੇੜਿਆਂ 'ਤੇ ਜਿਹੜੀ ਸੀ ਉਹ ਭੋਗੇ ਜੀ, ਭੋਗੇ ਫਿਰ ਭੋਗੇ, ਫਿਰ ਆ ਗਈ ਜਿੰਦਰ ਦੇ ਪਿੰਡ ਦੌੜ ਕੇ। ਉਹ ਪਿਆਰ ਸੀ ਜਿੰਦਰ ਨਾਲ ਬਹੁਤ, ਚਲੋ ਪਰਮਾਤਮਾ ਹੁਣ ਵੀ ਕਰੇ, ਬੜਾ ਮੁੰਡਾ ਇੱਜ਼ਤ ਕਰਦਾ ਸਾਡੀ, ਸਾਰੇ ਬਹੁਤ ਕਰਦੇ ਆ ਉਹ, ਅਤੇ ਦਿਆਨ ਦਾ ਸਾਨ ਤਾਂ ਮੈਂ ਭੁੱਲੇ ਨਹੀਂ ਸਕਦਾ, ਜ਼ਿੰਦਗੀ ਦੇ ਕਿੱਡੀ ਹਿੰਮਤ ਕੀਤੀ, ਉਹਦੇ ਤੁਰ ਪਿਆ ਸਕੂਟਰ ਲੈ ਕੇ, ਵਧੀਆ ਕੀਤਾ। ਅਤੇ ਫਿਰ ਆ ਗਏ ਪਿੰਡ ਦੌੜ ਜਿੰਦਰ ਦੇ। ਇਹਨੂੰ ਮੈਂ ਕਿਹਾ ਸੁੱਤਾ ਪਿਆ ਨਾ ਰਿਹਾ, ਮਿੰਟ ਲੰਘ ਗਿਆ, ਤੂੰ ਬੋਲ ਹਿਲਾ ਤਾਂ ਸਹੀ ਮਾੜੇ ਜਾ, ਗੜਾਂਗਾ ਤਾਂ ਜਮਸ਼ੇਰੀਆ ਜੁੜੇ ਸੀ, ਇਹ ਜਿੰਦਰ ਡੇਢ ਕਰਮ 'ਤੇ ਹਰ ਗਿਆ ਜੀ, ਨੰਬਰ 2 ਬੜਾ ਬੁਰਾ ਮਨਾਇਆ ਇਹਨੂੰ। ਕਹਿੰਦਾ ਚਾਚਾ ਤੂੰ ਵਿਹਲੇ ਆਇਆ ਘਰ, ਜੇ ਗੱਲ ਮੈਨੂੰ ਪਹਿਲਾਂ ਕਹਿੰਦਾ ਮੈਂ ਹਰਦਾ ਨਾ। ਫਿਰ ਅਸੀਂ ਚਲੇ ਗਏ ਆ ਜਿੱਥੇ ਉਹ ਪਰੇ ਹੁੰਦੇ ਨਹੀਂ, ਬਡੇਸਰਪੁਰ, ਉੱਥੇ ਫਿਰ ਜਾ ਕੇ 2 ਹੀ ਨੰਬਰ ਸਾਡਾ ਬਣਿਆ। ਜਾਂ 2 ਬਣਿਆ ਤਾਂ ਇੱਧਰ ਵੀ ਸਾਡੀ ਝੰਡ ਫਸੀ ਸੀ ਲੇਲੀ ਦੌੜ ਦੀ, ਇੱਥੇ ਬੋਲ ਸਾਡੇ ਭੱਜੇ ਜਾਂਦੇ, ਸਕਰੈਚ ਕਰਾ ਕਰ ਦਿੱਤੇ ਕਿ ਮਗਰ ਤਾੜੀ ਜਿੰਦਰ ਨੇ ਮਾਰੀ ਆ। ਜਿੰਦਰ ਨੇ ਆ ਕੇ ਬਡੇਸਰਪੁਰ ਵਾਲੀ ਜਜ਼ੀਰੀ ਚਿੜੀ ਤਾਂ ਜਿੰਦਰ ਨੇ ਮੇਰੇ ਗਲ ਭਾਰਤੀ ਲੇਲੀ, ਜਾਂ ਲੇਲੀ ਗਲ 'ਚ ਪਾਈ ਤਾਂ ਲੋਕ ਕਹਿਣ ਜਜ਼ੀਰੀ ਕਾਹਦੀ? ਕਹਿੰਦਾ ਇਹਦਾ ਬੋਲ ਚਿੜੀ, ਕਹਿੰਦਾ ਜਿੱਥੇ ਹਲਟ ਨੂੰ
ਉਹਦੀ ਬੜੀ ਤਕਲੀਫ ਹੋਈ ਏਰੀਏ 'ਚ ਲੋਕਾਂ ਨੂੰ ਵੀ ਇਹ ਬੋਲਦਰ ਇਹਨਾਂ ਦੇ ਬਣੇ ਆ ਵੀ ਇੰਨੇ ਪੈਸੇ ਲਾਏ ਜਿੱਤ ਗਿਆ। ਉਹ ਜਿੰਦਰ ਨੇ ਤਾੜੀ ਮਾਰਤੀ ਤਾਂ ਬੋਲ ਸਕਰੈਚ ਕਰਤੇ ਸਾਡੇ ਇੱਧਰ ਸਰਪੰਚ, ਤੁਸੀਂ ਵੀ ਗਏ ਹੋ ਸੀ, ਮੈਂ ਵੀ ਗਿਆ ਸੀ, ਗਏ ਦੋ ਜੀਪਾਂ ਲੈ ਕੇ ਕੁਛ ਗਈ ਸਾਡੀ ਮਾੜੀ ਹੜਿੱਚ ਬਾਜੀ ਉਹ ਬੋਲ ਜੋੜ ਜਲਾਉਣ 'ਚ ਤੁਹਾਨੂੰ ਦੱਸਿਆ ਸੀ ਮੈਂ ਆ ਜਿਓ ਤੁਸੀਂ, ਚਲੋ ਸਕਰੈਚ ਕਰਤੇ ਸੀ। ਅਤੇ ਜਿੰਦਰ ਮੈਨੂੰ ਕਹਿੰਦਾ ਸਕਰੈਚ ਕਰਤੇ ਕੋਈ ਗੱਲ ਨਹੀਂ ਚਾਚਾ ਜੇ ਪੰਜ ਨਾਮ ਦੇਣ, ਕਹਿੰਦਾ ਦਿਆਲ ਕਹਿੰਦਾ ਦੇਖ ਰੁਪਈਏ ਮੈਂ 10,000 ਦੂੰ, ਮੈਂ ਕਿਹਾ ਨਾਮ ਤੁਹਾਤੋਂ ਲੈਣਾ। ਇਹ ਗੱਲ ਨਿਬੜੀ, ਮੈਨੂੰ ਕਹਿੰਦੇ ਜਿੰਦਰ ਗਲਤੀ ਮੰਨ ਲਵੇ, ਮੈਂ ਕਿਹਾ ਵਰਕਾ ਪਾੜਦੇ ਜਿੰਦਰ ਸਾਡਾ ਪ੍ਰਾਹੁਣਾ ਸਾਡੇ ਏਰੀਏ ਦਾ ਜਵਾਈ ਭਾਈ ਆ, ਉਹ ਮਿਹਨਤ ਕਰੋ ਅਸੀਂ ਨਾਮ ਨਹੀਂ ਲੈਣਾ। ਇਹ ਜੀ ਗੱਲ ਹੁੰਦੀ ਹੁੰਦੀ ਇੱਥੇ ਬੰਦੇ ਬੋਲ ਭਜਾਉਣ ਵਾਲੇ ਨਾ ਹੋ ਪਏ ਮੇਰੇ, ਮੈਂ ਕਿਹਾ ਇੱਦਾਂ ਕਰਿਓ ਢਾਡੀਆਂ ਦਾ ਬੋਲ ਸੀ ਨਾਲ ਬੇਈ ਪਾਰ, ਤੁਸੀਂ ਇੱਧਰ ਨੂੰ ਹੋਇਓ ਤੁਹਾਡੇ ਰੋਜ਼ ਸਕਰੈਚ ਕਰਾਵਾਂਗੇ। ਫਿਰ ਕੁਛ ਤੁਸੀਂ ਕਿਹਾ ਹੋਊਗਾ ਹੁਣ ਚੇਤਾ ਨਹੀਂ ਇੰਨਾ, ਫਿਰ ਅਨਾਊਂਸ ਕਰਤਾ ਸਾਡਾ ਨੇਮ ਨਹੀਂ ਪਹਿਲਾਂ ਦਿੱਤਾ ਸੀ, ਬਸ ਜਦ ਤੋਂ ਚੀਨਾ ਬੋਲ ਅੱਟੇ ਵੀ 2 ਸਾਲ ਦੇਖ ਲਾ ਤੇਰੇ ਸਾਹਮਣੇ। ਫਿਰ ਉਹ ਢਿੱਲਾ ਅੰਤ ਹੀ ਛੱਡਿਆ ਨਹੀਂ ਬੋਲ ਦੌੜਾਂ ਦਾ ਤਾਂ ਉਹਨਾਂ ਵਧੀਆ ਦੌੜਿਆ, ਬਹੁਤ ਜ਼ਿਆਦਾ ਦੌੜਿਆ ਬੇਅੰਤ, ਫਿਰ ਭਰੈਣ ਲੱਗ ਗਈ, ਫਿਰ ਆ ਗਿਆ ਮੇਰੇ ਕੋਲ, ਫਿਰ ਜਿੰਦਰ ਦੇ ਚਲੇ ਗਿਆ ਪਿਆਰ ਸੀ, ਚਲੋ ਹੁਣ ਵੀ ਰੱਬ ਰੱਖੇ ਫਿਰ ਬਹੁਤ ਜਿੱਤਿਆ, ਫਿਰ ਢਿੱਲਾ ਮੱਠਾ ਹੋ ਗਿਆ। ਜਿੰਦਰ ਕਹਿੰਦਾ ਚਾਚਾ ਹੁਣ ਨਹੀਂ, ਮੈਂ ਹੁਣ ਵੀ ਡਾਕਟਰ ਪਰੇ ਨਾ ਪਰੇ ਆਪਣੇ ਕੋਲ, ਕਹਿੰਦਾ ਕਿੱਥੇ, ਮੈਂ ਕਿਹਾ ਜਾਊ ਇਹ ਸਰਪੰਚ ਕੋਲ ਆ ਗਿਆ, ਮੀਕਾ ਲੈ ਆਇਆ ਸੀ ਰਾਂਝਾ ਵਾਲਾ, ਇੱਕ ਬੋਲ ਲਿਆ ਸੀ ਇਹਨਾਂ, ਇਹ ਇੱਥੇ ਲੈ ਆਇਆ, ਇਹਨੇ ਦੇਖ ਲਾ ਸੇਵਾ ਕੀਤੀ, ਆਲਸੀ ਦਾ ਤੇਲ ਮੇਥਿਆਂ ਦਾ ਕੜਾਹ ਖੜੂ ਦਾ ਕੀਤਾ, ਬੋਲਦ ਇੰਨਾ ਮੁੜ ਕੇ ਭਾਜੀ ਤਿਆਰ ਹੋਇਆ, ਤੇਰੇ ਪਿੰਡ ਜੋੜਿਆ ਸੀ ਬਾਹਰਲੀ ਪੈਡ ਸੀ ਤੇਰੇ ਉਹਦਾ, ਇੰਨਾ ਭੱਜਾ ਤੂੰ ਗੱਲ ਮਕਾ। ਅੱਛਾ ਇਹ ਮਿੰਦਰ ਮੇਰੇ ਗੱਲ ਪੈ ਗਿਆ, ਮੈਂ ਜੋੜਨਾ, ਮੈਂ ਜਿੰਦਰ ਨੂੰ ਮੈਂ ਕਿਹਾ 3 ਸਾਲ ਆ ਬੋਲਦ ਜਿੱਤ ਜਾਊ, ਅਤੇ 1 ਸਾਲ ਪਹਿਲਾਂ ਹੋਇਆ ਸੀ 1 ਸਾਲ ਫਿਰ ਦੂਆ ਹੋਇਆ ਸੀ, ਵੀ ਐਤਕੀ ਵੀ ਅੱਟੇ ਵੀ ਐਤਕੀ ਵੀ ਬੋਲਦ ਜਿੱਤੂ, ਇਹ ਗੇਲਾ ਨਾ ਮੰਨਿਆ ਨਹੀਂ ਇਹਨੇ ਚੱਲਣਾ ਨਹੀਂ। ਜਿੰਦਰ ਖਾਲੀ ਬੋਲਦ ਲੈ ਗਿਆ ਮੋੜ ਕੇ ਸਾਵਾ, ਯਾਦ ਫਿਰ ਮੈਂ ਦਮਿੰਦਰ ਨਾਲ ਜੋੜਿਆ ਗੱਪਾਂ ਦੇ ਮੁੰਡੇ ਨਾਲ ਹੱਕਿਆ ਸੀ, ਓ ਹੋ ਹੋ ਦਵਾਈ ਪਾਤੀ ਬੋਲਦ ਨੇ ਜਿੰਦਰ, ਮੈਨੂੰ ਕਹਿੰਦਾ ਚਾਚਾ, ਮੈਂ ਕਿਹਾ ਹਾਂ, ਕਹਿੰਦਾ ਕੜਾ ਗਿਆ ਅੱਜ ਵੀ, ਕਹਿੰਦਾ ਗੇਲਾ ਨਾ ਮੰਨਿਆ। ਮੈਂ ਚਲੋ, ਮੈਂ ਕਿਹਾ ਜਿੰਦਰਾ ਹੁਣ ਮੈਂ ਰੱਖਣਾ ਨਹੀਂ, 3 ਲੱਖ ਰੁਪਈਆ ਮੈਨੂੰ ਦਿੰਦੇ ਸੀ ਜਾਂ ਅੱਟੇ ਜਿੱਤਿਆ ਬੰਦੇ ਜਮਸ਼ੇਰ ਦੇ। ਇਹ ਜਿੰਦਰ ਕਹਿੰਦਾ ਤੂੰ ਤਾਂ ਇਹ ਪੁੱਤੇ ਹੀ ਲੱਗਾ ਵੇਚਣ, ਮੈਂ ਕਿਹਾ ਨਹੀਂ ਵੇਚਦੇ, ਆਪਾਂ ਵੇਚਿਆ ਨਹੀਂ ਜਿੰਦਰ ਦੇ ਕਹਿੰਦੇ, ਮੈਂ ਨਹੀਂ ਵੇਚਦੇ ਚਲੋ। ਫਿਰ ਜਦ ਮੇਰੇ ਕੋਲ 3 ਵਾਰ ਮੁੜ ਕੇ ਆਇਆ, ਫਿਰ ਬੋਲਦ ਤੈਨੂੰ ਪਤਾ ਵਾ ਕੌਣ ਤਾਂ ਬੋਲਦ ਹੋ ਜਾਂਦੇ ਸੀ ਸਾਡੇ ਕੋਲ ਇਕੱਠੇ ਮੱਠੇ, ਇਹ ਜੀ ਮੈਂ ਚੀਨਾ ਬਿੰਡਲ ਦੌੜ ਸੀ ਤੁਹਾਡੇ, ਉੱਥੇ ਬਹੁਤ ਮਸ਼ਹੂਰ ਦੌੜ ਆ, ਉਹ ਵੀ ਭਾਰਾ ਹੁੰਦਾ ਹਲਟ ਬਿੰਡਲ, ਚਾਰ ਮਾਰਚ ਦੀ ਦੌੜ, ਹਾਂਜੀ 4 ਬੋਲਦ ਲੱਦੇ ਮੈਂ, 3 ਬਹਿੜੇ 1 ਬੋਲਦ, ਇੱਕ ਤਾਂ ਮੈਂ ਬਾਰੀ ਦੇ ਮਾਣ ਕੇ ਲਾ ਗਿਆ ਬਹੁਤ ਜਿੱਤਿਆ ਬਹਿੜਾ, ਉਹ ਬਾਰੀ ਕਹਿੰਦਾ ਪਸ਼ੂ ਜ਼ਿਆਦਾ, ਮੈਂ ਜਿੱਤ ਗਿਆ ਤਾਂ ਰੁਪਈਏ ਦੇ ਦੇਈ, ਨਹੀਂ ਤਾਂ ਰਹਿਣ ਦੇਈ, ਕਹਿੰਦਾ ਕਿੰਨੇ ਕੁ ਮੈਂ 5,000 ਦੇ ਦੇਈ, ਹੁਣ ਕਿੰਨੇ ਕੁ ਬੰਨ ਛੱਡਾਂ, ਉਹ ਵੀ ਬਹੁਤ ਬਾਰੀ ਕੋਲ ਜਿੱਤਿਆ ਬੋਲਦ। ਫਿਰ 1 ਜਿੰਦਰ ਨੂੰ ਦਿੱਤਾ, 1 ਮਹਿਤਪੁਰ ਵੇਚਿਆ, ਇਹ ਚੀਨੇ ਦਾ ਜੇ ਮੇਰੇ ਨਾਲ ਸੌਦਾ ਹੋ ਗਿਆ ਬਿੰਡਲ, ਉਹ ਦਾਦੂਵਾਲ ਦਾ ਮੁੰਡਾ ਭਜਾਉਂਦਾ ਮੈਨੂੰ, ਹੁਣ ਨੌ ਨਹੀਂ ਜਿੱਤੇ ਆਉਂਦਾ, ਭੇਡੂ ਬੋਲ ਸੀ ਮੈਨੂੰ ਸ਼ਾਇਦ ਚੇਤਾ ਆਊ, ਕਈ ਦਾਦੂਵਾਲ ਦੇ ਘਰ ਨਾ ਨਾ 7 ਨਹੀਂ ਹੋਰ ਸੀ ਮੁੰਡਾ, ਉਹ ਫਗਵਾੜੇ ਮਿਲਿਆ ਵੀ ਇੱਕ ਦਿਨ, ਹੋਰ ਆ ਤੂੰ ਨਹੀਂ ਜਾਣਦਾ, ਉਹਦੇ 2 ਨੰਬਰ ਹੋਇਆ ਬਿੰਡਲ ਸਾਡੇ। ਅੱਛਾ, ਇਹ ਘੋਗੀ ਵਾਲੇ ਨਾਰੇ ਦਿਆਲ ਵਾਲੇ ਬੋਲਦਾ, ਇਹ ਜਿੰਦਰ ਮੈਨੂੰ ਕਹਿੰਦਾ ਕਿੱਦਾਂ ਦੇ ਦੇਈਏ, ਮੈਂ ਦੇ ਪਰੇ ਕਿੱਥੇ ਭੱਜੇ ਹਲਟ ਨੂੰ ਫੈਲਣਾ, ਗੱਡੀ ਦਾ ਕੰਮ ਨਾ ਮੁੱਕਦਾ, ਉਹ ਪਰਮਾਤਮਾ ਦੇ ਰੰਗ ਉਹ ਬੋਲਦੇ, ਇੱਕ ਦੇ ਤਾਂ ਮੈਂ ਮੰਗਿਆ ਇਹਨਾਂ ਜਿੰਦਰ ਨੂੰ, ਮੈਂ ਕਰ ਲਾ ਜੋ ਕਹਾਂ 15,000 ਰੁਪਈਆ 1 ਬਹਿੜਾ ਫੜ ਭੇਡੂ, ਉਹ ਬਹਿੜਾ ਲੈ ਆਏ ਅਸੀਂ ਚਾੜ ਕੇ ਇੱਥੇ ਨੂੰ, ਭੇਡੂ ਉਹਨਾਂ ਕੋਲ ਸੀ ਪਹਿਲਾਂ, ਉਹ ਦਾਦੂ ਵਾਲੀ ਤਾਂ ਮੈਥੋਪੁਰੀ ਨਹੁੰਨੇ ਤੋਂ ਨਹੀਂ ਲਿਆ, ਪਹਿਲਾਂ ਨਹੁੰਨੇ ਕੋਲ ਸੀ, 70,000 ਦਾ ਦਾਦੂ ਵਾਲੀਆਂ ਕੋਲ ਸੀ, ਦਾਦੂ ਵਾਲੀਆਂ ਕੋਲ ਚੱਲੇ, ਮੁੰਡਾ ਮੈਨੂੰ ਨਾਂ ਨਹੀਂ ਜਾਣਾ, ਇੱਥੇ ਪਕਵਾੜੇ ਮਿਲੇ ਇੱਕ ਦਿਨ ਭੁੱਲ ਗਿਆ, ਹੁਣ ਵੀ ਆ ਬੋਲ ਦੂ ਨਹੀਂ ਆ ਦੂਆਂ ਨੂੰ ਵੇਚਿਆ ਲੰਬੜਾਂ ਨੂੰ, ਛਿੰਦੀ ਲੈ ਗੱਲ ਆ ਗਈ, ਛਿੰਦੀ ਹੁਣ ਮਿਲਿਆ। ਅੱਛਾ ਜੀ, ਭੇਡੂ ਬੋਲ ਦਾ ਆ ਗਿਆ, 1 ਬੋਲ ਦਾ ਅਸੀਂ ਹਲਵਾਰਿਓਂ ਲਿਆਏ ਸੀ, 1 ਗਗੜਾ ਲਿਆਏ ਸੀ 25,000 ਨੂੰ, ਕੁੰਮੇ ਨੂੰ ਬਹੁਤ ਬੋਲ ਦਵਾਏ, ਜੋਲ ਬੋਲ ਲਿਆਂਦਾ, ਫਿਰ ਗੱਡੀ ਵਾਲੇ ਇਕੱਠੇ ਕਰ ਲਏ, ਹਾਂਜੀ ਗੱਡੀ ਵਾਲੇ ਇਕੱਠੇ ਕਰ ਲਏ, ਗੁੰਮਾ ਤਾਂ ਜੀਦਾ ਬਾਦਦਾ ਰਹੇ, ਐਵੇਂ ਕਹੀਏ ਬਹੁਤ ਪਿਆਰ ਸੀ, ਬਹੁਤ ਚੋਟੀ ਚੋਟੀ ਦੇ ਕੁੰਮੇ ਨੇ ਬੋਲਦ ਮੈਨੂੰ ਦਿੱਤੇ, ਲਏ ਮੈਂ ਇਕੱਲੇ ਨੇ ਸੇਮੇ ਨਾਲ, ਕੋਈ ਸਾਂਝਣਾ ਸੀ ਮੇਰਾ ਉਸ ਵੇਲੇ, ਅਤੇ ਬਹੁਤ ਜਿੱਤੇ ਸਾਰੇ ਹੀ ਕਰੇ ਐਵੇਂ ਕਹੀਏ।
ਇਹ ਭੇਡੂ ਬਾਲ ਜੀ ਅਸੀਂ ਮਹੀਨਾ ਕੁ ਸੇਵਾ ਕੀਤੀ ਹੈ ਡੋਗਰ ਸੋਹਣੀ ਮਨਜੀਤ ਤਾਂ ਸੁਖਵਿੰਦਰ ਚਲ ਗਿਆ ਪੂਰੇ ਬੰਦੇ ਲੈਣ ਇਹ ਮੈਨੂੰ ਰੁਪਈਆ 70,000 ਦੇਣ ਮੈਂ ਲੱਖ ਤੋਂ ਬਾਹਰ ਵੇਚਣਾ ਦੇਣਾ ਹੀ ਨਹੀਂ ਅੱਬਲਾਂ ਬਾਲ ਦਾ ਬਿੰਦੂ ਤਕੜਾ ਹੋਇਆ ਸੀ ਸੰਭਾਲਿਆ ਕੀਤਾ ਤਾਂ ਸਾਡੇ ਭੰਗਲੀ ਦੌੜ ਹੋ ਗਏ ਜੀ ਬੜੇ ਇਹ ਜਿੰਦਰ ਦਾ ਗੇਲਾ ਆਇਓ ਜੜਾਉਣ ਉਹ ਮੇਨਾ ਬਾਲ ਤੋਂ ਬੰਦਿਆਂ ਨੇ ਕੀਤੇ ਉਹ ਭਾਅ ਜੀ ਤਕਾਲਾਂ ਨੂੰ ਮੁੱਕਰ ਗਏ ਖੀਟ ਰਹਿੰਦੀ ਤੇ ਮੈਂ ਕਿਹਾ ਜਿੰਨਾ ਚਿਰ ਮੇਰੀ ਜ਼ਿੰਦਗੀ ਤੁਹਾਡੇ ਨਾਲ ਬਾਲਦ ਨੂੰ ਜੋੜੂ ਹੁਣ ਨੌਂ ਕੀ ਲੈਣਾ ਦੋਹਾਂ ਬੰਦਿਆਂ ਨਾਲ ਮੈਂ ਜੋੜੇ ਵੀ ਇਹਦੇ ਨਾਲ ਜੋੜਨੇ ਆ ਬਾਲਦ ਕਰਕੇ ਮੁੱਕਰ ਗਿਆ ਕਰਕੇ ਮੁੱਕਰ ਗਿਆ ਗੁਆਂਢ ਦੀ ਦੌੜ ਸੀ ਗੁਆਂਢ ਦੀ ਦੌੜ ਸੀ ਉਹ ਇੱਕ ਮੁੰਡੇ ਨੂੰ ਤਾਂ ਮੈਂ ਕਿਹਾ ਤੇਰਾ ਇੱਕੋ ਭੱਜਾ ਤੂੰ ਮੁੜ ਕੇ ਲੱਭਣਾ ਬਿਨਾ ਅਸੀਂ ਤਾਂ ਜਿੱਦਾਂ ਕਿੱਦਾਂ ਫਸੇ ਹੀ ਰਹਿਣਾ ਇਹ ਜੀ ਸੀਮਾ ਸ਼ਰਾਬੀ ਹੋਇਆ ਮੈਨੂੰ ਕਹਿੰਦਾ ਹੱਕਾਂ ਕਜੜਾਵਾਂ ਮੈਂ ਕਿਹਾ ਗੱਲ ਤਾਂ ਜੋੜਨ ਦੀ ਆ ਕਹਿੰਦਾ ਫਿਰ ਮੈਂ ਭੇਡੂ ਜੋੜਦਾ ਹਲਵਾਰਾ ਤੈਨੂੰ ਤਾਂ ਜੁੜਦਾ ਹੀ ਨਾ ਸੀ ਭੇਡੂ ਬਾਲ ਦਾ ਜੋੜਿਆ ਸੇਮਾ ਵਿੱਚ ਆ ਗਿਆ ਸ਼ਰਾਬੀ ਦਾ ਦੋ ਕਰਮਾ ਚਲੋ ਨੰਬਰ ਸਾਡਾ 30 ਕੁ ਬਣਦਾ ਸੀ ਉਹ ਟਾਈਮ ਵਾਲੇ ਗਲਤ ਬੰਦੇ ਸੀ ਸਾਰੇ ਕਾਰੀਗਰ ਨਹੀਂ ਹੁੰਦੇ ਜਲਾਇਆਂ ਦੇ ਮੁੰਡੇ ਉਹਨਾਂ ਟਾਈਮ ਗੁਜ਼ਾਰਿਆ ਤੋਂ ਕਿਤੇ ਭੁਲੇਖਾ ਲੱਗ ਗਿਆ ਉਹ ਹੋਰ ਬਾਲਦ ਜਿੱਤ ਗਏ ਲੋਕ ਮੈਨੂੰ ਕਹਿੰਦੇ ਨਹੀਂ ਅੱਜ ਜਿੱਤ ਗਏ ਮੈਂ ਕਿਹਾ ਰੌਲੀ ਕੀ ਪਾਉਣੀ ਆ ਤਾਂ ਜਿੱਤੇ ਪਏ ਆ ਕਹਿੰਦੇ ਫਿਰ ਮੈਂ ਅੱਜ ਹਾਰ ਗਿਆ ਕੱਲ੍ਹ ਨੂੰ ਜਿੱਤ ਗਏ ਤਾਂ ਚਲੋ ਮੈਨੂੰ ਦਾਦੂ ਵਾਲੀ ਜਾਂ ਮੁੰਡੇ ਦਾ ਆਇਆ ਫੋਨ ਵਜੀਰ ਜੀ ਕੀ ਨਾਂ ਸੀ ਉਹ ਤਾਂ ਗਰਮੀਤਾ ਸਰਦਾਰ ਜੀ ਬਾਲ ਭੇਡੂ ਮੈਂ ਜੋੜਨਾ ਮੈਂ ਕਿਹਾ ਬਹੁਤ ਵਧੀਆ ਤੂੰ ਜੋੜ ਲਾ ਘਰ ਦਾ ਬੰਦਾ ਵੀ ਮੈਨੂੰ ਦੋ ਜੋੜਨੇ ਔਖੇ ਆ ਵੀ ਜੁੜਦੇ ਨਹੀਂ ਅਸੀਂ ਜੀ ਤੇਰੇ ਜੜਿਆਲੇ ਚਲੇ ਗਏ ਜਾਨੋ ਜੜਿਆਲੇ ਚਲੇ ਗਏ ਤਾਂ ਬੰਦਾ ਹਕਾਰੀ ਜਾ ਮੈਨੂੰ ਕਹਿੰਦਾ ਲੈ ਟਾਈਮ ਠੋਕ ਕੇ ਲੱਗ ਗਿਆ ਕਿੰਨਾ ਬਲਦਾਂ ਲਾਇਆ ਸੀ ਟਾਈਮ ਲਾਇਆ ਸੀ ਮੰਗੇ ਨੂੰ ਤਾਂ ਨੋਨੇ ਨੇ ਭੂਰੀਏ ਨੂੰ ਝੋਨਾ ਤਾਂ ਇੱਦਾਂ ਦਾ ਬੰਦਾ ਹੀ ਨਾ ਸੀ ਚਲੋ ਮੈਂ ਕਿਹਾ ਦੇਖਦੇ ਹਾਂ ਮੈਂ ਕਿਹਾ ਟਾਈਮ ਮੇਰੇ ਖਿਆਲ ਨਾਲ ਲੱਗਾ ਨਹੀਂ ਸਹੀ ਕਹਿੰਦਾ ਤੂੰ ਹੁਣ ਸਿਆਣਾ ਹੋ ਗਿਆ ਤੇਰਾ ਗੈਸ ਨਹੀਂ ਰਹਿ ਗਿਆ ਅੱਗੇ ਜਿੰਨਾ ਚਲੋ ਮੈਂ ਦੇਖ ਲੈਂਦੇ ਹਾਂ ਜਾਨੋ ਜੌਲ ਬੋਲ ਤਾਂ ਮੈਂ ਦਿੱਤਾ ਕਿਸ਼ਨਪੁਰੀ ਲਾਲੀ ਨੂੰ ਤਾਂ ਇੱਕ ਬਹਿੜਾ ਵੇਚਿਆ ਸੀ ਮੈਂ ਗਰਚਿਆਂ ਵਾਲਿਆਂ ਨੂੰ ਸੀਤਲ ਦੇ ਮੁੰਡਿਆਂ ਨੂੰ ਉਹ ਮੁੰਡੇ ਵੀ ਸਾਡੀ ਬਹੁਤ ਇੱਜ਼ਤ ਕਰਦੇ ਆ ਇੰਗਲੈਂਡ 'ਚ ਛੋਟਾ ਕੀ ਗਰਜੀਤ ਇਹ ਜੀ ਜੌਲ ਨਾ ਮੈਂ ਕਰਾ ਦਿੱਤਾ ਇਹ ਪਹਿਲਾਂ ਕਰ ਗਿਆ ਤਾਂ ਬੰਦਾ ਦੂਏ 'ਚ ਜਾਂ ਦੂਏ 'ਚ ਤਾਂ ਮੈਨੂੰ ਕਹਿੰਦਾ ਹੁਣ ਨਹੀਂ ਟਾਈਮ ਹਿਲਦਾ ਮੈਂ ਕਿਹਾ ਇੱਕ ਜੋੜੀ ਹੁਣ ਖੜੀ ਆ ਇਹ ਉਹ ਜੜਿਆਲੀਆ ਬੋਲ ਜਿਹੜਾ ਕਰਕੇ ਮੁੱਕਰੇ ਤਾਂ ਮਿਗੋ ਵਾਲੀ ਹੈ ਭਾਈਏ ਵਾਲਾ ਬੋਲ ਮੈਂ ਹੀ ਜੜਾਉਂਦਾ ਹੁੰਦਾ ਸੀ ਉਹ ਬੋਲ ਹਰ ਗਿਆ 2.5 ਸਕਿੰਟ ਮੈਨੂੰ ਕਹਿੰਦਾ ਲੈ ਗਿਆ ਗੈਸਾਂ ਹੁਣ ਤਾਂ ਅਸੀਂ ਕਿਤੇ ਜਾਂਦੇ ਨਹੀਂ ਮੈਂ ਕਿਹਾ ਦੇਖਦਾ ਰਿਹਾ ਹਾਲੇ ਕਈ ਕੁਛ ਹੀ ਹੋਣਾ ਜਾਨੋ ਪਾਪੂ ਵਾਲੀ ਮਿੱਝ ਆਏ ਮੁੰਡੇ ਹੋਰ ਭਜਾਉਂਦੇ ਜਸਵੰਤ ਹੋਣੀ ਉਹ ਜਿੱਤ ਗਏ ਧੀਏ 'ਚ ਗਿਆ ਨਹਿਰ 'ਤੇ ਨਿੰਦਰ ਖੜਾ ਮੂਸਾਪੁਰੀਆ ਜੜਾਉਣ ਗਿਆ ਸੀ ਮੈਨਾਂ ਇਹ ਗੱਲਾਂ ਕਾਰਨ ਕਹਿੰਦੇ ਨੰਬਰ ਲੈ 30 'ਚ ਖੜੇ ਹੁਣ ਕਿੱਥੇ ਨੂੰ ਜਾਣਾ ਹੁਣ ਜਿਹੜੀਆਂ ਜੋੜੀਆਂ ਭੱਜ ਗਈਆਂ ਉਹ ਨਿੰਦਰ ਠੰਡਾ ਜਿਹਾ ਬੰਦਾ ਸੀ ਉਹ ਆਹੋ ਇੱਕ ਸਰਦਾਰ ਵੀ ਲੈ ਗਿਆ ਬੱਗੂ ਜਿਹਾ ਕਹਿੰਦੇ ਕਿਹੜਾ ਆ ਇੱਥੋਂ ਦਾਦੂ ਵਾਲੋਂ ਗਿਆ ਨੋਨਾ ਖਾ ਲੈ ਕੇ ਉਹਦਾ ਰਿਸ਼ਤੇਦਾਰ ਆ ਨੋਨੇ ਦੀ ਭੈਣ ਵਿਆਹੀ ਉਹਦੇ ਭਰਾ ਨੂੰ ਉਹ ਨੋਨੇ ਨਹਾਨੇ ਤੋਂ ਗਿਆ ਆ ਉਹ ਕਹਿੰਦੇ ਹੁਣ ਕੀ ਕਰਨਾ ਬੰਦੇ ਦਾਦੂ ਵਾਲੀਏ ਉਹ ਤਾਂ ਹਾਲੇ ਮਹੀਨਾ ਹੋਇਆ ਉੱਥੇ ਗਏ ਨੂੰ ਉਹ ਤਾਂ ਕਿਸੇ ਕੰਮ ਦਾ ਵੀ ਨਹੀਂ ਨਿੰਦਰ ਦਾ ਸ਼ੈਤਾਨ ਸੀ ਬਹੁਤ ਕਹਿੰਦਾ ਗਿਆ ਕਿੱਥੇ ਆ ਭੰਗਲੀ ਗਿਆ ਆ ਉਹ ਤਾਂ ਖੂਨ ਚੇਂਜ ਕਰਦਾ ਰਾਤੋਂ ਰਾਤ ਨਲਕੇ ਦਾ ਪਾਣੀ ਇੱਦਾਂ ਦਾ ਉਹ ਕਹਿੰਦੇ ਦੇਖ ਲੈਂਦੇ ਤਾਂ ਨਲਕੇ ਦਾ ਪਾਣੀ ਜਾਂ ਛੋੜ ਕੇ ਛੱਡੇ ਗੇਲਾ ਭੱਜਣ ਨੂੰ ਤਕੜਾ ਸੀ ਜਾਂਦਾ ਦਾ ਭਰਾ ਮੈਂ ਮੂਹਰਿਓਂ ਫੜਿਆ ਨਿੰਦਰ ਜੋਤ ਪਾਉਂਦਾ ਸੀ ਗੇਲੇ ਨੂੰ ਧੱਕਿਆ ਸੀ ਪੈਠੋ ਦੀ ਗੇਲੇ ਨੂੰ 3 ਵਾਰ ਝੁੱਲ ਮਾਰਿਆ ਲਾਰ ਕੇ ਨਾਲੇ ਕੂਕ ਮਾਰਤੀ ਕਹਿੰਦਾ ਸਕਿੰਟ ਦਾ ਹੀ ਜਿੱਤ ਗਿਆ ਪਹਿਲਾਂ ਹੋ ਗਿਆ ਫਿਰ ਉਹ ਬੋਲ ਵੀ ਚਲੋ ਬਹੁਤ ਸਾਡੇ ਕੋਲ ਜਿੱਤੇ ਕੀਤੇ ਰਿਕਾਰਡ ਸੀ ਉਹ ਬੋਲ ਦਾ ਭਾਅ ਜੀ ਕਿਸੇ ਨੂੰ ਪੁੱਛ ਲਿਓ ਗੋਲ ਚੱਕਰ ਨੂੰ ਤਾਂ ਛੱਡਦਾ ਨਾ ਸੀ ਦੌੜ ਮੈਂ ਆ ਜਿਹੜੀ ਗੱਲ ਤੁਸੀਂ ਵਿੱਚ ਕੀਤੀ ਆ ਵੀ ਖੂਨ ਬਦਲ ਦਿੰਦਾ ਮੈਂ ਇਹ ਗੱਲ ਕਈ ਬੰਦਿਆਂ ਤੋਂ ਸੁਣੀ ਬਹੁਤ ਹੋਈ ਆ ਫਿਰ ਵੀ ਮਾਲਵੇ ਤੋਂ ਬੋਲ ਲੈ ਆਉਂਦਾ ਇਹ ਭੰਗਲ ਪਤਾ ਨਹੀਂ ਲਿਆ ਕੇ ਉਹਨਾਂ ਦਾ ਖੂਨ ਬਦਲ ਦਿੰਦਾ ਬਲਦ ਦੂਏ ਦੇ ਨਾਂ ਕੇ ਜਿੱਤ ਜਾਂਦੇ ਆ ਇਹ ਕਈ ਬੰਦਿਆਂ ਨਾਲ ਗੱਲ ਕੀਤੀ ਬਹੁਤ ਇੱਥੇ ਹੋਈ ਮੈਂ ਤੁਹਾਨੂੰ ਇਹਦਾ ਕਾਰਨ ਕੀ ਆ ਇਹਦਾ ਕਾਰਨ ਵੀ ਪਰਮਾਤਮਾ ਦੇ ਹੱਥ ਦੀ ਆ ਬੈਠੇ ਆ ਵਾਹਿਗੁਰੂ ਜਾਣਦਾ ਇਹ ਮੂਸਾਪੁਰ ਦੌੜ ਆਈ ਕੋਈ ਝੂਠੀ ਗੱਲ ਨਹੀਂ ਹੁਣ ਵੀ ਬੰਦੇ ਗਵਾਹ ਆ ਬੈਠੇ ਇਹ ਮੈਨੂੰ ਹਟਿਆ ਹੀ ਨਾ ਫੋਨ ਕਰਨ ਉਹ ਮੈਂ ਜਿੰਦਰ ਕੋਲ ਗਿਆ ਆ ਜਾ ਛੇਤੀ ਮੇਰੀ ਆਦਤ ਜਿੰਦਰ ਕਿਤੇ ਕਿਤੇ ਰਾਤ ਰੱਖ ਲੈਂਦਾ ਹੁੰਦਾ ਸੀ ਮੈਂ ਰਾਤ ਰਹਿ ਪਿਆ ਫੋਨ ਤਾਂ ਘਰ ਦੇ ਫੋਨ ਹੁੰਦੇ ਆ ਮੈਂ ਕਿਹਾ ਕੀ ਅੱਗ ਲੱਗ ਗਈ ਛੇਤੀ ਆ ਜਾ ਮੈਂ ਗੱਲ ਕੀ ਮੂਸਾਪੁਰ ਦੌੜ ਆ ਗਈ ਬਹਿੜਾ ਲਿਆਉਣਾ ਕੋਈ ਮੈਂ ਕਿਹਾ ਇੱਕ ਨੰਬਰ ਲੈਣਾ ਦੋਹਰੀ ਵਾਲੇ ਬੋਲ ਦੇਣਾ ਸੌਂਸਪੁਰੀ ਇਹਨੇ ਲੈ ਲੈਣਾ ਵਧੀਆ ਬੋਲ ਜੋੜਾਂਗੇ ਉੱਤੇ ਉਹਨੂੰ ਭੱਜਣਾ ਇੱਕ ਨੰਬਰ ਤੈਨੂੰ ਚਾਹੀਦਾ ਇਹ ਜੀ ਮੈਂ
चार क बज गया, साढ़े क तीन बजे आया, जा आया तीन मैं टिकना डैडी बग जा बोल दिया। वो साढ़े अंगलैडिया भाजी जसवंत आए से, वह मैनू कहता बिद्दू तेन धक्के दे जाता जा कि जाना। प्यार से साढ़े ना बहुत वह बेचारे का, हूँ तो मुक गया। मैं कहा भाजी भवद्दी जाना, कहता फिर मैं समराले जाना गड्डी बैठ। वो बेगमपुरी बिल्लू बाहर लिया नाल, मैं चले गए उत्थे। जब समराले चौंक से असी उतरे क्या बसे चढ़ के चल जाना, वो ठंडे करा लिया सियाल कुड़ी ठंड, उत्थे धुंद पै गई, धुंद पै गई। कहता हूँ मैनू दीदा नहीं मिलना समराले, रात रहे दूए दिन गए। गए तो असी बेड़ा गुड्डू ने दवाता सानू, सीगा दोगलियार का बेड़ा वधिया सी। वो बिल्लू आ गया, मैं रात रह गया। मैनू सारा रात को सुपना आया परमात्मा ने बोलता ये सैड दे जो सुपने च ही। मैनू तो जी बुखार सामने चढ़ने वाला हो गया, मैं मुंडे ने किहड़े काम नू कर लिया, किहड़ा हो गया। मैं जी साजरे तड़के गुम्मे नू कीता फोन, घर दे फोन होंदे सी। मैं कहा गुम्मिया, कहिंदा हाँ मैं, मेरी गल सुन छेती आ जा, भवद्दी आ मैं, बोल्द कोई लैके दे। फिर गल इधर तो हुई, मैनू शक पैंदी आ बेड़ा तां आपां 9000 नू लिया लै जाणा, गुम्मिया बेड़ा बन्ने नहीं लगता दीदा। कहिंदा फिर मैं कहा बोल्द लैणा असी गुड्डू मैं ते मुगया भवद्दी वाला कंगराली वाला पाल, गुम्मे हुणी अपने स्कूटर ते हो गए, असी दोनों तो मोटरसाइकलां ते अपने ते हो गए। खांटिए घोगी दे चले गए, ये गुम्मा गां लंघ गया, सानू पता नहीं बोल कितने घंटा अद्धा राह च रहे तो गुम्मा लै गया। ये गुम्मा गल मुका दी 13000 नू खांटिए दा बब्बू मान दा सका मुंडा, घोगी साडे नाल बहुत प्यार आ, घोगी दा ज्यादा चाचा पता नहीं चाचे दा मुंडा की आ, बहुत जाने साडा ज्यादा प्यार आ। उन्हां तां रोणी वाले सरपंच नाल बोल बड़े दवाए, वह भी तैनू रोणा गल गां। वह बोल जी अभी 13000 नू लै लिया गुम्मे नू, मैं इदा करी खेचल करी मैं मूसापुर नू सीधे लए। कहिंदा लैओ इहनू सीमे नू, मैं आके कहा मैं बोल्द वधिया कर लई बैड़ा वधिया लै लिया। वह घोगी ने मैनू कहा भी कि जानदा जी वीर, मैं कहा हाँ। कहिंदा बोल्द हेठ नापंदी ते जोड़ लई, मैं की बंब सिट दू, इहदी स्टार्टिंग नहीं कहिंदा कोई सांभदा। वह असी जट्टां वाली हूड़ सीमा कहिंदा जोड़ लई हेठ, कहता कि परगट नू हाकान बार परगट नू खेड़े वाले बगली वाले नू बोल्द कतान से गेड़ा दे के फेसते हो गए। हरे असी एक सकेंट, वह मुंडे ने अनाउंस करती मूसापुरी, कहता अख खुले कख रह गया, जे भाजी के गेड़ा ना देंदे जित गए सारियां। उत्थो रीण लोगों के होर मन च हो गया, निंदर मैनू कहता सहन ना जोड़ बड़े पिंड दौड़ आ गए। मैं काले ना जोड़ना, चलो मन गया यार बेली सी। ਜਦ ਅਸੀਂ ਇੱਥੇ ਆਏ ਭਾਜੀ ਦਾ ਬਰਬਾਲੇ ਵਾਲਾ ਮਾਮਾ ਕਹਿੰਦਾ ਪਿੰਦਰ ਦਾ ਰਿਸ਼ਤੇਦਾਰ, ਕਹਿੰਦਾ ਉਹ ਸੇਮਿਆ, ਕਹਿੰਦਾ ਹਾਂ ਦੱਸ ਮਾਮਾ ਕੀ ਗੱਲ ਆ। ਮੈਂ ਤੁਹਾਨੂੰ ਵੀਰਾ ਸੱਦਾ ਉਹਨਾਂ ਜਾਂ ਸਰਪੰਚ, ਇਹ ਮਾਮਾ ਕਹਿੰਦਾ, ਕਹਿੰਦਾ ਸਰਦਾਰ ਦੇ ਬਿਜਲੀ ਲਵਾ ਦੇ। ਕਹਿੰਦਾ ਗੱਲ, ਕਹਿੰਦਾ ਖਾਂਟੀਏ ਛਾਂਟੀਏ ਲੈ ਆਏ ਕਦ ਜਿੱਤਦੇ ਆ ਉੱਧਰ ਜਿੱਤ ਜਾਣਗੇ। ਉਹ ਕਹਿੰਦਾ ਕਿਹਨਾਂ ਗੱਲ ਕਰਦਾ, ਕਹਿੰਦਾ ਤੇਰੇ ਨਾਲ। ਕਹਿੰਦਾ ਅੱਜ ਚੌਥਾ ਦਿਨ ਆ ਬਲਦਾਏ ਨੂੰ, ਉਹ ਤਾਂ ਰਾਤੋਂ ਰਾਤ ਖੂਨ ਬਦਲੀ ਕਰਦਾ ਬਲਦਾਂ ਦਾ। ਕਹਿੰਦਾ ਹੈ, ਕਹਿੰਦਾ ਹਾਂ। ਕਹਿੰਦਾ ਤੈਨੂੰ ਖਾਲ ਦੇਣਾ ਘੰਟਾ ਇੱਕ ਅੜਕ। ਉਹ ਬੋਲਦ ਜੀ ਮਾਰ ਜਾ ਭੈੜ ਸੀ, ਚਲੋ ਵਾਹਿਗੁਰੂ ਕੋਲ ਤੱਕ ਸਾਨੂੰ ਵੀ ਸੀ, ਸੇਮੇ ਨੂੰ ਵੀ ਬਹੁਤ ਸੀ। ਕਦੇ ਆਪ ਸੇਮੇ ਵਰਗਾ ਚਾਪ ਖੋ ਜਾਣਾ ਬੜਾ ਵਿਚਾਰੇ ਨੇ ਲਿਖਾ ਦਿੱਤਾ। ਸੇਮੇ ਆਇਆ ਮੈਨੂੰ ਕਹਿੰਦਾ ਨੌਸਕੀ ਆ ਬੋਲਦ ਜਾ ਮੂਸਾਪੁਰ ਭੱਜ ਕੇ ਤੇ ਬਗਤਾਲ ਲਿਆ। ਕਹਿੰਦਾ ਕੀ ਆ, ਮੈਂ ਕਿਹਾ ਉੱਠਦਾ ਜੋਤ ਨਾ ਲੱਗਦਾ। ਕਹਿੰਦਾ ਜਦ ਭੈ ਮੈਂ ਪਰੇ ਠਾਇਆ ਜਿੱਤ ਗਿਆ। ਮੈਂ ਕਿਹਾ ਆਹੀ ਕੰਮ ਹੋਣਾ ਬੜੇ ਪਿੰਡ ਵਿੱਚ। ਜਿਸ ਵੇਲੇ ਇਹਨੇ ਸੇਮੇ ਨੇ ਹੱਕੇ ਬਾਹੂ ਚੱਕ ਸਿੱਟੀ ਉਹਦੇ ਜ਼ੋਰ ਨਾਲ, ਬੋਲ ਸੌਲ ਤੇ ਭਾਅ ਜੀ ਚਲੇ ਗਿਆ, ਜਿੱਤ ਗਿਆ ਸਕਿੰਟ ਤੇ। ਜਾ ਜਿੱਤੇ ਤਾਂ ਇਹ ਸਰਦਾਰ ਨੇ ਰੱਸਾ ਫੜਿਆ ਬਿੰਦੂ ਨੇ ਘੁਮਾਵੇ। ਮੇਰੇ ਕੋਲ ਕੰਮੇ ਵਾਲਾ ਗਦਾਵਰ ਆਇਆ, ਉਹਨੂੰ 500 ਦਾ ਨੋਟ ਕੱਢਿਆ, ਕਹਿੰਦਾ ਬੋਲ ਦੇਣਾ। ਮੈਂ ਦੇਣਾ ਹੀ ਅਸੀਂ ਕੀ ਕਰਨਾ। ਕਿਹੜੇ ਸਾਨੂੰ ਦੀ ਗੱਲ ਹੋਊਗੀ, ਇੱਥੇ ਕੁ 2000 ਤੋਂ ਬਾਅਦ ਦੀ ਹੋਣੀ ਮੇਰੇ ਗੱਲ ਬਿੰਦੂ, 2000 ਤੋਂ ਬਾਅਦ ਦੀ ਗੱਲ ਵੱਧਦੀ ਹੋਣੀ ਮੇਰੇ ਖਿਆਲ, ਵੱਧਦੀ ਆ ਭਾਜੀ। ਯਾਨੀ ਖੂਨ ਬਦਲ ਦਿੱਤਾ ਉਹਦਾ? ਹਾਂ ਬਦਲਿਆ, ਪਹਿਲਾਂ ਕਰ ਗਿਆ ਜੀ। ਇਹ ਮੈਨੂੰ ਸਾਰੇ ਦੇਖਣ ਪਾ ਰਹੀ ਹੈ ਤਾਂ ਹਠਾਣ। ਇਹਨੂੰ ਮੈਂ ਕਿਹਾ ਬੋਲ ਵੇਚ ਦੇਈਏ ਖਿਲਾਫ ਨੂੰ, ਮੈਂ 10 ਕਹਿੰਦਾ ਰੁਪਈਆ 80000। ਮੈਂ ਕਿਹਾ ਸੀ ਬਹੁਤ, ਅਤੇ 13 ਨੂੰ ਲਿਆਂਦਾ ਕੀ ਕਰਾਉਣਾ ਇਹਨੂੰ। ਇਹ ਭਰਾਵਾ ਰੱਸਾ ਸਿੱਟਿਆ ਜੂੰ ਰੋਂਦਾ ਦੌੜ ਗਿਆ। ਮੈਂ ਖੂਬ ਛਾਲ ਮਾਰਨੀ ਆ,
वो निंदर इन फट के लिया मैनू कहिंदा अग लगी वो तांगे इन्ने बेचिया तैनू रज नहीं आउंदा मैं नहीं बेचदे फिर असीं वह बेचिया नहीं जानी वह बौड़ा बहड़ा साढ़े को मुड़ के इन्ना जितया फिर आ चनों चौरा असी लिया बैली लिया उन्हां तों संगरूर तों उन्हां च 93-94 च लिया सी एक बॉल नारा शेरपुरिया साधु मजदूर दवा के लिया सी भोले उन्हां तों 6,000 नूं मेरे कोलों मंडियों शेरपुरा साधु लै गया सी एक लिया सी असी बैड़ा बेनड़े तों जिहड़ा मोरां वालियां को तेना भजदा रहा प्रणालिया के नाल नहीं हुंदा वह बच्छा खीरा जीते उन्हां नूं दित्ता सीगा बस वो लियांदे फिर गूरा बॉल लिया मैं 32,500 नूं अड़ के उस वेले रात नूं शराबी हो मैं सिम्मा ये छोटा जिहा सी इहनूं ट्रैक्टर चलाउण लाता मैनूं कहिंदा किन्ने क दिन देखी जाने चौथे पांचवें मैं फिर की करिए पहले नंबर वाला बॉल लिया मैं सवेरे लै आउने आ कहिंदा बच्छू जिहा बेच दे मैं बेच दिंदे आ मैं टैलीफोन ते तिलकू नूं 25,000 दा देता मैं गुजर वाली आ छोटू आया उहनूं लै के उधर चले गया 32,500 ਦਾ ਲਿਆ ਪੀੜਾ ਬੋਲ ਉਹਨਾਂ ਤੋਂ ਚਲੋ ਉਹ ਵੀ ਲਿਆ ਦਿੱਤਾ ਵੇਚਿਆ ਫਿਰ ਜਗ੍ਹਾ ਇੱਥੇ ਮਲੇਰਕੋਟਲੇ ਮੰਡੀ ਮੈਂ ਬਹਿੜਾ ਲਿਆ 11,000 ਦਾ ਬਾਂਗਰੂਆਂ ਤੋਂ ਜੂਬ ਤੋਂ ਬਿਨਾਂ ਦੇਖਿਆ ਬਾਬੇ ਨੂੰ ਆਇਆ ਮਾਨਕੀ ਵਾਲੇ ਨਾ ਉਹ ਬਾਬਾ ਮੈਨੂੰ ਕਹਿੰਦਾ ਸੌਦਾ ਕੀਤਾ ਲੈ ਜਾਣੂ ਭੋਦੀ ਵਾਲਾ ਗੁੱਡੂ ਤਾਂ ਪਾਲ ਚਲੇ ਗਿਆ ਪਾਲ ਕਹਿੰਦਾ ਅੰਕਲ ਜੇ ਮੈਂ ਰੱਖ ਲਵਾਂ ਮੇਰੇ ਕੋਲ ਰਾਤ ਰਹਿੰਦੇ ਨੇ ਘਗਰਾਲੀ ਵਾਲਾ ਮੈਂ ਤੂੰ ਰੱਖ ਲਾ ਗੁੱਡੂ ਲੜੇ ਕਹਿੰਦਾ ਇਹ ਸੜਕੇ ਦਾ ਤੁਰਿਆ ਹੋਣਾ ਮੈਂ ਕਿਹਾ ਮੇਰੀ ਕਿਸਮਤ ਖਰੇ ਇਹਨੂੰ ਵੀ ਦੇ ਜਾ ਮੈਂ ਤਾਂ ਧੌਲ ਮਰੀਆ ਸਰਪੰਚ ਚਲੇ ਗਿਆ ਜਾ ਭੋਲੇ ਨੂੰ ਟੱਕਰੇ ਉਹ ਵੀਰ ਸੇਰਾ 32,000 ਉੱਦਾਂ ਗਿਆ ਮੇਰੇ ਵੱਲਾਂ ਕਿਉਂ ਬਲ ਛਾਲ ਪਾ ਕੇ ਬੰਦੇ ਮੈਨੂੰ ਝੂਠ ਝਾੜ ਬੋਲ ਕੇ ਬਹਿੜਾ ਇੱਕ ਦੇ ਗਿਆ ਬੋਲ ਲੈ ਗਿਆ ਚਲੋ ਏੜਾ ਗੇੜੀ ਕੀਤੀ ਉਹਨਾਂ ਨੂੰ ਜਾ ਕੇ 15,000 ਨੂੰ ਬੰਦਿਆਂ ਨੂੰ ਵੇਚਤਾ ਸੁਣਦੇ ਹੋਣਗੇ ਅਤੇ ਮੇਰਾ ਤਾਂ ਗਿਆ ਜਿਹੜਾ ਗਿਆ ਉਹ 2-3,000 ਦਾ ਹੀ ਬੱਚਾ ਉਹਨਾਂ ਨੂੰ ਅੜ ਕੇ ਵੇਚਤਾ ਕਹਿੰਦਾ ਬੋਲ ਤਾਂ ਸਾਡੇ ਕੋਲ ਆ ਗਿਆ ਮੈਂ ਕਿਹਾ ਵੀ ਤੁਹਾਨੂੰ ਕਿਹੜਾ ਮੇਰੇ ਕੋਲ ਆਮਾ ਦਿੰਦਾ ਕਹਿੰਦਾ ਮੈਂ ਬੱਚਾ ਲੈ ਆ ਸਲਾਮ ਮੰਡੀ ਤੋਂ ਖੁੱਡੀ ਉਹਦੀ ਇੱਕ ਬੈਠੀ ਆ ਪੂਛ ਲੰਮੀ ਆ ਵੀ ਬੋਲ ਧੰਨ ਧੰਨ ਕਰਾ ਦੂ ਦੁੱਗਾ ਹੋਇਆ ਮੈਂ ਕਿਹਾ ਦੇ ਦੇ ਕਹਿੰਦਾ ਇਕੱਲਾ ਜਾਣਾ ਨਹੀਂ ਮੈਂ ਕਿਹਾ ਆ ਵੀ ਦੇ ਨਾਲ ਦਾ ਕਹਿੰਦਾ ਰੇੜੇ ਵਾਲਾ ਮੈਂ ਰੇੜੇ ਵਾਲਾ ਹੀ ਚੱਲੂ ਬੰਤ ਨੂੰ ਮੈਂ ਕਿਹਾ ਲੈ ਲਾ ਉਹ ਕਹਿੰਦਾ ਮੈਨੂੰ 5,000 ਦਿੰਦੇ ਸੀ 5,500 ਪਿਛਲੀ ਮੰਡੀ ਹੁਣ ਤਾਂ 500 ਨਹੀਂ ਕੋਈ ਵੱਧਦਾ ਬੰਤ ਨੂੰ ਮੈਂ 100 ਰੁਪਈਆ ਫੜਾਇਆ ਮੈਂ ਰੁਪਈਏ ਬਾਪ ਦੇਣੇ ਤੂੰ ਦੇ ਦੇ ਜਿੰਨੇ ਦਾ ਲੈਣਾ ਬੰਤ ਕਹਿੰਦਾ ਯਾਰ 5 ਦਾ ਇਹ ਲਾ ਲਾ ਦੂਆ 7 ਦਾ ਵੀ ਨਾ ਹੋਊ ਮੈਂ 7 ਨੂੰ ਲੈ ਲਾ ਇਹਨੂੰ 12,000 ਕਿਹਾ 13 ਭੋਲੇ ਨੂੰ ਫੜਾ ਦਿੱਤਾ ਉਹ ਕਹਿੰਦਾ 13,000 ਉੱਥੇ ਸਾਨੂੰ 1,000 ਛੱਡਦਾ ਹੁਣ ਬੋਲ ਨਹੀਂ ਦੇਖਿਆ ਪਿੰਡ ਚਲੇ ਗਿਆ ਫਿਰ ਜੈਲੀ ਛੱਡ ਕੇ ਗਿਆ ਟੈਂਪੂ 'ਚ ਪਤਾ ਨਹੀਂ ਜੀਬ 'ਚ ਆਇਆ ਸੀਗਾ ਮੈਂ ਤਾਂ ਆ ਗਿਆ ਸੀ ਅਤੇ ਉਹ ਬੈਲੀ ਨੇ ਸਾਡੇ ਭੋਲੇ ਵਾਲੇ ਨੂੰ ਬਹੁਤ ਲੇਖਾ ਦਿੱਤਾ ਬਹੁਤ ਜਿੱਤਿਆ ਦੋਹਰੀ ਵੀ ਕਹਿਰੀ ਵੀ ਉਹ ਬੋਲਦ ਨੇ ਤਾਂ ਗੱਲ ਮਕਾ ਲਿਆਉਣ ਦੀ ਢੇਰ ਉਹ ਜਿਹੜਾ ਭੱਦੀ ਗੁੱਡੂ ਨੇ ਦਵਾਇਆ ਸੀ ਉਹਦੇ ਨਾਲ ਭਰੌਲੀ ਦੌੜ ਆ ਗਏ ਕਾਲ ਖਾਧੇ ਮੈਂ ਜੋੜ ਦਿੱਤੇ ਇਹ ਅਕਲ ਕੀਤੀ ਨਾ ਲਾਲਪੁਰੀ ਪੱਪੂ ਨੇ ਬੈਲੀ ਹੇਠ ਜੋੜਿਆ ਬਹੁਤ ਔਖਾ ਜੋੜਿਆ ਕਿਸ਼ਨਪੁਰੀ ਆ ਲਾਲੀ ਤਾਰਾ ਗਰਚਿਆਲਾ ਗੇਕ ਗੇਕ ਦਿਖਾ ਲੱਤ ਵੀ ਮਾਰੀ ਹੁਣ ਅਤੇ ਇਹ ਉੱਤੇ ਜੋੜਤਾ ਉਹੀ ਗੱਲ ਹੋਈ ਆ 2.5-3 ਖੇਤ ਗਿਆ ਜਿਹੜਾ ਗੁੱਡੂ ਨੂੰ ਦਵਾਇਆ ਚੱਲ ਗਿਆ ਗੱਡੀ ਬਹਿ ਗਿਆ ਕਮਾਂ 'ਚ ਵੜ ਗਿਆ ਲੈ ਕੇ ਅਸੀਂ ਜਾ ਕੇ ਛੱਡੇ ਪੱਪੂ ਮੈਨੂੰ ਕਹਿੰਦਾ ਦਿਲ ਛੱਡ ਦਿੱਤਾ ਹੋਣਾ ਮਖ ਨਹੀਂ ਦਿਲ ਕਿਹੜਾ ਇਹਨਾਂ 'ਤੇ ਲੱਖ ਲੱਗਾ ਆ ਕਹਿੰਦਾ ਰਾਸੀ ਬੋਲ ਤਾਂ ਵੇਚੀ ਨਾ ਕਹਿੰਦਾ ਇਹਨੂੰ ਬੈਲੀ ਬੈਲੀ ਕਰਾ ਦੇਣੀ ਆ ਬੈਲੀ ਰੱਖਤਾ ਇਹਦਾ ਨਾਂ ਮੈਂ ਅੱਜ ਤੋਂ ਮੈਂ ਕਿਹਾ ਉੱਦਾਂ ਹੀ ਨਾਂ ਰੱਖੀ ਜਾਂਦਾ ਇਹਨੂੰ ਖਰਾ ਡੱਕਾ ਤੋੜਨਾ ਕਿ ਨਹੀਂ ਤੋੜਨਾ ਕਹਿੰਦਾ ਫਿਰ ਮੇਰਾ ਨਾਂ ਪੱਪੂ ਨਸਰ ਸੀ ਪਰਮਜੀਤ ਸਿੰਘ ਹੋਰ ਰੱਖੀ ਮੈਂ ਕਿਹਾ ਅੱਛਾ ਅਸੀਂ ਜੀ ਜਗਤਪੁਰ ਚਲੇ ਗਏ ਲੈ ਕੇ ਬਲਾ ਚੌਰ ਕੋਲ ਖੀਰਿਆਂ ਦੁੱਗਿਆਂ 'ਚ ਉਹ ਕਹਾਂ ਜੇ ਨਾ ਕੀਤਾ ਸੀ ਦੁਬਾਰੇ ਉਹ ਮੁੰਡਾ ਮੁੱਕਰ ਗਿਆ ਮੁੱਕਰ ਗਿਆ ਜੇ ਇਹਨਾਂ ਜੋੜਨਾ ਸੀ ਉਹਦਾ ਬਹਿੜਾ ਚੌਗਾ ਹੋ ਗਿਆ ਇਹਨਾਂ ਦਾ ਕੀ ਪਤਾ ਰਾਹ ਤੁਰੇ ਜਾਂਦੇ ਦੰਦ ਛੱਡ ਦਿੰਦੇ ਉਹ ਰੁਪਈਆ 2,000 ਪੰਚਾਇਤ ਵਾਲੇ ਡੰਨ ਲਾਉਣ ਤਾਂ ਬੰਦੇ ਮੈਨੂੰ ਦੱਸੇ ਮੈਨੂੰ ਲੈਣਾ ਗਏ ਆਈ ਕਿ ਅਸੀਂ ਨਹੀਂ ਜਾਣਾ ਸਾਡੇ ਤਾਂ ਬੋਲ ਦੇ ਖੜ੍ਹਾ ਕਰਕੇ ਸਾਡੇ ਨੂੰ ਗਏ ਆ ਚਲੋ ਕਹਿ ਕੇ ਉੱਥੇ ਮੈਟ ਮੁੱਟ ਗਈ ਗੱਲ ਡੰਨ ਕੀ ਲਾਉਣਾ ਦੰਦ ਤੁਰੇ ਜਾਣ ਲੱਗੇ ਤਾਂ ਛੱਡ ਦਿੰਦੇ ਆ ਇਹ ਕਲਵੀਰਾ ਭੱਜਾ ਆਵੇ ਲਿਆ ਬੈਲੀ ਜੋੜੀਏ ਉਹਨਾਂ ਮੱਕਾ ਦੇ ਨਾ ਵਰਖਾ ਪਾੜ ਦੇ ਕਹਿੰਦਾ ਸੇਮਾ ਕਹਿੰਦਾ ਅਣਖਾ ਸਾਡੇ 'ਚ ਅਣਖ ਨਾ ਜੀਣਾ ਜਿੰਨਾ ਚਿਰ ਜੀਣਾ ਇਹ ਬਿੰਦੂ ਹੌਲਾ ਜਿਹਾ ਬਿੰਦੂ ਪੱਪੂ ਤਾਂ ਸੇਮਾ ਤਿੰਨੇ ਕਹਿੰਦੇ ਹੁਣ ਮੇਲਾ ਦੇਖਦੇ ਮੈਂ ਬੋਲ ਬੜਿਆਂ ਜੋੜ ਲਵਾਂਗੇ ਇੱਕ ਬੋਲ ਤਾਂ ਅਸੀਂ ਹੋਰ ਲਗਾਏ ਸੀ ਮੈਂ ਕਿਹਾ ਇੱਦਾਂ ਕਰ ਲਓ ਮੈਂ ਤਾੜਦਾ ਰਿਹਾ ਜਗਤਪੁਰ ਦੇ ਨਵੇਂ ਬੱਚੇ ਜੋਗਾ ਲਿਆ ਜਗਤਪੁਰੀ ਆ ਹੱਕੇ ਉਹ ਪਹਿਲਾਂ ਕਰ ਗਿਆ ਜੋਗਾ ਜਾਣਦਾ ਸੀ ਜੋਗੇ ਨੂੰ ਮੈਂ ਕਿਹਾ ਜਿਹੜਾ ਵਧੀਆ ਮਹੀਨਾ ਚੜਾ ਦੇ
ਕਹਿੰਦਾ ਕਿ ਪਿੰਡ ਦੀ ਫਰਮਾਇਸ਼ ਪੂਰਨੀ ਮੈਂ ਫਰਮਾਇਸ਼ ਵਾਲੇ ਨਾਲ ਮਾੜਾ ਜਿਹਨਾਂ ਦੇ ਕਹਿੰਦਾ ਬੱਚਾ ਤੇਰੇ ਵਾਲਾ ਕਿੱਦਾਂ ਮੈਂ ਜੋਗੇ ਪਹਿਲਾਂ ਹੀ ਕਰੂੰ ਜੇ ਸਾਥ ਦੇ ਗਿਆ ਉਹਨੂੰ ਯਕੀਨ ਸੀ ਸਾਡੇ 'ਤੇ ਉਹ ਮੁੰਡਾ ਜਾਗਤਪੁਰੀਆ ਕਹਿੰਦਾ ਮੈਨੂੰ ਪੱਛੇ ਤਾਂ ਦਿਖਾ ਲਏ ਇਹਨਾਂ ਦਾ ਉਹ ਕਹਿੰਦਾ ਤੈਂ ਕੀ ਦੇਖਣਾ ਇਹ ਸਾਰਾ ਕਿਤੇ ਇੱਦਾਂ ਦੇ ਬੰਦੇ ਆ ਵਧੀਆ ਬੰਦੇ ਆ ਪੂਰੇ ਝੋਟੀ ਦੇ ਇਹਦਾ ਵਧੀਆ ਲਿਆਉਂਦੇ ਗੱਲ ਮੁਕਾ ਜੀ ਉਹਨਾਂ ਜੋੜਿਆ ਜੋਗਾ ਕਹਿੰਦਾ ਹੱਕਣਾ ਮੈਂ ਆ ਮੈਂ ਇੰਟਰਵਿਊ ਤੇਰੇ ਨੋ ਪਾਉਣੀ ਤੇਰਾ ਪਿੰਡ ਆ ਜਾ ਛੱਡੇ ਲਵੇ ਭਾਅ ਜੀ 3000 ਹਰੇ ਦੂਆ ਨੰਬਰ ਉਹ ਜੋਗੇ ਨੇ ਬੋਲ ਜਾ ਮੈਂ ਛੱਡਿਆ ਮੇਰਾ ਕਲਾਵਾ ਪਾ ਲਿਆ ਕਹਿੰਦਾ ਸਾਰਾ ਉਹ ਤੇਰੇ ਬੋਲ ਇੰਨਾ ਗਿੱਸ ਕਹਿੰਦਾ ਜੇ 3 ਵਾਰ ਬੋਲ ਫੜਨਾ ਪੈਂਦਾ ਬੇੜਾ ਸਾਥ ਦੇਣ ਦਾ ਕਹਿੰਦਾ ਕੁਛ ਹੋਰ ਹੀ ਹੋ ਜਾਂਦਾ ਮਖ ਤੂੰ ਜੋਗਿਆ ਜੀ ਦਾ ਬਾਰਦਾਰ ਹੈ ਹੁਣ ਫੇਰ ਹੱਥ ਦਿਖਾਲ ਦਿੰਦੇ ਹਾਂ ਅੱਠ ਖੇਤ ਬੜਿਆਂ ਬੋਲਦਾ ਚੌਥਾ ਨੰਬਰ ਕਰ ਗਿਆ ਬੜਿਆਂ 'ਚ ਚੌਥਾ ਕਰ ਗਿਆ ਫੇਰ ਤਾਂ ਬੇੜਾ ਜਿੱਤਿਆ ਹੀ ਬਹੁਤ ਬਹੁਤ ਜਿੱਤਿਆ ਅੱਛਾ ਇਹ ਵੀ ਸੁਣਨ ਦੀ ਗੱਲ ਵਾ ਦੇਖੋ ਅੰਜਲ ਮੈਨੂੰ ਆਦਤ ਹੁੰਦੀ ਮੈਂ ਲੌਂਗ ਲਾਣਾ ਲੱਦੀ ਜਾਣਾ ਟਰਾਲੀ 'ਚ ਪੰਜ ਵੀ ਲੈ ਜਾਣੇ ਮੈਂ ਵੀ ਹਰੀਪੁਰ ਦੌੜ ਆ ਗਈ ਬੇਲੀ ਦੌੜ ਵੀ ਲੈ ਗਿਆ ਉਹ ਪੱਪੂ ਖੜਾ ਖੜਾ ਲਾਲਪੁਰੀਆ ਮੈਨੂੰ ਕਹਿੰਦਾ ਬੇਲੀ ਖੜਾ ਹੀ ਆ ਮੈਂ ਖੜਾ ਹੀ ਆ ਕਹਿੰਦਾ ਲਿਆ ਜੋੜੀਏ ਮੈਂ ਕਿਹਾ ਜੋੜ ਲਾ ਉਹ ਹਰੇ ਬਡਾਲੇ ਵਾਲਾ ਸ਼ੀਰਾ ਭਜਾਉਂਦਾ ਹੁਣ ਵੀ ਦੋਹਰੀ ਮੁੰਡਾ ਚੰਗਾ ਯਾਰ ਮਹਾਈ ਬਡਾਲਾ ਚੰਗਾ ਯਾਰ ਬੇਲੀ ਆ ਉਹ ਘਣਸਾਲੇ ਕਾਲੇ ਤੋਂ ਲਿਆ ਸ਼ੀਰੇ ਨੇ ਰੱਸਾ ਪਾਇਆ ਉਹ ਕਾਲੀ ਕਾਲੀ 'ਚ ਭਾਅ ਜੀ ਗੱਠ ਖੁੱਲ੍ਹੀ ਰਹਿ ਗਈ ਜਾਂ ਮੁੜੇ ਬੋਲ ਤਾਂ ਇੱਦਾਂ ਮੁੜ ਕੇ ਐਂ ਹੋਏ ਪੱਪੂ ਰੱਸਾ ਖਿੱਚਿਆ ਉਹ ਗੱਠ ਖੁੱਲ੍ਹ ਗਈ ਬੋਲ ਸਿੱਧਾ ਹੀ ਨਿਕਲ ਗਿਆ ਚਲੋ ਛੱਡ ਲਿਆਂਦੇ ਇਹ ਪੱਪੂ ਮੈਨੂੰ ਕਹੇ ਵੀ ਕੱਲ੍ਹ ਨੂੰ ਹਰੀ ਤਾਂ ਨਹੀਂ ਜਟਾਣੇ ਬੋਲ ਦੇਣਾ ਜੋੜਨਾ ਇਹ ਉਹ ਮੈਂ ਕਿਹਾ ਪਰਮਜੀਤ ਬੇੜਾ ਖਰਾਬ ਹੋ ਗਿਆ ਅਕਲ ਦੇਣੀ ਪੈਣੀ ਤੂੰ ਅੱਗੇ ਨੂੰ ਦੱਸ ਦੇਣਾ ਕਹਿੰਦਾ ਜੋੜਨਾ ਚਲੋ ਲਿਆ ਸੀ ਉਹਨੂੰ ਕੀ ਜਵਾਬ ਦੇ ਸਕਦੇ ਹਾਂ ਅਸੀਂ ਮੈਂ ਕਿਹਾ ਲੈ ਜਾਓ ਮੈਂ ਕਿਹਾ ਮੈਂ ਤਾਂ ਆਉਣਾ ਨਹੀਂ ਇਹ ਬਿੰਦੂ ਤਾਂ ਸੇਮਾਂ ਗਏ ਹੁਣ ਝੂਠਾ ਜਿਹਾ ਮਾਰਿਆ ਹਰ ਗਿਆ ਮੁੜ ਕੇ ਫੇਰ ਹਰੀਪੁਰ ਦੌੜ ਆ ਗਈ ਕਹਿੰਦਾ ਹੁਣ ਕਿੱਦਾਂ ਮੈਂ ਕਿਹਾ ਹੁਣ ਪੂਰਾ ਟ੍ਰੇਨ ਕਰ ਲਿਆ ਮੈਂ ਜਾਂ ਚਲੇ ਗਿਆ ਤਾਂ ਭਾਅ ਜੀ ਉੱਥੇ ਟਾਈਮ ਲੱਗੇ ਬਹੁਤ ਵੱਡਾ ਲੱਗਾ ਸੀ ਜਾਣ ਤੋਂ ਪਹਿਲਾਂ ਖਾਨਖਾਨੀਆਂ ਡੈਚੀ ਬੱਬੂ ਮਰ ਗਏ ਵਿਚਾਰੇ ਦੋਈ ਬਹੁਤ ਬੰਦੇ ਵਧੀਆ ਸੀਗੇ ਇਹ ਮੂਹਰੇ ਖੜ ਗਿਆ ਮੈਨੂੰ ਕਹਿੰਦੇ ਵੀ ਤੂੰ ਇੱਦਾਂ ਕਰ ਵੀ ਉਹਨੂੰ ਨਿੱਕੇ ਨੂੰ ਮਨਾ ਬਾੜ ਛੋਟੀ ਕਰਾਵੇ ਰੋਜ਼ ਦੌੜਾਂ ਵੀ ਬਾੜ ਬਹੁਤ ਲੰਮੀ ਆ ਵੀ ਤੇਰਾ ਕਹਿਣਾ ਮੰਨ ਲੈਂਦੇ ਬੰਦੇ ਮੈਂ ਬਥੇਰੇ ਤਾਲੇ ਫੜ ਲਏ ਉਹ ਨਿੱਕਾ ਜਿੱਦਾਂ ਬੰਦੇ ਦੇ ਖੁਦੀ ਹੁੰਦੀ ਆ ਕਹਿੰਦਾ ਤੇਰਾ ਬਹਿੜਾ ਤੁੱਕਾ ਕਰਕੇ ਕਰਦਾ ਮੈਂ ਤੇਰੇ ਹੱਥ ਬੰਨਦਾ ਮੇਰੇ ਮਾਰੇ ਕਰਦੇ ਕਹਿੰਦਾ ਨਹੀਂ ਕਰਦਾ ਬਾਟ ਇੰਨੀ ਰੱਖਣੀ ਮੈਂ ਫਿਰ ਹੋਰ ਖੇਤ ਵਧਾ ਦੇ ਟਰਾਲੀਆਂ ਪਿਛਾਂ ਕਰਾਉਂਦੇ ਹਾਂ ਕਹਿੰਦਾ ਕਰਾ ਦੇ ਚਲੋ ਕਰਨਾ ਕਰਾਉਣਾ ਕੀ ਸੀ ਨਿੱਕੇ ਨੇ ਬੋਲ ਦੀ ਜੋੜੇ ਉਹ ਰੱਬ ਨੂੰ ਜਿੱਦਾਂ ਕਹਿੰਦੇ ਆ ਮੇਲਾ ਕਰਾਂਜ ਹੋਇਆ ਤੇਰਾ ਕਰਾਉਣ ਦਾ ਕੀ ਫਾਇਦਾ ਨਿੱਕੇ ਵਾਲਾ ਸਾਈਡ ਦੇ ਗਿਆ ਜੀ ਔਲਟ ਜਿਹੜੀ ਖੇਤ ਦੀ ਲਾਈਨ ਰੱਖੀ ਹੁੰਦੀ ਚੂਨਾ ਪਾਇਆ ਲੰਘ ਕੇ ਦੁਬਾਰੇ ਜੋਣ ਲੱਗੇ ਜੱਖਣਾ ਵਾਲਾ ਪਿਆਰਾ ਹੋ ਗਿਆ ਮੂਹਰੇ ਕਹਿੰਦਾ ਨਹੀਂ ਜੋੜਦੇ ਨੇ ਫਿਰ ਮੈਂ ਕਹਿ ਸੁਣ ਕੇ ਜੜਾਏ ਮੈਂ ਕਿਹਾ ਪੁੱਠੇ ਸੱਦੇ ਨਹੀਂ ਮੁੜਦੇ ਹੁੰਦੇ ਮੁੜੇ ਨਹੀਂ ਨਿੱਕਾ ਹਰ ਗਿਆ ਉਧਰੇ ਪੱਠੇ 'ਚ ਪਾਉਂਦੇ ਬਾਰੀ ਆ ਗਈ ਮੇਰੀ ਜਾ ਪੱਪੂ ਨੂੰ ਮੈਂ ਕਿਹਾ ਉਹ ਐਵੇਂ ਮੈਂ ਵੀ ਕਾਰਜੇ 'ਚ ਕਹਿ ਬੈਠਾ ਬਾਟ ਵਧਾ ਦੇ ਵੀ ਤੂੰ ਬੋਲ ਤਾਂ ਕਿਤੇ ਉਹੀ ਗੱਲ ਨਾ ਹੋਵੇ ਸਾਲੀ ਬੱਸ ਹੋ ਜਾਵੇ ਵਿਹੜੇ ਦੀ ਵੀ ਹੌਲੀ ਹੱਕੀ ਨਾ ਜਾਂਦਾ ਕਹਿੰਦਾ ਫਿਰ ਮੈਂ ਕਿਹਾ ਕਹਿਰੀ ਨੂੰ ਆਉਂਦਾ ਹੋਇਆ ਹੱਕ ਲਈ ਮਰ ਜਾ ਜਾ ਮੁੜੇ ਡੈਚੀ ਦਾ ਬੱਬੂ ਅਸੀਂ ਖੜ੍ਹੇ ਡੈਚੀ ਕਹਿੰਦਾ ਲਓ ਜੀ ਸਰਦਾਰਾਂ ਦੇ ਬੋਲਦ ਵੀ ਉਨੇ ਟਾਈਮ 'ਚ ਮੁੜੇ ਜਿੰਨੇ 'ਚ ਬਾਕੀ ਆਉਂਦੇ 31 ਟਾਈਮ ਲੱਗਾ ਸੀ ਉਹ ਹੁਸੈਨਪੁਰੀਆਂ ਦਾ ਜਾ ਦੇ 2-3 ਕਛਾਲਾਂ ਮਾਰੀਆਂ ਡੈਚੀ ਨੂੰ ਮੈਂ ਖੁਦ ਨੂੰ ਦੇਖ ਮਰ ਜਾ ਕਹਿੰਦਾ ਕੀ ਹੋ ਗਿਆ ਮੈਂ ਲੱਗਾ ਟਾਈਮ ਦੇ ਖਲਾਰੇ ਪੈਣ ਛਾਲਾਂ ਦੇਖ ਇਹ ਆ ਕੇ ਜੀ 1-22 ਬੋਲਦਾ 1-22 ਆ ਬੋਲਿਆ ਤਾਂ ਸ਼ੀਰੇ ਨੇ ਸਾਡੀ ਰਿਸ਼ਤੇਦਾਰੀ ਲੰਬੜਾਂ ਦੇ ਹਰੀਪੁਰ ਉਹਨੇ 1000 ਰੁਪਈਆ ਅਲਾਊਂਸ ਕਰਾ ਦਿੱਤਾ 4 ਸਕਿੰਟ ਤੋੜ ਗਿਆ 7 ਅੱਛਾ 7 ਸਕਿੰਟ ਉਹਨ ਕਹਿੰਦਾ ਜਿਹੜਾ ਸਾਡਾ ਟਾਈਮ ਵਾਲਦਾ ਬੈਲੀ ਦਾ ਮਾਮੇ ਦਾ ਤੋੜ ਦੇਵੇ ਉਹਨੂੰ 1000 ਰੁਪਈਆ ਇਨਾਮ ਦਾ ਮੇਰੇ ਮਨ 'ਚ ਆ ਗਿਆ ਮੈਂ ਕਿਹਾ ਸ਼ੀਰੇ ਨੇ ਟਾਈਮ ਗਲਤ ਲਵਾ ਦਿੱਤਾ ਇਹ ਲੋਕ ਮੈਨੂੰ ਵਧਾਈਆਂ ਦੇਣ ਬਿੰਦੂ ਨੂੰ ਫੋਨ ਕਰਦੇ ਆ ਉਦੋਂ ਐਂ ਕਰਦੇ ਮੈਂ ਕਿਹਾ ਤੁਹਾਡਾ ਸਾਹ ਹੋਇਆ ਬੋਲਤਾ ਹਰਿਆ ਖੜਾ ਇਹਦਾ ਟਾਈਮ ਗਲਤ ਲੱਗ ਗਿਆ ਚਲੋ ਪੱਪੂ ਆ ਗਿਆ ਕਹਿੰਦਾ ਪਾ ਲਈ ਮੇਲੇ ਚਲ ਸੇਟ ਆਪਣੇ ਗੱਲ ਮੈਂ ਸੱਚੀ ਪਾਉਣਾ ਮੈਂ ਕਿਹੜੀ ਝੂਠੀ ਪਾਉਣਾ ਕਹਿੰਦਾ ਸਾਰੇ ਕਹੀ ਜਾਂਦੇ ਸਾਰ ਕਹਿੰਦਾ ਟਾਈਮ ਗਲਤ ਲੱਗ ਗਿਆ ਮੈਂ ਕਿਹਾ ਮੈਂ ਤੈਨੂੰ ਵੀ ਕਹਿੰਦਾ ਕਹਿੰਦਾ ਜੇ ਤੂੰ ਕਹਿੰਦਾ ਨਾ ਨਾ ਮੈਨੂੰ ਫਿਰ ਜਾਂਦਾ ਨਾ ਕਿ 1-18 ਬੁਲਾਉਂਦਾ ਇੰਨਾ ਭਾਈ ਦਾ ਮੈਂ ਕਿਹਾ ਹੈ ਕਹਿੰਦਾ ਸੱਚ ਤੈਨੂੰ ਹੁਣੇ ਕਰਾਉਣਾ ਜੇ ਤਾਂ ਮੱਖਣ ਗੜੀਏ ਤਾਂ ਛਪਾਰੀਏ ਤੇਰਾ ਟਾਈਮ ਤੋੜਦਾ ਫਿਰ ਤਾਂ ਮੰਨੇਗਾ ਸੱਚ ਮੈਂ ਕਿਹਾ ਬਿਲਕੁਲ ਹੀ ਉਸ ਵਾਲੇ 1-20 ਕਰ ਗਏ ਉਹਨੇ ਹੋਰ ਤੋੜਤਾ ਹੋਰ ਤੋੜਤਾ 2 ਸਕਿੰਟ ਪੱਪੂ ਕਹਿੰਦਾ 2 ਸਕਿੰਟ ਹੋਰ ਇੱਦਾਂ ਦਾ ਉਹ ਬੋਲ ਦੱਸੀ
ਬਹੁਤ ਭਾਜੀ ਅੜ ਚੜਨਾ। ਫਿਰ ਆ ਚੌਰਾ ਲੈ ਲਿਆ ਚੰਨੋ 10,000 ਨੂੰ, ਇਹ ਲਿਆ ਖਾਂਟੀ ਘੋਗੀ ਵਾਲਾ ਬੋਲਤ ਵੀ ਸਾਡੇ ਕੋਲ ਸੀ, ਵੇਚਿਆ ਨਹੀਂ ਜਾਂਦੇ ਗਰੰਜ ਸੀਗਾ ਇਹ। ਫਿਰ 3 ਬੋਲਤ ਹੋ ਗਿਆ ਸਾਡੇ ਕੋਲ, ਇਹ ਤਿੰਨੇ ਇੱਥੇ ਮੂਸਾਪੁਰ ਦੌੜ ਆ ਗਈ। ਮੈਂ ਕਦੇ ਜਵਾਬ ਨਾ ਸੀ ਪਿੰਡ ਦੇ ਵੇਲੇ ਨੂੰ, ਤਾਂ ਕੋਈ ਬੰਦਾ ਵੀ ਹੋਵੇ ਉਹਨੂੰ ਕਹਿਣਾ ਵੀ ਜੋੜ ਲਾ, ਇੱਦਾਂ ਨਹੀਂ ਅਗਲੇ ਨੂੰ ਕਹਿਣਾ ਵੀ ਜੋੜੀ ਨਾ। ਇਹ ਪਿੰਡ ਦੇ ਬੰਦੇ ਆ ਗਿਆ ਕਹਿੰਦੇ ਚੌਰਾ ਬੋਲ ਅਸੀਂ ਜੋੜਨਾ, ਬਸ ਤੁਸੀਂ ਜੋੜ ਲਓ, ਫਿਰ ਕਿਹੜੀ ਗੱਲ ਆ, ਉਹਨਾਂ ਨਾਲ ਕਰ ਲਿਆ ਰਹਿ ਗਿਆ ਦੋ। ਅੱਛਾ, ਇਹ ਫਿਰ ਅਸੀਂ ਗੱਲ ਮੁਕਾ 3 ਨੰਬਰ ਉੱਥੇ ਕੀਤੇ। ਕਿਹੜੇ ਪਿੰਡ? ਜੱਬੋਵਾਲ। ਜੱਬੋਵਾਲ 3 ਨੰਬਰ ਕੀਤੇ? ਹਾਂ, 3 ਕੀਤੇ। ਪਹਿਲਾਂ ਮੈਂ ਬੈਲੀ ਤਾਂ ਛੱਡੇ ਇਹ ਖਾਂਟੀਆ ਪਹਿਲਾਂ, ਫਿਰ ਛੱਡਿਆ ਅਸੀਂ ਕੁਰਸੀ ਦੇ ਜੱਥੇ ਨੂੰ, ਅਤੇ ਫਿਰ ਅਸੀਂ ਇਹ ਖਾਂਟੀਆ ਪਹਿਲਾਂ ਛੱਡ ਕੇ ਉਹਨਾਂ ਨਾਲ ਬਣਿਆ ਸੀ ਸਕਾਲਾ ਨੂੰ 4 ਨੰਬਰ। ਇਹ ਗੁਰਮੀਤਾ ਆ ਗਿਆ, ਗੁਰਮੀਤਾ ਮੈਨੂੰ ਕਹਿੰਦਾ ਬੋਲ ਤੋਂ ਲਿਆ ਇੱਕ ਜੋੜੀ ਹੈ। ਮੈਂ ਕਿਹੜਾ ਲਿਆਵਾਂ, ਕਹਿੰਦਾ ਜਿਹੜਾ ਮਰਜ਼ੀ ਲੈ, ਇਹਨਾਂ ਦਾ ਕੋਈ ਮੁੱਕਾ ਆ। ਗੁਰਮੀਤਾ ਵੀ ਦੋਹਰੀ ਭਜਾਉਂਦਾ ਰਿਹਾ, ਕਹਿਰੀ ਦੋਹਰੀ ਬਹੁਤ, ਦੋਹਰੀ ਨੂੰ ਵੀ ਬਹੁਤ ਜਿੱਤਿਆ ਹੋਇਆ ਵੀ ਕਹੀਏ, ਬਹੁਤ ਜਿੱਤ ਕੀਤੀ ਸਾਡੇ ਨਾਲ ਬੜੀ। ਮੈਨੂੰ ਕਹਿੰਦਾ ਬੈਲੀ ਲਿਆ, ਮੈਂ ਚੱਲ ਬੈਲੀ ਲੈ ਆਉਂਦੇ ਹਾਂ। ਉਹ ਆ ਪਹਿਲਾ ਫਰਕ ਹੈ, ਪਹਿਲਾ ਦੂਆ ਦਾ ਚੌਥਾ 3 ਨੰਬਰ ਬਣ ਗਿਆ, 3 ਨੰਬਰ ਬਣ ਗਿਆ। ਇਹ ਸੇਮੇ ਨੂੰ ਬੋਲ ਦੇ ਦਾ ਮੈਂ ਵੇਚਿਆ ਸੀ, ਉਹ ਬਿੰਦੂ ਨੂੰ ਮੈਂ ਕਿਹਾ ਚੱਲ ਸੇਮਾ ਲਿਆ ਜੀ ਬੰਦਾ, ਤੂੰ ਜੋੜ ਦੇਣ ਕੀਤਾ ਅਸੀਂ ਖਾਂਟੀਆ ਲੈ ਜਾ। ਇਹ ਲੈ ਕੇ ਨਹਿਰ 'ਤੇ ਖੜਾ ਬਹਾਦਰ, ਤਾਂ ਉਹ ਲਾਲ ਮਜ਼ਾਰੀ ਕਹਿੰਦੇ ਅਸੀਂ ਇਕੱਠੇ ਜੋੜਨੇ ਹਾਂ। ਉਹ ਮੈਂ ਹਾਕ ਵੀ ਬਹਾਦਰ ਨੂੰ ਮਾਰੀ, ਮੈਂ ਕਿਹਾ ਕੁਛ ਨਹੀਂ ਬਣਨਾ, ਬੋਲ ਪਲਟ ਕੇ ਜੋੜ ਲਓ। ਕਹਿੰਦਾ ਕੀ ਗੱਲ, ਮੈਂ ਤੁਹਾਡੇ ਮੂਹਰੇ ਆ ਜਾਣਾ, ਹਾਲੇ ਵੀ ਪਲਟਣਾ ਬੋਲ ਲੈ ਖੜਾ, ਨਹੀਂ ਅਸੀਂ ਇਕੱਠੇ ਜੋੜਨਾ। ਉਹ ਹਰ ਗਿਆ 1.5 ਸੈਕਿੰਟ ਦੇ ਦੋਵਾਂ ਪੈ, ਅਤੇ ਬੈਲੀ ਬੋਲ ਤਾਂ ਫਿਰ ਇਹਦਾ ਚੌਰੇ ਨੇ ਤਾਂ ਅੰਤ ਮੁਕਾ ਦੇ, ਬੈਲੀ ਨੇ ਤਾਂ ਖਾਂਟੀ। ਇਹ ਚੌਰਾ ਬੋਲਦ ਅਸੀਂ ਜਿਸ ਦਿਨ ਭਾਅ ਜੀ ਪਹਿਲਾਂ ਜੋੜਿਆ ਨਾ, ਪਤਨੀ ਹੋਈ ਸੀ ਦੌੜ ਉਹ ਕਰਤਾਰਪੁਰ ਕੋ, ਇਹ ਵਜ਼ੀਰਿਆਂ ਨਾਲ ਕਰਾਇਆ, ਉਹਨਾਂ ਦੀ ਰਿਸ਼ਤੇਦਾਰੀ ਆ ਉੱਥੇ, ਗੁਰਜੀਤ ਦੀ ਗਰਚੇ ਵਾਲੀ ਦੀ ਮਾਸੀ ਆ, ਕੁਲਵਿੰਦਰ ਉਹ ਕਬੱਡੀ ਖੇਡਦਾ ਪੱਤਣ ਵਾਲਾ, ਬਹੁਤ ਤਗੜਾ ਇਹਦਾ ਮਾਸੜ ਆ। ਇੰਗਲੈਂਡ 'ਚ ਮੈਨੂੰ ਘਰ ਮਿਲ ਗਿਆ, ਬਹੁਤ ਹੀ ਸਮਾਨ ਬੰਦਾ ਕਰਦਾ ਉਹ ਕੁਲਵਿੰਦਰ, ਬੰਦਾ ਵੀ ਬਹੁਤ ਬੀਬਾ। ਉਹਦੇ ਪਿੰਡ ਗਏ ਤਾਂ ਇਹ ਸੇਮੇ ਹੋਣੀ ਚਲੇ ਗਿਆ, ਇਹ ਮੈਨੂੰ ਗੁਰਮੀਤੇ ਹੋਣੀ ਕਹਿੰਦੇ ਬਹਿੜੇ ਸ਼ਹਿਰੀਏ ਨਾਲ ਨੂੰ। ਮੈਂ ਕਿਹਾ ਗਧਾ ਜੇ ਲਿਆ ਮੈਂ ਚੌਰਾ, ਅਤੇ ਉਹ ਲੈ ਜਾਓ ਲਿਆਉਣਾ, ਕਹਿੰਦੇ ਉਹੀ ਗਧਾ ਹੀ ਮਨਜ਼ੂਰ ਆ। ਜਿਹਨੂੰ ਚੰਨੋ ਕਹਿੰਦੇ? ਹਾਂ, ਜਿਹਨੂੰ ਚੰਨੋ ਕਹਿੰਦੇ ਸੀ। ਮੈਂ ਕਿਹਾ ਲੈ ਜਿਓ। ਇਹ ਸੇਮਾ ਜਾਣੀ ਜੋੜ ਕੇ ਛੱਡ ਕੇ ਗਿਆ ਸੀ, ਮੈਂ ਦੂਆ ਬਹਿੜਾ ਵੱਧ ਭੱਜਦਾ, ਚੰਨੋ ਘੱਟ ਭੱਜਦਾ, ਤਕਾਲਾਂ ਨੂੰ ਜਾਂ ਛੱਡ ਕੇ ਗਿਆ। ਮੈਂ ਦਰਿਆ 'ਚ ਤੋੜ ਕੇ ਲਿਆ ਸੀ 1.5 ਕਿਲੋਮੀਟਰ, ਇੰਨਾ ਰਕਤ ਲਿਆ ਸੀ ਮੈਂ। ਸੇਮੇ ਵਾਲਾ ਬਹਿੜੇ ਦਾ 25,000 ਦਿੰਦੇ ਸੀ, 13 ਨੂੰ ਦੇਰਤਾ ਲਾਈ ਨਾ ਮੈਨੂੰ, ਉਹਨੂੰ ਵੀ ਲਾਈਆਂ ਨਾ। ਮੈਨੂੰ ਪਤਾ ਸੀ ਉਹਨੂੰ ਮੁੱਕਰ ਜਾਣਾ, ਵੀ ਸੌਦਾ ਮਸੀ ਹੋਇਆ, ਜਾਂ ਬੇੜੀ ਚਾੜੇ ਬੇੜੀ ਲੱਦ ਸਿੱਟੀ ਨਹੀਂ। ਚੀਰ ਕਹਿੰਦਾ ਛੇਤੀ ਲਾਓ, ਇਹ ਮੇਰੀ ਤਾਂ ਸਵਾਰੀਆਂ ਡੋਬ ਦੇਣੀਆਂ, ਲਾ ਲੈ। ਇਹ ਬਿੰਦੂ ਦੇ ਮਾਮੇ ਦਾ ਮੁੰਡਾ ਜਿੰਕ ਹੀ ਸੀ ਮੇਰੇ ਨਾਲ ਗਿਆ, ਸੇਮਾ ਵੀ ਗਿਆ ਸੀ। ਸੇਮੇ ਨੂੰ ਮੈਂ ਤੋਰ ਕੇ ਦਰਿਆ ਨਘਾ ਰਹਿੰਦੇ ਹਾਂ, ਕਹਿੰਦਾ ਮੈਂ ਮਰਨਾ ਇੱਥੇ ਰੱਸੇ ਵੜਦੇ ਇਹਨਾਂ ਦੇ। ਮੈਂ ਕਿਹਾ ਚੱਲ ਜੀਪ ਲਿਆ, ਮੈਂ ਆ ਗਿਆ ਦਰਿਆ 'ਚ, ਅਸੀਂ ਤੋਰ ਕੇ ਲਿਆ ਸੀ, ਕਿਤੇ ਇੰਨਾ ਪਾਣੀ ਆ ਜਾਵੇ, ਪੈਰ ਕਦੇ ਚੱਕ ਲਵੇ ਕਦੇ ਰੱਖ ਲਵੇ। ਬਿੰਦਰ ਹੋਣੀ ਸੀ ਝੋਟੂ ਦਾ ਮੁੰਡਾ ਨਾਲ, ਇਹਨ ਫਿਰ ਲਿਆ ਕੇ ਤਾਂ ਸੋਚਿਆ ਨਹੀਂ ਵੀ ਬੋਲ ਦੇ 2-2 ਵਾਰ ਚੰਨੋ ਰੋਜ਼ ਜੁੜਿਆ ਆ। ਇਹਨ ਚੰਨੋ ਘੱਟ ਭੱਜਿਆ, ਦੂਆ ਵਿਹੜਾ ਰੱਖ ਲਿਆ ਛੱਡਿਆ ਆ। ਇਹ ਜਦ ਵੇਲੇ ਪੱਥਣੀ ਭੇਜਿਆ ਤਕਾਲਾਂ ਨੂੰ ਜੜਿਆਲੇ ਸੀ ਦੌੜ, ਮੈਂ ਬੋਲ ਟੈਂਪੂ 'ਚ ਇੱਥੇ ਲਗਿਆ ਸੀ, ਕਿਉਂ ਜ਼ਿਆਦਾ ਹੁੰਦੇ ਸੀ ਬੋਲ ਦਾ, ਇੱਕੋ ਦਿਨ 2 ਦੌੜਾਂ, ਹਾਂ 2 ਦੌੜਾਂ ਸੀ। ਇਹ ਜੀ ਹਨੀ ਤਾਂ ਮੈਂ ਗੱਲਾਂ ਕੋਟ ਵਾਲਾ ਕਰੀਏ, ਕਈ ਵਾਰ ਗੱਲੇ ਚੱਲੀ ਆ। ਮੈਨੂੰ ਕਹਿੰਦਾ ਸਾਰਾ ਵਧਾਈਆਂ ਕਰਿਆ, ਮੈਂ ਕਾਹਦੀਆਂ? ਕਹਿੰਦਾ ਬਈ ਆਹ ਚੌਰਾ ਇੰਨਾ ਭੱਜਾ, ਨੰਬਰ 4 ਹੋਇਆ। ਮੈਂ ਕਿਹਾ ਟਾਈਮ ਕਿੰਨਾ ਲੱਗਾ? ਕਹਿੰਦਾ ਜਿੱਤ ਦਾ 2 ਗੱਡੀਆਂ ਦਾ 38 ਸੀ, ਇਹ 39 ਦਾ ਸੀ 4। ਮੈਂ ਕਿਹਾ ਹੈਂ ਹੈਂ? ਕਹਿੰਦਾ ਹੋਕਾ ਜਿਹਾ ਕਰਨਾ ਹੈ। ਕਹਿੰਦਾ ਤੂੰ ਆਹ ਹਨੀ ਨੂੰ ਕਹਿ ਬੋਲ ਥੱਲੇ ਕਰੇ ਇਹਦੇ ਉੱਤੇ। ਅੱਛਾ, ਜੇ ਕਹਿੰਦਾ ਅੱਜ ਪਹਿਲਾਂ ਨਾ ਜੜਿਆਲੇ ਕੀਤਾ ਹਨੀ, ਕਹਿੰਦਾ ਮੁੜ ਕੇ ਸਾਰੀ ਉਮਰ ਪ੍ਰੈਣ ਸਿੱਟੂ, ਬੋਲ ਨਹੀਂ ਹੱਕੂ। ਹਨੀ ਹੱਸਣ ਲੱਗ ਪਿਆ, ਮਿੱਤਰ ਸੀ ਸਦਾਰਾ ਬੋਰੇ ਦੇ, ਬਿਜਲੀ ਲੱਗਣ ਵਾਲੀ ਹੋ ਗਈ, ਅਤੇ ਮੈਂ ਵੀ ਹੱਸਦਾ ਰਿਹਾ। ਇਹ ਹਟੇ ਨਾ, ਤੂੰ ਹਨੀ ਨੂੰ ਕਹਿੰਦਾ ਥੱਲੇ ਕਰ ਬੋਲ, ਬੋਲ ਦੇ ਉੱਤੇ ਜੋੜ ਜੇ ਪਹਿਲਾਂ ਨਾ ਕੀਤਾ। ਅੱਛਾ, ਹਨੀ ਨੂੰ ਫਿਰ ਮੈਂ ਕਿਹਾ, ਕਹਿੰਦਾ ਸੱਚੀ ਦਾ ਹੋਜੂ। ਮੈਂ ਕਿਹਾ ਐਡਾ ਚੋਟੀ ਦਾ ਚਾਬਕਾ, ਜੇ ਬੋਲ ਨਾ ਤੁਰੇ ਤਾਂ ਮੈਨੂੰ ਕਹਿੰਦਾ ਹੁੰਦਾ ਇਹਦਾ ਫਾਹਾ ਵੱਢ ਦੇ। ਹਨੀ ਕਿਹੜਾ? ਕੋਟ ਵਾਲਾ? ਕੋਟ ਵਾਲਾ ਹਨੀ, ਚੰਗੂਰਾ। ਹਾਂ, ਬਹੁਤ ਬਹੁਤ ਚੱਪਾ ਉਹਦਾ ਭੱਜਦਾ। ਹਕਾਵਾ ਵੀ ਪੂਰਾ ਵਧੀਆ ਆ ਉਹ, ਹਕਾਵਾ ਸੇਮਾ। ਅੱਛਾ,
ਸੇਮੇ ਗੱਲ ਇਹ ਕਹੀ ਠੀਕ ਹੈ ਸੇਮੇ ਨੇ ਕਹੀ ਆਹੋ ਮੈਂ ਕਿਹਾ ਹਨੀ ਇਹ ਸੱਚੇ ਹੋਣਾ ਬਹੁਤ ਸਿਰੇ ਆ ਮੈਨੂੰ ਝੱਟ ਕਹਿੰਦਾ ਉਹਦਾ ਬੋਲ ਵੇਚਦੇ ਕੁਛ ਕੀਤਾ ਉਹ ਹਾਰਦੇ ਰਹੇ ਮੈਂ ਕਿਹਾ ਹੁਣ ਨਹੀਂ ਜੋੜਨਾ ਕਹਿੰਦਾ ਕਿਉਂ ਮੈਂ ਕੱਲ੍ਹ ਨੂੰ ਡਰਿਆਣੇ ਆ ਦੌੜ ਫਿਰ ਤਿੰਨੇ ਨੰਬਰ ਉਹ ਸਾਰੀ ਛੋਟੀ ਦੇ ਹੁੰਦੇ ਆ ਅਸੀਂ ਭਾਅ ਜੀ ਡਰਿਆਣੇ ਚਲੇ ਗਏ ਗੁਰਮੀਤੇ ਨੂੰ ਮੈਂ ਕਿਹਾ ਕੋਈ ਚੋਟੀ ਦਾ ਬੋਲ ਜੋੜ ਲਾ ਕਹਿੰਦਾ ਇਹੀ ਜੋੜਨਾ ਲਿਲ ਵਾਲੇ ਲੰਬਰ ਨਾਲ ਬੈਲੀ ਕਰ ਲਿਆ ਖਾਂਟੀ ਅਸੀਂ ਨਿੰਦਰ ਨਾਲ ਕਰ ਲਿਆ ਮੂਸਾਪੁਰੀ ਨਾ ਇਹ ਸੇਮੇ ਨੂੰ ਮੈਂ ਕਹਾਂ ਐਵੇਂ ਮਾਰੀ ਜਾਂਦਾ ਕੌਣੀ ਆ ਜੇ ਤੂੰ ਉੱਤੇ ਤੋਂ ਔਖੀ ਹੋਣੀ ਕਹਿੰਦਾ ਤੂੰ ਇੱਦਾਂ ਕਰ ਜੋੜ ਦਿਆ ਮੈਂ ਆਪ ਜਿਹੜਾ ਲੈਣੇ ਤੂੰ ਖੜ ਗੱਬੇ ਉੱਪਰਲੇ ਪਾਸੇ ਪੰਧੀ ਸੀ ਇੰਨੀ ਕੁੱਚੀ ਉੱਪਰਲੇ ਬੈੜੇ ਨੂੰ ਬਈ ਡੰਡੇ ਅੰਗ ਪੂਛ ਇਹਦੀ ਇਹਦੀ ਨੰਬਰ ਆ ਕੇ ਕਰਦਾ ਪਹਿਲਾਂ ਸੇਮਾ ਕਹਿੰਦਾ ਹੋਈ ਤਸੱਲੀ ਮੈਂ ਕਿਹਾ ਤਸੱਲੀ ਤਾਂ ਹੋਈ ਆ ਵੇ ਬੋਲ ਬਾਲਾ ਹੀ ਭੱਜਦਾ ਵੀ ਉੱਪਰਲਾ ਘਾਟ ਛੱਡ ਗਿਆ ਕਹਿੰਦਾ ਨਹੀਂ ਛੱਡੀ ਮੈਂ ਕਿਹਾ ਚੋਟੀ ਦੇ ਬੋਲ ਦਾ ਦੂਏ ਕਹਿੰਦਾ ਆਪਣੇ ਹੀ ਆ ਮੈਂ ਹੀ ਅੱਕਣੇ ਮੈਂ ਤੈਂ ਹੀ ਅੱਕਣੇ ਕਿਹੜੇ ਗੱਲ ਮਕਾ ਬੈਲੀ ਛੱਡਿਆ ਲਿੰਬਰ ਨਾ ਦੂਆ ਨੰਬਰ ਹਿਆਰੀਆਂ 'ਚ ਚੰਨੋ ਦਾ ਪਹਿਲਾ ਤੀਆ ਖਾਂਟੀਆ ਜੋੜਿਆ ਉਹਦਾ ਤੀਆ ਤਿੰਨ ਨੰਬਰ ਪਹਿਲੇ 6151 4141 2100 2100 ਇੱਦਾਂ ਹੁੰਦੇ ਸੀ ਉਹ ਇਹ ਜੀ ਤਿੰਨੇ ਨੰਬਰ ਮੈਨੂੰ ਕਹਿੰਦਾ ਹੁਣ ਇੱਦਾਂ ਕਰ ਮੈਂ ਕਿਹਾ ਦੱਸ ਫੋਨ ਲੈਣਾ ਹੁਣ ਫੋਨ ਹੈ ਨਹੀਂ ਆਹ ਨੋਕੀਆ ਫੋਨ ਅਸੀਂ 6200 ਨੂੰ ਦੇ ਦਿੰਦੇ ਹਾਂ ਅਸੀਂ ਜੀ ਪੰਗਲ ਸਾਹਿਬ ਹੁਣ ਤੁਸੀਂ ਇਹ ਦੱਸੋ ਬਈ ਚੰਨੋਵਾਲ ਜਿਹੜਾ ਚੌਰਾ ਤੁਸੀਂ ਕਹਿੰਦੇ ਆ ਉਹ ਤਾਂ ਬਹੁਤ ਜਿੱਤਿਆ ਮੁੜ ਕੇ ਤੁਸੀਂ ਵੇਚ ਦਿੱਤਾ ਉਹ ਤੋਂ ਬਾਅਦ ਫਿਰ ਕਿਹੜੇ ਬਲਦ ਹੋਰ ਵਧੀਆ ਲਿਆਂਦੇ ਉਹ ਤੋਂ ਮੈਨੂੰ ਗੱਲ ਭੁੱਲ ਗਿਆ ਪਹਿਲਾਂ ਭਾਅ ਜੀ ਇੱਕ ਜਿਹੜਾ ਤੈਨੂੰ ਬਲੈਤੀ ਦਿੱਤਾ ਸੀ ਛੋਟਾ ਚਿੰਦੇ ਵਾਲਾ ਕਢਾਣੀ ਅਸ਼ਨੀ ਤੋਂ ਲਿਆ ਸੀ ਉਹ ਬਲਦ ਅਸੀਂ ਲਾਲ ਤੋਂ ਦਿੰਦੇ ਸੀ ਛਿੰਦੇ ਬਾਈ ਨੂੰ 35000 ਰੁਪਈਆ ਮੈਂ ਤਾਂ ਸੀ ਬਲੈਤੀ ਬਲਦ ਬਲੈਤੀ ਦਾ ਛਿੰਦਾ ਮੰਨਿਆ ਨਾ ਗੁਣਾ ਚੌਰ ਥੋੜ੍ਹੇ ਚਿਰ ਬਾਅਦ ਦੌੜ ਆ ਗਈ ਅਤੇ ਮਖਤਿਆਰ ਨੇ ਬੱਲੀ ਨੂੰ ਦਵਾ ਦਿੱਤਾ 13000 ਰੁਪਈਏ ਦਾ ਇਹ ਮਖਤਿਆਰ ਨਾਲ ਤਾਂ ਬੱਲੀ ਨਾਲ ਰਾਤ ਮੇਰੇ ਕੋਲ ਰਹਿੰਦੇ ਹੁੰਦੇ ਯਾਰੀ ਦੋਸਤੀ ਬਹੁਤ ਸੀ ਚਾਹੇ ਲੱਕ ਘੁੰਮੀ ਜਾਣਾ ਰਾਤ ਉੱਥੇ ਹੀ ਆਉਣਾ ਇਹ ਮੈਨੂੰ ਮਖਤਿਆਰ ਨੇ ਬੰਦਾ ਭੇਜਿਆ ਵੀ ਉਹਨੂੰ ਸੱਦ ਕੇ ਲਿਆ ਗੁਣਾ ਚੌਰ ਜਦ ਮੈਂ ਗਿਆ ਤਾਂ ਕਹਿੰਦੇ ਬੋਲਦ ਲਿਆ ਇਹ 13000 ਦਾ ਇਹ ਬੱਲੀ ਲਿਆ ਸੀ ਬੱਲੀ ਲਿਆ ਸੀ ਮੈਂ ਕਿਹਾ ਬੱਲੀ ਭਾਈ ਅਸੀਂ ਤਾਂ ਛਿੰਦੇ ਨੂੰ 35 ਦੇ ਹਟਿਆ ਮੰਨਿਆ ਨਹੀਂ ਕਹਿੰਦੇ ਅਸੀਂ ਅਸ਼ਨੀ ਨਾਲ ਸੌਦਾ ਕਰ ਲਿਆ ਚਲੋ ਮੈਂ ਕਿਹਾ ਲੈ ਜਾਓ ਫਿਰ ਉਹਨੇ ਜਦ ਸੌਦਾ ਹੀ ਕਰ ਲਿਆ ਅਸ਼ਨੀ ਨੇ ਕੀ ਕਹਿਣਾ ਪਰ ਮੈਂ ਕਿਹਾ ਮੇਰੀ ਇੱਕ ਗੱਲ ਸੁਣ ਲਈ ਮੈਂ ਬੱਲੀ ਤੋਂ ਵਾਲਾ ਭੱਜਣਾ ਨਹੀਂ ਇਹ ਜਿੱਦਣ ਦੇਣਾ ਹੋਇਆ ਯਾਰੀ ਦੋਸਤੀ ਆ ਤੁਹਾਡੇ ਨਾਲ ਮੈਨੂੰ ਦਿਓ ਬੱਲੀ ਕਹਿੰਦਾ ਵਹਿਦਾ ਰਹਿ ਗਿਆ ਤੈਨੂੰ ਦਊਂਗਾ ਮੈਂ ਕਿਹਾ ਠੀਕ ਆ ਬਈ ਇਹਨੇ ਰੱਖਿਆ ਥੋੜ੍ਹਾ ਚਿਰ ਤਾਂ ਮੈਂ ਗਿਆ ਇਹਨੂੰ ਕਜਲਾ ਭਾਅ ਜੀ ਨੇ ਜੋੜਨਾ ਸੀ ਬੋਲ ਦਾ ਹਾ ਪਹਾੜ ਮਜਾਲੀਆ ਮਰੂਤੀ ਬੋਲ ਦਾ ਇਹ ਉਹਨਾਂ ਨੂੰ ਕਹਿੰਦਾ ਉਹ ਕਹਿੰਦੇ ਵੀ ਉਹਦੇ ਹੱਥਾਂ 'ਚ ਆ ਉਹ ਕਰਾਊਗਾ ਇਹ ਭੰਗੜਾ ਨੂੰ ਆ ਗਿਆ ਤਾਂ ਭੰਗੜਾ ਤੋਂ ਮੈਂ ਗਿਆ ਰੋਪੜ ਨੂੰ ਇਹ ਮਖਤਿਆਰ ਕਹਿੰਦਾ ਰੋਪੜੇ ਘੁੰਮ ਆਉਂਦੇ ਆ ਮਖਤਿਆਰ ਇਹ ਉਹਨਾਂ ਨੂੰ ਕਜਲੇ ਨੂੰ ਇਹਦੀ ਮੋੜੋਂ ਵਾਲੀ ਆ ਬੱਲੀ ਮਖਤਿਆਰ ਤਾਂ ਮੱਖਣ ਤਾਂ ਕਜਲਾ 4 ਜਣੇ ਜਾਨੋ ਜੀ ਮੈਂ ਟੈਂਪੂ 'ਚੋਂ ਬੋਲਦ ਲਾਏ ਕਹਿੰਦੇ ਕਿੰਨੇ ਕੁ ਚਿਰ ਨੂੰ ਮੁੜ ਕੇ ਆਊ ਮੈਂ 10 ਨਾ 15 ਮਿੰਟ ਕਜਲਾ ਕਹਿੰਦਾ ਕਹਿੰਦੇ ਹੱਥ ਫੜਾ ਕੇ ਆਉਣੇ ਭਾਅ ਜੀ ਮੈਂ ਕਿਹਾ ਹੱਥ ਨਹੀਂ ਵੀ ਆਪਾਂ ਰੱਖਣ ਵਾਲਿਆਂ ਨੂੰ ਦੇਣੇ ਆ ਮੁਸਲਮਾਨਾਂ ਨੂੰ ਵੇਚਣੇ ਵਧੀਆ ਬੋਲ ਸੀ ਬਰਵਾਲੀ ਜਿੱਤਿਆ ਬੋਲ ਸੀ ਮੈਂ ਵਿੱਚ ਲਿਆ ਸੀ ਬੋਲਾਂ ਦੇ ਉਹ ਯੂਪੀ ਦੇ ਪੰਡ ਤੱਕ ਮੈਂ ਕਿਹਾ ਤੁਸੀਂ ਪੰਡ ਤਾਂ ਕੀ ਆ ਕਹਿੰਦੇ ਜਨੌਕ ਦੇਖ ਲਾ ਮੈਂ 2 ਹੀ ਉਹਨਾਂ ਨੂੰ ਫੜਾਏ ਚਲੋ ਵਾਧਾ ਘਾਟਾ ਤਾਂ ਹੁੰਦਾ ਹੀ ਆ ਮੈਂ ਕਿਹਾ ਰੱਖਣ ਵਾਲੇ ਸਹਿ ਜਾਣਾ ਮੈਂ ਮੈਨੂੰ ਤਾਂ ਫਰੀ ਖਾਤੇ ਆਏ ਆ ਫਿਰ ਰੱਬ ਹੋਰ ਕੋ ਭਲਾ ਕਰੂ ਮੈਂ ਗੱਡੀ 'ਚ ਬਹਿ ਗਿਆ ਗੱਡੀ 'ਚ ਬਹਿ ਗਿਆ ਤਾਂ ਇੱਕ ਜਿਹੜਾ ਭਾਅ ਜੀ ਨਾਲ ਸੀ ਇੱਕ ਮੁਖਤਿਆਰ ਕਹਿੰਦਾ ਬੋਲਦ ਭਾਅ ਜੀ ਨਾਲ ਜਲਾਉਣਾ ਬਹਾਦਰ ਵਾਲਾ ਮੈਂ ਜੁੜ ਗਿਆ ਕਹਿੰਦਾ ਇੱਥੇ ਹੀ ਮੈਂ ਕਿਹਾ ਜੁੜ ਗਿਆ ਜਦ ਤੈਨੂੰ ਕਹਿ ਤਾਂ ਜੁੜ ਜਾਊ ਹੋਰ ਗੱਲ ਕਰ ਕਹਿੰਦਾ ਬੱਲੀ ਨੇ ਬਲੈਤੀ ਭੇਜ ਦੇਣਾ ਮੈਂ ਕਿਹਾ ਉਹ ਵੀ ਲੈਣ ਨੂੰ ਤਿਆਰ ਆ ਮੈਂ ਕਿਹਾ ਘਾਟਾ ਪੈਣਾ ਦੇਖ ਲਾ ਮਖਤਿਆਰ ਘਾਟੇ ਦੇ ਗੱਡੀ ਚੱਲਣੀ ਆ ਕਹਿੰਦਾ ਰੁਪਈਆ 10000 ਦੇ 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 ਇਹਨੂੰ ਨਕਦ ਪੈਸੇ ਚਾਹੀਦੇ ਆ ਪੈਸੇ ਮੈਂ ਕਿਹਾ ਹੁਣ ਮੇਰੇ ਕੋਲ ਹੀ ਆ ਕਹਿੰਦਾ ਮੈਂ ਰੁਪਈਆ 9000 ਦਿੱਤਾ ਬੱਲੀ ਨੇ 200 ਮੈਨੂੰ ਛੱਡ ਦਿੱਤਾ ਬਹਿੜਾ ਗਿਆ ਮੈਂ ਚਾੜ ਲਿਆ ਚਾੜ ਕੇ ਜੀ ਮੈਂ ਭੀਖ ਲੈਣੂੰ ਆਪਣੇ ਪਹਾੜੇ ਦੇ ਉਰਾ ਪਰਾ ਕਰ ਬਹਿੜਾ ਲੱਪਿਆ ਜੀ ਜਿੱਤਣ ਉਹ ਬਲੈਤੀ ਚਲੋ ਜਿੱਦਾਂ ਰਿਹਾ ਇੱਥੇ ਕੰਮ ਹੀ ਆ ਗਈ ਦੌੜ ਵਿਚਾਲੇ ਵਿਚਾਲੇ ਅਸੀਂ ਮਾਲਵੇ 'ਚ ਵੀ ਜਿੱਤੇ ਉਹਨਾਂ
एक बार इदा का टाइम है गर्चे वाले तारे दे बॉल बहुत मशहूर सी जितया भी बहुत ये तारे को मैं चले गया मैं मुंडिया दौड़ते नहीं जाना कहता जाना नहीं पे बॉल तो है नहीं थानू खैर चेता होगा ना होगा घर से फोन होंगे ही उस वेले मैं थोड़े फोन बड़े खड़काए तुम चेकिया ना थोड़े को लुधियाने को बॉल लिया धांधला बॉल ये तारा कहना जोड़ दो मैं फोन तो चके डुबे घर हो बॉल तो आप चाड़ के लै जाएंगे घर की गल आ कुछ नहीं कहता वो जा ना चकिया तारा कहना भी चकदा नहीं मैं कहना चकदा नहीं वो मैं चल फिर रहन दे कहना हूँ किदा हो वो मैं चल चलिए रुपया तो 500 लेना छिंदे ना 600 ले लो होर कि लेना लुधियाने के नाले मुंडिया ये छिंदा मैनू कहना बॉल दे अपना बलैती लै चल चाड़ के मैं क्या जा चाड़ लिया कितने अद्धी रात को स्कूटर से टक्करा मारा गए मैं गुम्मे पैसे फड़ाने बॉल दे कले ये जी चले गया तारे नू मैं क्या जे तो तेन वधिया बॉल मिलिया तो तू वधिया जोड़ लें मैं खाली लै मुड़ के जा मैं माड़ा चंगा उत्थे जोड़ लो वो छिंदा टेंपू से लैन गया कदे कोई नशा ना सी कोई चाह पत्ती कख ना सी इतने जाड़ लिया चाल लिया था जी तारा मैनू कहता जे तेन इतराज नहीं तो मेना खेड़ी वाला चौरा बॉल हो गया चौधरी वाला भिंदर ने लिया मैं कहा तू अपना लै पे जोड़ तू जितना चाहिए मेरा कोई गल नहीं तारे ने जोड़ता मैं जी खड़ा तारदा रहा घंगराली वाले पालना जथेदार हों टहल सू वो बेचारे बह है ना सी एक सियाना बंदा सी वो जथेदार वाला तारे पाल वाला बोलता है हवे गड्डी हिला मैं ताड़ी गया सकेंट कलेट मैं टहल सूनू मैं क्या भाई बॉल तो तेरा जोड़ना कहना जोड़ना तेनू ना आ मैं क्या तू मेरा बोलता देख ला कहना तू कट्टा लिया हमें तेरे कट्टे ना जोड़ना तेरा बोल की देखना मैं क्या इदा नहीं करी दी फिर रौला पै मैनू वो पैदा बॉल नहीं देखा वो पिट सुन दी अज भी दे ला इन्ना यकीन वाला टैल सू बंदा सी 50 रुपये मैनू कढ के दते कहना एंट्री पाया मैं क्या नहीं 50 नहीं भाई लेने तू मैं एंट्री कोलों पा आनी नहीं कहना फड़ जा ना ही हटिया मैं चल तू तकाल समझा गे कहना नाम बन जू समझा गे मैं क्या मैं तो बड़ी जा अच्छा चल कहना पाया मैं गया अपने एंट्री पाती तो मैनू कहना चाव कह जा देख भी मेरे बॉल दे प्रैणिया नहीं पसलियां दो तीन मारता को बंदा उदो प्रैण ना दौड़ हुंदी प्रैण ना चौका सी तो बहुत और देला पुरानी गल है ज़्यादा हो गई 20 साल मेरे ख्याल 20 साल हो गए होने भाई इन्ने हो गए होने लो जी असी बॉल कर लिया बहादुर नू कहिंदा वीर मंगू वाली असी चाप को कहिंदा मेरे बॉल दे प्रैणा झाड़ नहीं यार दो बहादुर ने बॉल हकते बॉल छड़ते मैं झोले चक्या बलैती जड़ाने मैं कल नहीं जोड़ के छड़ता मैं तुरया वा जब मूहरे आया तो रोमपुरी धन्ना मेर ने बया या जानता चंगा अपना बाग वो भीर धन धन कराती वह दुआबिया धन धन कराती मैं की गल हुई मैं क्या सारा बॉल कि सैर सूट दे गया जो की चक्कर होया कहिंदा नंबर च भड़ गया तू मैं क्या नहीं नंबर बलैती कहिंदा दूए नंबर चा क्यों चौथी हीट च गए सी दोहरी बार जोड़ना सी हीटा भी पंजे होंगे मैनू कहना 28-34 टाइम लग गया मैं सुन के हैरान मैं क्या इन्हों फर्क लग गया सुनने जब मैं गह गया बहादुर जो हाथ दा ही होंगे हाथ हथ मारिया नाले मत्थे दे हथ मारी जाए मैं की गल हो गई वो सदारा तेरी किस्मत तेना तू किस्मत मैं गल की हुई कहिंदा दूए नंबर च 28-34 टाइम लग गया मैं वेदा धरती मत्था टेकया मैं क्या 28-34 टाइम लग गया कहिंदा होर तैन झूठ दसना लो जी गल मका तू शॉर्टकट तारा तक 31 नंबर बेचारा बार जिहड़ा वधिया नाल जोड़न गया सी वधिया नंबर तो बार किस्मत दी गल 31 नंबर 31 तो बार आपां किहड़ा तारा बथेरा जितया बेचारा टाइम वधिया सी बोलदा ओहदे कोल वधिया कारण तो मका माल भी थोड़ा जितया तारा जितदा सी बोल नीले वाला हरियाली वाला रोडा ਬੜਿਆ ਦੁੱਗੇ ਬੱਚੇ ਭਜਾਉਣ ਗਿਆ ਬੜਿਆ ਬੋਲਦਾ ਇੱਥੇ ਆਨੰਦ ਕੋ ਸਾਡੇ ਨਾਲ ਵੀ ਜਿੱਤ ਰਿਹਾ ਤਾਰੇ ਬਹੁਤ ਜਿੱਤਿਆ ਤਾਰੇ ਵਾਲਾ ਤਾਰਾ ਵਧੀਆ ਬੰਦਾ ਲਓ ਜੀ 30 ਨੰਬਰ ਮੇਰਾ ਬਣਿਆ ਤਕਾਲਾ ਨੂੰ 30 ਬਣਿਆ ਛੁਗਲੀ ਬਹੁਤ ਹੁੰਦੇ ਜਾਂ ਲਸਾੜੇ ਆਏ ਸਾਰਾ ਟੈਂਪੂ ਰੋਕ ਲਿਆ ਇੱਕ ਪੇਟੀ ਲੈ ਚਲੀ ਹੈ ਮੈਂ ਕਿਉਂ ਕਲੇਸ਼ ਕਲੀਤਣ ਲੱਗਾ ਕਲੇਸ਼ ਹੋਊਗਾ ਉਹ ਨਹੀਂ ਬੰਬ ਡਿੱਗਦਾ
ਉਹ ਗਿਆਨ ਵੀ ਪੀ ਲਈ। ਮੈਂ ਗਿਆਨ ਨੂੰ ਮਾੜੀ ਉਂਗਲੀ ਲਾ ਦਿੱਤੀ, ਮੈਂ ਕਿਹਾ ਇਹਨੂੰ ਪੁੱਛਦਾ ਹੁਣ ਚੰਗਾ ਟਿਕਾ ਆ ਹੈਂ ਵੱਖ ਜੋੜ ਕੇ। ਉਹ ਭਰਾਵਾ ਗਿਆਨ ਧਾਰ ਤੈਂ ਬਲੈਤੀ ਨਹੀਂ ਜੋੜਿਆ, ਚਲੋ ਹਾਰ ਦੇ ਹਦਾਉਂਦੇ ਆ ਗਏ ਦੇ ਲਾ। ਫਿਰ ਉਹ ਬਲੈਤੀ ਇੰਨਾ ਜਿੱਤਿਆ ਮੇਰੇ ਕੋਲ, ਇੱਕ ਵਾਰ ਤੈਨੂੰ ਮੈਂ ਗੱਲ ਦੱਸਦਾ, ਮੈਂ ਉੱਦਾਂ ਹੀ ਲੈ ਜਾਂਦਾ ਹੁੰਦਾ ਖੁਸ਼ੀ ਜੇ ਚਾੜ ਕੇ ਵਾਧੂ ਘਾਟੂ। ਇੱਥੇ ਬੋਲਦ ਸੌਂਸਪੁਰੀ ਆ ਪਾਲਾ ਲੈ ਗਿਆ ਸੀ ਮੂਰਾ ਵਾਲੀ ਤੋਂ, ਖੇੜੇ ਦੌੜ ਸੀ। ਮੈਂ ਕਿਹਾ ਮੈਂ ਤਾਂ ਇੱਧਰ ਕੈਰੀ ਨੂੰ ਜਾਣਾ ਵੀ ਤੂੰ ਲੈ ਜਾ, ਚਲੋ ਖੇੜੇ ਵੀ ਜਿੱਤ ਗਿਆ ਉਹ, ਇੱਥੇ ਹੋਈ ਸੀ ਚਿੱਤੋਂ ਦੌੜ, ਉਹ ਮੈਂ ਬਲੈਤੀ ਲੈ ਗਿਆ। ਤਕਾਲਾਂ ਜਿਹੀਆਂ ਪਈਆਂ ਆ, ਸੌਂਸਪੁਰੀ ਬੋਲ ਦਾ ਪਹਿਲਾਂ ਹੋਇਆ ਉਹਨਾਂ ਨੱਤਾਂ ਵਾਲੇ ਨਾਲ, ਸਿਕਾ ਨਹੀਂ ਲੰਬੜਦਾਰ ਭਜਾਉਂਦਾ, ਮੈਨੂੰ ਪਿੰਡ ਦਾ ਚੇਤਾ ਨਹੀਂ ਆਉਂਦਾ ਜਿਹੜਾ ਮਰ ਗਿਆ ਸੀ। ਚੱਲ ਹੁਣ ਕੋਈ ਪਿੰਡ ਕੋਈ ਹੋਊਗਾ ਪਿੰਡ, ਅਤੇ ਇਹ ਬਲੈਤੀ ਖੜਾ ਪਾਲਾ ਕਹਿੰਦਾ ਨੰਬਰ ਹੋਰ ਤਾਂ ਨਹੀਂ ਲੈਣਾ। ਮੈਂ ਕਿਹਾ ਲਿਆ ਖਰਚਾ ਪਰਚਾ ਬਣਾ ਲਈਏ। ਇਹ ਥਾਣੇਦਾਰ ਰਾਜੂ ਮਾਜਰੀ ਆ ਜਿਹੜਾ ਮਾਸਟਰ ਭਜਾਉਂਦਾ, ਉਹ ਰਣਵੀਰ ਨਾਲ ਮੇਰੀ ਯਾਰੀ ਬਹੁਤ ਹੁੰਦੀ ਸੀ। ਕਹਿੰਦਾ ਰਣਵੀਰ ਲਿਆ ਖੋਲ੍ਹ ਕੇ ਸਰਦਾਰ ਨਾਲ ਜੋੜੀਏ। ਉਹ ਲੈ ਆ ਬਲੈਤੀ ਹੇਠ ਕਰਤਾ ਉੱਤੇ ਕਰਤੇ, ਉਹ ਪਾਲੇ ਨ ਹੱਕੇ ਬੰਦਾ ਵੀ ਨਹੀਂ ਮਗਰ ਗਿਆ। ਨੰਬਰ ਸਾਡਾ ਪੰਜਵਾਂ ਲੋਹੜੀ ਨੂੰ। ਫਿਰ ਇੱਥੇ ਪਵਿਆਣੇ ਕੋਲ ਸੀ ਭਜਾਉਣ ਆਇਆ ਪਵਿਆਣਾ, ਤਕਾਲਾਂ ਨੂੰ ਬੋਲ ਤਾਂ ਧੇਰੀਆਂ ਜਿੱਦ ਹੀ ਹੁੰਦੇ ਸੀ, ਬੋਲ ਤਾਂ ਅਸੀਂ ਕਰ ਲਿਆ। ਤਾਂ ਘਾਣਸਾਲਾ ਕਾਲਾ ਮੇਰੇ ਕੋਲ ਆ ਗਿਆ, ਸ਼ਰਾਬੀ ਹੋਇਆ ਹੁਣ ਵੀ ਮੁੰਡਾ ਚਾਬਕ ਸਿਰੇ ਲਾ, ਰੋਣ ਲੱਗ ਪਿਆ। ਮੈਂ ਕਿਹਾ ਰੋਂਦਾ ਕਾਹਦੇ ਆ, ਗਾਲਾਂ ਕੱਢੇ ਮੈਂ ਗੱਲ, ਸਾਰਾ ਦੁਆਬਾ ਮਰ ਗਿਆ ਮੇਰੇ ਭਾਂਦਾ, ਇੱਕ ਬੰਦਾ ਤੂੰ ਜੀਦਾ। ਉਹ ਮੈਂ ਕਿਹਾ ਤੂੰ ਗੱਲ ਦੱਸ, ਗੱਲ ਕੀ ਕਾਲੇ ਹੋਈ? ਕਹਿੰਦਾ ਬਹਿੜੇ ਮੇਰੇ ਦਾ ਚੌਥਾ ਨੰਬਰ ਮੇਰੇ ਨਾਲ ਜੋੜਦਾ ਕੋਈ ਨਹੀਂ। ਮੈਂ ਕਿਹਾ ਵੀ ਤੂੰ ਦੱਸ ਕੀ ਚਾਹੁੰਦਾ? ਕੁੱਕੜ ਪਿੰਡ ਦੌੜ। ਕਹਿੰਦਾ ਮੇਰੇ ਨਾਲ ਬੋਲ ਜੋੜ ਕੋਈ ਜੋੜ। ਮੈਂ ਕਿਹਾ ਕਿਹੜਾ ਜੋੜਾ? ਕਹਿੰਦਾ ਕੋਈ ਕੱਟਾ ਹੈ ਨਹੀਂ, ਕੋਈ ਕੱਟਾ ਹੀ ਲੈ। ਮੈਂ ਚੱਲ ਲੈ ਆਵਾਂਗੇ। ਉਹ ਨਹੀਂ ਪੇਦੇ ਪੁੱਤ ਨੇ ਮੈਨੂੰ ਪੁੱਛਿਆ ਵੀ ਕਿਹੜਾ ਜੋੜਨਾ ਕਿਹੜਾ ਨਹੀਂ। ਚਲੋ ਲੈ ਗਿਆ ਬਲੈਤੀ ਚਾੜ ਕੇ, ਲੈ ਗਿਆ ਮਹਾਰਾਜ ਵੱਲੋਂ ਨੰਬਰ ਸਾਡੇ ਲੇਟ ਬਣੇ। ਚਾਨਜੀ ਬੁਗਰੇ ਵਾਲਾ ਮੋਰਾ ਵਾਲੀਆਂ ਨਾਲ ਪਹਿਲਾਂ ਕਰਕੇ ਖੜਾ, ਕੈਰੀ ਦੌੜ ਸੀ ਚੱਕਰ ਦੀ, ਚੱਕਰ ਦੀ ਦੋਹਰੀ ਕੁੱਕੜ ਪਿੰਡ। ਇਹ ਜੀ ਕਾਲੇ ਨਾਲ ਜਦ ਜੋੜਨ ਲੱਗੇ ਤਾਂ ਪਾਲੇ ਨੂੰ ਹੱਕਣ ਭੇਜਤਾ, ਮੈਂ ਨਹੀਂ ਗਿਆ ਜੜਾਉਣ। ਉਹ ਭਈਆ ਸੀਗਾ, ਮੈਂ ਤੂੰ ਹੀ ਜਲਾ ਦੇ ਵੀ, ਇਹ ਕਿਹੜੇ ਸਾਰੇ ਜਿੱਤਣੇ ਆ ਮੇਰੇ ਜਿੱਤੇ 'ਚ। ਉਹ ਪੱਪੂ ਨੂੰ ਪਾਲੇ ਨੂੰ ਹਾਕ ਮਾਰੀ, ਕਹਿੰਦਾ ਪਾਲੇ ਗੱਲ ਸੁਣ, ਕਹਿੰਦਾ ਦੱਸ। ਕਹਿੰਦਾ ਬਲੈਤੀ ਨੂੰ ਦਾਣਾ ਹੱਕਦੇ ਨਹੀਂ ਜਿੱਤ ਜਾਣਾ, ਕੱਲ੍ਹ ਦਾ ਬੱਚਾ ਜਿੱਤੇ ਆ। ਉਹ ਪਾਲੇ ਨੇ ਸਿੱਟੀ ਪਰੈਣ ਪੱਪੂ ਨੂੰ, ਕਹਿੰਦਾ ਕੋਈ ਫਰਕ ਆ ਤੂੰ ਹੀ ਬੈਲ। ਮੈਂ ਟਰਾਲੀ 'ਤੇ ਬੈਠਾ ਜੋੜੀ, ਕਹਿੰਦਾ ਸੋਢੀ ਨੇ ਜੋਤ ਲਵਾਇਆ ਅਤੇ ਉਹਦੇ ਪਤਾ ਲੱਗਾ ਨੰਬਰ ਦੂਆ ਬਲੈਤੀ ਦਾ, ਲਗਾਉਣ ਲੱਗ ਪਿਆ ਜਾ ਕੇ ਸਿਰੇ 'ਤੇ ਭਾਅ ਜੀ, ਸਿਰੇ 'ਤੇ ਲੱਤ 'ਚ ਨਾੜ ਚੜ ਗਈ। ਨਹੀਂ ਪਹਿਲਾਂ ਚੱਕਤਾ ਜੀ ਸਾਨੂੰ ਟੈਲੀਵਿਜ਼ਨ, ਨੋਰਾ ਪਰਾ ਕਾਲਾ ਖੁਸ਼ ਹੋਇਆ ਮੇਰੇ। ਟੈਲੀਵਿਜ਼ਨ ਮਿਲਿਆ ਉੱਥੇ ਦੂਜੇ ਨੰਬਰ ਨੂੰ, ਦੂਏ ਨੂੰ ਟੈਲੀਵਿਜ਼ਨ, ਬਹੁਤ ਨਾਮ ਤਕੜੇ ਹੁੰਦੇ ਸੀ। ਅਤੇ ਫਿਰ ਤਾਂ ਗੱਲ ਮਕਾ ਜਿੱਤ ਬਹੁਤ ਕੀਤੀ ਉਹ ਦੇ ਲਾ, ਇੱਥੇ ਮਾਲ ਵਿੱਚ ਹੋਰ ਵੀ ਨੰਬਰ ਲਾਏ, ਹੁਣ ਚੇਤਾ ਨਹੀਂ ਰਹਿੰਦਾ। ਫਿਰ ਕਾਮੇ ਦੌੜ ਹੋਈ ਨਾ ਜੱਬੋ ਵਾਲ, ਜਿੱਦਣ ਤੇਰੇ ਪਿੰਡ ਜਿੱਤਿਆ ਜੱਬੋ ਵਾਲਾ ਵੀ ਆ, ਦਿਮਾਗ 'ਚ ਬੰਦੇ ਦੇ ਫਰਕ ਪੈਂਦਾ ਥਾ ਕਿਤੇ ਕਈ ਵਾਰ। ਉਹ ਬੋਲ ਮੈਂ ਨਵਾਂ ਲਿਆ 14,000 ਨੂੰ, ਨੀਲੇ ਦਾ ਰੋਹ ਜਿੱਤੇ ਹਾਲੀਏ ਦਾ ਬੱਚਾ ਉਹ ਮਹੂਦਪੁਰੀ ਆ। ਨੀਲਾ ਮੈਨੂੰ ਕਹਿੰਦਾ ਬੋਲ ਚੰਗਾ ਆਪਾਂ ਇਕੱਠੇ ਜੋੜਨੇ ਆ। ਉਹ ਮੈਂ ਕਿਹਾ ਕਮਲੇ ਕੰਮ ਨਹੀਂ ਕਰੀਦੇ, ਪਹਿਲੇ ਦਿਨ ਬੋਲ ਦੇ ਚਿੱਕ ਖਾਓ ਲੈਣ ਦੇ, ਨੀਲੇ ਆ ਫਿਰ ਜੋੜਾਂਗੇ, ਨਹੀਂ ਕਹਿੰਦਾ ਬੰਬ ਨਹੀਂ ਰੱਖਦਾ ਹਰ ਜਾਣਗੇ ਘਰ ਦੇ ਹੀ ਆ। ਚਲੋ ਜੋੜਤੇ ਰੱਬ ਦੀ ਮਰਜ਼ੀ। ਉਹ ਝੰਡਾ ਤੋਂ ਐਸਾ ਬੋਲ ਲੱਗਾ, ਉਹ ਝੰਡਾ ਬਾਂਸ ਸੀ ਬਹੁਤ ਲੰਮਾ, ਬੰਦਾ ਸੀ ਅਣਜਾਣ, ਸਿੱਟਣਾ ਤਾਂ ਪਛਾਣੂ ਸੀ। ਉਹ ਸਾਰੇ ਜਿਹਾ ਬੋਲ ਜਿਹੜੇ ਮੋਹ ਨੂੰ ਐਂ ਇੱਦਾਂ ਹੋ ਗਿਆ, ਉਦੋਂ ਜਾਂ ਹੋਇਆ ਬੋਲਦ ਨੇ ਧੱਕਾ ਲਾਇਆ ਨੀਲੇ ਦਾ ਬਾਹਰ ਕੱਢਤਾ। ਉਹ ਤਾਂ ਜੀ ਮੁੜ ਕੇ ਬਹਿੜਾ ਸੀ ਯਾਰ, ਅੱਗੇ ਆਇਆ ਉਹ ਨਹੀਂ ਸਿੱਧਾ ਗਿਆ, ਇੱਕ ਦਿਨ ਦਾ ਖਰਾਬ ਬੋਲ ਤਾਂ ਖੈਰ ਬਥੇਰਾ ਉਹ ਜਿੱਤਿਆ। ਇਹ ਬਲੈਤੀ ਦੋ ਵਾਰ ਹੀ ਹਰ ਗਿਆ ਫਰਮੈਚੀ, ਇੱਕ ਵਾਰ ਕਾਮੇ ਨਾ ਇੱਕ ਵਾਰ ਧੀਰੇ ਨਾ, ਜਾਂ ਹਰ ਗਿਆ। ਮੈਂ ਕਿਹਾ ਠੀਕ ਆ, ਤੀਏ ਦਿਨ ਤੇਰੇ ਦੌੜ ਸੀ। ਇਹ ਮੈਨੂੰ ਕੁਲਵੀਰ ਕਹਿੰਦਾ ਵੀ ਬੋਲ ਦੇਣਾ ਕਰੀ, ਮੈਂ ਕਰ ਲਿਆ। ਮੈਂ ਕਿਹਾ ਕੱਲ੍ਹ ਕਰ ਲਿਆ, ਠੀਕ ਆ। ਉਹ ਨੀਲੇ ਵਾਲਾ ਬਹਿੜਾ ਉੱਦਣ ਜਿੱਤਿਆ ਸੀ ਕਾਣਾ, ਉਹ ਸੇਵਾ ਚੱਕ ਗੁਜਰਾਂ ਵਾਲਾ ਨੀਲੇ ਨੂੰ ਕਹਿੰਦਾ ਬਹਿੜਾ ਦੇਣਾ, ਕਹਿੰਦਾ ਮੈਂ ਤਾਂ ਵੇਚਿਆ ਨਹੀਂ, ਸਰਦਾਰ ਨੂੰ ਪਤਾ ਹੋਊਗਾ। ਕਹਿੰਦਾ ਵੇਚ ਦੇਣਾ, ਕਹਿੰਦਾ ਆਪ ਹੀ ਵੇਚ, ਤੁਸੀਂ ਉਹਨੂੰ ਵੇਚਣਾ ਹੁੰਦਾ, ਉਹ ਰੱਬ ਦੀ ਮਰਜ਼ੀ। ਉਹ 40,000 ਮੈਂ ਸੇਵੇ ਨੂੰ ਬੱਚਾ ਦੇ ਦਿੱਤਾ ਪਹਿਲੇ ਨੰਬਰ। ਕਹਿ ਮੇਤੋਂ ਵੀ ਨਹੀਂ ਸੇਵੇ ਨੂੰ ਹੋਇਆ ਵੀ ਸੇਵਿਆ, ਪਰਸੋਂ ਦੌੜ ਆ ਪੱਦੀ ਜਗੀਰ ਸਾਡੀ ਆਪਣੀ।
अच्छा चलो मैं क्या नीले को दूए बॉल तो लै इन बिंदे मैं क्या जो फोन आया तो उन्होंने कहीं ट्राली लिया के बॉल तो चाड़ लिया मैं कि गया जा तो मैं एक बजे घर न आया इन मैं नीले का फोन नहीं आया कहती आया ही नहीं मैं बह गई बेड़ी आ तेरे पिंड बलैती जोड़िया दे ला नोने ना कि गड्डी खड़काई पहला नंबर करके आ कि भजे आ डुकरदिया का पहला होया खड़ा इस घंटे चल गया जी पूरा इन्हों का नत्ती ना टाइम से अठाई कर गया जीरो तो वो बेड़ा भी काफ़ी भजा फिर मैं सरपंच को छड़ गया फिर तुम रखिया थोड़ा भी फिर लेखा दिता हूँ वो नाल से भाजी एक बलैती मिले मानकी तो गुमे ने मैं ना ही देखा 8.5 हज़ार खरे 8-9 लैके घल दिता लिया वो बलैती बहुत जितया साढ़े को एक मतोई मैं दिता ही बोलद लिया बार सी पुनू यार इतने मूसापुर दौड़ हो मैं लग्या बारस भी लग्या कहना बोलता कोई जड़ा तू कहना ही जित्ती वो मैं जितू तो तदे जो किसी के नाल जोड़ेगा कहना जोड़ता कोई नहीं मैं फिर कि हो कहना देख कोई मैं बलैती भी वेला ही आ कहना जित जो मैं हम जुड़े से पता लगू वो जोड़ के छे बलैती अंदर मतोई उत्ते दूआ नंबर ओ बलैती तेरे वाला तो मैं ये सरपंच के छड़न तो पहला इतने घर च ही चले गया तारे हूँ गेड़ा देना सी ये तारा तू आई लैके आई जरूर आई चलो मुहब्बत भी गेक ना तारे ना सिंधु ना बहुत सी ना बंद ना मैनू बुखार जहा चढ़िया मैं कहा जे ना ले गया तो नहीं लड़ पा कहना तू आया नहीं मैं ले गया शरीर सारा काम ना करे बॉल जोड़ते जोड़ते मानकी वाला शरारत कर जाता ही कदम कदम बाहर निकल गया माड़ी जहा गेड़ा दे गया छड़ दते वो गेड़ा दिता बाजरे च बढ़ गया उन्हें बाजरा 4-5 मरले भन दिता इन्ना तो भन्ने देंदे बॉल तेन पता ही वह बंदा भरावा मेरे ना लड़ पिया कहना भाई आ कुछ सोचीदा हों रेहड़े वाले छड़ के आ गया गेड़े देनू बाजरा भन दिता उत्थे दवाई लापे पैण उतारा था गेक तू पैसे ला ला तू बोलिया कहना आहो वो मैं क्या कानू लड़ी जाने तुम चुप कर जा नहीं है कहना बोलिया बहुत मसी चुप चाप कराए मैं चल फिर जोड़ दें रेहड़े वाले वो बारस आ गया बारस घुमा घुमा रहा मैं जोड़ते हैं घंटा बारस ने घुमाए जद असी जोड़ के 38 ना टाइम लगाया अछियारियाँ मैं दो बंदे खड़े कर ला जा छे 36 ना अछियारियाँ कर गया दो सेकेंट चल गया गेड़े से बंदा मैनू कहता गलती हो गए गलती मनी बंदे ने कहता मैनू ना सी पता फिर बलैती इदा दे इतने तेरे तेंग भी कर गया 30 नंबर वह कट्ठे ही बलैती भी बहुत जितया बड़े रुड़के ला चेता हाँ ये बड़े रुड़के मानकी वाला बलैती लग गया सी मैं जिहड़ा इहदे नाल सी जिद्दा गुम्मे ने घल्लिया सी हाँ जी वो निंदर यार वेली सी ले जांदा हुंदा सी यार के ये आ गया निंदर मैनू कहिंदा दुआरे छड्डांगे भी ठीक आ उत्थे मैं चलो असीं जी बॉल जोड़न नूं निंदरा पहला होए असीं सान दा बहुत जितया सान बॉल उहदा ये निंदर मैनू कहिंदा चल दुआरे चलीए जोड़न मैं चल चलीए जद असीं 30-34 हीट च गए सी ये आबू वाली बॉल तो मेजर को सी जिहड़ा सरपंच ने जगतपुरी हल्ट नूं लिया सी ठीक है ते ये जगतपुरी सुखविंदर होना ना जोड़ना सी वो आबू वाली बॉल जुड़े ना तो मैं तो निंदर लैके मैं बलैती फड़िया निंदर ने बॉल फड़िया मेजर का भतीजा हौला जिहा सी वो चाचे और बुढ़े जहाँ हाक मारता और रेहड़े वाला बलैती लैके खड़ा नाल कर लें जोड़ लें वो गाला कढ़ी जाए चुप साया चुप कर जा तू नहीं उन्होंने जानता वो दुबारे फे वो चाचे तू बुढ़े नूं हाक मारता बलैती लै आवे रेहड़े वाला अच्छा मेजर वो कूणिया नाले बॉल धक्के कूणिया मार के ठाई जाए याद वो 30 बार फिर हाक मारी कहिंदा ले आई भाजा बॉल तो ले आई जोड़िए नाल ला के मैं कहा तेरे मारा आया मैं नवे शहरों किराया ला के फिर तेरे जलाउण मारा होर कहिंदा तू जित्तण आया मैं कहा छड़ के तौर तेरे मगरे आ गया गूंजदा पहला पहलियां देखी लै वे यकीन करी वो तो गए हर मेजर वाला बॉल नहीं भजा सुखविंदर वाला वधेरा भजा याद असी बॉल दे छड़िया वे नहीं इन्ना तमचड़ पाया नंबर तो होया साढ़ा 30 याद मैं मोहरे गया तो एक काने के ढेसियाँ वाला गिंदी जमशेरिया बिल्ला कीपा होर बंदे बहुत खड़े
ਇਹ ਜੀ ਐਦਾਂ ਮੱਥਾ ਟੇਕਣ ਮੈਨੂੰ ਦੇਖ ਕੇ, ਕਹਿੰਦੇ ਉਹ ਬਲੈਤੀ ਭੱਜਿਆ ਸਿਰਾ ਲੈ ਗਿਆ, ਉਹ ਇੰਨਾ ਬਲੈਤੀ ਭੱਜਾ। ਨਿੰਦਰ ਦੇ ਬਾਪ ਨੇ ਕਦੇ ਗੱਲ ਨਾ ਸੀ ਕਹੀ ਵੀ ਮੇਰੇ ਸਾਹਮਣੇ ਦੀ ਕਿਸੇ ਨੇ ਖਿੱਚੀ ਪਰ ਨਹੀਂ, ਅੱਜ ਤਾਂ ਹੀ ਨਹੀਂ ਕਿ ਸਾਰਿਆਂ ਬੰਦਿਆਂ ਨੂੰ ਪਤਾ। ਵਧੀਆ ਬੋਲਦੇ ਸੀ, ਵਧੀਆ ਬੋਲ ਸੀ। ਲੈ ਵੇ ਮੈਨੂੰ ਕਹਿੰਦਾ ਸਾਰਾ, ਮੈਂ ਕਿਹਾ ਹਾਂ। ਕਹਿੰਦਾ ਅੱਜ ਸਾਹ ਨੂੰ ਭੱਜਣਾ ਦੱਸ ਦਿੱਤਾ ਬਲੈਤੀ ਨੇ। ਮੈਂ ਕਿਹਾ ਅੱਛਾ। ਕਹਿੰਦਾ ਜੇ ਕਿਤੇ ਪਹਿਲੀ ਵਾਰ ਹੁੰਦਾ ਬਲੈਤੀ ਫੱਟੇ ਹੀ ਚੱਕ ਦਿੰਦਾ। ਚਲੋ ਉਸ ਤੋਂ ਬਾਅਦ ਫਿਰ ਤੁਸੀਂ ਕਿਹੜਾ ਬੋਲਦ ਮਾਲਵੇ 'ਚ ਕਿੰਨੀ ਕੁ ਤੁਸੀਂ ਜਿੱਤ ਕੀਤੀ ਆ? ਮਾਲਵੇ 'ਚ ਕਿੰਨੇ ਕੁ ਬੋਲਦ ਭਜਾਏ ਜਾ ਕੇ? ਮਾਲਵੇ 'ਚ ਜਿਸ ਵੇਲੇ ਜਿੱਤ ਸਾਡੇ ਕੋਲ ਰਾਮਗੜੀਆ ਬੱਛਾ ਲਿਆ ਅਸੀਂ, ਆ ਰਾਮਗੜੀਆ ਪ੍ਰਤਾਪਰਾ ਲੰਗ ਬੋਲਦ ਗਦਾਈਆਂ ਵਾਲਾ ਤਾਂ ਥੋੜ੍ਹਾ ਚੱਲ ਰਿਹਾ, ਜਿੱਤ ਗਿਆ ਸੀ ਜਗਤਪੁਰ ਕੀਤੀ ਆ। ਇੱਧਰ ਹੀ ਜਗਤਪੁਰ ਇੱਕ ਵਾਰ ਤਾਂ ਝੋਲਾਂ ਵਾਲੇ ਨਾਲ ਸਾਡੇ ਨੰਬਰ ਹੋਏ ਸੀ, ਇੱਥੇ ਤਿੰਨ ਨੰਬਰ ਸੀ ਜਗਤਪੁਰ, ਪੁਰਾਣੀ ਗੱਲ ਆ ਇਹ। ਅਤੇ ਇੱਕ ਵਾਰ ਹੁਣ ਜਿਹਾ ਦੀ ਗੱਲ ਵਾ, ਲੰਗ ਬੋਲ ਦੇ ਉੱਤੇ ਅਸੀਂ ਜੋੜਿਆ ਸੀ ਜਗਤਪੁਰ ਚੌਰਾ ਬੋਲ ਦਾ, 2000 ਤੋਂ ਬਾਅਦ ਦੀ ਗੱਲ ਆ, ਪਤਾ ਨਹੀਂ ਇੱਕ ਕਿੰਨੇ ਦੀ, ਉਹ ਮੈਂ ਇੰਨਾ ਚੇਤਾ ਨਹੀਂ। ਲੰਗ ਬੋਲ ਨੇ ਪਹਿਲਾਂ ਕੀਤਾ ਤਾਂ ਲੰਗ ਬੋਲ ਮੈਂ 40,000 ਰੁਪਇਆ ਲਿਆ ਸੀ। ਇੱਥੇ ਮਾਲਵਾ ਆਇਆ ਸੀ ਸਾਰਾ ਸਾਰਾ ਹੀ ਫੁੱਲ ਜਗਤਪੁਰ ਹੁੰਦਾ, ਬਹੁਤ ਮਸ਼ਹੂਰ ਦੌੜਿਆ ਪੂਰਾ ਬੋਲ ਤੋਂ। ਇੰਨਾ ਮੈਂ ਜ਼ੋਰ 'ਚ ਕਰਤਾ ਸੀ, ਉਹ ਕਿਸੇ ਬੰਦੇ ਨੂੰ ਵੀ ਪੁੱਛ ਲਿਓ, ਇਹ ਲਾਂਚ ਹੋਈ ਸੀ ਜਗਤਪੁਰ, ਮਾਸਟਰ ਨੇ ਕੀਤੀ ਸੀ। ਉਹ ਲੰਗ ਵਾਲਾ ਬੋਲ 15-20 ਮਿੰਟ ਲੰਘਾਉਂਦਾ ਸੀ, ਬੈਠਾ ਨਾ ਸੀ ਉੱਠਦਾ ਹੁੰਦਾ, ਬਹਿ ਜਾਂਦਾ ਸੀ, ਬਹਿ ਜਾਂਦਾ ਸੀ। ਮਸ਼ਹੂਰ ਸੀ, ਕੋਵਿਡ ਬਹੁਤ ਜਿੱਤਿਆ ਸੀ। ਜਿੱਦਣ ਮੈਂ ਲਿਆ ਵੀ ਇਹ ਹੌਲਾ ਜਿਹਾ ਸੀ, 40,000 ਨੂੰ ਲਿਆ। ਮੈਨੂੰ ਰਾਹ 'ਚ ਬੰਦੇ ਕਹਿੰਦੇ ਕਿੰਨੇ ਦਾ ਲਿਆ, ਮੈਂ ਕਿਹਾ ਮੈਂ ਝੂਠ ਨਹੀਂ ਬੋਲਦਾ ਹੁੰਦਾ, 40 ਦਾ। ਕਹਿੰਦੇ 80 ਦੀ ਫੜ ਸਾਈ, ਇਹ ਵੀ ਨਹੀਂ ਮੰਨਿਆ ਸੀ, ਮੈਂ ਬਿਨਾਂ ਮੰਨੇ ਰੱਖਣਾ। ਮੈਂ ਕਿਹਾ ਚੱਲ ਪਜਾ ਲੈਣ, ਜ਼ੋਰ 'ਚ ਇੰਨਾ ਸੀ। ਇਹ ਖੱਟਾਂ ਵਾਲੇ ਜਾਂ ਪਹਿਲਾਂ ਨੰਬਰ ਕੀਤਾ ਚੌਰਾ ਉੱਤੇ ਜੋੜਿਆ ਲੰਘ ਅੰਦਰ ਸੀ। ਖੱਟਾਂ ਵਾਲਾ ਮਲਕੀਤ ਮਾਸਟਰ ਨੂੰ ਆਇਆ, ਕਹਿੰਦਾ ਮਾਸਟਰ ਜੀ ਅੱਜ ਅਚੰਭਾ ਹੀ ਹੋਇਆ। ਕਹਿੰਦਾ ਕੀ ਗੱਲ ਹੋਈ? ਕਹਿੰਦਾ ਲੰਗ ਬੋਲ 15-20 ਮਿੰਟ ਖੇਲ ਲੰਘਾਉਂਦਾ ਸੀ, ਕਹਿੰਦਾ ਜੀ ਇੱਦਾਂ ਹੀ ਬੈਠਾ ਨਾ ਹੀ ਉੱਠਦਾ। ਕਹਿੰਦਾ ਵੀ ਭੰਗੜਾਂ ਵਾਲੇ ਸਰਦਾਰ ਨੂੰ ਨਾ ਪਤਾ ਨਹੀਂ ਕੀ ਮਾਸਟਰ ਜੀ ਖੂਨ ਬਦਲੀ ਕਰਤਾ। ਕਹਿੰਦਾ ਦੇਖ ਲਾ ਕਿੰਨਾ ਤਗੜਾ ਜੋੜ ਨੂੰ, ਉਹਨਾਂ ਨੂੰ ਧੱਕ ਕੇ ਬੋਲ ਮੂਹਰੇ ਲੈ ਜਾਵੇ, ਹੋਈ ਵੀ ਇੱਦਾਂ ਹੀ। ਉਹ ਸਾਰਾ 4 ਕੁ ਫੁੱਟ ਮੂਹਰ ਨੂੰ 3 ਫੁੱਟ ਲੈ ਜਾਵੇ ਸੀ, ਫਿਰ ਧੱਕ ਕੇ ਪਿੱਛੇ। ਕਹਿੰਦਾ ਵੀ ਮਾਸਟਰ ਜੀ ਮੈਂ ਦੇਖਦਾ ਹੀ ਰਿਹਾ, ਕਹਿੰਦਾ ਬੋਲ ਦਾ ਇੰਨਾ, ਕਹਿੰਦਾ ਜੋੜ ਨੂੰ ਕਰਨਾ ਉਹ, ਕਹਿੰਦਾ ਜਿਹੜਾ ਬੈਠਾ ਨਾ ਸੀ ਉੱਠਦਾ ਕੀ ਕੀਤਾ ਉਹ। ਕਹਿੰਦਾ ਦੇਖ ਲਾ ਨੰਬਰ ਵੀ ਪਹਿਲਾਂ ਮਾਸਟਰ ਨੇ ਅਲਾਊਂਸ ਕੀਤੀ ਸੀ ਗੱਲ ਦੀ। ਕਹਿੰਦਾ ਕੀ ਜਾਦੂ ਹੱਥ ਆਇਆ? ਕਹਿੰਦਾ ਮੈਨੂੰ ਮਲਕੀਤ ਦੱਸ ਕੇ ਗਿਆ ਵੀ 3-3 ਫੁੱਟ 4-4 ਲੈ ਜਾਂਦਾ ਸੀ ਉਹਨੂੰ ਧੂ ਕੇ। ਕਹਿੰਦਾ ਤਾਂ ਬੈਠਾ ਨਾ ਸੀ ਉੱਠਦਾ, ਬਹੁਤ ਜਾਨ 'ਚ ਹੋ ਕੇ ਉਹਦੇ 'ਚ ਜਾਨ ਜ਼ੋਰ ਕਰੰਟ ਵਾਲਾ ਹੋ ਗਿਆ। ਫਿਰ ਅਸੀਂ ਜੀ ਉੱਥੇ ਉਹ ਤੋਂ ਪਹਿਲਾਂ ਇਹ ਬੋਲ ਵੇਚਿਆ ਸੀ ਮੈਂ 3 ਗਾਲਿਆਂ ਨੂੰ 1,00,000 ਰੁਪਈਏ ਦਾ। ਉਹ ਬੋਲ ਦੇ ਉੱਧਰ ਸੱਟ ਲੱਗ ਗਏ ਸੀ। ਫਿਰ ਗਦਾਈਆਂ ਬੋਲ ਜੋੜਿਆ ਸੀ ਭਿੰਦਰ ਨਾਲ, 20,000 ਨੂੰ ਲਿਆ ਸੀ। ਪਹਿਲੇ ਮੇਲੇ ਮੈਂ ਜੋੜਿਆ ਜਗਤਪੁਰ, ਪਹਿਲਾ ਨੰਬਰ ਸੀ। ਅੱਛਾ। ਚੌਥਾ ਨੰਬਰ ਮੇਰਾ ਸੀਗਾ ਇੱਕ 4,000 ਨੂੰ, ਮੈਂ ਹੇਡੋ ਤੋਂ ਲਿਆ ਸੀ, ਇੱਕ ਬਲੈ ਉਹ ਲਿਆ ਸੀਗਾ ਬੈਲੀ ਬੋਲ, ਉਹਦਾ ਹੀ ਚੌਥਾ ਨੰਬਰ 3 ਨੰਬਰ ਉਸ ਸਾਲ ਸੀ ਸਾਡੇ। ਜਿਹੜਾ ਉਹ ਬੋਲ 3 ਵਾਲਿਆਂ ਨੂੰ ਵੇਚਿਆ ਸੀ, ਉਹ ਬੋਲ ਉਸ ਵੇਲੇ ਇੱਕ 4,000 ਨੂੰ ਮੈਂ ਹੇਡੋ ਤੋਂ ਲਿਆ ਸੀ, ਇਹ ਲਿਆ ਸੀ 10,000 ਨੂੰ, ਇਹ ਜਿਹੜਾ ਇਹਨਾਂ ਨੂੰ ਵੇਚਿਆ ਸੀ 3 ਵਾਲਿਆਂ ਨੂੰ। ਮਾਤਾ ਵਾਲੇ ਬੋਲ ਤਾਂ ਸਾਰੇ ਹੀ ਉਸ ਵੇਲੇ ਮੇਰੇ ਸੀ, ਇਕੱਲੇ ਦੇ ਕੋਈ ਸੀਮੇ ਦਾ ਨਾ ਸੀ ਇਹਦੇ ਵਿੱਚ, ਦੇ ਫੋਟੋ ਸੀਮੇ ਦਾ ਤਾਂ ਰਾਮਗੜੀ ਬੱਚੇ ਤੋਂ ਤੁਰੇ ਹਾਂ ਅਸੀਂ। ਅੱਛਾ, ਇਹ ਜੀ ਗਦਾਈਆਂ ਵਾਲਾ ਬੋਲ ਤਾਂ ਫਿਰ ਵੀ ਅਸੀਂ ਸਾਂਝਾ ਕਰ ਲਿਆ ਸੀ ਬਾਅਦ 'ਚ ਆ ਗਿਆ ਜਿੱਦਾਂ। ਅਤੇ ਇਹ ਜਦ ਬੋਲ ਲਿਆ 10,000 ਨੂੰ, ਅਸੀਂ ਇਹ ਸੌਦਾ ਕਰਿਆ 10,500 ਦਾ ਕਰਿਆ, ਅਸੀਂ ਬੋਲਦਰਾਂ ਗਏ ਲੈਣ, ਲੈ ਕੇ ਬਿੰਦੂ ਨੂੰ ਦਿੱਤਾ ਸੀ। ਅਸੀਂ ਤਲਵੰਡੀ ਤੋਂ ਭੱਜੀ ਵਾਲੀ ਤਲਵੰਡੀ ਨਹੀਂ ਜਗਰਾਵਾਂ ਕੋਲ, ਪੰਮਾ ਮੈਨੂੰ ਕਹਿੰਦਾ ਟੈਂਪੂ ਲੈ ਕੇ ਆ ਬਿੰਦੂ ਨੂੰ, ਮੈਂ ਕੋਈ ਤੋਹਫਾ ਦੇਣਾ। ਮੈਂ ਕਿਹਾ ਲੈ ਆਉਣਾ ਪੰਮੇ ਨਾਲ ਵੀ, ਸਾਡੇ ਬੋਲ ਪੰਮੇ ਦੇ ਕੋਲ ਬਹੁਤ ਵੇਚੇ ਅਸੀਂ ਸਾਂਝੇ, ਪੰਮੇ ਨਾਲ ਬਹੁਤ ਤਕੜਾ ਮੌਲੀ ਵਾਲਾ, ਇੰਨੇ ਬੋਲ ਵੇਚੇ ਟੈਂਪੂ ਆਉਂਦਾ ਦੂਏ ਦਿਨ ਅਸੀਂ ਵੇਚ ਦੇਣਾ, ਬਹੁਤ ਤਕੜਾ ਪਾਰ ਕੀਤਾ ਪੰਮੇ ਨਾਲ, ਹਾਲੇ ਵੀ ਬਹੁਤ ਮਿਲਦਾ ਗਿਆ। ਲੈ ਗਿਆ ਪੰਮੇ ਦਾ ਅਤੇ ਮੋਬਾਈਲ ਤਾਂ ਹੁੰਦੇ ਨਹੀਂ, ਮੈਨੂੰ ਫੋਨ ਆ ਗਿਆ, ਕਹਿੰਦਾ ਤੇਰੇ ਕੋਲ ਬਹਿੜਾ ਰਾਮਗੜੀ ਆ? ਮੈਂ ਕਿਹਾ ਹੈਗਾ। ਕਹਿੰਦਾ ਜੋੜਦੇ ਨਹੀਂ? ਮੈਂ ਜੋੜਦੇ ਨਹੀਂ, ਉਹ ਛੱਡ ਗਏ ਬੰਦੇ।
ਵੀ ਉਹ ਮੈਨੂੰ ਕਹਿੰਦੇ ਵੀ ਅਸੀਂ ਸ਼ੀਲਾਂ ਫੜ ਲਈਆਂ ਤੂੰ ਫੜ ਲਈ, ਮੈਂ ਕਿਹਾ ਨਾਲੇ ਰੁਪਈਆ 45,000 ਅਸੀਂ ਦੇ ਦਿੱਤਾ ਵੀ ਬੋਲਦ ਵੀ ਉਹਨਾਂ ਨੂੰ ਛੱਡਿਆ ਹੁੰਦਾ ਸੇਮੇ ਤਾਂ ਮੈਂ ਵੀ ਚੱਲ ਭਜਾ ਲਓ ਜਿੰਨਾ ਚਿਰ ਭਜਾਉਣਾ ਤੁਸੀਂ ਸਾਡਾ ਅਸੀਂ ਤਾਂ ਲੈ ਲਿਆ ਸਾਡੇ ਕੋਲ ਹੋਰ ਚਾਉਣਾ ਬਹੁਤ ਆ ਬੋਲਦ ਭੱਜਦੇ ਹਲਟ ਵਾਲੇ ਦੋਹਰੀ ਵਾਲੇ ਵੀ ਅਸੀਂ ਕਿੰਨੇ ਕੁ ਭਜਾਉਣੇ ਆ ਅਤੇ ਉਹ ਮੁੰਡਾ ਮੈਨੂੰ ਕਹਿੰਦਾ ਰੱਖ ਲਾ ਬੋਲਦ ਆਪਣਾ, ਮੈਂ ਕਿਹਾ ਰੱਖ ਲੈਂਦੇ ਤੈਨੂੰ ਮਹੀਨਾ ਅੱਟ ਕੇ ਦੱਸਾਂਗੇ। ਜਦ ਹੀ ਚਾੜ ਕੇ ਇੱਥੇ ਤਲਵੰਡੀ ਲਗਾਏ ਸੇਵੇਂ ਦਾ ਗਊ ਦੇ ਜਾਣਾ ਇੰਨਾ ਵਿਚਾਰਾ ਤੇ ਕਰਦਾ ਮੈਨੂੰ ਚੇਤਾ ਨਹੀਂ ਬੋਲਦਾ, ਆਪਣਾ ਕੰਬਲ ਲਾ ਕੇ ਬੋਲ 'ਤੇ ਦੇਤਾ ਜਿਹੜਾ ਲਿਆ ਸੀ ਅਸੀਂ, ਦੋ ਵਾਰ ਹੋਟਲ ਤੋਂ ਉਹਨੂੰ ਚਾਹ ਬਣਾ ਕੇ ਪਿਲਾਈ ਬੋਲ ਦਰੋਂ ਸੇਵੇਂ ਨਾ, ਕਹਿੰਦਾ ਗਊ ਦਾ ਜਾਇਆ ਨੂੰ ਠੰਡ ਲੱਗਦੀ ਆ, ਜਾਣੀ ਇੰਨਾ ਕੀਤਾ ਹੁਣ ਇਹ ਪੰਮਾ ਮੈਨੂੰ ਕਹਿੰਦਾ ਬੇੜਾ ਲਏ ਮੈਂ ਆਪੇ ਕਰ ਲਊਂ, ਮੈਂ ਚੱਲ ਤੂੰ ਕਰ ਲਈ। ਅਸੀਂ ਧਲੇਰ ਵਾਲੇ ਗੁਰਮੀਤ ਦਾ ਭਰਾ ਕਾਲਾ ਹੁਣ ਚੰਡੀਗੜ੍ਹ ਦਾ ਹੁੰਦਾ ਕਿਤੇ ਕਿਤੇ, ਉਹਨੂੰ ਮੈਂ ਕਾਲੇ ਨੂੰ ਤਾਂ ਗੁਰਮੀਤ ਨੂੰ ਮੈਂ ਕਿਹਾ ਬੋਲ ਜੋੜਨਾ ਪੰਮੇ ਨੂੰ ਵੀ ਗਿਆ, ਕਹਿੰਦੇ ਦੁਆਰੇ ਜੋੜ ਲਓ ਇਹਨੂੰ ਜਵਾਬ ਦੇਣਾ ਅਸੀਂ, ਉਹਨੂੰ ਵਿਚਾਰਾ ਦੁਆਰੇ ਜੋੜਿਆ ਤਾਂ ਨੰਬਰ ਹੋਇਆ ਸਾਡਾ 6ਵਾਂ, ਜਾਂ 6ਵਾਂ ਹੋਇਆ ਤਾਂ ਪੰਮਾ ਕਹਿੰਦਾ ਸਦਾਰਾ ਬੋਲ ਜੇਤੂ ਆ, ਮੈਂ ਕਿਹਾ ਵੀ ਹੁਣ ਜੇਤੂ ਤਾਂ ਹੈਗਾ ਜੋੜੇਗਾ ਤਾਂ ਜੇਤੂ ਕਰਤਾ ਜਿੱਤਣਾ ਨਹੀਂ, ਕਹਿੰਦਾ ਕਰ ਲਵਾਂ ਮੈਂ ਕਰ ਲਾ। ਅਸੀਂ ਜੀ ਬੋਲ ਦੋ ਪੰਮੇ ਨੇ ਇਹ ਆਲੀ ਵਾਲੇ ਰਤਨ ਨਾਲ ਕਰ ਲਿਆ, ਰਤਨ ਕਹਿੰਦਾ ਯਕੀਨ ਆ ਮੈਨੂੰ, ਇਹ ਕਹਿੰਦਾ ਜਿੱਧਰ ਮਰਜ਼ੀ ਜੋੜ ਲਈ, ਕਹਿੰਦਾ ਮੈਂ ਉੱਤੇ ਜੋੜੂੰਗਾ, ਕਹਿੰਦਾ ਹੇਠ ਜੋੜੂੰ ਪੰਮਾ, ਸਾਈਂ ਸੂਏ 'ਤੇ ਹੋਈ ਸੀ ਖੇਲ ਡੇਲੋ ਡੇਲੋ ਦੇ ਨਾਲ ਸਾਇਆ ਨਹੀਂ ਹੈਗਾ ਹੈਗਾ, ਉੱਥੇ ਹੋਈ ਤਾਂ ਉੱਥੇ ਰਤਨ ਨਾਲ ਅਸੀਂ ਇੱਕ ਸਕਿੰਟ 'ਤੇ ਸਾਰੇ ਬੱਚਿਆਂ ਨੂੰ ਜਿੱਤ ਲਿਆ, ਬੱਚਿਆਂ 'ਚ ਦੌੜ ਬੱਚਿਆਂ 'ਚ ਦੌੜ। ਜਿਸ ਵੇਲੇ ਜਿੱਤੇ ਤਾਂ ਬੈਟਰਾਰੀ ਵਾਲਿਆਂ ਨੇ ਮੇਲਾ ਕਰਾਇਆ ਸੀ ਗੰਗੂ ਦੇ ਕੋਟ ਬੱਚਿਆਂ ਦਾ, ਇਹਨੇ ਠੋਲੀ ਤੋਂ ਬੱਚਾ ਲਿਆ ਸੀ ਚੰਗਾ ਮੇਲਾ, ਇਹ ਦੁੱਸਰ ਬੰਦ ਹੋ ਗਏ ਜੀ ਮੇਲੇ 'ਤੇ, ਜਾਂ ਬੰਦ ਹੋ ਗਏ ਮਾਸਟਰ ਨੇ ਕਿਹਾ ਵੀ ਮੈਂ ਦੁੱਸਰ ਬੰਦ ਆ, ਚਲੋ ਮਾਸਟਰ ਜੀ ਦੇ ਵਿਚਾਰਾ ਕੀ ਕਸੂਰ ਰੱਖਦੇ ਕਰਾ ਦਿੱਤੀ, ਸਾਡਾ ਬੋਲ ਰਹਿ ਗਿਆ ਜੀ ਮੇਲਾ। ਸੇਵੇ ਨੂੰ ਮੈਂ ਕਿਹਾ ਪੰਮੇ ਨੂੰ ਜੇ ਦੁਆਰੇ ਹੁੰਦਾ ਆਪਾਂ ਦੁਆਰੇ ਜੋੜ ਲੈਂਦੇ, ਕਹਿੰਦਾ ਨਹੀਂ, ਮੈਂ ਕਿਹਾ ਪੰਮੇ ਨਾਲ ਮੈਂ ਤਾਂ ਹੱਸਦਾਂ ਦਿਨੇ ਫੋਨ 'ਤੇ, ਮੈਂ ਕਿਹਾ ਕਿਸਮਤ ਤਾਂ ਤੇਜ਼ ਆ, ਜੇ ਰੱਬ ਨੇ ਨੰਬਰ ਦੇਣਾ ਕੋਈ ਨਾ ਕੋਈ ਹੋ ਜਾਣਾ। ਜਾਣੋ ਜੀ ਮੈਨੂੰ ਸਾਹਪੁਰੀ ਸ਼ਿਕਾਰ ਦਾ ਫੋਨ ਆ ਗਿਆ, ਕਹਿੰਦਾ ਬਾਈ ਆਪਾਂ ਬੋਲਦ ਇਕੱਠੇ ਕਰੀਏ। ਮੈਂ ਕਿਹਾ ਜੀ ਮੈਂ ਤੁਹਾਨੂੰ 15 ਮਿੰਟਾਂ 'ਚ ਦੱਸਦਾ, ਮੈਂ ਪੰਮੇ ਨੂੰ ਫੋਨ ਕੀਤਾ, ਕਹਿੰਦਾ ਜੋੜ ਲਾ ਉਹਨੂੰ ਦੱਸਦੇ ਮੈਂ ਹੱਕੂ ਮੈਂ ਸ਼ਿਕਾਰ ਤਾਂ, ਚਲੋ ਬਹੁਤ ਜ਼ਿਆਦਾ ਵਧੀਆ ਬੰਦਾ ਟਰਾਂਸਪੋਰਟਰ ਆ ਬਹੁਤ ਤਕੜਾ ਅਤੇ ਪੁਰਾਣਾ ਜਾਗੂ, ਮੈਂ ਕਿਹਾ ਵੀ ਭਾ ਵੀਰੇ ਆਹ ਗੱਲ, ਕਹਿੰਦਾ ਮੰਮਾ ਕਹਿੰਦਾ ਯਾਰ ਪੰਮੇ ਤੋਂ ਕਾਲੇ, ਮੈਂ ਕਿਹਾ ਠੀਕ ਆ, ਉਹ ਤਾਂ ਜਾਂ ਰੋਪੜ 'ਚ ਹੀ ਆਉਂਦੇ ਹੁੰਦੇ ਸੀ ਘੰਮ ਕੇ ਜਾਂ ਲੁਧਿਆਣੇ 'ਚ, ਆਪਾਂ ਉਹਨਾਂ ਹੀ ਚੱਲੂ। ਅਸੀਂ ਗਏ ਤਾਂ ਜੀ ਖੇਲ ਭੱਜਣ ਲੱਗੀ ਉਹ, ਅਤੇ ਢੁਲਾਰੀ ਵਾਲੇ ਜਿੱਤ ਗਏ ਨੰਬਰ, ਜਿੱਤ ਗਏ ਤਾਂ ਪਹਿਲਾਂ ਖਰੀ ਖੜਾ ਭੱਜਣ, ਚਲੋ ਜਿੱਤ ਹਾਰ ਤਾਂ ਹੁੰਦੀ ਆ, ਫਿਰ ਬੱਚੇ ਟੇਢੇ ਵਾਲੇ ਦੇ ਉਹ ਆ ਗਏ ਜਾਣੀ 3-4 ਚੌਥੇ ਢੁਲਾਰੀ ਵਾਲੇ, ਇਹ ਮੈਨੂੰ ਕਹਿੰਦਾ ਸ਼ਰਾਰ ਉੱਪਰੀ ਸ਼ਿਕਾਰ ਹਕਾਉਣੇ ਗਏ ਤੋਂ ਮੈਂ ਪੰਮੇ ਤੋਂ, ਕਹਿੰਦਾ ਦੇਖ ਲਾ ਤੇਰੀ ਮਰਜ਼ੀ ਆ, ਮੈਂ ਕਿਹਾ ਯਕੀਨ ਕਰ ਸਾਡਾ ਲੂਣ ਖਾਧਾ ਸਾਡਾ ਧੰਨ ਧੰਨ ਕਰੂੰ, ਪੰਮਾ ਬਹੁਤ ਯਾਰ ਆ ਮੇਰਾ। ਲਓ ਜੀ ਅਸੀਂ ਜੋੜ ਕੇ ਛੱਡੇ ਸੇਮੇ ਨੂੰ, ਮੈਂ ਕਿਹਾ ਤੂੰ ਵੀ ਜੋੜ ਲਾ ਮੈਂ ਮੂਹਰੇ ਦੇਖਦਾ। ਇੱਕ ਕਹਿੰਦਾ ਖੇਤ ਰਹਿੰਦਾ ਸੀ ਪੌਣਾ ਕੁ, ਸ਼ਿਕਾਰ ਵੱਲ ਆ ਪਿਆ ਭੰਗੜਾ ਪਾਉਣ, ਜਿੱਤ ਗਿਆ ਨੰਬਰ ਪਹਿਲਾ ਕੋਟ ਗੰਗੂ ਰਾਏ ਨਾ, ਹਾਂ ਕੋਟ ਗੰਗੂ ਰਾਏ ਬੱਚਿਆਂ ਚ ਆ ਕੇ ਲੁਧਿਆਣੇ ਕੋ ਪਿੰਡ ਸੀ ਕੋਈ, ਮੈਨੂੰ ਹੁਣ ਸ਼ੋਰ ਨੀ ਇੰਨਾ ਹੁਣ ਚੇਤਾ ਭੁੱਲ ਗਿਆ, ਬੜਿਆ ਬੋਲਦਾ ਜਨ ਫਿਰ ਬਿਹਲਾ ਉਹ ਰੱਬ ਜਾਣੇ ਕਿਹੜਾ ਉਹ ਬਿਹਲਾ ਸੀ ਪਤਾ ਨੀ ਬਿਹਲਾ ਜੀ ਚੌਰੇ ਨਾ ਕੇ ਦੂਆ ਨੰਬਰ ਅਸੀਂ ਕੀਤਾ, ਫਿਰ ਬੜਿਆਂ ਬੋਲਦਾ ਚ ਦੂਜਾ ਬੜਿਆਂ ਚ ਇੱਕੋ ਹੀ ਦਿਨ ਇੱਕੋ ਹੀ ਦਿਨ, ਪਹਿਲਾਂ 165 ਗੱਡੀਆਂ ਚ ਪਹਿਲਾ ਕਰ ਪਹਿਲਾ ਫਿਰ ਬੜਿਆਂ ਬੋਲਦਾ ਜਾ ਕੇ ਦੂਆ ਨੰਬਰ ਦੂਜਾ ਨੰਬਰ ਫਿਰ ਥੀ ਨਾ ਕੇ ਸੀ ਗੁੱਜਰ ਵਾਲੀ ਜਨਾ, ਫਿਰ ਉਹ ਬੈੜਾ ਮੁੜ ਕੇ ਰੱਖਿਆ ਜਾਂ ਹਾਂ ਰੱਖਿਆ ਬਹੁਤ ਚਿਰ, ਫਿਰ ਤੈਨੂੰ ਦੱਸਦਾ ਉਹ ਬੈੜਾ ਜਿੱਤਿਆ ਸਾਡੇ ਕੋਲ ਬਹੁਤ, ਰਾਮਪੁਰ ਕਿਲੇ ਸਿੱਧੀਆਂ ਚ ਪਹਿਲਾ ਨੰਬਰ ਸੀ ਸਾਡਾ, ਕਿਲਾ ਰਾਏਪੁਰ ਵੀ ਸੀ ਉੱਥੇ ਬੱਚਿਆਂ ਦੀ ਸੀ ਜਾਂ ਵੱਡਿਆਂ ਦੀ, ਵੱਡਿਆਂ ਦੀ ਬੱਚਿਆਂ ਦੀ ਪਹਿਲਾ ਨੰਬਰ, ਹਾਂਜੀ ਬਹੁਤ ਦਲਜੀਤ ਸਿੰਘ ਭੰਗਲ ਦਾ ਕਿਲਾ ਰਾਏਪੁਰ ਸੇਮੇ ਦਾ ਮੇਰਾ ਸਾਂਝਾ ਸੀ ਉਹ ਸਾਂਝਾ ਬੋਲਦੇ ਸੀ ਸੇਮੇ ਦਾ।
ਕਿਲਾ ਰੈਪਰ ਵੀ ਬਹੁਤ ਬਹੁਤ ਜਿੱਤੇ ਆ। ਉਹ ਤਾਂ ਫਿਰ ਰੱਬ ਨੇ ਇੰਨੀ ਜਿੱਤ ਕੀਤੀ। ਇੱਕ ਵਾਰ ਕਿਸ਼ਨਪੁਰ ਕਿਸ਼ਨਪੁਰ ਪੈਂਦਾ ਯਾਰਗ ਰੋਡ ਤੇ ਪਿੰਡ, ਉੱਥੇ ਗਏ, ਤਿੰਨ ਨੰਬਰ ਹੋਏ ਸੀ ਸਾਡੇ, ਬਾਕੀ ਨੰਬਰ ਮੇਰੇ ਖਿਆਲ 'ਚ ਪਤਾ ਨਹੀਂ ਕਿਹੜੇ ਕਿਹੜੇ, ਪੱਕਾ ਨਹੀਂ ਜਿੱਤਾ, ਤਿੰਨ ਹੋਏ ਸੀ। ਇਹ ਰਾਮਗੜੀਆ ਬੱਚਾ ਖੜਾ ਰਹਿ ਗਿਆ, ਇਹ ਸੀਮਾ ਕੇ ਨਾ ਮਾੜੇ ਨਾ ਆ ਗਿਆ ਕਰਕੇ ਜਾਨੋ ਮੈਂ ਉਹਨੂੰ ਕਿਹਾ ਮੁੰਡੇ ਲਖਮੀਪੁਰੀ ਹੈ ਸੋਨੂੰ, ਬਹੁਤ ਜਿੱਤਦਾ ਸੀ ਬੋਲਰ ਦਾ, ਪਹਿਲਾ ਨੰਬਰ ਹੋਈ ਖੜਾ। ਸੋਨੀ ਨੂੰ ਮੈਂ ਹੱਸਦਾ, ਯਕੀਨ ਬਹੁਤ ਕਰਦਾ ਸੀ ਸੋਨੀ। ਮੈਂ ਕਿਹਾ ਸੋਨੀ ਨੰਬਰ ਇੱਕ ਹੋਰ ਲਈਏ, ਕਹਿੰਦਾ ਬਾਈ ਕਹਿੰਦਾ ਮੈਂ ਰਾਮਗੜੀਆ ਬੱਚਾ, ਕਹਿੰਦਾ ਲਿਆ ਜੋੜੀਏ। ਜਾ ਮੈਂ ਆਇਆ ਸੇਮਾ, ਕਹਿੰਦਾ ਮੈਂ ਫਲਾਨੇ ਬੰਦੇ ਨੂੰ ਨਾਂਹ ਕੀਤੀ ਆ, ਮੈਂ ਉਹਨੂੰ ਜਵਾਬ ਦੇ ਕੇ ਆ, ਤੂੰ ਅਸਾਰ ਨਹੀਂ ਕਰ ਰਿਹਾ। ਫਿਰ ਆ ਕੇ ਸੋਨੀ ਨਾਲ ਸਾਡਾ ਫੇਰ ਦੂਗਾ ਨੰਬਰ, ਫਿਰ ਤਾਂ ਤੂੰ ਗੱਲ ਮੁਕਾਓ, ਬੱਚੇ ਨੇ ਰਾਮਗੜੀਏ ਨੇ ਅੰਤੇ ਹੀ ਮੁਕਾ ਦੇ, ਇੰਨੇ ਨੰਬਰ ਕੀਤੇ। ਫਿਰ ਗਿੱਲ ਨਾਲ ਇੱਕ ਵਾਰ ਖੜੇ ਪੈਰ ਜੋੜਿਆ ਬਰਵਾਲੇ, ਉਹ ਚੌਰਾ ਬੋਲ ਸਾਨੂੰ ਕਿਸੇ ਹਾਲਤ 'ਚ ਜੋੜਨਾ ਨਾ ਸੀ ਪਿਆ, ਉਹ ਜੁਨੀਆਂ ਨਾਲੇ ਪੈ ਗਏ ਸੀ ਸਾਨੂੰ, ਛਾਪਾ ਹੀ ਲੇਟ ਹੋ ਗਿਆ। ਇੱਕ ਵਾਰ ਚੌੜਾ ਜੰਗੂ ਸਿੰਘ ਭਾਅ ਜੀ ਨੇ ਦੀਪੇ ਨੂੰ ਜੋੜ ਲਿਆ, ਇੱਕ ਵਾਰ ਭੂਮਪੁਰੀਏ ਪੱਪੂ ਨਾਲ ਮੈਂ ਹੀ ਕੀਤਾ ਹੋਇਆ ਸੀ, ਅਤੇ ਅਸੀਂ ਚੌੜਾ ਉਹਦੇ ਵਿੱਚ ਆਇਆ ਸੀ। ਅਤੇ ਫਿਰ ਦੁਬਾਰੇ ਉਹਨੂੰ ਪੱਪੂ ਨਾਲ ਜਿਹੜਾ ਤਾਂ ਅਸੀਂ ਫਿਰ ਉਹਨਾਂ ਗੈਲਾਂ ਜੋੜ ਕੇ ਦੂਜਾ ਨੰਬਰ ਸੀ ਸਾਡਾ। ਕਿਹੜੇ ਪਿੰਡ? ਬਰਵਾਲੇ। ਬਰਵਾਲਾ ਆ ਵੱਡਿਆਂ ਬੋਲਦਾ 'ਚ, ਵੱਡਿਆਂ ਬੋਲਦਾ 'ਚ ਵਧੀਆ ਨੰਬਰ ਜਾਣੀ ਮਾਲ ਕਈ ਜਿੱਤੇ ਪ੍ਰਤਾਪਰੇ ਨਾਲ, ਤਾਂ ਪਹਿਲੇ ਵੀ ਕੀਤੇ ਦੂਜੇ ਵੀ ਕੀਤੇ, ਜਾਣੀ ਕਲੌੜੀਏ ਨਾਲ ਵੀ ਹੋਏ ਬਹੁਤ ਕੀਤੇ ਨੰਬਰ। ਰਾਮਗੜੀਆ ਬੱਚਾ ਬਹੁਤ ਜ਼ਿਆਦਾ ਹੁਣ ਇਹਨਾਂ ਦਾ ਚੇਤਾ ਚੁੱਤਾ ਰਹਿੰਦਾ, ਜਾਣੀ ਬਹੁਤ ਜ਼ਿਆਦਾ ਜਿੱਤਿਆ। ਫਿਰ ਜਿਸ ਵੇਲੇ ਇਹ ਚੌਰਾ ਅਸੀਂ ਵੇਚਿਆ ਸੀਗਾ, ਆਹ ਜਿਹੜਾ ਮਸੂਰਪੁਰੀਆਂ ਨੇ ਬੋਲ ਦਿੱਤਾ, ਇਹ ਸਾਡੀ ਇੰਨੀ ਸੁਲਾਹ ਹੁੰਦੀ ਸੀ ਮੇਰੀ ਦਾ ਸਿਮੇ ਦੀ, ਹੁਣ ਵੀ ਕਿਹੜੇ ਕਦੀ ਕੋਈ ਗੱਲ ਆ ਜਾ ਇਹ ਨਹੀਂ ਹੁੰਦਾ। ਇਹ ਸਵੇਰ ਨੂੰ ਇੱਧਰ ਜਾਣ ਲੱਗਿਆ ਜੱਟਾਂ ਦੇ ਰਹਾਣੇ ਦੌੜ ਨੂੰ, ਮੈਂ ਜਾਣਾ ਸੀ ਬੋਲ ਦਾ ਇੱਕ ਲਿਆਇਆ ਸੀ ਅਸੀਂ, ਕਿਹੜਾ ਸਿੰਘ ਫੁੱਟਾ ਸੀ ਉਹ ਜਟਾਣੇ ਵਾਲਾ, ਗੋਦਪੁਰ ਦੋਹਰੀ ਦੌੜ ਸੀ, ਮੈਂ ਉੱਧਰ ਚਲੇ ਗਿਆ, ਫੋਨ ਫਾਨ ਤਾਂ ਹੁੰਦੇ ਨਾ ਸੀ। ਇਹ ਜਦ ਸਵੇਰ ਨੂੰ ਤੁਰਨ ਲੱਗੇ ਸੇਮਾ ਕਹਿੰਦਾ ਕੀ ਪੋਜੀਸ਼ਨ ਆ, ਮੈਂ ਕਿਹਾ ਪੋਜੀਸ਼ਨ ਆ ਇੱਕ ਮੈਂ 4,000 ਨੂੰ ਲਿਆ ਸੀ, ਉਹ ਵੀ ਸਾਂਝਾ ਸੀ ਮੇਰਾ ਸੇਮਾ। ਮੈਂ ਕਿਹਾ ਜਿੱਤਣੇ ਇਹ ਤਾਂ ਭਿਟਰੀ ਇਹਨੂੰ ਦਿੱਤਾ ਸੀ ਲੈ ਕੇ, ਉਹਨੂੰ ਭਿਟਰੀ ਸਾਡੇ ਜਿਹੜਾ ਸੀ ਇਹਨੂੰ ਜਿੱਤਿਆ। ਮੈਂ ਕਿਹਾ ਐ ਬੋਲ ਜਿੱਤਣਗੇ ਅੱਜ ਪਹਿਲਾਂ ਕਰਨਗੇ, ਕਹਿੰਦਾ ਫੇਰ ਮੈਂ ਕਿਹਾ ਪਰ ਜਿੱਤਣੇ ਨਹੀਂ, ਕਹਿੰਦਾ ਵਜਾ। ਮੈਂ ਕਿਹਾ ਇਹ ਜਿਹੜਾ ਹੇਡੋਂ ਬੋਲ 4,000 ਨੂੰ ਲਿਆ ਸੀ ਇਹਦੇ ਕੰਨ 'ਚ ਖਾਜ ਕਰਕੇ ਮੈਂ ਜੋੜਦਾ ਸੀ, ਨਹੀਂ ਸਾਲਾ ਐਂ ਕਰ ਜਾਂਦਾ ਸੀ, ਉੱਦਾਂ ਹੀ ਜਾਣ ਲੱਗਾ ਉੱਦਾਂ, ਜਾਣੀ ਉਹਨੂੰ ਛਾਲ ਛੂਲ ਮਾਰ ਦੇਣੀ ਜਾਂ ਗੋਡੀ ਲੈ ਦੇਣੀ। ਇਹ ਜੀ ਜਦ ਤਕਾਲਾ ਨੂੰ ਗਏ ਤਾਂ ਇੱਧਰ ਗੋਦਪੁਰ ਮੇਰੇ 2 ਨੰਬਰ ਹੋਏ, ਪਹਿਲਾਂ ਤਾਂ ਚੌਥਾ ਕਹਿਰੀ ਦੋਹਰੀ 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 ਜਟਾਣਾ ਬੋਲ ਬਹੁਤ ਜਿੱਤਿਆ ਸਾਡੇ ਕੋਲ। ਅਤੇ ਇਹਨਾਂ ਨੂੰ ਮੈਂ ਪੁੱਛਿਆ, ਇਹ ਕਹਿੰਦੇ ਕਿ ਨੰਬਰ ਜਟਾਣੇ ਇੱਥੇ ਜੱਟਾਂ ਦੇ ਰਾਣੇ ਪਹਿਲਾਂ ਘਰ ਗਏ ਤਾਂ ਚੌਥਾ, ਇਹ ਆ ਚੌਥ ਹੁੰਦਾ ਸੀ ਬਹੁਤ। ਇਹ ਨਵੇਸ ਬਣਾ ਲਈ ਵੀ ਕੱਲ੍ਹ ਨੂੰ ਭਿਟਰੀ ਬੋਲ ਜੋੜਦੇ ਹਾਂ, ਬਹਿੜਾ ਰਾਮਗੜੀਆ 2 ਨੰਬਰ ਕਰ ਗਿਆ ਪਹਿਲੇ, ਗਾਹ ਟਾਂਡੇ ਕੋਲ ਚਲੇ ਗਏ, ਉੱਥੇ ਜਾ ਕੇ ਫਿਰ ਰਾਮਗੜੀਆ ਚੌਰੇ ਦਾ ਪਹਿਲਾਂ ਇਹਨੂੰ ਬੋਲ ਖੜਾ ਕਰ ਲਿਆ। ਇਹ ਮੇਟ ਨੂੰ ਕਹਿੰਦਾ ਵੀ ਅੰਕਲ ਗੱਲ ਨਹੀਂ ਆ, ਜਾਂ ਮੇਰਾ ਬੋਲ ਦਾ ਸਵੇਰ ਨੂੰ ਮੈਂ ਜੋੜਨਾ ਪਿਆ, ਤੈਨੂੰ ਪਤਾ ਜਿੱਦਾਂ ਦੀ ਖਰਾਬ ਹੋ ਗਿਆ ਬੋਲ ਦਾ। ਉਹ ਵਿਚਾਰਾ ਮਰ ਗਿਆ, ਔਰ ਸਾਡੇ ਕਹੇ ਤੋਂ ਬਗੈਰ ਬੋਲ ਦੇਣਾ ਸੀ ਜੋੜ, ਇਹਦਾ ਬਹੁਤ ਬਿੰਦੂ ਦਾ ਕਰਨਾ ਸੀ। ਉਹ ਕਹਿੰਦਾ ਪੁੱਤ ਤੇਰੇ ਮਾਰਾ ਚਾਂਸੂ ਆਊਂ, ਪਰ ਡੈਡੀ ਆਪਣੇ ਦੱਸਦੇ ਵੀ ਦੁਬਾਰੇ ਬੋਲ ਨਾ ਕਰੇ, ਇੱਕੋ ਵਾਰੀ ਕਰਨਾ, ਦੁਬਾਰੇ ਨਹੀਂ ਕਰਨਾ। ਚਲੋ ਮੇਰੇ ਬੰਦੇ ਦੁਆਲੇ ਲੱਗ ਗਿਆ, ਹੁਣ ਨੌ ਕਾਹਨੂੰ ਲੈਣਾ, ਬਹੁਤ ਦੁਆਲੇ ਬੋਲ ਚਲਾ। ਮੈਂ ਕਿਹਾ ਜੋੜੂਗਾ ਤਾਂ ਕਰੂੰ, ਅਤੇ ਉਹਨੂੰ ਜੋੜਨਾ ਨਹੀਂ, ਤੂੰ ਆਪਣਾ ਇਹ ਗਾਂ ਜੇ ਖੜੀ ਰਹਿਣ ਦੇ, ਉਹਨੂੰ ਗਾਂ ਸੱਦਣ। ਉਹ ਮੈਂ ਕਿਹਾ ਚੱਲ ਗਾਂ ਜੇ ਖੜੀ ਰਹਿਣ ਦੂੰ, ਮੈਂ ਕਸਮ ਖਾਂਦਾ ਮੈਂ ਉਹਨੂੰ ਕਹਿ ਵੀ ਦਊਂ ਇਹ ਗੱਲ। ਚਲੋ ਹੋਈ ਵੀ ਇੱਦਾਂ ਜੀ, ਉਹ ਬੰਦੇ ਇਕੱਠੇ ਹੋ ਕੇ ਮੈਨੂੰ ਲੈ ਗਿਆ, ਫਿਰ ਮੇਟ ਨਾਲ ਬੇਟ ਕਹਿੰਦਾ ਵੀ ਮੈਂ ਤੈਨੂੰ ਕੱਲ੍ਹ ਦਾ ਸੁਨੇਹਾ ਦਿੱਤਾ ਆ, ਮੁੰਡੇ ਆਪਣੇ ਲਿਆ ਵੀ ਇੱਕ ਵਾਰ ਜੋੜਨਾ, ਵੀ ਜੋੜਨਾ ਮੈਂ ਬਿੰਦੂ ਕਰਕੇ ਆਇਆ ਨਾ, ਮੈਂ ਆਉਣਾ ਨਾ ਸੀ, ਫਿਰ ਮੁੰਡੇ ਨੂੰ ਮੈਂ ਜਵਾਬ ਨਹੀਂ ਦੇ ਸਕਦਾ। ਮੈਂ ਕਿਹਾ ਇੱਦਾਂ ਕਰ, ਉਹ ਕਿਹੜਾ ਜਿੱਤਿਆ ਆ, ਪਹਿਲੀ ਵਾਰ ਜੋੜਨਾ, ਤੂੰ ਇਹਨਾਂ ਨਾਲ ਜੋੜ ਦੇ। ਕਹਿੰਦਾ ਨਹੀਂ ਮੈਂ ਮੁੰਡੇ ਨਾਲ ਜੋੜਨਾ। ਉਹ ਬੰਦਾ ਉਹਨੂੰ ਬੋਲਿਆ, ਕਹਿੰਦਾ ਕਿਰਾਇਆ ਕੋਲੋਂ ਦੇਵੇਗਾ, ਸਿਰ ਪਾਓ ਤੂੰ ਸਾਡੇ ਨਾਲ ਜੋੜ ਦੇ। ਉਹ ਕਹਿੰਦਾ ਕਿਰਾਇਆ ਅੱਗੇ ਤੁਸੀਂ ਮੇਰਾ ਦਿੰਦੇ, ਮੈਂ ਅੱਜ ਵੀ ਦੇ ਦੂੰ ਹਰੇ ਤੇ, ਤੈਂ ਹਾਰਨਾ ਜ਼ਰੂਰ, ਤੂੰ ਸਾਡੇ ਨਾਲ ਜੋੜ। ਉਹ ਕਹਿੰਦਾ ਮੈਂ ਬਿੰਦੂ ਨਾਲ ਬੋਲ ਜੋੜਨਾ, ਚਾਹੇ ਸਰਦਾਰ ਕਹੇ ਚਾਹੇ ਕੋਈ ਕਹੇ, ਮੈਂ ਤੋਂ ਨਹੀਂ ਜੋੜਨਾ।
ਉਹ ਬੰਦਿਆਂ ਨੂੰ ਮੈਂ ਕਿਹਾ ਵੀ ਦੇਖ ਲਿਆ, ਮੈਂ ਜ਼ੋਰ ਲਾ ਲਿਆ। ਮੈਨੂੰ ਕਹਿੰਦੇ ਲੈ ਗਾਂ ਜਿਹੀ ਲੈ ਆ, ਦੇਖ ਲਵਾਂਗੇ ਤੇਰੀ ਗਾਂ ਜਿਹੀ ਜਿੱਦ ਦੀ। ਚੱਲ ਮੈਂ ਕਿਹਾ ਜਿੱਤਣ ਹਨ ਤਾਂ ਵਾਹਿਗੁਰੂ ਨੂੰ ਪਤਾ। ਜਦ ਮੈਂ ਗਿਆ ਇਹ ਅਮਨਾ ਤਾਂ ਹਜਮਾ ਵੀ ਖੜ੍ਹੇ, ਇਹ ਕਹਿੰਦੇ ਰਾਮਗੜੀਆ ਬੱਚਾ ਕਰ ਜੋੜਨਾ। ਮੈਂ ਕਿਹਾ ਉਹ ਤਾਂ ਲਿਆਂਦਾ ਨਹੀਂ। ਕਹਿੰਦੇ ਫਿਰ, ਮੈਂ ਕਿਹਾ ਹੋਰ ਬਲਦ ਲਿਆਂਦਾ। ਲੈ ਹਾਂ, ਫਿਰ ਮੇਲਾ ਦੇਖਣ ਦਾ ਸਵਾਦ ਹੀ ਨਹੀਂ ਆਇਆ ਜੇ ਤਾਂ ਕਹਿੰਦੇ ਮਸ਼ਹੂਰ ਬਲਦ ਨੂੰ। ਉਹ ਮੈਂ ਦੇ ਦਿੱਤਾ ਸੀ ਖਰਿਆ ਇਹੀ ਫੱਟੇ ਚੱਪਦੇ ਹੋਏ। ਜਦ ਉੱਧਰੋਂ ਜੋੜ ਕੇ ਛੱਡੇ ਨੰਬਰ ਸਾਡਾ ਸੈਕਿੰਡ ਸੀ ਪਹਿਲਾ ਕਰ ਗਿਆ। ਜਾਨੋ ਵਜ਼ੀਰੀਆਂ ਨਾਲ ਮੇਜਰ ਨਾਲ ਤਾਂ ਗਰਚਿਆਂ ਵਾਲੇ ਗੁਰਜੀਤ ਨਾਲ ਪੱਪੂ ਲੜੇ ਆ ਕੇ। ਉਹ ਜਿਹੜਾ 4000 ਵਾਲਾ ਲਿਆ ਸੀ ਉਹ ਸਾਡਾ ਤੀਆ ਨੰਬਰ ਕਰਕੇ ਖੜਾ। ਪਹਿਲਾ ਤਾਂ ਤੀਆ। ਅੱਛਾ, ਪੱਪੂ ਲੜੇ ਪਏ ਬਹਿਣਾ ਜੋੜੋ। ਬੈਰਪੁਰੀ ਸੰਦੀਪ ਨੇ ਲਾਖਾ ਬਾਲ ਮੇਤੋਂ ਲਿਆ ਸੀ, ਮਾਣ ਕੇ ਮਾਸਟਰ ਬੋਲਿਆ ਸੀ ਉਹ ਜੀ ਮੰਨੇ ਨਾ। ਉਹ ਮੈਂ ਕਿਹਾ ਖਾਲਸਾ ਤਾਂ ਸ਼ਰਾਬ 'ਚ ਨਹੀਂ ਪੀ ਲਈ ਜਾਂਦੇ ਨੇ? ਕਹਿੰਦਾ ਮੈਂ ਪੀਂਦਾ। ਮੈਂ ਕਿਹਾ ਇੰਨਾ ਕਰ ਮੈਂ ਤੈਨੂੰ ਜ਼ਿੰਦਗੀ 'ਚ ਨਹੀਂ ਕਦੇ ਦੇਖਿਆ। ਕਹਿੰਦਾ ਇੱਦਾਂ ਇੱਦਾਂ ਗੱਲ ਹੋਈ ਕਰਦੇ ਹੁੰਦੇ ਬੁਲਦਾਂ ਵਾਲੇ। ਮੈਂ ਬਾਹੋਂ ਫੜਿਆ ਔਰ ਇਹਨੂੰ ਖਿੱਚ ਲਿਆ, ਮੈਂ ਆ ਜਾ ਉਰੇ ਕਾਹਤੇ ਲੜਦਾ ਬੋਲ ਜੋੜਨ ਪਿੱਛੇ। ਕਹਿੰਦਾ ਲੜਨਾ ਨਹੀਂ, ਬਿੰਦੂ ਨੂੰ ਆਗ ਮਾਰੀ। ਮੈਂ ਬਿੰਦੂ ਆ ਬੋਲਦ ਲਿਆ ਆਪਣੇ ਵਾਲਾ ਮੇਜਪੁਰੀਆ ਛੱਡ ਕੇ। ਮੈਂ ਕਿਹਾ ਜੋੜਨਾ ਖਾਲਸੇ ਨਾਲ, ਇਹ ਬੋਲਦ ਛੱਡਿਆ ਛੱਡ ਕੇ। ਉਹਨੂੰ ਕਹਿੰਦਾ ਭਾਅ ਜੀ ਚੱਲ ਵੀ ਛੱਡ ਚੱਲੀਏ। ਇਹ ਫਿਰ ਪੱਪੂ ਨੇ ਗੱਲ ਚਾਂਸੂ ਕਹੀ ਸੀ, ਬੰਦੇ ਬਹੁਤ ਇਕੱਠੇ ਹੋਏ ਸੀ। ਕਹਿੰਦਾ ਫਿਰ ਸਾਰੇ ਬੰਦੇ ਕਹਿੰਦੇ ਭੰਗਲਾ ਵਾਲੇ ਸਰਦਾਰ ਦੀ ਪਿੱਠ ਬੜੀ ਚਾਪ ਕਪੂਰ ਦੇ ਆ। ਕਹਿੰਦਾ ਕਹਿੰਦੇ ਆ? ਕਹਿੰਦਾ ਸਾਰੇ ਕਹਿੰਦੇ। ਕਹਿੰਦਾ ਆਹ ਦੇਖ ਕੀ ਬਣਿਆ, ਇੱਕ ਮੁੰਡੇ ਨੂੰ ਹਾਕ ਮਾਰੀ ਨੰਬਰ ਪਹਿਲਾਂ ਕੀਤਾ ਆ, ਪਹਿਲੇ ਦਿਨ ਬੋਲ ਜੋੜਿਆ ਆਹ। ਕਹਿੰਦਾ ਖੜਾ ਬੋਲ ਕੋਲ ਜੋੜਨ ਨੂੰ। ਕਹਿੰਦਾ ਇਹ ਬੰਦਿਆਂ ਦਾ ਕੰਮ ਹੁੰਦਾ। ਕਹਿੰਦਾ ਕਿੱਦਾਂ ਨਾ ਇਹਦੀ ਗੱਲ ਕਰਾਂਗੇ? ਲੈ ਜੀ ਉਹ ਦੇਖ ਲਾ, ਕੱਲ੍ਹ ਦੀ ਕਦਰ ਵੀ ਪਾਉਂਦਾ ਹੁਣ ਤੇ ਪੱਪੂ। ਉਹ ਭਾਅ ਜੀ ਫਿਰ ਇਹ ਬਣਾ ਦਿੱਤਾ ਹਿੰਡੂ ਵਾਲਾ ਜੋੜਿਆ, ਉਹ ਫਿਰ ਧੀਆ ਕਰ ਗਿਆ ਵੈਲਪੁਰੀ ਸੰਦੀਪ ਨਾਲ ਚੌਥਾ। ਫਿਰ ਉਹ ਬੋਲਦਾ ਸੀ ਇੱਧਰ, ਮੈਨੂੰ ਚੇਤਾ ਨਹੀਂ, ਹਜ਼ਾਰ ਪੁਰ ਗਿਆ ਉੱਥੇ ਵੀ ਪਹਿਲਾਂ ਕਰ ਗਿਆ। ਫਿਰ ਲੋਕ ਲਾਪਾ ਮੈਨੂੰ ਕਹਿਣ ਜਿੱਤ ਗਿਆ, ਕਾਹਨੂੰ ਬੰਦਿਆਂ ਦਾ ਨਾਂ ਲੈਣਾ, ਬੜੇ ਪਿੰਡ ਦੇਖਾਂਗੇ। ਮੈਂ ਉੱਥੇ ਕੀ ਬੰਬ ਡਿੱਪੂ, ਉੱਥੇ ਕੀ ਉਹ 8 ਕਿੱਲੇ ਵਾੜ ਕਰਾਉਣੀ, ਮੈਂ ਨਾਂ ਕਰਾਇਓ। ਖੁੱਲ੍ਹੀ ਛੁੱਟੀ ਆ, ਕਦੇ ਡਰਦੇ ਤਾਂ ਹੀ ਨਾ ਸੀ ਸਾਲਾ, ਹੁਣ ਤਾਂ ਸਿਰ ਵੀ ਕੰਮ ਕਰਦਾ ਹੀ ਨਾ ਸੀ, ਮੈਂ ਦਿਮਾਗ ਨਾਲ ਹੀ ਕੰਮ ਕਰਦਾ। ਬੜੇ ਰੁੜ ਕੇ ਚਲ ਗਿਆ ਬੋਲ ਜੋਣ, ਚਲ ਗਿਆ ਉੱਧਰ ਨੂੰ ਆ ਬੈਲੀ ਤਾਂ ਬੜੇ ਪਿੰਡ ਬੜੇ ਪਿੰਡ ਤਾਂ ਤੁਸੀਂ ਸੀ ਟਾਈਮ 'ਤੇ। ਅੱਛਾ ਜਾ ਚਲੇ ਗਏ ਤਾਂ ਉੱਧਰ ਜਾ ਜੋੜਨ ਲੱਗੇ, ਸਾਲਾ ਮਨ ਨੂੰ ਚਾਹੁੰਦੀ ਮੇਰੇ ਲੱਗੀ ਉਹ, ਕਦੇ ਮੈਂ ਦੋ ਘਰ ਇਹਨੂੰ ਤੁਰ ਜਾਵਾਂ, ਦੋ ਇਹਨੂੰ ਤੁਰ ਜਾਵਾਂ, ਮਨ ਨੂੰ ਝੋਰਾ ਵੱਢ ਵੱਢ ਖਾਵੇ, ਜੇ ਹਾਰ ਗਿਆ ਤਾਂ ਮੇਰਾ ਮੂੰਹ ਕੀ ਰਹੂ। ਸੇਮਾ ਕਹਿੰਦਾ ਮੈਨੂੰ, ਕਹਿੰਦਾ ਕੀ ਗੱਲ, ਕੋਈ ਨੁਕਸ ਪੈ ਗਿਆ? ਤੂੰ ਤਾਂ ਹਿਲਦਾ ਨਹੀਂ ਹੁੰਦਾ, ਕਦੇ ਘਰ ਮੈਨੂੰ ਚਲ ਜਾਂਦਾ, ਕਦੇ ਇਹਨੂੰ ਪੈ ਜਾਂਦਾ। ਮੈਂ ਕਿਹਾ ਹੈਗਾ ਵਿਆਹ? ਕਹਿੰਦਾ ਕੀ ਗੱਲ ਹੋਈ? ਮੈਂ ਕਿਹਾ ਦੱਸਦਾ ਪੱਪੂ ਨੂੰ। ਮੈਂ ਕਿਹਾ ਪੱਪੂ ਹੱਕ ਲਾ ਬਾਈ, ਮੈਂ ਕਿਹਾ ਖਾਲਸਾ ਜੀ? ਕਹਿੰਦਾ ਹਾਂ। ਮੈਂ ਕਿਹਾ ਪ੍ਰੈਣ ਸੈੱਟ ਅੱਜ ਥੱਲੇ, ਤੂੰ ਬੋਲ ਚੌਰਾ ਜੋੜ ਤਾਂ ਸੇਮੇ ਨੂੰ ਬਾਲ ਦੇ ਆ। ਸਲਾਹ ਬਹੁਤ ਹੁੰਦੀ ਸੀ, ਕਦੇ ਤਾਂ ਫਰਕ ਨਹੀਂ। ਪੱਪੂ ਨੂੰ ਪ੍ਰੈਣ ਸੈੱਟ ਅਤੇ ਸੇਮੇ ਨੂੰ ਮੈਂ ਕਿਹਾ ਚੱਕ ਪ੍ਰੈਣ, ਅਤੇ ਸੇਮੇ ਨੂੰ ਮੈਂ ਚੱਕ ਪ੍ਰੈਣ ਬਾਏ ਨਾਲ ਥੁੱਕ ਲਾਇਆ 3-4 ਵਾਰ ਘੁਮਾਈ, ਖਾਲਸੇ ਨੂੰ ਮਹਾਰਦਾ ਮੈਂ ਹੋ ਗਿਆ ਵੇਲੇ ਪਾਰ। ਸਾਰੀਆਂ ਜੋੜੀਆਂ 38 ਸੀ, ਅਸੀਂ 37 ਨਾਲ ਸੀ ਉੱਥੇ, ਬੜੇ ਰੁੜ ਕੇ ਠੋਕ ਕੇ ਪਹਿਲਾਂ ਕੀਤਾ, ਫਿਰ ਹੋਈਆਂ ਡੋਗਰਦਿਆਂ ਦਾ ਦੂਆ ਨੰਬਰ ਹੋਇਆ। ਉਹ ਜਦ ਬੈਲੀ ਤਾਂ 4000 ਵਾਲਾ ਜੋੜਨ ਲੱਗੇ ਤਾਂ ਸੇਮੇ ਨੂੰ ਮੈਂ ਕਿਹਾ ਵੀ ਇਹ ਵੀ ਹੱਕਲਾ ਬੋਲ ਚੰਗੇ ਆ, ਲੈ ਇਹ ਘੁਲਦੇ ਆ, ਮੈਂ ਨਹੀਂ ਹੱਕਣੇ। ਮੈਂ ਕਿਹਾ ਸਾਹਿਬ ਪੱਪੂ ਨੂੰ ਕਿਹੜੇ ਮੂੰਹ ਨਾਲ ਮੈਂ ਵਹਾਲਾਂ, ਹੁਣ ਦੂਈ ਜੋੜੀ ਤਾਂ ਉਹਨੂੰ ਵਹਾਲਤਾ, ਅਤੇ ਹੁਣ ਕਿੱਦਾਂ ਕਹਾਂ? ਕਹਿੰਦਾ ਹੋਰ ਕੋਈ ਦੇਖ ਲਾ, ਕੁਲਵੀਰ ਮੋਦਪੁਰੀਆ ਤੈਨੂੰ ਪਤਾ ਵੀ ਬਹੁਤ ਯਾਰੀ ਦੋਸਤੀ ਸੀ, ਕੁਲਵੀਰ ਨੂੰ ਮੈਂ ਆ ਜਾ ਛੇਰਾ ਚੱਕ ਲਾ ਪ੍ਰੈਣ। ਕਹਿੰਦਾ ਚੱਕ ਲਈ, ਮੈਂ 2-3 ਕਰ ਮੈਂ ਧੱਕ ਕੇ ਕਰਨੇ ਇਹਨਾਂ ਨੂੰ, ਕਹਾਂ 2 ਛਾਲਾਂ 4 ਇਹ ਖਿਲਰ ਜਾਣਾ, 6 ਛਿਆਰੀਆਂ ਹਰੇ ਸਾਡਾ ਤੀਆ ਨੰਬਰ, ਪਹਿਲਾਂ ਵੀ ਹੋ ਗਿਆ ਤੀਆ ਵੀ ਹੋ ਗਿਆ, ਇਨਾਮ ਉੱਥੇ ਤਕੜੇ ਹੁੰਦੇ। ਫਿਰ ਅਸੀਂ ਬੜੇ ਰੁੜ ਕੇ ਚਲੇ ਗਏ ਬੜੇ ਪਿੰਡ, ਮੇਰੇ ਖਿਆਲ ਤੁਸੀਂ ਵੀ ਟਾਈਮ 'ਤੇ ਬੜੇ ਪਿੰਡ ਮੈਂ ਹੀ ਸੀ, ਤੁਸੀਂ ਹੀ ਸੀ ਆ ਉੱਧਰ। ਜਿਸ ਵੇਲੇ ਗੱਲ ਸਹੀ ਅਸਲੀਅਤ ਤੈਨੂੰ ਦੱਸਦਾ, ਜਦ ਜੋੜਨ ਲੱਗੇ ਬੰਦਿਆਂ ਨੇ ਮੈਨੂੰ ਕਿਹਾ ਵੀ ਸਾਰਾ ਮਾਲ ਮੈਂ ਇਕੱਠਾ ਕਰਨਾ, ਫਿਰ ਦੇਖਦੇ ਜਾਂਦੇ ਆ ਸਾਰੇ ਆਏ ਸੀ, ਗੋਲਾ ਛਿੰਦਾ ਕਢਾਉਣੀਆਂ, ਗੋਲੇ ਦਾ ਤਾਂ ਖਿਆਲ ਨਹੀਂ, ਛਿੰਦਾ ਗਿੱਲ ਭਿੰਦਰ ਮਾਲਵਾ ਸਾਰਾ ਬੜੇ ਪਿੰਡ ਇਕੱਠਾ ਹੋ ਗਿਆ ਸੀ। ਨਹਿਰ 'ਤੇ ਦੌੜ, ਨਹਿਰ 'ਤੇ ਨਹਿਰ 'ਤੇ ਸੀ, ਹਾਂ
ये कढ़ाणी वाले छिंदे ने उदा मैं कहना भला हो या सलाहू अछनी होया छिंदा होया इदा के बंदे कितने जिंदगी चेते रखने वाली गल्ला मैनू छिंदे ने हाक मारी कहिंदा नोनी नू कहिंदा जी उहनू सद के लिया मैं चले गया बैठे रहे कहिंदा बोल कितना जोड़ने आ मैं कहा चौरा हेर दूगा उत्ते कहिंदा हाक इसे करके तैनू मारी आ मैं कहा दस कहिंदा अज तेरे मर के सारे बोलदा हो आ कहिंदा अज जित हार दा नतीजा निकलना मैं कहा फिर कहिंदा मैं तदे हाक मारी चौरा बोल पट के उत्ते कर दे ली नहीं मी अपने वाले नू जोड़ अंदर नहर दा आसरा रहू मैं कहा भाई किसी साला नहर से ना चढ़ जा जोड़िया नहीं अंदर कहिंदा कंध अंग सिप्पन दी सिद्धि है भी कंध अंग इदां सिद्धि है ਇਹ ਆਏ ਤਾਂ ਜੀ ਸੇਮਾ ਨਾਲ ਨੱਕ ਦੇ ਮੱਖੀ ਬਹਿਣ ਲੱਗੇ ਉਹ ਖਾਲਸਾ ਵਿਚਾਰਾ ਪੱਪੂ ਜੀ ਦਾ ਬਾਦਾ ਰਹੇ ਮੈਂ ਮਰ ਜਾ ਪਰੇ ਨੂੰ ਕੀਤਾ ਕਹਿੰਦਾ ਕਿੱਦਾਂ ਮੈਂ ਕਿਹਾ ਇੱਦਾਂ ਜੋੜਨੇ ਆ ਕਹਿੰਦਾ ਸੇਮਿਆਂ ਤਾਂ ਕੁਛ ਨਹੀਂ ਹੁੰਦਾ ਬੈਠ ਉਹ ਵਾਹਿਗੁਰੂ ਦੀ ਐਡੀ ਭਰੀ ਚੌਰੇ ਨੇ ਗੱਡੀ ਤਾਂ ਤੁਸੀਂ ਸੀ ਟਾਈਮ 'ਤੇ 37 ਟਾਈਮ ਲਗਾਈ 36 ਕਰਕੇ ਹਾਲੇ ਕਿ ਤੇਰੇ ਬਰਾਬਰ ਉੱਥੇ ਘੜੀਆਂ ਵੀ ਲੱਗੀਆਂ ਸੀ ਲੱਗੀਆਂ ਸੀ ਘੜੀਆਂ ਤਾਂ ਲੱਗਦੀਆਂ ਹੀ ਹੁੰਦੀਆਂ ਸਾਰੇ ਲੱਗਦੀਆਂ ਅੱਛਾ ਸੈਕਿੰਡ 'ਤੇ ਜਿੱਤ ਗਿਆ ਮੈਂ ਜੋੜ ਕੇ ਉੱਧਰ ਆਇਆ ਸੀ ਨਾ ਮੁੜ ਕੇ ਇਹ ਚੱਕ ਵਾਲਾ ਮੀਕਾ ਤਾਂ ਖਾਣ ਖਾਣੀ ਆ ਕਾਲਾ ਮੇਰੇ ਕੋਲ ਚਲੇ ਗਏ ਉਹ ਬਾਈ ਤੇਰਾ ਬੋਲ ਤਾਂ ਵੇਚ ਦਿੱਤਾ ਮੈਂ ਖੁਦਾਂ ਹੀ ਵੇਚਤਾ ਕਹਿੰਦਾ ਵੇਚਤਾ ਮੈਂ ਕਿਹਾ ਮੈਂ ਨਹੀਂ ਵੇਚਣਾ ਮੁੰਡੇ ਨੂੰ ਦਿੱਤਾ ਮੈਂ ਤਾਂ ਸੀਮੇ ਨੇ ਲੈ ਗਈ ਬੋਲ ਦਾ ਅਤੇ ਉਹ ਨਾ ਮੰਨਿਆ ਬਈ ਮੁਸ਼ਕਲ ਆ ਕਹਿੰਦੇ ਕਿਉਂ ਮੈਂ ਕਿਹਾ ਐਸੇ ਨਹਿਰ 'ਤੇ 80,000 ਰੁਪਈਆ ਦਿੰਦੇ ਸੀ 13,000 ਵਾਲਾ ਮੈਂ ਕਿਹਾ ਰੱਸਾ ਸਿੱਟ ਕੇ ਦੌੜ ਗਿਆ ਇਹ ਕੰਮ ਨਹੀਂ ਮੈਨੂੰ ਰੁਪਈਆ ਦੇਣਗੇ 60,000 ਉਰੇ ਆ ਗਏ ਬੰਦੇ ਉਹ 75,000 ਲਾਪੇ ਦੇਣਾ ਸੀ ਮੈਂ ਕਿਹਾ ਨਹੀਂ ਇੱਕ ਬੋਲ ਦਿੰਦੇ ਲੱਖ ਤੋਂ ਬਾਹਰ ਨਹੀਂ ਵੇਚਣਾ ਤੂੰ ਗੱਲ ਮੁਕਾ ਜਿਸ ਵੇਲੇ ਨਾਮ ਲੈਣ ਜਾ ਤੇਰੀ ਸੋਢੀ ਨੂੰ ਮੈਨੂੰ ਸਾਈ ਫੜਾ ਦਿੱਤੀ ਕਹਿੰਦਾ ਚੱਕ ਸਾਈ ਮੈਂ ਕਿਹਾ ਦੱਸ ਕਹਿੰਦਾ 100,000 ਰੁਪਈਆ ਮੈਂ ਕਿਹਾ ਹੋ ਗਿਆ ਸੋਢੀ ਨਹੀਂ ਲੈ ਲਿਆ ਨਾ ਤੇਗੀਏ ਮੁੰਡੇ ਨੇ ਲਿਆ ਤੇਗੀਏ ਮੁੰਡੇ ਨੇ ਲੈ ਲਿਆ ਹਾਂਜੀ ਉਹ ਬੋਲ ਦਾ ਅਸ਼ਨੀ ਲੈ ਗਿਆ ਖੰਨੇ ਵਾਲਾ ਛੱਡ ਕੇ ਅਸ਼ਨੀ ਨਾਲ ਸਾਡਾ ਹੁਣ ਵੀ ਪਿਆਰ ਬਹੁਤ ਆ ਸਵੇਰੇ ਵੀ ਫੋਨ ਆਇਆ ਉੱਦਾਂ ਵੀ ਸਾਡਾ ਬਹੁਤ ਜ਼ਿਆਦਾ ਪਿਆਰ ਅਸ਼ਨੀ ਨਾਲ ਆਉਂਦਾ ਜਾਂਦਾ ਇੱਥੇ ਵੀ ਆ ਗਿਆ ਕਈ ਵਾਰ ਇਹ ਅਸ਼ਨੀ ਨੂੰ ਲੈ ਗਿਆ ਮੈਂ ਕਿਹਾ ਚੱਲ ਬੋਲਤਾ ਤੂੰ ਜੋੜਿਆ ਅਸੀਂ ਟੋਕਣਾ ਥੋੜ੍ਹਾ ਸੀ ਅਸ਼ਨੀ ਨੂੰ ਜਾਂ ਮੁੜ ਕੇ ਆ ਮੈਂ ਕਿਹਾ ਅਸੀਂ ਬਹਿੜਾ ਚੈੱਕ ਕਰਨਾ ਸੀ ਅਸ਼ਨੀ ਕਹਿੰਦਾ ਬਾਈ ਮੈਂ ਤਾਂ ਆਪਣਾ ਮੈਂ ਕਿਹਾ ਤੈਨੂੰ ਅਸੀਂ ਇਹ ਗੱਲ ਤਾਂ ਕਹੀ ਨਹੀਂ ਵੀ ਤੂੰ ਬੋਲ ਛੱਡ ਕੇ ਲੈ ਗਿਆ ਮੈਂ ਤਾਂ ਤੈਨੂੰ ਇਹ ਕਹਿੰਦਾ ਵੀ ਅਸ਼ਨੀ ਮਾੜਾ ਚੰਗਾ ਕੋਈ ਸਾਡਾ ਜਲਾ ਦੇ ਬਹਿੜਾ ਚੈੱਕ ਕਰ ਲਈਏ ਵੀ ਬਹਿੜਾ ਨੰਬਰ 2 ਕਰ ਗਿਆ ਇਹ ਰੂਮਪੁਰੀਆ ਧੰਨਾ ਮੇਰੇ ਕੋਲ ਰਾਤਾਂ ਵੀ 2 ਰਹਿ ਗਿਆ ਸੀ ਬਹੁਤ ਮਿੱਤਰ ਸੀ ਸਾਡਾ ਕਨੇਡੇ 'ਚ ਆਉਣ ਅਤੇ ਰਾਜੇ ਵਾਲੀ ਅਮਰਿੰਦਰ ਚਾਪਕ ਬੜਾ ਤਕੜਾ ਪੁਰਾਣਾ ਚਾਪਕਾ ਵਿਆਹ ਸ਼ਾਦੀਆਂ 'ਤੇ ਵੀ ਕੁੜੀ ਦੇ ਵਿਆਹ 'ਤੇ ਵੀ ਆਪਣੇ ਆਇਆ ਸੀ ਅਮਰਿੰਦਰ ਇਹ ਜੀ ਧੰਨੇ ਦੇ ਚਾਚੇ ਨੇ ਬੋਲਣਾ ਮੀਮ ਸਾਹਿਬ ਬੋਲਦ ਕਰ ਲਿਆ ਜਦ ਚੌਥੀ ਹੀਟ ਗਈ ਤਾਂ ਮੈਂ ਕਿਹਾ ਵੀ ਭਿੰਦਰ ਆਪਾਂ ਵੀਰ ਚੱਲੀਏ ਇਹ 'ਚ ਜੋੜ ਲਈਏ ਕਹਿੰਦਾ ਕਹਿੰਦਾ ਮੈਂ ਕਿਹਾ ਵਿਹੜੇ ਨਾ ਕਹਿੰਦਾ ਮੇਰੇ ਪੰਡ ਬੰਨ੍ਹ ਕੇ ਸਿਰ 'ਤੇ ਚੁਕਾਓ ਤਾਂ ਮੈਂ ਰੂਮਪੁਰ ਜਾ ਕੇ ਛੱਡਾਂ ਉਹ ਮੈਂ ਕਿਹਾ ਭਾਰ ਨਾ ਵੀਰੇ ਮਨਸਰ ਨਹੀਂ ਬੈੜਾ ਵਧੀਆ ਆ ਕਹਿੰਦਾ ਜੀ ਮੈਂ ਤਾਂ ਬੋਲਦ ਕਰ ਲਿਆ ਚਲੋ ਗੁੱਸਾ ਵੀ ਹੁੰਦਾ ਆਪਣੇ ਬੰਦੇ 'ਤੇ ਕਿਸੇ ਤਰ੍ਹਾਂ ਹੁੰਦਾ ਨਹੀਂ ਇਹ ਸੀਮਾ ਕਹਿੰਦਾ ਵੀ ਤੇਰੇ ਨਾਲ ਧੰਨੇ ਨਾਲ ਅਸੀਂ ਮੇਲੇ ਜੋੜਦੇ ਨੇ ਬੋਲਦ ਲਿਜਾ ਕੇ ਉੱਧਰ ਧੰਨੇ ਨਾਲ ਪਿਆਰ ਸੀ ਬਹੁਤ ਚਲੋ ਜੋੜਨੇ ਪੈਂਦੇ ਯਾਰੀ ਦਾ ਮੁੰਡਾ ਵੀ ਬਹੁਤ ਚੰਗਾ ਸੀ ਫਿਰ ਤੂੰ ਜਵਾਬ ਦਿੱਤਾ ਚੰਗਾ ਨਹੀਂ ਕੀਤਾ ਕਹਿੰਦਾ ਚੰਗਾ ਮਾੜਾ ਜੋ ਮਰਜ਼ੀ ਸਮਝ ਲਓ ਮੈਂ ਕਿਹਾ ਵੀ ਭਿੰਦਰ ਤੂੰ ਸਾਡਾ ਫੇ ਵੀ ਯਾਰ ਦਾ ਚਾਚਾ ਹਾਂ ਫਿਰ ਰੋਮਪੁਰੀਆ ਸਾਡਾ ਇੰਨਾ ਧੰਨਾ ਬੰਦਾ ਸੀ ਮਿੱਤਰ ਫਿਰ ਤੂੰ ਇੱਕ ਕੰਮ ਕਰੀ ਹੁਣ ਰੱਬ ਸੁਣਦਾ ਤੂੰ ਖੜ ਕੇ ਬਹਿੜਾ ਭੱਜਦਾ ਦੇਖੀ ਕਹਿੰਦਾ ਜ਼ਰੂਰ ਜੀ ਅੱਛਾ ਯਾਰ ਡੈਜੀ ਨਾ ਖਾਣ ਖਾਣੀ ਆ ਮੰਨੇ ਤਾਏ ਨਹੀਂ ਮੰਨਣਾ ਮੈਂ ਕਿਹਾ ਇੱਦਾਂ ਕਰ ਫੋਨ ਤਾਂ ਹੁੰਦੇ ਨਾ ਸੀ ਮੇਰੀ ਗਰੰਟੀ ਰਹਿ ਗਈ ਜੇ ਤਾਇਆ ਤੇਰਾ ਇੰਗਲੈਂਡੀ ਹੈ ਗੱਲ ਕਹਿ ਦੇਵੇ ਪਰ ਸਰਦਾਰ ਨਾਲ ਬੋਲਦ ਕਿਉਂ ਜੋੜਿਆ ਕਾਲਾ ਖਾਣ ਖਾਣੀਆਂ ਕਹਿੰਦਾ ਹੁਣ ਪਸੰਗ ਆਈ ਅਸੀਂ ਉੱਠ ਕੇ ਚਲੇ ਗਏ 2 ਕਰਮਾਂ ਨਹੀਂ ਗਏ ਮੈਨੂੰ ਹਾਕ ਮਾਰ ਲਈ ਉਰੇ ਆ ਜਾ ਉਰੇ ਆ ਜਾ ਮੈਂ ਕੀ ਗੱਲ ਹੋਈ ਕਹਿੰਦਾ ਯਾਰ ਤੂੰ ਤਾਂ ਸਾਡਾ ਬੰਦਾ ਰਾਜਾ ਬੰਦਾ ਗੂੜਾ ਮਿੱਤਰ ਆ ਤੂੰ ਗੁੱਸੇ ਹੋ ਗਿਆ ਬੋਲ ਜੋੜ ਲਾ ਡੈਜੀ ਦਾ ਚੌਥਾ ਨੰਬਰ ਸੀ ਉਸ ਵੇਲੇ ਦੁਆਰੇ ਬਿੱਲੇ ਵਾਲਾ ਬੋਲ ਤਾਂ ਹੀ ਜੋੜਿਆ ਸ਼ਿੰਦਰ ਨਾਲ ਗਿਆ ਸਾਡੇ ਇਹ ਡੈਜੀ ਕਹਿੰਦਾ ਸ਼ਿੰਦਰ ਨੂੰ ਵੀ ਗੱਲ ਇੱਕ ਆ ਸ਼ਿੰਦਰਾ ਤੂੰ ਹੀ ਲਿਆਈ ਹੱਕੇ ਇਹ ਕਹਿੰਦਾ ਸ਼ਿੰਦਰ ਕਹਿੰਦਾ ਮੈਂ ਹੀ ਲਿਆ ਇਹ ਡੈਜੀ ਮੈਨੂੰ ਕਹਿੰਦਾ ਬੋਲਦ ਨਾਲ ਲਾਉਣਾ ਪੈਣਾ ਮੈਂ ਲੰਗ ਬੋਲਦ ਲਾਉਣ ਨੇ ਕਿਹੜਾ ਜੋੜਨਾ
वो रब की मर्जी सेमे प्रतापरा हेठ जोड़िया तो बंदा इन्हें होर जनाता ही सेमे ना फड़िया ही नहीं सी वो कहड़ा खराब करता ही वो जब छड़न लगे लंघ बॉल तो साला मेरा फड़िया इतना धक्का वजा हेठ नू बॉल घुमाते घूम के बॉल छुट्टे याद टैम असी मोहरे भिंदर जडाली आला लाखा तो गिल आला खाबड़ा जितते हो इन्हों हशियारियां सी तीन हरे जी मास्टर ने साढ़े इधर होंदे अलाउंस करते कहना भाई अखोले कख रह गया भैया बच्छा पता नहीं कहड़ा सी डैची दे थले क्यों जानदा नवा लिया सी पे जे बॉल्स गेड़ा ना दिंदे है ना तो ये अज टाइम कुछ हो रही घर गए सी ये गेड़े ने हराए आ बॉल दूआ नंबर बनया आ गया इनाम लिया जी बॉल जान लग पै बह गया लत्तां डा के दूजा नंबर बन गया दूआ नंबर कहना बहना सांझा करना लिहाज बहुत सी मैं कहा तू उधर तो मैं जोर लाता ही लेना नहीं चलो प्यार सी बहुत ज़्यादा सी प्यार कहना बना सी असं वो बिना सी साडा मुड़दा एदा हूड़ मत कर जाता ही कि मैं कहा चल जिदा तू खुश होता कर ला अच्छा सी बॉल सांझे कर लै जी जोड़ते भी रहे प्रतापरा साढ़े को रामगढ़ी आदि को रामगढ़ी बहुत बॉल जिदा सी चलो जाते जाते तो एक बार हंसरों दौड़ आ गई हंसरों बॉल साढ़े कट्ठे लियादे रहे बेचते रहे ये सीमा मैनू कहना भी अछनी वाला बॉल तो चप्पा सदना एक छिंदर ने लैके आना मैं कहा सद ला अछनी अपना ही बंदा जिदा ही अछनी वाला बॉल तो भी वो मैं कदे नहीं घर सलाह की अज ते कुदरती तौन लगा जिदा मन नू चाहुंदी जी खावे इहदी मां नू मैं कहा जे बॉल तो चौरा जोड़ीए अछनी वाला जोड़ीए कहिंदे तू चौरा जोड़ी अगे वो भा चंगा अछनी वाले ना जोड़ी जद गह गया तो हंसरों सेमे नू मैं कहा ये जानी सेमा मैनू कहिंदा जे बॉल मेरा जितया ना तो मैं कहो होरे करूं मैं कहा रब जानदा ये जी छिंदर तो सेमे ने सलाह की नहीं अछनी वाला रामगढ़ी ना बॉल तो कट्ठे सी साढ़े जोड़िया तो मैं चन्नों जोड़िया जब चन्नों जोड़िया तो गल मका तकाला सेमे वाला तो गया सत्तवें नंबर च ये जी बॉल चन्नों का यह प्रतापरा पहला कर गया पहला कर गया हाँ उपर हंसरों हंसरों इत नवे शहर के कोल जानो जी नागरिया का बॉल तो सुखविंदर ना जुड़िया वो पहला कर गया शहरियाँ सानू दूआ नंबर होया चलो ये झंड फादी फादी साड़ी दौड़ी भजी गए प्यार सी बहुत ये नहीं कोई जिदबाजी ना चली गए बॉल जुड़ी चली गए फिर असी सांझ पुणे च मालवे बहुत बॉल लिया लग पे इन्हें लिया तू को गिणती नहीं होनी मेरे हिसाब ना एक टाइम ऐसा आया प्यार बहुत सी साडा ये मैनू कहिंदा अज बॉल बैली का खरा कि बॉल सी राजो माजरे लैके जाने वो बैली मेरा अपना ही कले का ही खांटी आ भी चौरा भी चौरा तो सिगा पता नहीं बेच बूच दता ही चेता नहीं इन्ना बेचता ही मेरे ख्याल ये जी उत्थे चले गए तो नंबर तो साडा लेट बनया ये मैनू कहिंदा अज तो बड़ा गेड़े से गेड़ा मेले च दे जाना सीमा जानो अच्छ चंडीगढ़ का बॉल तो मैं पिंड का चेता भुल गया डैजी लैके आ गया वह बॉल मैं 10,000 ले लिया साई देती पैसे ना सू मालवे पुछता पिट सुन दी अज तई भी कदे किसी ना सी पुछे बगल कर लिया मैनू ताड़ हुंदी बॉल कोई ना कोई लऊगा कहिंदा डैची नू लैके आ गया कहिंदा डैची नू बॉल दवा दे मां किन्ने दा कहिंदा दवा दे 15,000-18,000 दा हो किन्ने कराया मैं क्या नहीं लेना नहीं कहिंदा तैनू की तू दवा मैं क्या बॉल ले आया तू रोली ना पा चुप करके जा कहिंदा किन्ने दा 10 नू कहिंदा मार गया हाथ पे मैं क्या मार गया एक मैं होर ले लिया पीला जिहा बैड़ा उधरों ही अच्छा ये तकाला नू एक जोड़ी आया ककराले दा ककरों दा बॉल सी वो मुंडा बिजली च काम करदा वो बेड़ा बहुत चलाक ये मैनू कहिंदा बेड़ा ले ला जे लै हुंदा मैं किन्ने दा कहिंदा 25,000 तो उत्ते ले ला जिन्ने दा ही बनदा मैं तैं की इह च देख लिया ताड़ बहुत सी इहनू कहिंदा चलाक इन्ना बच्छा जे हल्ट ना चलिया मेरा ना सीमा ना कहीं
ਮੈਂ ਕਿਹਾ ਲੈ ਲਿਆ ਸਮਝ ਤਕਾਲਾ ਨੂੰ ਘੋਗੀ ਨੇ ਤਾਂ ਬਾਰਾ ਇਹੋ ਜਿਹੇ ਬੰਦੇ ਸਾਨੂੰ ਬਹੁਤ ਬੋਲ ਦਵਾਏ ਉਹਨੇ ਬੜਾ ਲਿਖ ਤਾਂ ਖਾਂਠੀ ਘੋਗੀ ਤਾਂ ਬਾਰੇ ਨੇ ਬਹੁਤ ਪਿਆਰ ਸੀ ਬਹੁਤ ਜ਼ਿਆਦਾ ਇਹ ਬਾਰਾ ਤਾਂ ਘੋਗੀ ਨੂੰ ਮੈਂ ਕਿਹਾ ਬਹਿੜਾ ਲੈ ਲਓ ਬਾਰਾ ਕਹਿੰਦਾ ਚੁੱਪ ਕਰਕੇ ਖੜਾ ਰਿਹਾ ਸੀ ਆਪੇ ਲੈ ਲੈਣਾ ਮੈਂ ਰੁਪਈਆ 100 ਸਾਈ ਦਾ ਦਿੱਤਾ ਇਹ ਕਹਿੰਦੇ 5500 ਨੂੰ ਲੈ ਲਿਆ ਮੈਂ ਫੜਿਆ ਉੱਥੋਂ ਟੈਂਪੂ ਹੋਰ ਕੀਤਾ ਦੋ ਤਾਂ ਸੀਗੇ ਸਾਰੇ ਜੀਪ 'ਚ ਚਾੜ ਲਏ ਇਹਨੂੰ ਮੈਂ ਟੈਂਪੂ ਚਾੜਤਾ ਮੈਂ ਜੀਪ 'ਚ ਬਹਿ ਗਿਆ ਸ਼ਿਕਾਰੇ ਨਾਲ ਲੋਦੀਪੁਰੀ ਨਾਲ ਜਦ ਰਾਹ 'ਚ ਆਇਆ ਮੇਰਾ ਸਾਰਾ ਦਿਲ ਬੇਈਮਾਨ ਹੋ ਗਿਆ ਮੈਂ ਕਿਹਾ ਇਹ ਕੁੜੀ 'ਚੋਂ ਲਈ ਜਾਂਦਾ ਬੋਲ ਤਾਂ ਪਿੱਛੇ ਹੀ ਬਹੁਤ ਖੜੇ ਆ ਮੈਂ ਉਹ ਬੱਚਾ 13,500 ਨੂੰ ਬਬਰ ਨੂੰ ਭੇਜਤਾ ਰਾਹ 'ਚ ਹਜਾਲੀਏ ਨੂੰ ਜੋ ਯਕੀਨ ਬਹੁਤ ਬੰਦੇ ਕਰਦੇ ਸੀ ਬਬਰ ਕਹਿੰਦਾ ਮੈਂ ਸਵੇਰੇ ਚੜ੍ਹ ਲਿਆ ਜਾਂ ਰਾਤ ਨੂੰ ਛੱਡ ਲਾ ਮੈਂ ਚੱਲ ਸਵੇਰੇ ਲੈ ਜਾਈ ਇੱਕ ਬੋਲਦ ਜਿਹੜਾ 10,000 ਨੂੰ ਲਿਆ ਸੀ ਉਹ 30,000 ਰੁਪਈਆ ਕਰ ਲਿਆ ਇੱਕ ਬੋਲਦ 7 ਲਿਆ ਸੀ ਅਸੀਂ ਮਸੂਰਪੁਰੀ ਖਵਾਣੇ ਕੋਲ ਦੀਪ ਤੋਂ ਲਿਆ ਸੀ ਉਹ ਵਿੱਚ ਲੈ ਲਿਆ ਮੁੰਡੇ ਨੂੰ ਮੈਂ ਕਿਹਾ ਜਟਾਣਿਆ ਗੇੜਾ ਦੇ ਲਈ ਜੇ ਤਾਂ ਤੈਨੂੰ ਵਧੀਆ ਰੱਖਿਆ ਰੱਖ ਲਏ ਜੇ ਤਾਂ ਮੋੜ ਦੇ ਸਾਨੂੰ ਉਹ ਜੀ 30,000 ਰੁਪਈਆ ਦੇ ਕੇ ਇੱਕ ਬੋਲ ਦੇ ਗਿਆ ਬੋਲਦ ਅਸੀਂ ਗੱਡੀਆਂ ਵਾਲੇ ਮੁੰਡੇ ਨੂੰ ਵੇਚਤਾ ਮੈਂ ਲੈ ਜਾ ਰੱਜ ਨਹੀਂ ਰੁਪਈਆ ਲਾਉਣਾ ਨਿਆਣਾ ਜਿਹਾ ਹੁੰਦਾ ਸੀ ਬਹੁਤ ਤੇਜ਼ ਕਰਦਾ ਸਿਮਾ ਕਹਿੰਦੇ ਇਹਨਾਂ ਨੂੰ ਫੜਾ ਦਿੱਤਾ ਉਹਨੂੰ ਜਾਣੀ ਇੰਨੇ ਕੁ ਬੋਲ ਵਿੱਚ ਅੰਤ ਸਾਹਿਬ ਨਹੀਂ ਛੱਡਿਆ ਅਸੀਂ ਜੇ ਲੈਣ ਗਏ ਇੱਕ ਵਾਰ ਦੀ ਤੁਹਾਨੂੰ ਗੱਲ ਸੁਣਾਵਾਂ ਇਕੱਠਿਆਂ ਦੀ ਚੱਪੀ ਬੋਲ ਸੁੱਖੂ ਬਾਗੜੀਆਂ ਵਾਲੇ ਕੋਲ ਭੱਜਦਾ ਹੁੰਦਾ ਸੀ ਲੁਧਿਆਣੇ ਮਲੇਰਕੋਟ ਕੋਲ ਕੰਗਰਾਲੀ ਆ ਪਾਲ ਵਾਲੀ ਨੂੰ ਮਲੇਰਕੋਟ ਦੇ ਕੋਲ ਉਹ ਮੱਖਣ ਦੌੜ ਨੂੰ ਗਿਆ ਆ ਉਹਨਾਂ ਨੂੰ ਬੋਲ ਦਾ ਮੁੱਲ ਕਰਾਇਆ ਆ ਉਹ ਕਹਿੰਦਾ 30,000 ਨੂੰ ਲੈ ਜਾ ਕਿਹੜਾ ਮੱਖਣ ਕਾਲਗੜੀ ਆ ਅੱਛਾ ਜਾ ਲੈ ਕੇ ਇਹ ਕਹਿੰਦਾ ਆ ਗਿਆ ਭੰਗਲਾ ਨੂੰ ਭਾਈਏ ਸੋਹਣ ਨੂੰ ਲੈ ਕੇ ਮਕਸਿਆਰ ਦੇ ਡੈਡੀ ਨੂੰ ਜਾ ਗਿਆ ਤਾਂ ਕਹਿੰਦਾ ਵੀ ਅੱਧ ਤੁਸੀਂ ਰੱਖੋ ਅੱਧ ਰੱਖੋ ਮੈਂ ਮਕਸਿਆਰ ਦੇ ਡੈਡੀ ਨੂੰ ਅਸੀਂ ਜਵਾਬ ਨਹੀਂ ਦਿੰਦੇ ਹੁੰਦੇ ਸੋਹਣ ਨੂੰ ਭਾਈਏ ਨੂੰ ਸੇਮੇ ਨੂੰ ਮੈਂ ਸੱਦ ਲਿਆ ਸੇਮਾ ਆ ਗਿਆ ਬੰਦਾ ਭੇਜਤਾ ਇਹਦੀ ਅਸੀਂ ਚੱਲ ਗਏ ਮੈਂ ਕਿਹਾ ਅੱਧ ਰੱਖਾਂਗੇ ਅਸੀਂ ਭਾਈ ਕੋਈ ਗੱਲੇ ਨਹੀਂ ਜੋੜ ਜੁਲਾਈਆ ਵੀ ਕਰਾਂਗੇ ਇਹ ਤੁਰਨ ਲੱਗਿਆ ਨੂੰ ਬਿੰਦੂ ਕਹਿੰਦਾ ਭਾਈ ਆ ਇੱਕ ਕੰਮ ਆ ਕਹਿੰਦਾ 10 ਪੁੱਤ ਕਹਿੰਦਾ ਹਵੇਲੀ ਵੜ ਕੇ ਦੇਖ 14-15 ਬੋਲ ਖੜੇ ਆ ਸਾਡੇ ਇਹਦੀ ਆਦਤ ਮਾੜੀ ਹੈ ਇਹਨੂੰ ਜੇ ਕੋ ਪਸੰਦ ਆ ਗਿਆ ਇਹਨੇ ਇੱਕ ਦੋ ਹੋਰ ਛੱਡ ਲਿਆ ਉਹਨੇ ਭਾਈ ਆ ਉਹੀ ਕੰਮ ਨਾ ਹੋਵੇ ਤੂੰ ਸਾਨੂੰ ਫਾਹਾ ਪਾ ਦਵੇਂ ਉਹ ਕਹਿੰਦਾ ਨਹੀਂ ਲੈਣ ਦਿੰਦਾ ਕਹਿੰਦਾ ਪੱਕਾ ਰਹਿ ਗਿਆ ਭਾਰੇ ਟਲਣਾ ਨੇ ਉਹ ਬਾਠ ਬਹੁਤ ਸੀ ਉੱਥੇ ਸਾਨੂੰ ਹਨੇਰਾ ਹੋ ਗਿਆ ਗੁੰਮੇ ਦੇ ਰਾਸ ਰਹਿ ਗਿਆ ਸਵੇਰੇ ਬਾਲੋਂ ਮੈਂ ਕਿਹਾ ਫੌਜੀ ਨੂੰ ਮਿਲ ਚਲੀਏ ਫੌਜੀ ਨੂੰ ਵੀ ਬਹੁਤ ਬੋਲ ਸਾਨੂੰ ਦਵਾਏ ਵਧੀਆ ਬੰਦਾ ਬਾਲੋਂ ਦਾ ਬਹੁਤ ਜ਼ਿਆਦਾ ਵਧੀਆ ਆ ਉਹਦੇ ਘਰ ਵਾਲੀ ਇੰਨਾ ਰੱਬ ਦਾ ਰੂਪ ਆ ਉਹਨੂੰ ਬੰਦਿਆਂ ਅਤੇ ਚੰਦ ਚੜ ਜਾਂਦਾ ਨੇ ਬੁੜੀਆਂ ਤਾਂ ਚਾਹ ਨੂੰ ਪੈਣੀਆਂ ਪਿੱਟ ਪਿੱਟ ਸਾਨੂੰ ਚਾਹ ਬਣਾਉਣੀ ਪੈਣੀ ਆ ਕਹਿੰਦੀ ਵੀਰ ਰੋਟੀ ਖਾਧੀ ਤੋਂ ਬਗੈਰ ਨਹੀਂ ਜਾਣ ਦੇਣੇ ਫੌਜੀ ਨੂੰ ਬੋਲਿਓ ਡੱਕ ਲੈ ਮੈਂ ਕਿਹਾ ਵੀ ਰੋਟੀ ਨੂੰ ਹੁਣ ਘੰਟਾ ਲੱਗ ਜਾਣਾ ਫੌਜੀ ਤੇਰੇ ਹਰੋਂ ਇੱਕ ਬਲੈਤੀ ਭੱਜਦਾ ਉਹ ਦੇਖਿਆ ਜੀ ਦੇਖਣ ਗਿਆ 3500 ਨੂੰ ਉਹ ਲੈ ਲਿਆ ਉਹ ਲੈ ਲਿਆ ਤਾਂ ਫਿਰ ਅਸੀਂ ਇੱਕ ਹੇਡੋਂ ਦੇਖਣ ਗਏ ਬੋਲ ਦੋ ਜਿਹੜਾ 4000 ਨੂੰ ਲਿਆ ਸੀ ਉਹ ਬੋਲ ਦੇ ਗੋਹਾ ਇੰਨਾ ਇੰਨਾ ਲੱਗਾ ਭਾਈ ਆ ਕਹੇ ਸਦਾ ਹੋ ਗਿਆ ਤੈਨੂੰ ਸੇਮਾ ਵੀ ਕਹੇ ਤੂੰ ਸਦਾਈ ਹੋ ਗਿਆ ਉਹ ਬੰਦੇ ਨੇ ਜਾਂ ਬੋਲ ਬਾਹਰ ਕੱਢਾ ਵੀ ਉਹਨੂੰ ਕਹੇ ਤੈਨੂੰ ਮਾਰ ਦੋ ਚੱਕ ਕੇ ਲੈ ਜਾਊਂ ਐਡੀਆਂ ਛਾਲਾਂ ਨਾਲੇ ਫੌਜੀ ਕਹਿੰਦਾ ਸਾਡੇ ਪਿੰਡੋਂ ਵੀ ਗਿਆ ਨੰਬਰ 2, 3, 4 ਬੱਚਿਆਂ 'ਚ ਠੋਰਦਾ ਰਿਹਾ ਬੰਦੇ ਮਾੜੇ ਸੀ ਆ ਧਰਮੀ ਉਹ ਬੰਦੇ ਨੂੰ ਮੈਂ ਕਿਹਾ ਤਾਂ ਰੋਪੜੇ ਵੇਚਣਾ ਕਹਿੰਦਾ ਵੇਚਣਾ ਪੈਣਾ ਮੈਂ ਉੱਥੇ ਤਾਂ ਇਹ 2000 ਦਾ ਵੀ ਨਹੀਂ ਵਿਕਣਾ ਕਹਿੰਦਾ ਘੱਟ ਦੇ ਦਿਓ 2000 ਤੋਂ ਉਹ ਇੰਨਾ ਬੰਦਾ ਬੀਬਾ ਮੈਂ ਕਿਹਾ 2500 ਦੇਈਏ ਕਹਿੰਦਾ 2500 ਦੇਣਾ 2500 2000 ਤੋਂ ਘੱਟ ਦੇਣਾ 2000 ਤੋਂ ਘੱਟ ਦੇ ਦਿਓ ਮੈਂ ਕਿਹਾ ਇਹ ਬੰਦਾ ਕਿੱਦਾਂ ਦਾ ਸਿੱਧਰ ਜਿਹਾ ਮੈਂ ਕਿਹਾ 3000 ਦੇਈਏ ਕਹਿੰਦਾ 3000 ਤਾਂ ਜ਼ਿਆਦਾ ਤੁਸੀਂ 2500 ਦੇ ਦਿਓ ਮੈਨੂੰ ਫਿਰ ਤਰਸ ਆ ਗਿਆ ਜਾਣੀ ਯਕੀਨ ਕਰੀ ਮੈਂ ਕਿਹਾ ਇਹ ਤਾਂ ਰੱਬ ਦਾ ਰੂਪ ਆ ਵੀ ਇਹ ਤਾਂ ਵਿਚਾਰੇ ਨੂੰ ਪਤਾ ਹੀ ਕੁਛ ਨਹੀਂ ਮੈਂ ਕਿਹਾ ਬਾਈ ਤੈਨੂੰ ਰੁਪਈਆ 4000 ਫੌਜੀ ਤੋਂ ਘੱਲੂੰ ਵੀ ਹੁਣ ਪੈਸੇ ਹੈ ਨਹੀਂ ਸਾਡੇ ਕੋਲ ਕਹਿੰਦਾ ਫੌਜੀ ਨਾਲੇ ਸੀ ਕਹਿੰਦਾ ਜਦ ਤੋਂ ਤੁਸੀਂ 2 ਤੋਂ 4 ਦੇ ਸਕਦੇ ਤਾਂ ਪੈਸੇ ਆ ਜਾਣਗੇ ਉਹ ਕਾਲ ਖਾਧਿਆਂ ਨੇ ਇੱਕ ਅਸੀਂ ਇੱਥੋਂ ਆ ਕੇ ਸਤਿਆਣੇ ਤੋਂ ਲੈ ਲਿਆ ਡੇਰੇ ਦਾ ਚਮਨ ਤੋਂ ਤਿੰਨੇ ਲੈ ਲਿਆ ਫੌਜੀ ਨੂੰ ਮੈਂ ਚਾੜ ਲਿਆ ਸੇਮਾ ਵੀ ਆ ਗਿਆ ਜਾਂ ਜਾਣ ਲਾਉਣ ਲੱਗੇ ਅਸੀਂ ਲਾ ਲੈ ਲਾ ਤਾਂ ਲੈ ਨਾਲ ਲਾ ਕੇ ਉਹ ਜਿਹੜਾ ਚਮਨ ਵਾਲਾ ਸੀ ਉਹਨੂੰ ਹਵੇਲੀ ਜਾ ਕੇ ਸਾਨੂੰ ਟਾ ਲਿਆ ਇਹ ਤਾਂ ਨਿਆਣਾ ਸੀ ਉਹ ਡੇਕ ਜੀ ਜਿਹੜੀ ਹੁੰਦੀ ਸੀ ਇਹ ਡੇਕ 'ਤੇ ਚੜ ਗਿਆ ਤਾਂ ਹਾਂ ਸੇਮਾ ਤਾਂ ਮੈਂ ਖੋਲ੍ਹੀ 'ਚ ਉਹ ਬੰਦਾ ਫੌਜੀ ਵੀ ਖੋਲ੍ਹੀ 'ਚ ਉਹ ਜੀ ਹੁਣ ਕਿਤੇ ਭਾਅ ਜੀ ਸਾਡੀ ਡੈਂਗ ਪਵਾਈ ਉਹ ਮੇਰੇ ਰੱਬਾ ਅੰਤਮ ਕਾਲੇ
वो कहे जा मैं है नहीं जा बंदे नहीं छड़ने ये कहता तुम गुजरा सेमा हो तो तू कला मैं क्या टिक जाओ बेड़ा जिंदा रहा मैं कर लेना लोट नहीं जी वो पर मैं क्या रोपड़ बेच देने सेमा कहता रोपड़ भी नहीं बेचना डेरे का सेमे चक धर्म से ना डेरे का रोपड़ बेचे ना शराब देने तो भी डेरे दे असं बहुत कई भजाए आ शराब तो देने ना ही दिता मैनू कहता फ्री फड़ा दे तेन करंट पैदा मैं क्या चंगा भी मैं चमन नूं फोन किया कहता इदा तो सारा लियाना नहीं मैं क्या फिर कहता रेहड़े वाला छड़ जाना ही ले जा मैं उही छड़ जा वह जी असी तोरता सामते रहे गल मका गेड़े गुड़े देंदे रहे ज्यादा जी हूँ गिन के इतने चाल ही देंदे होंगे ही गेड़ा सत्त खेत मेरे पैर से सट लगी और मैं घरे रह गया तो इन्हें मैनू दस्या कहते नंबर पहले साढ़े हो गए तिने सेवा कहना बाकी चौना बेच दी सारा 4000 वाला ना बेची मैं की दसिया कहता जे मालवे जाके है ना इन जितया ना मालवा मेरा ना सेमा ना कहीं गलती ना कर दी मैं नहीं करता वो बॉल की दवाई कह दी बहुत ये लोहड़िए चले गए इन्हें जाके नकद 5-5 साल मेरे मूहरे नोट 23 रखते 23000 रुपया मैं क्या थोड़िया होर खिंच दे 1000 होर रखता चल मैं क्या फट दसा 500 मैं छता यू सेमे घर का फोन सके फोन किया मखाया आके पिटिया बहुत ये तो गलती कर ली मैं टिकया रहा कुछ नहीं हुआ होर ले आवेंगे मैं रुपये अद्धे इन फड़ाए खुश हो गया मैं खर्चा वर्चा कर चलो देता वो बलैती असी देता कलवर 35000 च ते चलो आते जाते होर बहुत बॉल्द बेचे गल मका फिर प्रतापरा तो रामगढ़िया होर बहुत बॉल्द बेचे गदाइया बॉल्द भी साढ़ा सांझा ही सी प्रतापरा किन्ना कि जितया फिर प्रतापरा बॉल्द फिर अभी होर यार 4 च गए आ कोई लड़ाई झगड़ा नहीं किया असी जी गल सीधे इदा बह गया मैं तो सीमा कहिंदा तैं बेड़े बेच देने इंग्लैंड च मैं बेचूंगा 2-3 तो जरूर बेचों क्यों बहुत सी उत्थे साढ़े बंदे जानते कहिंदा बॉल्द बंडला मैं बेड़ा नहीं बेचना मैं क्या खुश किदा तू कहिंदा तू दस मैं क्या रामगढ़िया बॉल्द इन वाधू आ प्रतापे इन 50000 कीमत से लिहाज ना वाधू आ चाहे मैनू छड़ जा 25 लै जा चाहे तू दे कहिंदा फिर लिहाज की रही मैं क्या जिदा रखनी उदा रख ला कहिंदा रामगढ़िया मैं रखना प्रतापरा तू रख ला पैसों का नहीं मैं क्या पैसा साले का ही करना थोड़ी कमाई की बथेरा रुपया कमाया चलो हो गई तुसी बॉल्द बंड लै बंड लै अच्छा ये प्रतापरा जी साढ़े इसे आ गया असी जोड़ते रहे मैं इंग्लैंड चले गया इंग्लैंड चले गया तो इनू पिल्लू गुरमेल शायद तू जानते हो सरपंच भी जानता आता जाता रहा इतने ओनू मैं जाता हुआ कह गया मैं क्या इदा करी बॉल्द सुहागी घुमा दिया करी थोड़ा गौर करी बॉलों दुआले पेड़ा तेरा पवाई जरा दब के एक बच्चा लिया मैं खीरा हरिपुर दौड़ आ गए जी जलंधर को वो सवारना इंग्लैंड च मैनू कहता भी आप इतने कटियाने वाला हूँ आया मुंडा जगह से दौड़ करवानी आ सदारा बंदा इमानदार देख टैम वाला पेड़ा गेड़ी वाला ना बंदा हो ना हो लोग साड़ी माँ भैन कर मैं दिहाड़ी सोचता रहा मैं फिर थानू फोन किया मैं क्या भाई पद्दी वाला कश्मीर सू मैनू यकीन आ तेनू भी जानता वधिया बंदा कहिंदा उहनू कह दे मैं तेनू कहता कहिंदा झंडी वाला देख मैं क्या वह भी अपने मर्जी का इमानदार बंदा छड़ना तिलकू छड़ता माणका वाला जब दौड़ हुई तुसी टाइम लाते थे अभी तक थानू फोन फान भी नहीं किया टाइम से जे कहो तो एक तो बंदा हुंदा कहे बच्चों चो भोंपुरिए पप्पू का सिंह फुटा बच्चा जिदा सी सारी दुनिया को पता जिदा सी जो लिहाज मेरी बहुत सी पप्पू ना सी बराडा नंबर पहला बन गया बच्चों तुसी सी टाइम जे प्रतापरा बॉल्द जोड़ने भी आए तो बिट्टू वाला बॉल्द किया कूं वालिया द्वारे वो अपने बंदे जिहड़ी बंदे घणसाल काले ने बॉल्द पट लिया साडे नूं इहदा मैनूं फोन गया कहिंदा डैडी बॉल्द पट हो गया मैं फेक ही बंब टप्पिया तूं कद डरदा कहिंदा मैं कहना जोड़ू एडी मैं एक नंबर पहला कर लिया बहुत आ तू इदा ना दिल छड्डिया कर रब ने दे ही देना
ਕਹਿੰਦਾ ਬੋਲਦ ਹੈ ਨਹੀਂ ਮਗਜ ਵਾਲਾ ਆਉਣਾ। ਮੈਂ ਪੱਪੂ ਨੂੰ ਫੋਨ ਕੀਤਾ ਲਾਲਪੁਰੀਏ ਨੂੰ, ਲਿਹਾਜ਼ ਬਹੁਤ ਆ, ਪੱਪੂ ਨਾਲ ਲੇਖਾ ਵੀ ਸਾਡਾ ਬੜਾ ਦਿੱਤਾ ਵਿਚਾਰੇ ਨੇ, ਐਵੇਂ ਕਹੀਏ ਬਹੁਤ ਇੱਜ਼ਤ ਕਰਦਾ ਹੁਣ ਵੀ। ਮੈਂ ਕਿਹਾ ਬੋਲਦ ਕੋਈ ਦੁਬਾਰੇ ਦੇਖ ਕੇ, ਕਹਿੰਦਾ ਆਪਣੀ ਮਰਜ਼ੀ ਨਾਲ ਛੱਡ ਦਿੰਦਾ, ਮੈਂ ਮਰਜ਼ੀ ਨਾਲ ਛੱਡ ਦੇ। ਹੁਣ ਗਿੱਲ ਨੇ ਜੋੜਿਆਂ ਵਾਲੇ ਥਾਣੇਦਾਰ ਨੂੰ ਦਿੱਤਾ ਸੀ ਬੀਲਾ ਬੋਲ, ਬਹੁਤ ਬੜਾ ਬੋਲ ਸੀ। ਉਹ ਦੁਬਾਰੇ ਛੱਡਿਆ ਤਾਂ ਪ੍ਰਤਾਪਰਾ ਵੀ ਪਹਿਲਾਂ ਕਰ ਗਿਆ, ਪਹਿਲਾਂ ਕਰ ਗਿਆ। ਅਸੀਂ ਵੀ ਛੁੱਟੀ ਕੀਤੀ, ਉਹਦੀ ਫੋਨ ਵਾਖਾ ਖੜਕਾਈ ਜਾਂਦੇ, ਕੋਈ ਟਾਈਮ ਵਾਲੇ ਨੂੰ ਥੋੜ੍ਹਾ ਫੋਨ ਲਾਉਂਦਾ ਹੁੰਦਾ ਨਾ, ਝੰਡੀ ਵਾਲੇ ਨੂੰ, ਇਹ ਤਾਂ ਆਪਣੇ ਧਿਆਨ 'ਚ ਹੁੰਦੇ ਆ। ਜਾਂ ਤਕਾਲਾਂ ਪਈਆਂ, ਇਹ ਭਾਅ ਜੀ ਕਜਲਾ ਚਲੇ ਗਿਆ, ਜਾਣੀ ਖਿਜਿਆ, ਹੋਰ ਕਿਹਾ ਕੱਖ ਨਹੀਂ ਸਾਨੂੰ। ਮੈਂ ਇਹਨਾਂ 10 ਪੌਂਡ ਇਹਦਾ ਮੇਜ਼ 'ਤੇ ਰੱਖ ਤੇ, ਕਹਿੰਦਾ ਪਾਰਟੀ ਕਰੋ, ਹੋਰ ਕੋਈ ਗੱਲ ਨਹੀਂ, ਤੁਹਾਨੂੰ ਵਧਾਈਆਂ ਹੋਈਆਂ, ਨਿੱਤ ਕਰੇ ਰੱਬ। ਮੈਂ ਕਿਹਾ ਠੀਕ ਆ, ਜਾਨੋ ਜੀ ਰੌਲਾ ਰੂਲਾ ਪੈਂਦਾ ਲੋਕਾਂ 'ਚ ਪੈ ਗਿਆ ਵੀ ਟਾਈਮ ਕਸ਼ਮੀਰੇ ਤੋਂ ਗਲਤ ਲਵਾ ਗਿਆ ਕਜਲੇ ਨੇ, ਜਾਣੀ ਇਹ ਗੱਲ ਨਹੀਂ ਸਾਨੂੰ ਮੂੰਹ 'ਤੇ ਕਹੀ ਜੇ ਕਹੀਏ ਉੱਦਾਂ ਜਾਂ ਖੁਸ਼ੀ 'ਚ। ਇਹਦਾ ਬਣਿਆ 7ਵਾਂ ਨੰਬਰ, ਕਜਲੇ ਤਾਂ ਬੋਲਦ ਵੀ ਜਿੱਤਦਾ ਸੀ, ਜਿੱਤ ਦੱਸ ਗਾ, ਚਲੋ ਜਿੱਤ ਹਾਰ ਤਾਂ ਮਹਾਰਾਜ ਕਰਕੇ ਹੋਣੀ ਆ, ਇਹ ਤਾਂ ਪਤਾ ਨਹੀਂ ਹੁੰਦਾ। ਇਹ ਜੀ ਜਾਂ ਸਾਨੂੰ ਫੋਨ ਲਾਪੇ ਖੜਕਣ ਵੀ ਏੜਾ ਗੇੜੀ ਨਾਲ ਜਿੱਤ ਗਏ ਹਾਂ। ਉਹ ਮੈਂ ਕਿਹਾ ਵੀ ਕਸ਼ਮੀਰ ਕਰਨ ਵਾਲਾ ਨਹੀਂ ਏੜਾ ਗੇੜੀ, ਚਲੋ ਲੋਕਾਂ ਨੂੰ ਬਹੁਤ ਡਰਾਉਣਾ। ਤਿਲਕੂ ਨੂੰ ਮੈਂ ਫੋਨ ਕਰਕੇ ਪੁੱਛਿਆ, ਤਿਲਕੂ ਕਹਿੰਦਾ ਮੈਨੂੰ ਜਗ੍ਹਾ 'ਤੇ ਚੜਾ ਲਾ, ਤੁਹਾਨੂੰ ਪੁੱਛਿਆ ਤੁਸੀਂ ਕਿਹਾ, ਮੈਂ ਬਿਲਕੁਲ ਹੀ ਨਹੀਂ ਇੱਕ ਪੁਆਇੰਟ ਸੀ, ਅਸੀਂ ਤਾਂ ਬੋਲਦੇ ਨਹੀਂ ਜਾਣਦੇ, ਗੱਡੀ ਜਾਣਦੇ ਨਾ ਹੀ ਗੱਡੀ ਵਾਲੇ ਨੂੰ ਕਿਹਾ, ਪਤਾ ਵੈ ਨਾ ਸੀ ਸਾਨੂੰ, ਤਾਂ ਬਾਅਦ 'ਚ ਪਤਾ ਲੱਗਾ ਇਹਨਾਂ ਦੇ ਬੋਲਦ ਜਿੱਤੇ ਆ, ਬੱਚਿਆਂ 'ਚ ਵੀ ਤਾਂ ਬੜੇ। ਉਹ ਫਿਰ ਜਿੱਤ ਹਾਰ ਦੇ ਕਿੱਥੇ ਜਾਂਦੀ ਆ ਗੱਲ। ਇਹ ਜੀ ਅਸੀਂ ਵੀ ਇੰਗਲੈਂਡ ਸੀ ਅਤੇ ਦੌੜ ਆ ਗਈ ਇੱਥੇ, ਤੇਰੇ ਢੰਡੀ ਢੀ ਸੀ। ਉਹ ਬੋਲ ਥਾਣੇਦਾਰ ਕੋਲ ਚਲੇ ਗਿਆ ਤਾਂ ਬੰਦੇ ਇੰਗਲੈਂਡ 'ਚ ਜੱਲੋ ਵਾਲੀ ਪਾਲੇ ਦਾ ਭਰਾ ਵੀ ਸਾਡੇ ਨਾਲ ਹੁੰਦਾ ਸੀ, ਪਾਲੇ ਦਾ ਬੋਲ ਬੰਨਿਆ ਸੀ ਕਜਲੇ ਦਾ ਪਾਲੇ ਦੇ। ਇਹ ਗੱਲ ਮਕਾ ਜੀ ਲੱਗ ਜਾਊ ਅੱਜ ਪਤਾ ਜਿੱਤ ਹਾਰ ਦਾ, ਉਹ ਰੱਬ ਦੀ ਮਰਜ਼ੀ, ਹਰ ਗਿਆ ਇਹ ਬਿੰਦੂ, ਹਾਰ ਗਿਆ ਪੱਪੂ ਦੁਆਲੇ, ਦੁਨੀਆ ਹੋ ਗਏ ਇਕੱਠੀ ਹੋ ਗਏ ਤਕਾਲਾਂ ਨੂੰ, ਅੱਜ ਕਿੱਥੇ ਗਿਆ, ਅੱਜ ਲਿਆਉਂਦੇ ਭੱਦੀ ਵਾਲੇ ਕਸ਼ਮੀਰੇ ਨੂੰ ਟਾਈਮ 'ਤੇ, ਅੱਜ ਫਲਾਨੇ ਨੂੰ, ਪੱਪੂ ਨੇ ਮੈਨੂੰ ਹੁਣ ਵੀ ਬੈਠਾ, ਹੁਣ ਪੁੱਛ ਲਓ ਪੱਪੂ ਨੂੰ, ਕੋਈ ਇਹ ਗੱਲ ਝੂਠੀ ਨਹੀਂ ਹੈਗੀ ਜੇ ਕਹੋ। ਇਹ ਪੱਪੂ ਨੂੰ ਜਾਂ ਮੈਂ ਫੋਨ ਕੀਤਾ, ਕਹਿੰਦਾ ਇੱਦਾਂ ਇੱਦਾਂ ਜੋ ਕੁਛ ਵਿੱਚ ਦਿੰਦੇ ਹੋਊਗੇ ਚਾਹ ਪਾਣੀ, ਮੈਂ ਬੋਲ ਸਹੀ ਨਹੀਂ ਅੱਜ ਭੱਜਾ। ਮੈਂ ਕਿਹਾ ਫਿਰ, ਕਹਿੰਦਾ ਹੋਰ ਦਿਹਾੜੀ ਦੋ ਦਿਨ ਅੱਟ ਕੇ ਭੱਜੋ। ਚਲੋ ਮੈਂ ਕਿਹਾ ਇੱਦਾਂ ਹੀ ਸਹੀ। ਅੱਛਾ ਉੱਥੋਂ ਅਸੀਂ ਹਰ ਕੇ ਆਏ, ਅਸੀਂ ਉਹ ਬੋਲਦ ਨਹੀਂ ਜੋੜਿਆ ਜੀ, ਇੱਥੇ ਕਲਾਮ ਆ ਗਈ ਦੌੜ। ਇਹ ਮੈਨੂੰ ਫੋਨ ਕੀਤਾ, ਕਹਿੰਦਾ ਮੈਂ ਇੱਦਾਂ ਤਾਂ ਕਰਕੇ ਵੀ ਪਾਲੇ ਨੂੰ ਬੋਲ ਪੁੱਛਿਆ, ਉਹ ਮੁੱਕਰ ਗਿਆ। ਮੈਂ ਕਿਹਾ ਕੋਈ ਗੱਲ ਨਹੀਂ, ਬੋਲਣ ਵਾਲੇ ਮੁੱਕਰਦੇ ਹੀ ਹੁੰਦੇ, ਕਿਹੜੀ ਗੁੱਸਾ ਨਾ ਕਰਿਆ ਕਰ। ਉਹ ਗੁੱਡੂ ਆ ਰੋਪੜ ਕੋਲ ਦਾ, ਮੈਂ ਪਿੰਡ ਵੀ ਉਹਦਾ ਜਾਣਦਾ, ਗੇਟ ਜਿਹਾ ਬਣਿਆ ਆ ਇੱਧਰਲੇ ਹੱਥ ਨਾ, ਹੋਰ ਪਿੰਡ ਦਾ ਹੀ ਗੁੱਡੂ, ਭਾਰਾ ਜਿਹਾ ਬਹੁਤ ਤਕੜਾ ਬੰਦਾ, ਪੈਲਸ ਉਹਦਾ ਪਰੇ ਨਾਲ ਹੀ ਆ। ਉਹ ਪੱਪੂ ਨੂੰ ਮੈਂ ਕਿਹਾ ਤੂੰ ਮੇਰਾ ਨਾਂ ਲਈ ਉਹਨੂੰ ਬੋਲ ਪੁੱਛ। ਉਹ ਪੱਪੂ ਮੈਨੂੰ ਕਹਿੰਦਾ ਵੀ ਗੁੱਡੂ ਕਹਿੰਦਾ ਜੇ ਸਰਦਾਰ ਨਾਲ ਜੋੜਨਾ ਤਾਂ ਬੋਲ ਦੁਬਾਰੇ ਜੋੜੋ, ਦੁਬਾਰੇ ਉਹ ਜਿੱਤ ਜਾਂਦਾ ਸੀ। ਮੈਂ ਬੜਾ ਜ਼ੋਰ ਲਾਇਆ, ਉਹ ਦੁਬਾਰੇ ਜੋੜ, ਮੰਨ ਲਾ ਗੱਲ, ਇਹ ਜਿੱਦਾਂ ਨਿਆ ਹੌਲਾ, ਮੈਨੂੰ ਮੈਂ ਪਹਿਲੀ ਵਾਰੀ ਜੋੜਨਾ। ਇਹਨਾਂ ਦਾ ਨੰਬਰ ਬਣਿਆ 6ਵਾਂ ਬਣਿਆ ਤਾਂ ਤਕਾਸ ਵਾਨੇ ਨੂੰ ਬਣਾ ਵੀ ਉਹਨੂੰ ਪੁੱਛਿਆ, ਬੰਦੇ ਨੂੰ ਫੋਨ ਲਾ ਕੇ ਸੁਣ ਕੇ ਆਪੇ ਆ ਜਾਣਾ, ਬੰਦੇ ਨੂੰ ਪਤਾ ਹੀ ਲੱਗ ਜਾਣਾ। ਕਹਿੰਦਾ ਉਹ ਸਾਡਾ ਮੁੰਡਾ ਗਿਆ ਸੀ, ਕਿੱਦਾਂ ਰਿਹਾ? ਕਹਿੰਦਾ ਲੱਭੂ ਬਿਨਾ ਇੱਥੇ ਕਿਤੇ ਹਰੀਪੌਰਾ, ਹਰੀਪੌਰ ਥੋੜ੍ਹੋ ਆ ਵੀ ਹਰੀਪੌਰ ਟਾਈਮ 'ਤੇ ਕੋਈ ਆ ਤੁਹਾਡਾ? ਉਹ ਕਹਿੰਦਾ ਨੰਬਰ ਬਣਿਆ ਨਹੀਂ, ਕਹਿੰਦਾ ਉਹ ਕਿੱਥੋਂ ਲੱਭੂ? ਜਦ ਇਹਨੂੰ ਫੋਨ ਲਾਇਆ ਕਹਿੰਦਾ ਸਾਲਾ ਝੂਠ ਬੋਲੀ ਜਾਂਦਾ। ਇਹ ਕਹਿੰਦਾ ਭਾਅ ਜੀ ਮੈਂ ਨਾਮ ਫੜ ਕੇ ਤੈਨੂੰ ਹੁਣੇ ਬੈਕ ਕਾਲ ਕਰਦਾ। ਕਹਿੰਦਾ ਕੀ ਬਣਿਆ? ਕਹਿੰਦਾ 6ਵਾਂ ਨੰਬਰ ਮੁੰਦੀ ਮਿਲ ਗਿਆ, 6ਵੇਂ ਨੂੰ ਪਿਆ ਸ਼ੀਲਡ ਮਿਲ ਗਿਆ, ਹੱਕਾ ਬੱਕਾ। ਮੈਨੂੰ ਕਹਿੰਦਾ ਤੂੰ ਸਵਾਰਨਾ, ਕਹਿੰਦਾ ਇੱਦਾਂ ਕਰ, ਬਹੁਤ ਪਿਆਰ ਆ ਹੁਣ ਵੀ ਆ ਉਹਨਾਂ ਵਿਚਾਰੇ ਨਾਲ, ਕਰਿਆਣੇ ਵਾਲੇ ਨਾਲ। ਕਹਿੰਦਾ ਰੁਪਈਏ ਜ਼ਿਆਦਾ ਲੈ ਜਾ ਜਿੰਨੇ, ਭੈਣ ਨੂੰ ਕਰ ਫੋਨ, ਮੈਂ 12ਵੀਂ ਕੰਮ ਸੀ ਉਹਦੇ ਕੋਲ। ਕਹਿੰਦਾ ਉਹਨੂੰ ਫੋਨ ਕਰ ਵੀ ਤੇਰੀ ਟਿਕਟ ਓਕੇ ਕਰਾ ਦੇ ਤੂੰ ਇੰਡੀਆ ਨੂੰ ਜਾ। ਮੈਂ ਕੀ ਕਰਾਂ ਜਾ ਕੇ? ਕਹਿੰਦਾ ਬੋਲ ਜਿੱਦਾਂ ਲੈ। ਮੈਂ ਕਿਹਾ ਜੇ ਉਹ ਨਾ ਜਿੱਤਿਆ ਫੇਰ ਕੀ ਕਰੇਗਾ? 2-3 ਲੱਖ ਲਾਇਆ, ਉਹਨੇ ਜਿੱਤਿਆ ਫੇਰ ਕੀ ਕਰੇਗਾ? ਕਹਿੰਦਾ ਹੋਰ ਲੈ ਲਾਂਗੇ। ਮੈਂ ਕਿਹਾ ਰੱਬ 'ਤੇ ਡੋਰੀਆਂ ਸੈੱਟ, ਜਿੱਤ ਹਾਰ ਇੱਥੇ ਜਾ। ਜਾਨੋ ਇਹਨੂੰ ਕਲਾਮ ਬਿੱਕਾ ਮਾਲਪੁਰੀ ਆ, ਉਹਨੂੰ ਸਾਡੇ ਬੋਲ ਬਹੁਤ ਅੱਕੇ ਬਾਅਦ 'ਚ ਬਹੁਤ ਜ਼ਿਆਦਾ, ਤੁਸੀਂ ਜਾਣਦੇ ਸ਼ਾਇਦ ਉਹਨੇ, ਆਹੋ ਬਿੱਕੇ ਨੂੰ ਚੰਗੀ ਤਰ੍ਹਾਂ ਜਾਣਦੇ ਆ। ਉਹ ਬਿੱਕਾ ਇਹਨੂੰ ਕਹਿੰਦਾ ਬਿੰਦੂ ਅੱਜ ਲਗੇਰੀ ਵਾਲੇ ਨਾਲ ਦੁਆਰੇ ਜੋੜਦੇ ਖਾਨਪੁਰ, ਮੈਂ ਤਿੰਨਾ ਪਹਿਲੀ ਵਾਰ। ਇਹ ਕਹਿੰਦਾ ਇੱਦਾਂ ਕਰ ਲਾ। ਚਲੋ ਹਰ ਗਿਆ ਦੁਆਰੇ ਜੋੜਿਆ, ਬਿੱਕੇ ਨੇ ਨਾ ਖਾਨਪੁਰ ਆਪਣੇ ਉੱਪਰੇ ਕੋਲ
ਇੱਥੇ ਜੁੜਿਆ ਤਾਂ ਬਾਲ ਦਾ ਨੰਬਰ ਦੂਆ ਹੋਇਆ ਜੀ, ਉਹ ਅੜਚਣ ਪੈ ਗਈ। ਪਹਿਲਾਂ ਪਾਰੀ ਬਹੁਤ ਹੁੰਦੇ ਇੱਥੇ, ਉਹ ਕਰ ਗਿਆ ਦੂਆ ਹੋ ਗਿਆ। ਭੂਮਪੁਰੀਆ ਪੱਪੂ ਕਹਿੰਦਾ ਮੈਂ ਤਿੰਨ ਅੱਧੇ ਬਾਲ 'ਤੇ ਬੋਲ 'ਤੇ ਬਾਲ ਜੋੜਿਆ ਸੀ ਬੱਚਾ, ਮੈਂ ਦੁਬਾਰੇ ਜੋੜਨਾ। ਪੱਪੂ ਨੂੰ ਮੈਂ ਕਿਹਾ ਗਲਤੀ ਨਾ ਕਰ ਦੇ, ਜਾਂ ਤਾਂ ਪ੍ਰਤਾਪੇ ਨੂੰ ਹੇਠ ਜੋੜ ਲਾ, ਉੱਤੇ ਨਾ ਜੋੜੀ, ਕਮਲਾ ਬਾਲ ਦਾ ਧੱਕੇ ਲਾ ਲਾ, ਤੈਨੂੰ ਸਦਾਈ ਕਰ ਲੈਣਾ, ਤੂੰ ਕਿਤੇ ਘਰ ਨਾ ਬੈ ਜੇ। ਕਹਿੰਦਾ ਜੋੜਨਾ, ਮੈਂ ਜੋੜਨਾ ਬਈ ਇਹਨੂੰ। ਮੈਂ ਕਿਹਾ ਜੋੜ ਬਾਲ ਦੋਨਾਂ, ਬੈੜਾ ਜੋੜਿਆ। ਉਹ ਪੱਪੂ ਆਪ ਦੱਸਿਆ ਕਹਿੰਦਾ ਕਈ ਮਹੀਨੇ ਬਾਲ ਖੜ ਗਿਆ, ਉਹ ਸਾਲਾ ਧੱਕਾ ਲਾ ਕੇ ਤੇਜ਼ ਬਹੁਤ ਹੁੰਦਾ ਸੀ ਉੱਪਰ। ਅੱਛਾ, ਛੇਵਾਂ ਨੰਬਰ ਪੱਪੂ ਨਾਲ ਬਣ ਗਿਆ, ਮੋਹਰੇ ਤਾਂ ਛੇਵਾਂ ਬਣ ਗਿਆ, ਦੂਆ ਤਾਂ ਛੇਵਾਂ ਜੀ। ਅਤੇ ਪੱਪੂ ਮੇਰੀ ਸਲਾਹਕਾਰ ਬਹੁਤ ਸੀ ਮਾਲਵੇ 'ਚ, ਸਾਰਿਆਂ ਨਾਲੋਂ ਸਿਆਣਾ ਬੰਦਾ ਮੈਂ ਭੂਮਪੁਰੀਆ ਪੱਪੂ ਨੂੰ ਮੰਨਦਾ ਹੁੰਦਾ ਸੀ, ਇਹ ਬਾਲ ਦੇਣਾ, ਉਹਦੀ ਸਲਾਹ ਲੈਣੀ, ਇੰਨਾ ਸਲਾਹਕਾਰ ਸੀ ਉਹ ਬੰਦਾ। ਅੱਤੋਵਾਲ ਢੱਕੋ ਵਾਲਾ ਗਈ ਦੌੜ, ਇਹ ਬਿੱਕੇ ਨਾਲ ਬਾਲ ਛੱਡ ਕੇ ਤੁਰਿਆ ਜਾਵੇ ਤਾਂ ਮੋਰਾ ਵਾਲੀਆਂ ਨੂੰ ਬਾਲ ਦਾ ਕਰਦੇ। ਕਹਿੰਦਾ ਬਿੱਕਿਆ ਬਿੰਦੂ ਨੂੰ, ਕਹਿੰਦੇ ਲਈ ਆਈ ਨਾ ਬਾਲ ਗੱਲ ਸੁਣ। ਕਹਿੰਦਾ ਦੱਸ ਬਿੱਕਿਆ, ਕਹਿੰਦਾ ਤੈਨੂੰ ਅਸੀਂ ਹਰ ਵਾਰ ਪੀੜਾ ਬਾਲ ਦੁਆਰੇ ਦਿੰਦੇ ਹਾਂ, ਲੈਣਾ ਹੱਸ ਕੇ, ਕਹਿੰਦਾ ਲੈਣਾ ਅੱਜ ਪਹਿਲੀ ਵਾਰ ਪੀੜਾ ਜੋੜ। ਕਹਿੰਦਾ ਫਿਰ ਬਿੰਦੂ ਰਹਿ ਜਾਣਾ, ਕਹਿੰਦਾ ਬਿੰਦੂ ਨਾਲ ਅਸੀਂ ਮਾੜੂ ਬਾਲ ਦੀ ਜੋੜਨਾ। ਇਹ ਕਹਿੰਦਾ ਵੀ ਬਿੱਕਾ ਭਾਜੀ ਨਾ ਗਰੰਜ ਹੋ ਜਾ, ਤੁਸੀਂ ਉਹਨੂੰ ਬਿੱਕੇ ਨੂੰ ਪੁੱਛ ਲਓ, ਮੈਂ ਕੁਛ ਨਹੀਂ। ਕਹਿੰਦਾ ਜਿੱਤ ਹਾਰ ਹੋਣੀ ਆ, ਜਾ ਛੱਡਿਆ ਜੀ, ਤਿੰਨ ਸਕਿੰਟ ਵਿਹਲੇ ਕੀਤੇ ਇਹਨੂੰ, ਜਾਂ ਵਿਹਲੇ ਕੀਤੇ ਦਾ ਫੋਨ ਸਵਾਨੇ ਲਾਇਆ। ਕਹਿੰਦਾ ਤਿੰਨ ਸਕਿੰਟ 'ਚ ਤਿੰਨ ਕਿੱਥੋਂ ਰਲਦੇ ਆ, ਬਸ ਜਦ ਤੋਂ ਲਾਪੇ ਜਿੱਤ ਹਾਰ ਹੋਣ ਫਿਰ ਤਾਂ ਗੱਲ ਮੁਕਾ, ਅੰਤੇ ਮੁਕਾ ਦੇ। ਇੰਨੇ ਨੰਬਰ ਉਹਨੂੰ ਕੀਤੇ, ਸਿਰਫ ਦੋ ਨੰਬਰ ਦੂਏ ਹੋਏ ਸੀ ਇਹਦੀ ਗਲਤੀ ਨਾਲ, ਬਸ ਜਾਣਾ ਇਹਨੇ, ਜਾਂਦੇ ਨੇ ਜਿੱਤ ਜਾਣਾ। ਜਿੱਤ ਬਹੁਤ ਕੀਤੀ, ਫਿਰ ਸੱਚ ਝੂਠ ਤਾਂ ਲੋਕ ਕਹਿੰਦੇ, ਰੱਬ ਬੰਦਾ ਸੱਚਾ ਹੋਵੇ, ਪ੍ਰਤੀਖਿਆ ਕੀਤੀ ਮੋਹਰੇ ਆ ਜਾਂਦਾ ਸੱਚ ਝੂਠ। ਮੈਸੋਪੁਰ ਮੇਲਾ ਹੋਇਆ ਤਾਂ ਮੈਂ ਤਾਂ ਇੰਗਲੈਂਡ ਹੀ ਸੀ, ਤੁਸੀਂ ਟਾਈਮ ਲਾਉਂਦੇ ਸੀ, ਇਹ ਮੈਨੂੰ ਦੱਸਦਾ ਸਟੇਟ। ਉੱਧਰ ਤਾਂ ਝੰਡੀ ਵਾਲੇ ਕੋਲ ਦੋ ਤਿੰਨ ਬੰਦੇ ਖੜ੍ਹੇ, ਉੱਧਰ ਤਿੰਨ ਘੜੀਆਂ ਲਾਈਆਂ ਆ ਬਰਾਬਰ, ਵੀ ਦੇਖਦੇ ਹਾਂ ਅੱਜ ਫਿਰ ਕਸ਼ਮੀਰ ਆ ਗਿਆ ਹਰੀਪੁਰ ਵਾਲਾ, ਕਿ ਉਹ ਲੈ ਫੋਨ ਚੱਲਦੀ ਨਾ ਸੀ ਹੁੰਦੀ, ਉਦੋਂ ਵੀਡੀਓ ਵੀ ਨਹੀਂ ਸੀ ਬਣਦੀ ਕੁਛ ਵੀ ਨਹੀਂ। ਇਹ ਮੈਨੂੰ ਬਿੰਦੂ ਨੂੰ ਫੋਨ ਕਰਕੇ ਦੱਸਿਆ, ਕਹਿੰਦਾ ਜੇ ਅੰਕਲ ਨੇ ਟਾਈਮ ਬੋਲਿਆ, ਇਹ ਗੱਲ ਬੰਦਿਆਂ ਨੂੰ ਕਹੀ, ਕਹਿੰਦਾ ਦੱਸੋ ਕਿੰਨਾ ਟਾਈਮ ਬੋਲਦੇ ਆ, ਘੜੀਆਂ ਦੇਖ ਲਓ ਮੇਰੀਆਂ। ਉਹ ਕਹਿੰਦੇ ਸਕਿੰਟ ਤਾਂ ਤਿੰਨ ਪਏ ਆ ਵਿੱਚ, ਫਿਰ ਭਾਵੇਂ ਹੁਣ ਪੰਜ ਬੋਲਦੇ ਚਾਹੇ ਦੋ ਬੋਲਦੇ, ਜਿੱਤਾਂ ਜਿੱਤੇ ਆ। ਉਹਨਾਂ ਬੰਦਿਆਂ ਨੇ ਕਿਹਾ ਜਿਹੜੇ ਪਹਿਲਾਂ ਪਹਿਲਾਂ ਗਲਤ ਰਾਜ ਕਰਦੇ ਸੀ, ਇਤਰਾਜ ਕਰਦੇ ਸੀ, ਫਿਰ ਨਕਾਰੇ ਦੇ ਲੱਗੇ ਚੋਟ, ਵੀ ਬਿਲਕੁਲ ਬਾਲ ਜਿੱਤ ਦਾ। ਅੱਛਾ, ਫਿਰ ਅਸੀਂ ਤਾਂ ਕਦੇ ਕੀਤਾ ਨਹੀਂ ਵੀ ਤੁਹਾਨੂੰ ਕਹੀਏ ਨਾ ਰੱਬ ਕਰਾਵੇ। ਹਾਂਜੀ ਸਰਦਾਰ ਜੀ, ਫਿਰ ਤੁਹਾਡਾ ਪ੍ਰਤਾਪਰਾ ਬਾਲਦ ਭੱਜਦਾ ਰਿਹਾ, ਤੁਸੀਂ ਉਸ ਵੇਲੇ ਇੰਗਲੈਂਡ ਵਿੱਚ ਸੀ, ਅਤੇ ਫਿਰ ਇੰਗਲੈਂਡ ਦੇ ਵਿੱਚ ਹੁੰਦਿਆਂ ਨਹੀਂ ਪ੍ਰਤਾਪਰਾ ਬਾਲਦ ਵੇਚ ਦਿੱਤਾ ਸੀ ਕਿ ਬਾਅਦ 'ਚ ਵੇਚਿਆ? ਕਿੰਨੇ ਕੁ ਨੰਬਰ ਉਹਨੂੰ ਤੁਹਾਡੇ ਕੋਲ ਕੀਤੇ ਨੰਬਰ? ਹੁਣ ਮੇਰੇ ਖਿਆਲ ਨਾਲ ਕੀਤੇ ਹੋਣੇ ਜੀ 34-35 ਪਹਿਲੇ ਪਹਿਲੇ 35 34 ਦੋ ਦੂਏ ਹੋਏ ਸੀ ਵਿੱਚ, ਦੋ ਦੂਜੇ ਹੋਏ ਲਗਾਤਾਰ ਹੀ, ਬਹੁਤ ਜਿੱਤਿਆ, ਮਾਲਵੇ 'ਚ ਵੀ ਜਿੱਤਿਆ, ਹਾਂਜੀ ਇੱਧਰ ਵੀ ਜਿੱਤਿਆ, ਥੱਲੇ ਆਲਦੂਆ ਨੰਬਰ ਸੀ, ਹੋਰ ਹੁਣ ਚੇਤਾ ਰਹਿੰਦਾ, ਬਹੁਤ ਕੈਰੀ ਦੋਹਰੀ ਜਿੱਤਦਾ ਸੀ, ਬਹੁਤ ਜਿੱਤਿਆ। ਠੀਕ ਹੈ, ਅਤੇ ਫਿਰ ਕੁਲਦੀਪ ਗਿੱਲ ਨੂੰ ਅਸੀਂ ਵੇਚ ਦਿੱਤਾ ਸੀ, ਕੁਲਦੀਪ ਗਿੱਲ ਨੂੰ ਵੇਚ ਦਿੱਤਾ, ਕਿੰਨੇ ਦਾ ਵੇਚਿਆ ਫਿਰ? ਉਹ ਵੇਚਿਆ ਜੀ 1.5 ਲੱਖ ਦਾ ਜੀ, 1.5 ਲੱਖ, ਉਹ ਕੋ ਵੀ ਬਹੁਤ ਜਿੱਤਿਆ ਉਹ। ਫਿਰ ਬਾਅਦ 'ਚ ਅਸੀਂ ਹੋਰ ਬਹਿੜੇ ਦੋ ਤਿੰਨ ਲਿਆਉਂਦੇ ਹੀ ਰਹਿੰਦੇ, ਹੁਣ ਕਿੰਨੇ ਕਢਾਈ ਜਾਣੇ ਆ, ਮੁੱਤੋਂ ਵਾਲੇ ਮਨਦੀਪ ਤੋਂ ਲਿਆ ਸੀ 20,000 ਨੂੰ, ਉਹ ਬਹਿੜਾ ਵੀ ਸਾਡੇ ਕੋਲ ਬਹੁਤ ਜ਼ਿਆਦਾ ਜਿੱਤਿਆ। ਇੱਕ ਵਾਰ ਇਹੀ ਜਿਹੀ ਗੱਲ ਹੋਈ, ਦੁਹਾਈ ਪੈ ਗਈ, ਪੰਡਤ ਨਾ ਕਾਲੀਆਂ ਵਾਲੇ ਨਾਲ ਜਿੱਦਾਂ ਹੀ ਨਾਰੇ ਬੋਲ ਦੇਣਾ, ਉੱਧਰ ਮਾਲਵੇ ਦੁਹਾਈ ਪੈ ਪਏ ਲਗਾਤਾਰ, ਬੋਲ ਡਾਹ ਨਹੀਂ ਦਿੰਦੇ, ਜਿੱਤੇ ਵੀ ਬਹੁਤ। ਉਹ ਬੰਦੇ ਕਹਿੰਦੇ ਵੀ ਇੱਥੇ ਖੀਰ ਨਹੀਂ ਹੈ ਸਾਥ ਉਹਨਾਂ ਨੂੰ, ਠੀਕ ਹੈ ਅਸੀਂ ਖੀਰ ਨਹੀਂ ਹੈ, ਗੁੰਮੇ ਨੇ ਸਾਨੂੰ ਅੜ ਕੇ ਸੱਦਿਆ ਕਿ ਗੁੰਮੇ ਨਾਲ ਸਾਡਾ ਪਿਆਰ ਬਹੁਤ ਆ। ਕਹਿੰਦਾ ਜ਼ਰੂਰ ਆ, ਮੈਂ ਕਿਹਾ ਆਵਾਂਗੇ। ਉਹ ਕਦੇ ਪੱਟੇ ਨਾ ਉੱਦਣ ਜੇ ਕਿਸੇ ਨੂੰ ਮਾੜੇ ਬੋਲ ਪੱਟ ਲਏ, ਹੇਠ ਕਰਤਾ ਬਿਹੜਾ ਪੰਦੀ ਵਾਲਾ, ਉਹ ਬਿੱਕੇ ਮਾਲਪੁਰੀ ਆ ਹੱਕ ਲਾਉਂਦਾ, ਬਿੱਕੇ ਕੋਲ ਬਹੁਤ ਜਿੱਤੇ ਇਹ ਬੋਲ ਦੋ, ਬਹੁਤ ਜ਼ਿਆਦਾ ਇਮਾਨਦਾਰ ਬਹੁਤ ਸੀ, ਕਦੇ ਪਿਆ ਤਾਂ ਲੈਂਦਾ ਨਾ ਹੀ ਜਾਣ ਕੋ ਹੋਰ ਚੀਜ਼। ਉਹ ਉੱਠਦੇ ਨੇ ਮਾੜਾ ਜਿਹਾ ਗੇੜਾ ਆ ਗਿਆ ਬਿਹੜਾ, ਸਟਾਰਟਿੰਗ ਵੱਧ ਮੇਰੇ ਤੋਂ ਲੈ ਗਿਆ ਮਾੜਾ ਜਿਹਾ ਗੇੜਾ, ਉਹ ਤਕਾਲਾਂ 'ਤੇ ਟਾਈਮ ਨਹੀਂ ਜੀ ਸਾਡਾ ਹਿੱਲਿਆ, ਜਾਂ ਨਾ ਹਿੱਲਿਆ ਤਾਂ ਇੰਟਰਵਿਊ ਸਾਡੀ ਦਿੱਲੀ ਤੋਂ ਬੰਦੇ ਆਏ ਸੀ, ਉਹ ਹੋਈ ਜੀ ਘੰਟਾ ਇੰਟਰਵਿਊ, 1.5-1.25 ਘੰਟਾ ਚੱਲੀ।
ਇਹ ਵਿਕਾ ਮੈਨੂੰ ਕਹਿੰਦਾ ਹੁਣ ਨਹੀਂ ਹਿਲਦੇ। ਮੈਂ ਕਿਹਾ ਬਿੱਲਿਆ ਵਿਕਿਆ ਕੁਛ ਪੁਆਇੰਟ ਹਿੱਲਣਗੇ, ਗੇੜਾ ਆ ਗਿਆ। ਫਿਰ ਅਖੀਰਲੀ ਹੀਟ 'ਚ ਤਿੰਨ ਗੱਡੀਆਂ ਰਹਿੰਦੀਆਂ, ਸਾਨੂੰ ਕੁਲਦੀਪ ਨੇ ਕੱਟਿਆ ਗਿੱਲਾਂ ਵਾਲੇ, ਹਾਂਜੀ, ਚਾਰ ਕੁ ਪੰਜ ਸਿਆਰੀਆਂ ਦੂਆ ਨੰਬਰ ਵਾ। ਫਿਰ ਉਹ ਬੋਲ ਬਹੁਤ ਜਿੱਤਿਆ। ਫਿਰ ਅਸੀਂ ਯਾਰਪੁਰ ਨੂੰ ਭਜਾਉਣ ਜਾਂਦੇ ਸੀ, ਉੱਦਣ ਵੀ ਦੋ ਵਾਰ ਕੀਤਾ ਸੀ ਬੋਲ, ਪਹਿਲਾਂ ਦੂਆ ਕਰੀ ਜਾਂਦਾ ਸੀ। ਇਹ ਮਨਦੀਪ ਮੁੱਤੋਂ ਵਾਲਾ ਯਾਰ ਸਾਡਾ ਮਰ ਗਿਆ, ਉਹਦੇ ਜਦ ਮੈਂ ਦਾਗਾਂ 'ਤੇ ਗਿਆ, ਇਕੱਲਾ ਹੀ ਗਿਆ ਦੁਆਬੇ ਤੋਂ, ਗੱਲ ਮਕਾ ਉਹਦੇ ਪੇ ਨੇ ਇੰਨੀ ਕਦਰ ਪਾਈ, ਉਹਨੂੰ ਕਹਿੰਦਾ ਮੁੱਤੋਂ ਦੇ ਬੰਦੇ ਨੂੰ, ਕਹਿੰਦਾ ਵੀ ਇਹ ਬੰਦਾ ਕੌਣ ਸੀ ਦੁਆਬੇ 'ਚੋਂ ਆਇਆ? ਕਹਿੰਦਾ ਉਹ ਫਲਾਨਾ ਬੰਦਾ ਸੀ, ਮੇਰਾ ਨਾਂ ਲਿਆ ਵੀ ਬਿਹੜਾ ਲਗਿਆ ਸੀ, ਬਿਹੜਾ ਬਹੁਤ ਜਿੱਦਾ। ਉਹਨੂੰ ਕਹਿੰਦਾ ਵੀ ਉਹਨੂੰ ਕੱਲ੍ਹ ਨੂੰ 7 ਬਿਹੜਾ ਦੇ ਦੇਣਾ। ਇਹ ਕਾਹਲੀ ਸਾਰੀ ਦੌੜ ਸੀ, ਰਾਹ 'ਚ ਬਿੰਦੂ ਵੀ ਨਾਲ ਸੀ, ਸੇਮਾ ਵੀ ਨਾਲ ਸੀ ਟੈਂਪੂ 'ਚ। ਮੈਂ ਕਿਹਾ ਅਸੀਂ ਆ ਗਏ, ਕਹਿੰਦਾ ਆ ਨਹੀਂ ਗਏ। ਉਹ ਕਹਿੰਦਾ ਬਿਹੜਾ ਉਹਨੂੰ ਦੇਣਾ, ਮੁੱਲ ਨਾਲ ਕੋਈ ਸਵਾਲ ਨਹੀਂ। ਅਸੀਂ ਜਾਂਦਿਆਂ ਨੂੰ ਉਹ ਬੋਲ ਬਾਂਸੀ ਵਾਲੇ ਸੋਹ ਨੂੰ ਵੇਚ ਦਿੱਤਾ, 1,30,000 ਨਾਲ ਰੁਪਈਏ ਲੈ ਲਿਆ। ਫਿਰ ਅਸੀਂ ਦੂਏ ਦਿਨ ਆ ਕੇ 65,000 ਨੂੰ ਬੱਚਾ ਲਿਆ, ਉਹ ਕਹਿੰਦਾ 65 ਨੂੰ ਲਿਆ, 65 ਨੂੰ ਦੇਣਾ ਉਹਨੂੰ। ਲੋਕ 1,50,000 ਰੁਪਈਆ ਵੀ ਉੱਥੇ ਦੇਖਦੇ, 5,000 ਸਾਈਜ਼ ਦੇ ਕੇ ਆਏ ਸੀ, 2004 ਦੀ ਗੱਲ ਆ ਇਹ। ਅਤੇ ਉਹ ਕਹਿੰਦਾ ਮੈਂ ਜਿੱਥੇ ਮੁੰਡਾ ਗਿਆ ਉੱਥੇ ਗਿਆ ਵੀ ਮੈਂ ਉਹ ਤੋਂ ਬਗੈਰ ਬੋਲਦ ਨਹੀਂ ਦੇਣਾ। ਉਹ ਇੰਨਾ ਜੱਟ ਕਰੜਾ ਨਿਕਲਿਆ, ਉਹਨੂੰ ਬੋਲਦ ਨਹੀਂ ਵੇਚਿਆ ਕਿਸੇ ਨੂੰ, ਬਹੁਤ ਰੁਪਈਏ ਲੋਕ ਕਹਿ ਦਿੱਤੇ ਸਾਡੇ ਕੋਲ ਆਇਆ। ਉਹ ਬੱਚਾ ਸਾਡੇ ਕੋਲ ਦੁੱਗਾ ਆਇਆ ਸੀ, ਗੰਗੂ ਦੇ ਕੋਟ ਹਨੀ ਨਾ ਜੋੜਿਆ ਸੀ, ਮੈਂ ਖੁਰੀਆਂ ਲਵਾਉਣ ਗਏ ਨਾ। ਉਹ ਟਾਈਮ ਜਿੰਨਾ ਬੱਚੇ ਨੇ ਲਾ ਦਿੱਤਾ, ਹਾਲੇ ਤਾਂ ਟੁੱਟਾ ਨਹੀਂ ਗੇੜੇ 'ਤੇ, ਗੇੜੇ 'ਤੇ। ਫਿਰ ਗੇੜੇ ਕੋਟੀ ਝੰਡੀ ਸਿੱਟ ਕੇ ਹੁੰਦਾ, ਸਰਵੀ ਦੇ ਨਾਲ ਸਰਵੀ ਨਾ ਹਟਿਆ ਜੋੜ, ਬੱਚਾ ਬਹੁਤ ਵਧੀਆ ਸੀ, ਉਹਨਾਂ ਮੈਂ ਜੋੜਿਆ। ਉਹ ਜੋੜਿਆ ਮੈਂ ਫੌਜੀ ਨੂੰ, ਮੈਂ ਕਹਿੰਦਾ ਕਾਹਲੀ ਕਰ ਗਿਆ, ਕੱਲਾਂ ਗੁੱਸੇ 'ਚ ਹੁੰਦੀਆਂ ਹੀ ਆ। ਕਹਿੰਦਾ ਮੈਨੂੰ ਕਹਿੰਦਾ ਹੋਰ ਕੀ ਚਾਹੁੰਦਾ ਰੱਬ ਤੋਂ, ਮੈਂ ਕੀ ਹੋਇਆ? ਕਹਿੰਦਾ 26 ਸਾਲਾਂ ਦਾ ਰਿਕਾਰਡ 25 ਦਾ ਟੁੱਟ ਗਿਆ, 26 ਨਾ ਸਿਆਰੀਆਂ ਲੱਗਦੀਆਂ, 25 ਨਾਲ ਆ ਗਿਆ, 25-96। ਉਹ ਬਿਹੜੇ ਤਾਂ ਗੱਲ ਮੁਕਾ ਬਹੁਤ ਜਿੱਤ ਕੀਤੀ। ਜਦ ਮੈਂ ਇੰਗਲੈਂਡ ਨੂੰ ਜਾਣਾ ਸੀ, ਇਹ ਮੈਨੂੰ ਕਹਿੰਦੇ ਵੇਚ ਲਾ ਆਪਣਾ ਬਿੰਦੂ ਦਾ ਸੇਮਾ। ਮੈਂ ਸੋਹਰੀ ਨੂੰ ਮਾਰੀ ਲਗਿਆ, ਤਿਲਕੂ ਮਾਣਕਾ ਵਾਲਾ ਕਹਿੰਦਾ ਮਾਸੜਾ ਬੋਲਦਾ ਕਿਸੇ ਨਾਲ ਜੋੜੀ, ਅਸੀਂ ਜੋੜਨਾ। ਮੈਂ ਕਿਹਾ ਤੂੰ ਜੋੜ ਲਈ। ਉਹ ਲਖਵੀਰ ਨੇ ਖੰਡੂ ਪੂਰੇ ਨੇ ਹੱਕਿਆ, 3 ਸਕਿੰਟ 'ਤੇ ਜਿੱਤ ਗਿਆ। ਮੈਂ ਉਹ 2,00,000 ਨੂੰ ਦੇ ਦਿੱਤਾ। ਇਹਨਾਂ ਨੂੰ ਮਾਣਕਾ ਵਾਲਿਆਂ ਦੇ ਦਿੱਤਾ? ਨਹੀਂ, ਆ ਲਗਿਆ ਸੀ ਸੋਨੂੰ ਸੁੰਡੀਆ, ਸੋਨੂੰ ਸੁੰਡੀਆ ਲੈ ਗਿਆ। ਹਾਂ, ਉਦੋਂ ਬਾਅਦ ਫਿਰ ਕਿਹੜਾ ਬੋਲਦਾ ਹੋਰ ਤੁਹਾਡੇ? ਉਦੋਂ ਬਾਅਦ ਫਿਰ ਕਈ ਆਉਂਦੇ ਜਾਂਦੇ ਰਹੇ। ਫਿਰ ਇੰਗਲੈਂਡੋਂ ਗਿਆ ਸੀ, 10,000 ਨੂੰ 8.5 ਨੂੰ ਲਿਆ ਸੀ, ਜਿਹੜਾ ਦਿੱਲੀ ਨੂੰ ਦਿੱਤਾ ਬਲੈਤੀ। ਹੋਰ ਤਾਂ ਆਉਂਦੇ ਜਾਂਦੇ ਜਦੋਂ ਬਹੁਤ ਮਸ਼ਹੂਰ ਹੋਇਆ ਬਲੈਤੀ। ਹਾਂ, ਬਲੈਤੀ ਦਾ ਜੀ ਕਈ ਸਾਲ ਕੈਰੀ ਨੂੰ ਬਹੁਤ ਜਿੱਤਿਆ, ਦੋਰੀ ਨੂੰ ਬਹੁਤ ਜਿੱਤਿਆ, ਇਹਨ ਤਾਂ ਅੰਬ ਛਾਬਾ ਬੋਲਦ ਲਿਆ, ਉਹ ਬੜਾ ਜਿੱਤਿਆ। ਇੱਕ ਉਹ ਲਿਆ ਸੀ, ਉਹ ਕਿੱਥੋਂ ਚਨਾਰਥਾਲੀਆ, ਇਕੱਠੇ ਬੋਲਦ ਬਹੁਤ ਜਿੱਤੇ। ਜੌੜੀ ਥਾਣੇਦਾਰ ਦੇ ਪਿੰਡ ਸਰਪੰਚ ਕਹਿੰਦਾ ਆਈ ਜ਼ਰੂਰ ਮੈਂ ਖਾਊਂਗਾ, 3 ਨੰਬਰ ਸੀ ਮੇਰੇ ਉੱਦਣ। ਪਹਿਲਾ ਤੀਆ ਦੂਆ ਪੱਪੂ ਦਾ ਸੀ, 1,05,00,000 ਦਾ। ਅੰਬ ਛਾਬਾ ਬੋਲਦ ਵੀ ਬਹੁਤ, ਅੰਬ ਛਾਬੇ ਨੇ ਵੀ 2-2 ਨੰਬਰ ਬਹੁਤ ਲਾਏ, ਚਨਾਰਥਾਲੀਏ ਨੇ। ਇੱਕ ਵਾਰ ਐਸੀ ਗੱਲ ਹੋਈ, ਪਠਲਾਵੇ ਕੜਾ ਹੁੰਦਾ ਸੀਗਾ, ਮੈਂ ਚਲੇ ਗਿਆ ਅਤੇ ਇਹ ਬਿਨਾਂ ਗਿਆ, ਸੇਮਾ ਬਿਨਾਂ ਗਿਆ। ਮੈਂ ਤਾਂ ਭਈਆ ਦੋ ਹੀ ਜਣੇ, ਪੰਮੇ ਨੂੰ ਮੈਂ ਕਿਹਾ ਬੋਲਦ ਕਿੱਦਾਂ ਕਰੀਏ? ਕਹਿੰਦਾ ਇਕੱਠੇ ਜੋੜਦੇ ਦੁਕਾਲਾਂ ਨੂੰ, ਮੈਂ ਹੱਕ ਲਊਂ। ਮੈਂ ਚੰਗਾ, ਪਿਰਸੀ ਆਇਆ ਗੁੱਜਰ ਵਾਲੀ ਆ, ਉਹਨਾਂ ਵੀ ਬਹੁਤ ਯਾਰੀ ਸੀ ਸਾਡੀ। ਪਿਰਸੀ ਕਹਿੰਦਾ ਸਾਡਾ ਸਰਦਾਰ ਕਿੱਦਾਂ ਬੈਠਾ? ਮੈਂ ਕਿਹਾ ਬਾਲਾ ਆਵੇ, ਇਕੱਠੇ ਹੀ ਆਉਣੇ ਨੇ, ਇਹ ਬਿੰਦੂ ਹੈ ਨਹੀਂ, ਇੱਕ ਬੋਲਦ ਕਿਹਦੋਂ ਜਣਾਵਾਂਗੇ? ਕਹਿੰਦਾ ਘਰਾਂ ਇੰਤਜ਼ਾਮ ਮੈਂ ਕਰ ਲਾ। ਉਹ ਰਾਜੂ ਨੂੰ ਕਹਿੰਦਾ, ਉਹ ਡਾਕਟਰ ਨੂੰ ਲਿਆ ਹੱਕ ਮਾਰ ਕੇ, ਲਿਆ ਕੰਗਣ ਵਾਲੀ ਹੈ ਡਾਕਟਰ ਨੂੰ। ਉਹ ਹਰਿਆ ਸੀ ਉਸ ਵੇਲੇ, ਇਹ ਬੋਲਦ ਭੱਜ ਲੂ। ਉਹ ਕਹਿੰਦਾ ਜੋੜਨਾ ਜੋੜਨੇ ਨਾ ਜੋੜ, ਗੱਲ ਮੰਗਾਈ ਪਿਰਸੀ ਨੂੰ ਲੈ ਗਿਆ ਹੱਕਣ ਨੂੰ, ਨੰਬਰ ਸਾਡਾ ਦੂਆ ਹੋਇਆ ਜੀ। ਮੁੰਦੀ ਮੇਲੀ ਬੜੀ ਭਾਰੀ ਸ਼ੀਲਡ ਸੀ ਐਡੀ ਸਾਰੀ, ਉਹ ਖੁਸ਼ੀ 'ਚ ਮੈਂ ਪਿਰਸੀ ਨੂੰ ਸ਼ੀਲਡ ਫੜਾਈ, ਮੈਂ ਲੈ ਜਾ। ਬਲੈਦੀ ਬੋਲ ਤਾਂ 2 ਮੇਲੇ ਵੀ ਲਗਾਤਾਰ ਜਿੱਤਾ, 2-2 ਮੇਲੇ ਬਹੁਤ ਜਿੱਤਿਆ ਉਹ। ਫਿਰ ਮੋਬਾਈ ਵੀ ਭਜਾਇਆ ਇੱਧਰ ਵੀ, ਖਾਨਪੁਰ ਵੀ 2 ਨੰਬਰ ਸਾਡੇ, ਪਹਿਲਾਂ ਤਾਂ ਤੀਆ ਖਾਨਪੁਰ, ਫਿਰ ਮੋਬਾਈ ਨੰਬਰ ਮੈਨੂੰ ਹੁਣ ਚੇਤਾ ਨਹੀਂ, ਦੂਆ ਹੋ ਕੋ ਤੀਆ ਹੋ, ਤੀਆ ਉਹਨੂੰ ਮੁਜ਼ਾਰੇ ਆ ਕੇ ਸੁੱਖੀ ਨਾ, ਫਿਰ ਆ ਕੇ ਦੂਆ ਨੰਬਰ ਕੀਤਾ। ਅਤੇ ਮਾਲੀ ਪਹਿਲਾਂ ਸੀ, ਇਹ ਅਸ਼ਨੀ ਦਾ ਛਿੰਦਰ ਮੈਨੂੰ ਲੈ ਗਿਆ ਉੱਥੇ ਨੂੰ, ਪੁੰਨੂ ਮੁਜ਼ਾਰੇ ਨੂੰ, ਆ ਜਾਈ ਚਲੋ ਵਿਹਲੇ ਰਹਿ ਗਏ। ਉਹਨੇ ਕਈ ਕਾਰਨ ਬੋਲ ਤੋਂ ਉੱਧਰ ਜੁੜ ਗਿਆ ਉਹਨਾਂ ਦਾ। ਪਿਰਸੀ ਮੈਨੂੰ ਕਹਿੰਦਾ ਕਿੱਦਾਂ ਬੈਠਾ? ਪਿਰਸੀ ਨੂੰ ਬੜੇ ਸਾਡੇ ਵਿਚਾਰੇ ਨੂੰ ਭਲਾ ਹੋਵੇ, ਨੰਬਰ ਲਵਾਏ ਬਹੁਤ ਜ਼ਿਆਦਾ। ਫਿਰ ਗੱਲ ਆ, ਤੁਸੀਂ ਪਹਿਲਾਂ ਭੰਗਲ ਹੀ ਰਹਿੰਦੇ ਸੀ,
ਪੰਗਲਾਂ ਤੋਂ ਫਿਰ ਕਿਹੜੇ ਸਨ ਜਿੱਥੇ ਕੋਟ ਗਰੇਵਾਲ ਆ ਗਏ? ਅਸੀਂ 13 'ਚ ਆ ਗਏ, ਲੱਖਾ ਬੋਲ ਤਾਂ ਅਸੀਂ ਫਿਰ ਦਿੱਲੀ ਨੂੰ ਵੇਚਤਾ ਜੀ 3,10,000। ਠੀਕ ਹੈ, ਦਿੱਲੀ ਨੂੰ ਉਹ ਕੋਈ ਬਹੁਤ ਜਿੱਤਿਆ, ਸਾਡੇ ਕੋਈ ਬਹੁਤ ਜਿੱਤਿਆ। 13 'ਚ ਆਉਣ ਲੱਗੇ ਨਾ ਅਸੀਂ ਰੋਪੜ ਬੋਲਦਾ ਹੈਗਾ ਜੀ ਮੰਡੀ ਨੂੰ, ਮੈਂ ਕਿਹਾ ਵੇਚ ਦੇਣੇ ਰੱਖਣੇ ਨਹੀਂ ਇਹਨੂੰ, ਮੈਂ ਕਿਹਾ ਸਾਡੇ ਮਨ ਪਸੰਦ ਨਹੀਂ ਇੱਕ, ਅਸੀਂ ਦੂਏ ਥਾਂ ਜਾਣਾ। ਉਹ ਬੋਲ ਦੱਬੇ ਗਏ ਨਹੀਂ, ਮੈਂ ਤਾਂ ਲੱਲੀ ਵਾਲਾ ਮੱਖਣ ਗਿਆ ਸੀ, ਟਰਾਲੀ ਥੱਲੇ ਪਏ ਆ, ਇਹ ਆਇਆ ਮੈਨੂੰ ਕਹਿੰਦਾ ਬੋਲ ਤਾਂ ਵੇਚ ਜਾਣੇ, ਮੈਂ ਭਾਵੇਂ ਮੁਕਤ ਫਰਾਉਣੇ ਬਣ ਫੜਾ ਜਾਣੇ ਆ। ਕਹਿੰਦਾ ਪੱਛਾ ਲੈਣ ਮੈਂ ਮੱਖ ਲੈ ਲਈ, ਮੈਨੂੰ ਕੀ ਪਤਾ ਇਹਨ ਮਾਲਵੇ ਬੰਦੇ ਸੱਦ ਲੈ, ਠੱਠ ਨਹੀਂ ਹੁੰਦਾ ਠੜਕ, ਉਹ ਬਹਿੜਾ 3,000 ਪਹਿਲੇ ਕਰ ਗਿਆ ਸੀ। ਉਹ ਬੰਦੇ ਆ ਗਿਆ ਮੈਨੂੰ ਕਹਿੰਦਾ ਆ ਜਾ ਉੱਠਿਆ ਬਹਿੜਾ ਲੈਣਾ, ਮੈਂ ਚਲੇ ਗਿਆ। ਮੈਂ ਕਿਹਾ ਕੋਈ ਛੋਟਾ ਮੋਟਾ ਲੈਣਾ ਹੋਊਗਾ ਜਾਂ ਗਾਹਾਂ ਗਿਆ, ਉਹ ਬੰਦੇ ਮੈਨੂੰ ਜਾਣਦੇ ਸੀ, ਗੋਪੀ ਨੂੰ 500 ਰੁਪਈਆ ਸਾਈ ਦਾ ਦਿੱਤਾ ਜਾਂ ਸਾਈ, ਉਹ ਕਹਿੰਦਾ ਗੋਪੀ ਖੜ ਜਾ, ਜੇ ਤਾਂ ਸਰਦਾਰ ਨੇ ਲੈਣਾ। ਉਹਨੇ ਬੰਦਿਆਂ ਨੇ ਇੰਨੀ ਅਜ ਸਵੇਰੀ ਕੀਤੀ ਰੋਪੜ, ਉੱਥੇ 100 ਤਾਂ ਬੰਦਾ ਇਕੱਠਾ ਹੋਇਆ ਸੀ, ਜੇ ਸਰਦਾਰ ਨੇ ਲੈਣਾ ਤਾਂ ਅਸੀਂ ਮੁੱਲ ਨਹੀਂ ਕਰਨਾ, ਜੇ ਤੈਂ ਲੈਣਾ ਤਾਂ ਮੁੱਲ ਕਰਾਂਗੇ। ਅਸੀਂ ਜੀ 1,25,000 ਨੂੰ ਬਹਿੜਾ ਲਊ ਸੀ ਮੰਡੀ 'ਚੋਂ, ਮੰਡੀ ਨਾ ਮੰਡੀ 'ਚੋਂ ਬੰਦੇ ਆਏ ਸੀ, ਬੰਦੇ ਆਏ ਚੱਕਰ ਨੂੰ ਜਿੱਤਿਆ, ਚੱਕਰ ਨੂੰ ਜਿੱਤਿਆ ਸੀ, ਇੱਕ ਦਿੱਲੀ ਨੇ ਲਿਆ, 7 ਤੋਂ ਬਾਅਦ ਲਿਆ। ਜਦ ਉਹ ਬੰਦੇ ਕਹਿੰਦੇ ਜੇ ਤੈਂ ਲੈਣਾ ਤਾਂ ਤੇਰੇ ਲਈ ਮੁੱਲ ਨਹੀਂ ਕਰਨਾ, ਲੋਕ ਦੇਖਣ ਵਾਲਾ ਦੁਆਲਾ ਵੀ ਕੀ ਗੱਲ ਕੀ ਹੁੰਦੀ ਆ। ਮੈਂ ਲਖਵੀਰ ਸਾਡਾ ਸਰਾਹੂ ਸੀ ਜ਼ਿਆਦਾ, ਕਿਉਂ ਲਖਵੀਰ ਨੇ ਸਾਡਾ ਕਾਲਾ ਬਹੁਤ ਜਿਤਾਇਆ, ਬਹੁਤ ਲਖਵੀਰ ਨੇ ਤਾਂ ਉਹਦਾ ਭਲਾ ਲਖਵੀਰ ਨੇ ਜਿਤਾਇਆ ਜਿੰਨਾ ਜਿਤਾਇਆ। ਲਖਵੀਰ ਨੂੰ ਮੈਂ ਕਿੱਦਾਂ ਕਰੀਏ, ਕਹਿੰਦਾ ਦੇਖ ਲਾ, ਮੈਂ ਕਹਿੰਦਾ 1,25,000 ਨੂੰ, ਮੈਂ ਕਿਹਾ ਨਹੀਂ 80,000 ਨੂੰ, 80 ਦੀ ਮੈਂ ਸਾਈ ਫੜਾਈ ਉਹਨੂੰ, ਉਹ ਕਹਿੰਦੇ ਲੈ ਜਾਓ। ਹੁਣ 2 ਪਹਿਲੇ 7 ਕੀਤੇ, 2 ਲੇਟ ਨੰਬਰ ਕੀਤੇ, 1,30,000 ਨੂੰ ਲੈ ਲਿਆ। ਫਿਰ ਪਿੰਡ ਆ ਗਿਆ, ਪਿੰਡ ਆ ਕੇ ਵੇਚ ਬੂਝ ਦਿੱਤੇ, ਫਿਰ ਇੱਥੇ ਤਾਲ ਚਿੰਤਨ ਨੂੰ ਪਤਾ ਪੈ ਜਾਂਦਾ ਜਾਣੀ ਪਿੰਡ ਆ ਕੇ ਵੀ ਫਿਰ ਤੁਸੀਂ ਕੋਈ ਬੋਲ ਲਿਆ? ਹਾਂਜੀ, ਇੱਥੇ ਆ ਕੇ ਲਿਆ ਸੀ, ਆ ਕੇ ਲਿਆ ਸੀ ਅਸੀਂ 25,000 ਨੂੰ, ਪੁੰਨੂ ਤੋਂ ਧੌਲ ਮਾਜਰੀ ਤੋਂ 25,000 ਨੂੰ ਉਹ ਬੋਲਦ ਲਿਆ ਕੇ 1,30,000 ਦਾ ਉਹ ਬਿੰਦੇ ਨੂੰ ਦਿੱਤੇ ਸੀ ਨਵਰਾਪੁਰੀ ਨੂੰ, ਇੱਥੇ ਕਟਵਾਰੀ ਦਿੰਦਾ ਬਿੰਦ ਢੇਸੀ ਨੂੰ, ਢੇਸੀ ਨੂੰ। ਫਿਰ 2 ਹੋਰ ਵੇਚੇ, ਫਿਰ 1 ਦਸਾਂਝਾ ਦਾ ਮੁੰਡਾ, ਉਹਦੇ ਨਾਲ ਸਾਂਝਾ ਲੈ ਲਿਆ 1,25,000 ਰੁਪਈਏ ਨੂੰ, ਉਹ ਵੀ ਚੰਗਾ ਜਿੱਤਿਆ, 3-4 ਨੰਬਰ ਲਾਏ ਸਾਡੇ ਬੋਲ ਦੇ ਨਾਲ। ਉਹ ਬੋਲ ਸਾਡਾ ਵਿਕਦਾ ਸੀ, ਅਸੀਂ ਵੇਚਿਆ ਤਦ ਨਾਲ, ਨਵੇਂ ਆਏ ਹਾਂ ਵੀ ਸਾਡੀ ਇੱਜ਼ਤ ਖਰਾਬ, ਉਹ ਬੋਲ ਇਕੱਲਾ ਜਿੱਤਣਾ ਨਹੀਂ, ਅਸੀਂ ਆਪਣਾ ਰੱਖ ਲਿਆ, ਉਹ 2,00,000 ਨੂੰ ਵੇਚ ਦਿੱਤਾ। ਫਿਰ 1 ਸਕੂਟਰ ਬੋਲ ਲਿਆ 65,000 ਨੂੰ ਖੀਰੀ ਨਾਲ, ਉਹ ਬਹੁਤ ਜਿੱਤਿਆ, ਉਹ ਫਿਰ ਖੀਰੀ ਨੇ ਰੱਖ ਲਿਆ ਸੀ। ਫਿਰ ਹੱਟ ਹੁੰਦਾ, ਫਿਰ ਟੈਂਪੂ ਵੀ ਵੇਚ ਬੂਚ ਦਿੱਤਾ, ਮੈਂ ਕਿਹਾ ਛੱਡ, ਅਸੀਂ ਕੰਮ ਹੀ ਛੱਡ ਦੇਣਾ। ਫਿਰ ਕਿੱਥੇ ਹੱਟ ਹੁੰਦਾ, ਫਿਰ ਇੱਦਾਂ ਬੈਠੇ ਬੈਠੇ ਹੋਰ ਲਈ ਆਏ, ਵੇਚੀ ਗਏ। ਫਿਰ ਅਸੀਂ ਜਡਾਲੀ ਵਾਲੇ ਭਿੰਦਰ ਤੋਂ ਲਿਆ ਜੋੜਾ, 1 ਬੋਲ ਲਿਆ 25,000 ਨੂੰ, ਉਹ ਸੁਰਜੀਤ ਨੂੰ ਦਿੱਤਾ ਸਾਧਪੁਰੀਏ ਨੂੰ, 3,20,000 ਦਾ ਸੀ, ਬਿਨਾਂ ਮੇਲੇ ਜੋੜੇ ਤੋਂ, ਕੋਈ ਮੇਲੇ 'ਤੇ ਨਹੀਂ ਜੋੜਿਆ, ਥੋੜ੍ਹੇ ਚੰਗਾ ਬਹਿੜਾ ਜਿਹੜਾ ਹੁਣ ਉਹਨਾਂ ਦੇ ਕੋਲ ਹਾਂਜੀ ਵਧੀਆ ਜਿਹਾ। ਹਾਂਜੀ, ਅਤੇ ਭਿੰਦਰ ਸਾਡਾ ਯਾਰ ਇਹੋ ਜਿਹਾ ਬੀਬਾ, ਉਹ ਸਾਈ ਬਿਨਾਂ ਫੜੇ 25 ਉਹਨੂੰ ਮੰਗਿਆ, ਮੈਂ 25 ਹੋ ਗਿਆ, ਦੂਏ ਦਾ 40 ਮੰਗਿਆ, ਮੈਂ 40 ਹੋ ਗਿਆ, ਰੁਪਈਏ ਵੀ ਨਹੀਂ ਪੁੱਛੇ, ਰੁਪਈਏ ਅਸੀਂ ਆਪਣੀ ਮਰਜ਼ੀ ਨਾਲ ਦੇ ਕੇ ਆਏ ਹਾਂ। ਉਹ ਬੰਦਾ ਇੰਨਾ ਰੂਹ ਵਾਲਾ ਬਹੁਤ ਸਾਡਾ ਹੁਣ ਤਾਂ ਕਰਦਾ। ਅਤੇ ਫਿਰ ਇਹ ਹੁਣ ਅਸੀਂ ਕਰੀਹੇ ਵਾਲੇ ਸੁਰਜੀਤ ਸਿੰਘ ਸਾਡਾ ਉੱਥੇ ਭੰਗਲਾਂ ਦਾ ਜਾਣਦਾ, ਬੋਲਦ ਵੀ ਪਹਿਲੇ ਬੱਚੇ ਇੱਥੇ ਘਰ ਆਇਆ, ਐਸੇ ਗੱਡੀ 'ਚ ਆਇਆ ਜਿਹੜਾ ਹੁਣ ਗੱਡੀ ਬੋਲ ਭਜਾਉਣ ਵਾਲੀ ਲਈ ਅਸੀਂ ਇਹ 'ਚ ਆਇਆ ਸੀਗਾ ਮਿਲਣ, ਤਾਂ ਉਹਨੂੰ ਬੱਚੇ ਲੈ ਕੇ ਦਿੱਤੇ, ਉਹਨੂੰ ਐਸਾ ਠਰਕ ਪਿਆ, ਹੁਣ 5,50,000 ਦੇ ਹੋਣ ਲੱਗਿਆ 2 ਬੱਚੇ, ਉਹ ਵੀ ਬੱਚਾ ਜਾਂਦਾ ਹੀ ਨੰਬਰ ਕਰ ਗਿਆ ਸਾਡੇ ਕੋਲ, ਲੱਖ ਵਧੀਆ ਭੱਜਾ। ਪਰ ਵੇਚੇ ਬਹੁਤ ਅੱਗੇ ਨਾ ਚਿੱਤ, ਜਾਣੀ ਸਾਡਾ 1,00,000 ਬੋਲ ਨੇ ਆਹ ਸਾਡਾ ਘਰ ਜਿਹੜਾ ਬਣਾਉਣ ਵਾਲਾ 1,00,000 ਬੋਲ ਦਾ ਜਿਹੜਾ ਦਿੱਲੀ ਨੂੰ ਦਿੱਤਾ ਸੀ, ਦਿੱਲੀ ਵਾਲਾ ਬੋਲ ਦਾ, ਉਹਨੇ ਵੀ ਉਹਦਾ ਬਹੁਤ ਮਾਣ ਤਾਣ ਕੀਤਾ। ਫਿਰ ਉਹਦੇ ਅਸੀਂ ਪੈਸਿਆਂ ਨਾਲ 3,300 ਨੂੰ ਇੱਟ ਲਈ ਸੀ, ਉਹ ਵੇਚ ਕੇ ਆਹ 1,000 ਪਹੁੰਚ ਕੀਤੀ ਸੀ, ਆਹ ਮਕਾਨ ਉਹ ਬੋਲ ਦਾ ਬਣਿਆ ਸਾਰਾ। ਅਤੇ ਉਹ ਬੋਲਦ ਲਖਵੀਰ ਦਾ ਧੰਨਵਾਦ, ਸਾਤੋਂ ਠੀਕ ਆ ਨਹੀਂ ਬੰਦੇ ਹੁੰਦੇ, ਲਖਵੀਰ ਨੇ ਬਹੁਤ ਚੁੱਲ ਲਾਇਆ, ਬਹੁਤ ਜਿਤਾਇਆ, ਲੋਕਾਂ ਨੇ ਮੈਨੂੰ ਬਹੁਤ ਕਿਹਾ ਉਹ ਲਖਵੀਰ ਐਮ, ਮੈਂ ਕਿਹਾ ਬਰਕਾ ਪਾੜ ਦਿਓ ਕਿਤੇ, ਵਧੀਆ ਵਧੀਆ ਲਖਵੀਰ ਖਾਵਾ, ਬਹੁਤ ਲੇਖਾ ਸਾਡਾ ਦਿੱਤਾ ਮੁੰਡੇ ਨੇ। ਦਿੱਲੀ ਨੇ ਵੀ ਉਹ ਕਾਲੇ ਬੋਲ ਦਾ ਬਹੁਤ ਮਾਣਤਾ, ਪੱਗ ਬੰਨੀ ਉਹਦੇ, ਬਹੁਤ ਬਹੁਤ ਘਰੇ ਹੀ ਮੇਰਾ ਖਿਆਲ ਰੱਖਿਆ ਉਹਨੇ, ਹਾਲੇ ਵੀ ਜੀਦਾ ਬੋਲ ਦਾ ਕਰ ਰਿਹਾ, ਵਧੀਆ ਬੋਲ, ਵਧੀਆ ਉਹਨਾਂ ਲੇਖਾ ਨਹੀਂ ਦਿੱਲੀ ਦਾ ਦਿੱਤਾ ਕਿਸੇ ਨੇ ਜਿੰਨਾ ਬੋਲ ਨੇ ਦਿੱਤਾ। ਅਤੇ ਹੁਣ ਆਪਣੇ ਕੋਲ ਕਿੰਨੇ ਬਹਿੜੇ ਆ? ਹੁਣ ਬਹਿੜੇ ਆ, ਖੜ੍ਹੇ ਆ ਤੇਰੇ ਕੋਲ 4-5 ਹੋਣੇ ਆ,
तीन कबौल पिंड भी कहते सरपंच वाले पहले भी अपने इतने आ जाने होर पंजा सत्तां दिनां से गए थे आ जाएंगे बच्चे वधिया आ दो वो भी कोई एड्डी सलाह ना सी या नीले को आ गया है वो तो घर बैठे जा चू पीते ये जा गड्डी चाहने लगा फिर तू कहता आ जाता है चलिए मैं कहा सरपंच आया दी जाई ना क्या बेड़ा देख जेंट्स किन्नी खड़ी आ इन देखिया देख के उत्थे आके गल तोरी मैं कहा मैं जोर ला टिया बंदियां ले आनी कहता हुण लै ला फिर लिया फिर एक बेड़ा होर बहुत कम दा सी और नीले नूं मैं कहा सरपंच कहता देख लो जे लैना लै लो वो लैके इनू दिता तो जानू नीला तो चलो साढ़े घर का ही बंदा हाँ ऊन भी पैसे कढ़ा लै उधरों कहता आ जा चलिए मैं कहा बैठा तो सरपंच देना कहता घर ही आ सरपंच दे दे ते हुण भी आ पक्का बैठा नीले का ही आ नीले ने पैसे दिते साढ़े ना प्यार बहुत आंदा ही खड़ा इत्थे फिर वो कहता इत्थे लै जाओ बॉल तो दूरी नूं जिद्द ही आ बेचारे गल्लां आपां करदे आ गल्लां दे फिर एक तैनूं सच होर गल रह गई मेरे ਕਰੀ ਅਸੀਂ ਦੌੜਾਂ ਤਿੰਨ ਕਰਾਈਆਂ ਸੀ ਤੁਸੀਂ ਆਪ ਕਰਾਈਆਂ ਦੌੜਾਂ ਹਾਂਜੀ ਇੱਕ ਮਨਪੁਰੀ ਆ ਬੂਟੇ ਨਾਲ ਸਾਂਝੀ ਸੁੱਖੇ ਨੂੰ ਮੈਂ ਫੋਨ ਕੀਤਾ ਆਪਣੇ ਭਤੀਜੇ ਨੂੰ ਭਾਈ ਸੁੱਖਿਆ ਦੌੜ ਕਣੋ ਹੀ ਮੋਟਰਸਾਈਕਲ ਲੈਣਾ ਕਹਿੰਦਾ ਚਾਚਾ ਸਾਰਾ ਦੇਣਾ ਕੱਦਾ ਸਾਰੇ ਦੇ ਮੈਂ ਕਿਹਾ ਨਹੀਂ ਉਹ ਸੁੱਖੇ ਨੇ ਮੋਟਰਸਾਈਕਲ ਦੇ ਪੈਸੇ ਦਿੱਤੇ ਇਹ ਕਿਹੜੇ ਸਨ 'ਚ ਕਰਾਈ ਦੌੜ ਇਹ ਮੇਰੇ ਘਰ ਸੱਤ 'ਚ ਕਰਾਈ ਆ 2007 ਹਾਂ ਬਹੁਤ ਵੇਚਿਆ ਹੋਇਆ ਸੀ ਰੱਖਾ ਸੀ ਫਿਰ ਦੂਏ ਸਾਲ ਵੀ ਮੋਟਰਸਾਈਕਲ ਦਿੱਤਾ ਸੀ ਉਹ ਵੀ ਬੋਰਡ ਪਿਆ ਮੇਰੇ ਕੋਲ ਸਪੈਸ਼ਲ ਸਾਡਾ ਬਣਿਆ ਆ ਸੁੱਖੇ ਦੀ ਲੌਂਸ ਹੋਈ ਹੋਵਾ ਵੀਡੀਓ ਬਣਾਈ ਹੋਵਾ ਵੀ ਸੁਖਦੀਪ ਸਿੰਘ ਕੋਲੋਂ ਪੇਜਾਂ ਦਾ ਕਰਕੇ ਮੋਟਰਸਾਈਕਲ ਉਹਨਾਂ ਸਾਡੇ ਭਤੀਜੇ ਨੇ ਦਿੱਤੇ ਦੌੜ 'ਚ ਵੀ ਉਹਦਾ ਨਾਂ ਸਪੈਸ਼ਲ ਬੋਲੇ ਹਾਂ ਅਤੇ 30 ਸਾਲ ਸਾਡੇ ਤੋਂ ਹੋਈ ਨਾ ਸੀ ਸੁੱਖੀ ਸੀ ਫਿਰ ਅਸੀਂ ਉੱਥੇ ਡੇਰੇ 40,000 ਰੁਪਈਆ ਚਾੜਿਆ ਸੀ ਇੱਕ ਇਨਵਰਟਰ ਚਾੜਿਆ ਸੀ ਇੱਕ ਏਸੀ ਲਗਾਇਆ ਸੀ ਏਸੀ ਸਾਈਂ ਕਹਿੰਦਾ ਮੈਂ ਲਾਉਣ ਨਹੀਂ ਦੇਣਾ ਲੋਕ ਕਹਿੰਦੇ ਆ ਫਿਰ ਏਸੀ ਪੌਨਾ ਹਰਥੀ ਕਿਸੇ ਲਾ ਦਿੱਤਾ ਉੱਥੇ ਮੈਂ ਕੀ ਇਹਨੂੰ ਬੋਲਣਾ ਅਤੇ ਤੁਸੀਂ ਭੰਗਲੀ ਵੀ ਦੌੜਾਂ ਕਰਾਈਆਂ ਆ ਭੰਗਲੀ ਰਹਿੰਦੇ ਸੀ ਹਾਂ ਉੱਥੇ ਉੱਥੇ ਵੀ ਹੁੰਦੀਆਂ ਰਹੀਆਂ ਉੱਥੇ ਵੀ ਹੁੰਦੀਆਂ ਜੀ ਉੱਥੇ ਜਿੱਤਦੇ ਰਹੇ ਅਸੀਂ ਦੋਹਰੀ ਨੂੰ ਦੋਹਰੀ ਨੂੰ ਇੱਕ ਵਾਰ ਭੰਗਲੀ ਦੌੜਾਂ ਕਰਾਈਆਂ ਬੋਲਦ ਕੀਤੇ ਝਲੇ ਸੀ ਉਹਦਾ ਡੈਚੀ ਵਾਲਾ ਉਹ ਅੜ ਝੜ ਜੇ ਸਵੇਰ ਨੂੰ ਹੋ ਗਏ ਜਿੱਤਣ ਹਾਰਨ ਦੀ ਇਹ ਮੈਨੂੰ ਸੋਢੀ ਦਾ ਟਹਿਣ ਕਹਿੰਦੇ ਕਿੱਦਾਂ ਕਰਨੀ ਆ ਵੀ ਤੈਂ ਜੋੜਨੇ ਬੋਲ ਦੋ ਮੈਂ ਕਿਹਾ ਮੈਂ ਨਹੀਂ ਜੋੜਦੇ ਨੰਬਰ ਪਹਿਲਾਂ ਹੋਣਾ ਚਾਹੀਦਾ ਕਹਿੰਦੇ ਫਿਰ ਜਿਗਰਾ ਕਰ ਲਾ ਮੈਂ ਜਿਗਰਾ ਹੀ ਹੋ ਗਿਆ ਵੀ ਤੁਸੀਂ ਜਿੱਤਣ ਨੰਬਰ ਅਸੀਂ ਪਹਿਲਾਂ ਕਰ ਗਏ ਮੇਰੇ ਨਾਂ ਸੀ ਐਂਟਰੀ ਅੱਛਾ ਬੋਲ ਤਾਂ ਮੇਰੇ ਕੋਲ ਵੀ ਵਧੀਆ ਸੀ ਸਾਧਪੁਰੀ ਆ ਅਤੇ ਹੋਰ ਗਿੱਲ ਵਾਲਾ ਬੋਲ ਵਧੀਆ ਸੀ ਜਿੱਦਾਂ ਇਹ ਚਰਨ ਜੀ ਕਹਿੰਦਾ ਸਾਡੇ ਹੁੰਦੇ ਆਉਂਦਿਆਂ ਬੁਗਰੇ ਵਾਲਾ ਕਹਿੰਦਾ ਤੂੰ ਉੱਦਾਂ ਹੀ ਰਹਿ ਜਾਊ ਮਗਰ ਨਹੀਂ ਉੱਦਾਂ ਤਾਂ ਕੀ ਰਹਿਣਾ ਬਾਰੀ ਕਹਿੰਦਾ ਬੋਲ ਜੋੜ ਚਰਨ ਜੀ ਕਹਿੰਦਾ ਨਹੀਂ ਤੁਸੀਂ ਜਾਓ ਪਰੇ ਮੈਂ ਲਿਆਉਣਾ ਲੱਖ ਆ ਕਹਿੰਦਾ ਹੇਠ ਜੋੜ ਦੇਣਾ ਖਿੱਚ ਕੇ ਨੰਬਰ ਕਰਾ ਦਿਉ ਉਹ ਚਰਨਜੀਤ ਵਾਲਾ ਨਹਿਰ 'ਤੇ ਚੜ੍ਹਦਾ ਚੜ੍ਹਦਾ ਸਿਵੇਂ ਸਿੱਧਾ ਕਰ ਲਿਆ ਨੰਬਰ ਫਿਰ ਚੌਥਾ ਕਰ ਗਿਆ ਅਤੇ ਚਰਨਜੀਤ ਬੁਗਰੇ ਵਾਲਾ ਵੀ ਜਿੰਦਾ ਬਾਦਦਾ ਰਹੇ ਬਹੁਤ ਬੰਦਾ ਵਧੀਆ ਸਾਡੇ ਨਾਲ ਵਧੀਆ ਪ੍ਰੇਮ ਆ ਉਹਦਾ ਕਢਾਲੀ ਵਾਲੇ ਛਿੰਦੇ ਨਾ ਬਹੁਤ ਪਹਿਲਾਂ ਬੰਦਿਆਂ ਨੇ ਕਹਿੰਦੇ ਵੀ ਪਿੰਡ ਇਹ ਜੱਟ ਗਏ ਜਿੱਦਾਂ ਤੁਸੀਂ ਟਾਈਮ 'ਤੇ ਇੱਦਾਂ ਵੀ ਕੋਈ ਨਾ ਦੂਏ ਹਾਂ ਜੰਡਿਆਲੇ ਸੀ ਮੰਜਲੀ ਦੇ ਵਿੱਚ ਦੌੜ ਉਦਣ ਵੀ ਫਿਰ ਅਸੀਂ ਕਿਹਾ ਵੀ ਜੰਡਿਆਲੇ ਨਾਲ ਅਸੀਂ ਪਾਸਲੇ ਸੀ ਮਤਲਬ ਉਹ ਗੱਲ ਵੀ ਤੈਨੂੰ ਦੱਸਦੇ ਹਾਂ ਗੱਲ ਨੋਟ ਕਰ ਜਨ ਮੈਂ ਸੁਣਾ ਭੰਗਣੀ ਭਾਅ ਜੀ ਦੌੜਾਂ ਕਰਾਈਆਂ ਅਸੀਂ ਇਮਾਨਦਾਰੀ ਨਾਲ ਤੋ ਨੰਬਰ ਪਹਿਲਾਂ ਤਾਂ ਤੀਆ ਬਣਿਆ ਦੂਏ ਬੋਲ ਸਾਡੇ ਛੁੱਟ ਕੇ ਖਾਂਟੀਆ ਤੱਕ ਆ ਗਏ ਸੀਗੇ ਆ ਕੇ ਦੁਬਾਰੇ ਜੋੜੇ ਦਾ ਤੀਆ ਨੰਬਰ ਬਣਿਆ ਬੈਲੀ ਦਾ ਪਹਿਲਾ ਬਣਿਆ ਰਾਤ ਨੂੰ ਘਰ ਬੈਠੇ ਆ ਬੰਦੇ ਮੈਨੂੰ ਕਹਿੰਦੇ ਦੋ ਸੁਣਦੇ ਹੀ ਆ ਮੈਨੂੰ ਕਹਿੰਦੇ ਤੂੰ ਗਲਤ ਜਿੱਤ ਗਿਆ ਮੈਂ ਕਿਹਾ ਮਹਾਰਾਜ ਦੀ ਕਸਮ ਖਾਨਾ ਮੈਂ ਗਲਤ ਨਹੀਂ ਜਿੱਤਿਆ ਕਹਿੰਦੇ ਹੋ ਹੀ ਨਹੀਂ ਸਕਦਾ ਗੱਲ ਵੱਧ ਗਈ ਕਹਿੰਦੇ ਪਰਸੋਂ ਨੂੰ ਪਾਸਲੇ ਦੌੜਾ ਪਾਸਲੇ ਦੇ ਲਾ ਹੱਥ ਮੈਂ ਕਿਹਾ ਵੀ ਮੈਂ ਆਉਣਾ ਨਹੀਂ ਮੇਰਾ ਗੱਲਾਂ ਬਹੁਤ ਖੜਾ ਮੈਂ ਇਕੱਲਾ ਬੰਦਾ ਕਹਿੰਦੇ ਟਾਲੇ ਨਾ ਕਰ ਮੈਂ ਸਕੂਟਰ ਚੱਕਿਆ ਸੇਮੇ ਕੋਲ ਚਲੇ ਗਿਆ ਸੇਮੇ ਨੂੰ ਮੈਂ ਕਿਹਾ ਅੜ ਤਾੜਾ ਆਹ ਗੱਲ ਹੋਈ ਕਹਿੰਦਾ ਗਲਤ ਕਹਿੰਦੇ ਹੋ ਮੈਂ ਕਿਹਾ ਕਿਹਾ ਤਾਂ ਗਲਤ ਹੁਣ ਹੋਵੇ ਕਿੱਦਾਂ ਕਹਿੰਦਾ ਬੋਲਦ ਬਾਂਸੀਆਂ ਵਾਲਾ ਹੋ ਗਿਆ ਹੁਣ ਦੋਲੋਂ ਮੈਂ ਕਿਹਾ ਡੋਕਰਦਿਆਂ ਨਾਲ ਹੋ ਗਿਆ ਕਹਿੰਦਾ ਫਿਰ ਮੈਂ ਕਿਹਾ ਸੇਬਿਆਂ ਰੰਮ 'ਤੇ ਡੋਰੀਆਂ ਸਿੱਟ ਪਰਮਾਤਮਾ 'ਤੇ ਜਿੱਤ ਹੋਣੀ ਤਾਂ ਮਾੜੇ ਨਾਲ ਵੀ ਹੋ ਜਾਣੀਆਂ ਕਹਿੰਦਾ ਫਿਰ ਮੈਂ ਕਿਹਾ ਲੇਲਾਂ ਵਾਲਾ ਲੈਂਬਰ ਉਹਦੇ ਪਿੰਡ ਬੋਲਦ ਜੋੜਿਆ ਨਾ ਆਪਣਾ ਅੱਧੇ ਬੋਲਣਾ ਉਹ ਮੈਨੂੰ ਕਹਿੰਦਾ ਬੈਲੀ ਨਾਲ ਮੇਲਾ ਦਿਖਾਲ ਕਹਿੰਦਾ ਫਿਰ ਕਿੱਦਾਂ ਕਰਨੀ ਮੈਂ ਚੱਕਿਆ ਸਕੂਟਰ ਲੈਂਬਰ ਨੂੰ ਗਿਆ ਹੁਣ ਦੇਖੀ ਸੁਣੀ ਜੋ ਅਸੀਂ ਚਲੇ ਗਏ ਜੀ ਲੇਲਾਂ ਵਾਲੇ ਲੈਂਬਰ ਨਾਲ ਯਾਦ ਗਏ ਇਹ ਅਸਲੀਅਤ ਗੱਲ ਆ ਗੁਰਮੀਤਾਂ ਹੁਣ ਵੀ ਅਭਜੀਤ ਆ
ਇਹ ਗੱਡੀ ਜੁੜੀ ਜਿਹੜੇ ਬੰਦੇ ਮੈਨੂੰ ਕਹਿੰਦੇ ਸੀਗੇ ਵੀ ਗਲਤ ਜਿੱਤੇ ਆ ਉਹਨਾਂ ਦੀ ਗੱਡੀ ਪਹਿਲੀ ਜੁੜੀ। ਉਹ ਟਾਈਮ ਵਾਲੇ ਗੱਲਾਂ ਕਰਦੇ ਰਹਿ ਗਏ, ਟਾਈਮ ਬਾਅਦ 'ਚ ਲੱਗਾ 30 ਦਾ, ਉਹ 2 ਸਕਿੰਟ ਦਾ ਪਾੜਾ ਖਾ ਗਏ। ਗੁਰਮੀਤਾ ਦੁਹਾਈ ਪਾਵੇ ਸਾਰ ਜੀ ਮਰ ਗਏ, ਟਾਈਮ ਦਾ 2 ਸਕਿੰਟ ਦਾ ਪਾੜਾ ਪੈ ਗਿਆ। ਮੈਂ ਕਿਹਾ ਵੀ ਗੁਰਮੀਤਿਆ ਹੁਣ ਕਿੱਦਾਂ ਹੋਵੇ, ਜਾਂ ਡੋਗਰ ਸੁਣ ਤਾਂ ਦੋਲੋਂ ਛੱਡੇ ਤਾਂ 30 ਪੁਆਇੰਟ ਉਹਨਾਂ ਦੇ 28 ਨਾ, ਉਹਨਾਂ ਨੂੰ ਵੀ 2 ਸਕਿੰਟ ਜਿੱਤ ਗਏ। ਹਾਂ ਜਿੱਤ ਗਏ, ਟਾਈਮ ਗਲਤ ਲੱਗ ਗਿਆ। ਇਹ ਜੀ ਸੀਮਾ ਮੈਨੂੰ ਕਹਿੰਦਾ ਬੇਇੱਜ਼ਤੀ ਬਹੁਤ ਅੱਜ। ਮੈਂ ਕਿਹਾ ਤੂੰ ਰੱਬ 'ਤੇ ਡੋਰੀਆਂ ਰੱਖ, ਸੰਤਾਂ ਨੂੰ ਮੰਨਦੇ ਆ ਜਗ੍ਹਾ ਮੁਰੇ ਜਿਹੜੀ ਆਪਣੀ ਜਗ੍ਹਾ ਉੱਥੇ ਭੰਗ ਲਈ, ਮੈਂ ਮੱਥਾ ਟੇਕ ਕੇ ਆਇਆ ਆਪਾਂ ਜਿੱਤਾਂਗੇ। ਕਹਿੰਦਾ ਜਿੱਤਿਆਂਗੇ ਮੈਂ ਸ਼ਰਤ ਨਾ ਰੱਬ 'ਚ ਤਾਂ। ਜਦ ਅਸੀਂ ਗਏ ਜੀ ਉੱਧਰ, ਸੀਮਾ ਮੈਨੂੰ ਕਹਿੰਦਾ ਨਿੰਦਰ ਨੂੰ, ਕਹਿੰਦਾ ਨਿੰਦਰ ਨੂੰ ਸਕਾਲ ਦੇ ਜੋਤ ਨਾ ਬੋਲਦੇ ਲਾਵੇ ਲੈਂਬਰ ਨਾ। ਮੈਂ ਕਿਉਂ? ਕਹਿੰਦਾ ਖੁੱਲ੍ਹਾ ਛੱਡ ਦਿਓ, ਇਸ ਰਹਿ ਜਾਓ। ਮੈਂ ਕਿਹਾ ਨਹੀਂ, ਨਿੰਦਰ ਨੂੰ ਆ ਜੋਤ ਲਾਈ, ਜਦ ਇੰਨੇ ਗੋਡੇ ਉਹ ਚੱਕ ਦਿੰਦਾ ਸੀ ਨੱਕ 'ਚ ਰੱਸੀ, ਜਾ ਇੱਥੇ ਕੁ ਲੱਤਾਂ ਚੱਕੀਆਂ ਨਿੰਦਰ ਨੇ, ਮੈਂ ਕਿਹਾ ਥੱਲੇ ਨਾ ਜੂੜੇ 'ਚ ਵਸਾਈ, ਕੁੰਡੀ ਵਸਾ ਦੇ ਤੂੰ। ਕੁੰਡੀ ਵਸਾਈ, ਲੈਂਬਰ ਤਿਆਰ ਸੀ ਛੱਡ ਦਿੱਤੇ। ਛੱਡ ਕੇ ਜੀ ਅਸੀਂ 27.99 ਟਾਈਮ ਕੀਤਾ, ਇਹਨਾਂ ਦੇ 28 ਪੁਆਇੰਟ ਸੀ। ਇਹ ਫਿਰ ਬੰਦੇ ਮੈਨੂੰ ਕਹਿੰਦੇ ਜਿੱਤਿਆ ਕੀ ਆ ਤੂੰ? ਮੈਂ ਕਿਹਾ ਨੰਬਰ ਰੇਲ ਵਾਲੇ ਲੈਂਬਰ ਨੇ ਕਿਹਾ, ਕਹਿੰਦਾ ਉਹਦੇ ਉਂਗਲੀ ਪਾਈ, ਉਂਗਲੀ 'ਚ ਮੁੰਦੀ, ਸਿਰ 'ਤੇ ਰੱਖੀ ਉਹ ਪੱਗ, ਨੰਬਰ ਪਹਿਲਾਂ ਲੈਣਾ ਸੀ। ਸ੍ਰੀ ਵਾਲੇ ਜਿੰਦਰ ਨੇ ਦਵਾਈ ਪਾਵਿਆ ਮੈਨੂੰ ਜੱਫੀਆਂ, ਕਹਿੰਦਾ ਚਾਚਾ ਬੋਲ ਬੜੇ ਭਰਦੇ ਦੇਖੇ, ਪਾਰਾ ਤੇਰੇ ਬੇਲੀ ਨਾਲ ਥੱਲੇ, ਕਹਿੰਦਾ ਧਰਤੀ ਬਲਾਸਟੀ ਧਰਤੀ, ਇੱਕ ਪੁਆਇੰਟ ਦੇ ਜਾਣੀ ਉਹਨਾਂ ਦੇ 28 ਪੁਆਇੰਟ ਸੀ, ਕੁਛ ਥੋੜ੍ਹੀ 27.99 ਸੀ। ਅਤੇ ਹੁਣ ਆਪਾਂ ਗੱਲਾਂ ਬਾਤਾਂ ਕੀਤੀਆਂ ਸਾਰੀਆਂ ਹੀ, ਚਲੋ ਤੁਹਾਡੀ ਹਿਸਟਰੀ ਤਾਂ ਬਹੁਤ ਲੰਮੀ ਆ, 2-3 ਦਿਨਾਂ 'ਚ ਵੀ ਨਹੀਂ ਸਾਰੀਆਂ ਗੱਲਾਂ ਮੁੱਕ ਸਕਦੀਆਂ, ਹੋ ਸਕਦੀਆਂ 2000 ਤੋਂ ਬਾਅਦ ਦੀਆਂ। ਮੈਂ ਗੱਲ ਕਰਨ ਲੱਗਾ ਜਿਹੜੀ, ਜਿੱਦਾਂ ਹੁਣ ਤੁਹਾਡੀਆਂ ਗੱਲਾਂ 'ਚੋਂ ਜੱਜਮੈਂਟ ਕੀਤੀ ਆ ਕੁਛ, ਚਲੋ ਅਸੀਂ ਤਾਂ ਤੁਹਾਡੇ ਜਾਣੂ ਹੀ ਆ, ਪਤਾ ਵੀ ਆ ਸਾਨੂੰ, ਤੁਸੀਂ ਤਾਂ ਬਾਹਰ ਹੀ ਜਾਂ ਖੇਤੀ ਦਾ ਕੰਮ ਵੀ ਜ਼ਿਆਦਾ ਸੀ, ਬਲਦ ਭਜਾਉਣ ਵੀ ਤੁਰੇ ਰਹਿਣਾ, ਬਲਦ ਖਰੀਦਣ ਵੀ ਤੁਰੇ ਰਹਿਣਾ, ਬਿੰਦੂ ਵੀ ਨਿਆਣਾ ਸੀ ਅਜੇ, ਅਤੇ ਉਦੋਂ ਬਾਅਦ ਫਿਰ ਤੁਹਾਡੇ ਘਰ ਬਲਦ ਕੌਣ ਸਾਂਭਦਾ ਸੀ ਬਾਅਦ ਵਿੱਚ? ਤੁਸੀਂ ਤਾਂ ਕਈ ਰਾਤਾਂ ਮਾਲਵੇ ਵੀ ਰਹੇ ਹੁੰਦੇ ਸੀ। ਸਾਡੇ ਘਰ ਬਹੁਤ ਸਪੋਰਟ ਸੀ ਘਰ ਵਾਲੇ ਦੀ, ਪੀੜਾ ਪਾਉਣਾ ਬੁਲਦਾਂ ਨੂੰ, ਕਾਹੜੇ ਮੇਲੇ 'ਚੋਂ ਟੈਲੀਫੋਨ ਕਰ ਦੇਈਦਾ ਸੀ, ਇਕੱਠੇ ਲਿਆ ਕੇ ਰੱਖਣੇ ਸੁਣ ਸੁਣ ਮੈਂ ਤਾਂ ਫਿਆ ਕੇ ਬੋਰੇ ਭਰ ਦੇਣੇ। ਕੁੜੀ ਨੂੰ ਬਹੁਤ ਚਾਅ ਹੁੰਦਾ ਸੀ, ਇਹਨਾਂ ਨੂੰ ਫੋਨ ਕਰਕੇ ਮੇਲੇ 'ਚ ਦੱਸ ਦੇਣਾ, ਜਾਂ ਘਰ ਦੇ ਫੋਨ ਹੁੰਦੇ ਸੀਗੇ ਉਦੋਂ ਵੀ ਦੱਸਦੇ ਸੁਨੇਹਾ ਦਾ ਵੀ ਇੰਨੇ ਕਾਹੜੇ ਬਣਾ ਦੇਣੇ, ਕਾਹੜੇ ਬਣਾ ਦੇਣੇ, ਬੁੱਲਦਾਂ ਦੇ ਪੇੜੇ ਆਪ ਦੇਣੇ। ਅਤੇ ਮੈਂ ਬਾਹਰ ਵੀ ਰਿਹਾ, ਫਿਰ ਵੀ ਤਕਦਾ ਨਾ ਨਿੰਮੋ ਨੇ ਬਜਾਏ ਬੋਲ ਬੋਲਦ ਜਾਣੀ ਘਰਦਿਆਂ ਦੇ ਸਿਰ 'ਤੇ ਤੁਹਾਡੇ ਜ਼ਿਆਦਾ ਜਿਹੜੇ? ਹਾਂ ਹਾਂ, ਬਹੁਤ ਘਰੋਂ ਉਹਨਾਂ ਨੂੰ ਹੁਣ ਵੀ ਮੈਂ ਦੇਖਦਾ ਬਹੁਤ ਸ਼ੌਂਕ ਆ, ਬਹੁਤ ਸ਼ੌਂਕ ਆ। ਸਾਡੀ ਧੀ ਨੂੰ ਬਿੰਦੇ ਨੂੰ ਮੈਂ ਤਾਂ ਉਹਨਾਂ ਗੱਲ ਕਰਾਉਣੀ ਨਹੀਂ ਚਾਹੁੰਦਾ ਸੀ, ਪਰ ਉਹ ਸੰਗ ਗਈ ਥੋੜ੍ਹੀ ਜਿਹੀ, ਕਹਿੰਦੀ ਮੈਂ ਨਹੀਂ ਕਰਨੀ ਗੱਲ। ਤੁਸੀਂ ਹਰ ਇੱਕ ਚਾਵਕ ਦੀ ਸਿਫਤ ਬਥੇਰੀ ਕੀਤੀ ਆ, ਤੁਹਾਡੇ ਨਾਲ ਚਲੋ ਸਾਰੇ ਚਾਵਕ ਵਧੀਆ ਵਰਤੇ ਆ, ਅਤੇ ਜ਼ਿਆਦਾ ਕਿਹੜੇ ਹਕਾਵੇ ਨੇ ਤੁਹਾਡੀਆਂ ਜਿਹੜੀਆਂ ਗੱਡੀਆਂ ਜਾਂ ਹਲਟ ਹੱਕਿਆ? ਹਲਟ ਦਾ ਦੇਖੋ ਜੀ ਕਈਆਂ ਨੇ ਹੱਕਿਆ, ਇੱਕ ਸਾਰਿਆਂ ਤੋਂ ਵੱਡਾ ਸਾਨ ਸਾਡਾ ਬਿੱਲੇ ਦਾ ਨਹੀਂ ਭੁੱਲਦੇ ਅਸੀਂ ਅੱਜ ਤੇ ਪਾਲਾ ਵਾਲੇ ਦਾ। ਹਾਂ, ਉਹ ਜਦ ਵੇਲੇ ਸਰਪੰਚ ਵਾਲਾ ਲੰਡਾ ਬੋਲ ਲੜ ਝੜ 'ਚ ਲਿਆ ਸੀ, ਸਾਡਾ ਬਿਹੜਾ ਵਿਕ ਗਿਆ ਸੀ ਉੱਥੇ ਸ਼ੇਰਪੁਰ, ਇਹਨੂੰ ਸੰਘਿਆ ਵਾਲੇ ਕੇਰੂ ਨੂੰ 1,00,000 ਰੁਪਈਏ ਤੋਂ ਬਾਹਰ, ਉਹ ਬੋਲਦ ਲੈ ਕੇ ਆਇਆ ਤਾਂ ਮੇਨਾ ਜਿਹਾ ਬੰਦਿਆਂ ਨੇ ਬੋਲਦ ਕੀਤਾ ਸੀ, ਇੱਥੇ 40 ਮੁੱਕਰ ਗਿਆ ਨਵੀਂ ਸੀ ਅਸੀਂ, ਇਹ ਚਲੋ ਭੱਟ ਰੱਦ ਕੀਤੀ, ਮੈਂ ਬੋਲਦ ਜੋੜ ਲਿਆ ਤਾਂ ਜਿੱਤਣ ਦੀ ਕੋਈ ਉਮੀਦ ਨਾ, ਇਹ ਬਿੱਲਾ ਮੇਰੇ ਹੱਥ ਆ ਗਿਆ। ਕਹਿੰਦਾ ਦੇ ਸਹੀ ਧਾਕੇ ਬੰਨੇ ਲਾ ਦੂੰ, ਉਹ ਨੰਬਰ ਸਾਡਾ ਬਿੱਲੇ ਨੇ ਕਰਾਇਆ ਸੀ ਪਾਲਾਂ ਵਾਲੇ ਨੇ, ਤਾਂ ਉਸ ਵੇਲੇ ਧੰਮਾਂ ਪੈ ਗਏ ਆ ਵੀ ਸਵਾਦ ਕਰਤਾ ਨਵੇਂ ਬੋਲ ਤੋਂ ਬਿੱਲੇ ਨੇ। ਬਾਕੀ ਗੱਡੀ ਨੂੰ ਜੇ ਤਾਂ ਇਹ ਜ਼ਿਆਦਾ ਲਖਵੀਰ ਨੇ ਦੋਹਰੀ ਨੂੰ ਲੇਖਾ ਬਹੁਤ ਦਿੱਤਾ, ਲਖਵੀਰ ਖੰਡੂਪੁਰੀਆ ਖੰਡੂਪੁਰੀਆ ਨੇ, ਅਤੇ ਉਸ ਮੁੰਡੇ ਨੇ ਇਮਾਨਦਾਰੀ ਵੀ ਬਹੁਤ ਦਿਖਾਲੀ, ਜਿੰਦਾ ਵੱਸਦਾ ਰਹੇ ਬਹੁਤ। ਸੇਮੇ ਨੇ ਵੀ ਦੋਹਰੀ ਨੂੰ ਬਹੁਤ ਦਿੱਤਾ, ਪਰ ਜੋ ਕਾਰਨਾਮੇ ਲਖਵੀਰ ਕਰ ਗਿਆ ਉਹ ਨਹੀਂ ਹੋਣੇ ਜਿੰਨੇ ਲਖਵੀਰ ਨੇ। ਪੱਪੂ ਲਾਲਪੁਰੀਏ ਨੇ ਬਹੁਤ ਹੱਕੇ, ਦੋਹਰੀ ਵੀ ਕਹਿਰੀ ਵੀ, ਜਾਣੀ ਲਾਖਾ ਬੋਲ ਤਾਂ ਲਖਵੀਰ ਨੇ ਜ਼ਿਆਦਾ ਹੱਕਿਆ, ਅਤੇ ਬਾਕੀ ਹੋਰ ਲਾ ਲਓ ਕੋਈ ਬੰਦਾ ਹੱਕ ਦਾ ਕੁਲਵੀਰ ਨੇ, ਮੋਦਪੁਰੀਏ ਨੇ, ਕੁਲਵੀਰ ਨੇ ਵੀ ਬਹੁਤ ਲੇਖਾ ਦਿੱਤਾ ਕੈਰੀ ਨੂੰ, ਦੋਹਰੀ ਨੇ, ਦੋਹਰੀ ਤਾਂ ਇੱਕ ਵਾਰ ਹੱਕੀ ਸੀ ਹੈ ਨਾ, ਚੱਕਰ ਨੂੰ ਹਰਾਤ 'ਤੇ ਹੀ ਬੋਲ ਚਲੋ ਗਲਤੀ ਲੱਗ ਜਾਂਦੀ ਆ,
ਕਲਵੀਰ ਨੇ ਸਾਨੀ ਅੜਿਓ ਕੰਮ ਸਾਡੇ ਕੱਢੇ ਕਈ। ਇੱਥੇ ਤੇਰੇ ਟੰਡੀ ਟੀ ਸੀ ਮੇਲਾ ਹੋਇਆ, ਇਹ ਵੀ ਜਵਾਬ ਦੇ ਗਿਆ, ਸੇਮਾ ਵੀ ਦੇ ਗਿਆ, ਡੋਗਰ ਦਾ ਪੱਪੂ ਆ ਸੁਖਵਿੰਦਰ, ਆ ਜਿਹੜਾ ਮਰ ਗਿਆ ਮੁੰਡਾ ਮਹਿਸੋਪੁਰੀਆ ਨੋਨਾ, ਇਹ ਰੋਟੀ ਵਾਲਾ ਸੱਤ ਬੰਦੇ ਲੈ ਗਿਆ ਉੱਥੇ ਨੂੰ ਅੱਠ। ਮੈਂ ਕਿਹਾ ਉਹ ਭੇਡੂ ਬੋਲ ਜੋੜਨਾ, ਮੈਂ ਕਿਹਾ ਨਾ ਹੁਣ ਹੀ ਜੋੜੋ, ਜਾਂ ਕਿਹਾ ਤਾਂ ਇਹਨੇ ਨਾ ਕਰਤੀ, ਅਸੀਂ ਕਰ ਜਾਣਾ ਭੇਡੂ ਕਰਤਾ। ਮੈਂ ਕਰਤਾ ਤਾਂ ਠੀਕ ਆ। ਫਿਰ ਕੁਲਵੀਰ ਨੇ ਗਗੜਾ ਬੋਲਤਾ, ਹਲਵਾਰਾ ਇਕੱਠੇ ਆਪ ਹੀ ਕੀਤੇ, ਨੰਬਰ ਕਰਾ ਦਿੱਤਾ ਜਾ ਕੇ। ਦੂਜਾ ਇੱਕ ਗੱਲ ਤੁਸੀਂ ਮੰਨਦੇ ਆ ਬਈ, ਇਹ ਜਿਹੜੀ ਆਪਣੀ ਦੌੜ ਆ, ਚਾਹੇ ਹਲਟ ਦੀ ਆ, ਚਾਹੇ ਗੱਡੀ ਦੀ ਕਹਿ ਰਹੀ ਆ, ਚਾਹੇ ਦੋਹਰੀ ਆ, ਹਕਾਵੇ ਦੇ ਹੱਥ 'ਚ ਬਹੁਤ ਕੁਛ ਹੁੰਦਾ। ਹਾਂ ਬਿਲਕੁਲ, ਇਹ ਗੱਲ ਮੰਨਣੀ ਪਊ, ਹਕਾਵੇ ਦੇ ਬਸ। ਤੁਹਾਡੀ ਸੇਵਾ ਨਹੀਂ ਕੰਮ ਕਰਦੀ ਜਿਹੜਾ ਤੁਸੀਂ? ਸੇਵਾ ਵੱਧ ਕੰਮ ਕਰਦੀ ਆ, ਸੇਵਾ ਮਿਹਨਤ, ਅਸੀਂ ਕਹਿੰਦੇ ਮਿਹਨਤ ਕਰਾਓ ਸੇਵਾ ਕਰੋ, ਪਰ ਚਾਬਕਤਾ ਵੀ ਬਹੁਤ ਆ। ਬਿਲਕੁਲ, ਜ਼ਿਆਦਾ ਸੇਵਾ ਕਰਕੇ ਮਿਹਨਤ ਕਰਕੇ ਚਾਬਕ ਦੇ ਹੱਥ ਰੱਸੇ ਦਿੰਦੇ ਹਾਂ। ਚਾਬਕ ਇੱਕ ਵਾਰ ਬੋਲ ਦੇ ਗਲਤ ਹਕਾਈ ਕਰ ਜਾ ਤਾਂ ਟਾਈਮ ਗਵਾ ਹੋ ਜਾਂਦਾ। ਸਿਆਣੇ ਚਾਬਕਾਂ ਨੂੰ ਤਦੇ ਰੱਖਦੇ ਆ। ਬਾਕੀ ਹੋਰ ਗੱਲਾਂ 'ਚ ਤਾਂ ਆਪਾਂ ਬਹੁਤੇ ਸਾਨੂੰ ਸਵਾਲ ਕਰਨੇ ਨਹੀਂ ਪਏ, ਤੁਸੀਂ ਆਪੇ ਹੀ ਸਾਰੀਆਂ ਗੱਲਾਂ ਦਾ ਜਵਾਬ ਦਿੰਦੇ ਰਹੇ ਹਾਂ। ਕਿਤੇ ਉੱਦਾਂ ਤਾਂ ਕਈ ਤੁਸੀਂ ਇੱਦਾਂ ਦੀਆਂ ਕਹਾਣੀਆਂ ਸੁਣਾਈਆਂ ਦੌੜਾਂ ਵਿੱਚ ਜਿੱਥੇ ਸਾਡੀ ਅੜ ਦੇ ਨਾਲ ਜਿੱਤ ਹੋਈ ਆ, ਕਿਤੇ ਬਹੁਤ ਇੱਦਾਂ ਦੀ ਅੜ ਹੋਈ ਹੋਵੇ ਬਈ ਅੱਜ ਇੱਥੇ ਸਾਡਾ ਜਿੱਤਣਾ ਬਹੁਤ ਜ਼ਰੂਰੀ ਆ, ਅਤੇ ਉਹ ਚਾਬਕ ਨੇ ਤੁਹਾਡਾ ਬਹੁਤ ਸਾਥ ਦਿੱਤਾ ਹੋਵੇ, ਉਹ ਕੋਈ ਮੇਲਾ ਇੱਦਾਂ ਦਾ ਹੈ ਯਾਦ? ਇੱਦਾਂ ਤਾਂ ਭਾਅ ਜੀ ਹੁਣ ਬਹੁਤ ਸਹੀ ਹੋਈ ਆ, ਫਿਰ ਵੀ ਕੋਈ ਜ਼ਿਆਦਾ ਜਿਹੜੀ ਅੜ ਵਾਲੀ ਗੱਲ ਹੋਵੇ ਵੀ ਜ਼ਿਆਦਾ ਜਿੱਤਣਾ? ਸੁਣਾਉਣਾ ਤੈਨੂੰ ਗੱਲ, ਉਹ ਵੀ ਜਿਸ ਵੇਲੇ ਅਸੀਂ ਪੰਡਿਤ ਨਾ ਆ ਸਾਵਾ ਬੋਲਦ ਮੁੱਤੋਂ ਵਾਲਾ ਇੱਥੇ ਜੋੜਿਆ, ਮੁੰਡੇ ਨੇ ਝੂਠ ਬੋਲ ਗਿਆ ਸਾਡੇ ਕੋਲ, ਚਾਂਸੂ ਵਾਲਾ ਕਹਿੰਦਾ ਬੋਲ ਮੈਂ ਹੇਠ ਜੋੜਿਆ, ਲੈਣ ਨਹੀਂ ਬੱਜੀ ਜਿਹਾਰੀ, ਮੈਨੂੰ ਕਹਿੰਦਾ ਬੋਲ ਜੇਤੂ ਆ ਤੇਰਾ ਬਾੜੀਆਂ ਵਾਲਾ, ਇਹ ਕਹਿੰਦਾ ਉਹਨੂੰ ਪ੍ਰੈਣਾ ਮਾਰੀਆਂ, ਕਹਿੰਦਾ ਮੈਂ ਖੁਸ਼ੀ 'ਚ ਮਾਰੀਆਂ, ਜਿਹਾਰੀ ਬਹੁਤ ਸਿਆਣਾ ਚਾਹੂਗਾ। ਜਿਹਾਰੀ ਕਹਿੰਦਾ ਸਾਰਾ ਬਿੰਦੂ ਖਿਜਿਆ ਹੋਣਾ, ਮੈਂ ਤੈਨੂੰ ਕਿੱਦਾਂ ਪਤਾ, ਕਹਿੰਦਾ ਮੈਂ ਨਿਆਣਾ ਇਹਦੇ ਵਿੱਚ ਹੀ ਰਹਿੰਦਾ। ਇਹ ਕਹੇ ਬੋਲਦ ਵੇਚਦੇ, ਉਹ ਬੰਦੇ ਗਾਹਕ ਆ ਗਏ, 15,000 ਰੁਪਈਆ ਮੰਗਿਆ, ਮੈਂ ਖਿਜੇ ਉਹਨੂੰ ਮੈਂ ਦੇ ਦੇਣਾ, ਰੱਖਣਾ ਹੀ ਨਹੀਂ। ਉਹ 13 ਦਿਨ ਕੁਲਵੀਰ ਆ ਗਿਆ ਉਨਸਾਈ ਫੜ ਕੇ, ਉਹਨਾਂ ਦੀ ਜੇਲ੍ਹ 'ਚ ਵਾਰਤੀ, ਕਹਿੰਦਾ ਜਾਓ, ਸਦਾ ਹੋ ਗਿਆ। ਮੈਨੂੰ ਕਹਿੰਦਾ ਨਹੀਂ ਵੇਚਣਾ, ਮੁੰਡਿਆਂ ਨੂੰ ਕਹਿੰਦਾ ਨਹੀਂ ਦੇਣਾ, ਮੈਨੂੰ ਕਹਿੰਦਾ ਮੈਂ ਬੋਲਦਾ ਆਇਆ ਕਰਕੇ ਮੈਂ ਕਰਿਆ। ਪੰਡਿਤ ਨੂੰ ਉਹਨੂੰ ਬੋਲਦ ਪੁੱਛਿਆ, ਕਹਿੰਦਾ ਸਰਦਾਰ ਨੂੰ ਥੋੜ੍ਹਾ ਮੈਂ ਜਵਾਬ ਦੇਣਾ, ਪਹਿਲੀ ਵਾਰ ਜੋੜੇ ਪੰਡਿਤ ਦੀ ਜੋੜੀ ਜਿੱਤਦੀ ਸੀ ਕਾਲੀਆਂ ਵਾਲਿਆਂ ਦੀ, ਬਾਅਦ 'ਚ ਜਿੱਤੇ ਸੀ ਬਹੁਤ। ਕੁਲਵੀਰ ਮੈਨੂੰ ਕਹਿੰਦਾ ਪੰਡਿਤ ਵਾਲਾ ਬੋਲਦ ਕਰਿਆ ਆ, ਮੈਂ ਕਿਹਾ ਵੀ ਲੋਕਾਂ ਨੇ ਜੋੜਨ ਨਹੀਂ ਦੇਣਾ, ਕਹਿੰਦਾ ਨਹੀਂ ਜੋੜੂ। ਉਹ ਕੁਲਵੀਰ ਹਟਿਆ ਨਾ ਪੰਡਿਤ, ਕਹਿੰਦਾ ਵੀ ਜਾਗਤਪੁਰ ਮੈਂ ਆਉਣਾ ਸੀ, ਧੀਰ 'ਚ ਆਉਣਾ ਜਾਗਤਪੁਰ, ਅਸੀਂ ਬੱਚੇ ਇਕੱਠੇ ਜੋੜਤੇ। ਉਹ ਨੰਬਰ 7ਵਾਂ ਕਰ ਗਏ ਕੁਲਵੀਰ ਦਾ, ਮਾਰੇ ਚੱਗ ਗਿਆ, ਮੈਂ ਖਰਦਿਆਂ ਮਾਰੀ ਜਾਂਦਾ ਸਾਰਾ ਜ਼ੋਰ ਲਾ ਗਿਆ, ਝਲਿਸਤੇ ਆ ਗਿਆ ਜੀ ਅਸੀਂ, ਬੜਾ ਅੜ ਝੜ ਦਾ ਮੇਲਾ ਫਸਿਆ। ਇਹ ਗਿੱਧੀ ਮੈਨੂੰ ਕਹਿੰਦਾ ਬੋਲਦ ਮੇਰੇ ਉਹ ਮੁੱਤੋਂ ਵਾਲਾ ਬਹੁਤ ਪਸੰਦ ਸਾ ਵਾ, ਮੈਂ ਕਿਹਾ ਤੂੰ ਫੜ ਰੱਸਾ, ਕਹਿੰਦਾ ਬੱਬੀ ਨੂੰ ਦੇ ਦੇ ਭਾਬੀ ਦੇ ਭਤੀਜੇ ਨੂੰ। ਮੈਂ ਕਿਹਾ, ਕਹਿੰਦਾ ਕਿੰਨੇ 'ਚ ਆਇਆ? ਮੈਂ ਕਿਹਾ 20,000 'ਚ ਆਇਆ, ਵੀ 20 ਦਾ ਸੀ। ਉਹ ਨਹੀਂ ਮੈਂ ਨਹੀਂ ਲੈਣਾ, ਮੈਂ ਨਾ ਲਿਆ। ਸੋਢੀ ਨੂੰ ਮੈਂ ਕਿਹਾ ਐਂਟਰੀ ਤੇਰੇ ਨਾਲ ਪਾਵਾਂ, ਕਹਿੰਦਾ ਨਾ ਬਈ। ਮੈਂ ਕੀ ਗੱਲ, ਕਹਿੰਦਾ ਇਹਨੇ ਜਿੱਤਣਾ ਨਹੀਂ। ਮੈਂ ਕਿਹਾ ਮਹਾਰਾਜ ਤੇ ਰੱਖ ਡੋਰੀਆਂ, ਬਾ ਗੱਲ ਮਗਾ ਤਕਾਲਾਂ ਨੂੰ ਪੰਡਿਤ ਨੇ ਸੁਨੇਹਾ ਦੇ ਦਿੱਤਾ, ਸੋਹਣਾ ਆਇਆ ਮੇਰੇ ਕੋਲ, ਕਹਿੰਦਾ ਵੀ ਉਹ ਕਹਿੰਦਾ ਪਹਿਲੀ ਵਾਰ ਬੋਲਦ ਜੋੜੇ ਜਾਂ ਮੈਂ ਗਿਆ। ਸੋਹਣਾ ਕਿਹੜਾ? ਸੋਹਣਾ ਹੱਲੂ ਵਾਲੀਆ, ਉਹ ਹੱਕਦਾ ਸੀ। ਮੈਂ ਕਿਹਾ ਪੰਡਿਤ ਜੀ ਕੀ ਗੱਲ ਹੋਈ? ਕਹਿੰਦਾ ਬਹਿ ਜਾ ਚਾਚਾ ਤੈਨੂੰ ਦੱਸਾਂ। ਮੈਂ ਕਿਹਾ ਦੱਸ। ਕਹਿੰਦਾ ਤੂੰ ਤਾਂ ਮੁੜ ਕੇ ਮੈਨੂੰ ਪੁੱਛਿਆ ਨਹੀਂ ਵੀ ਬੋਲਦ ਕਰ ਜੋੜਨਾ। ਕਹਿੰਦਾ ਬਹੁਤ ਬੰਦੇ ਬੋਲਣ ਵਾਲੇ ਮੇਰੇ ਕੋਲ ਟੋਗਾ, ਉਹਦਾ ਬਹਿੜਾ ਨਹੀਂ ਜਿੱਤਣਾ, ਪੰਡਤਾ ਜੋੜੀ ਨਾ। ਕਹਿੰਦਾ ਮੈਂ ਸੋਹਣੇ ਨਾਲ ਗੱਲ ਕੀਤੀ ਵੀ ਉਹ ਬੰਦੇ ਨੂੰ ਯਕੀਨ ਕਿੰਨਾ ਜੇ ਨਾ ਆਪਾਂ ਨੂੰ ਮੁੜ ਕੇ ਨਹੀਂ ਪੁੱਛਿਆ, ਕਿਉਂ ਮੈਂ ਤਾਂ ਕੁਲਵੀਰੇ ਗਿਆ ਸੀ ਬੋਲ ਲੈ ਕੇ, ਵੀ ਉਹ ਇੱਕ ਵਾਰ ਵੀ ਨਹੀਂ ਆ ਗਿਆ ਪੰਡਿਤ ਜੀ, ਕਿਹੜੀ ਹੀਟ ਜਾਣਾ। ਕਹਿੰਦਾ ਕਿੰਨਾ ਕੁ ਬੰਦਾ ਸਹੀ ਹੋਊ? ਸੋਹਣਾ ਕਹਿੰਦਾ ਇਹ ਗੱਲ ਦੀ ਕਦਰ ਤੂੰ ਪਾ, ਕਹਿੰਦਾ ਪਹਿਲੀ ਵਾਰ ਜੋੜਨਾ ਉਹਨਾਂ। ਜਾਂ ਪੰਡਿਤ ਨੇ ਆ ਗੱਲ ਮੈਨੂੰ ਦੱਸੀ, ਮੈਂ ਕਿਹਾ ਚਲੋ ਪੰਡਿਤ ਜੀ ਲੋਕ ਕਰਦੇ ਹੁੰਦੇ। ਕਹਿੰਦਾ ਚਾਚਾ ਅੱਜ ਰੱਬ ਸੁਣੂ ਤੇਰੀ, ਚਲੇ ਗਿਆ ਜੋੜਨ। ਜਾਂ ਜੋੜ ਕੇ ਛੱਡਿਆ, ਕੁਲਵੀਰ ਨੂੰ ਮਾਰਿਆ ਝੁੱਲ 3,000 ਵਾਰ ਚੱਕ ਚੱਕ। ਕੁਲਵੀਰ ਨੇ ਹੱਕੇ? ਕੁਲਵੀਰ ਨੇ ਸੋਹਣੇ ਨੇ ਸਕਿੰਟ ਚੱਕ ਦਿੱਤਾ, ਜਦ ਕੇ ਨੋਨਾ ਮਰ ਗਿਆ।
ਉਹ ਜੁੜਿਆ ਸੀ ਕਜਲੇ ਬਹਾਦਰ ਨਾਲ, ਨੋਨੇ ਵਾਲਾ ਬਹਿੜਾ ਜਿਹੜਾ ਦਿੱਤਾ ਸੀ ਜਿਹੜੀ ਵਾਲਾ ਇੱਥੇ ਗਿੱਲ ਨੂੰ, ਉਹ ਟਰਾਲੀ 'ਚ ਲੱਗਣ ਲੱਗੇ, ਲੱਗੇ ਵੀ ਮਰ ਜਾ ਬੋਲਦ ਨੋਨੇ ਨੂੰ। ਮੈਂ ਕਿਹਾ ਬੋਲਦ ਬਚ ਗਿਆ? ਕਹਿੰਦਾ ਨੰਬਰ ਪਹਿਲਾਂ ਚਾਹੀਦਾ, ਬੋਲਦਾਂ ਤਾਂ ਆਉਂਦੇ ਜਾਂਦੇ ਹੀ ਰਹਿੰਦੇ ਹਾਂ। ਮੈਂ ਕਿਹਾ ਵੀ ਨੋਨਿਆ ਸੱਟ ਲੱਗ ਜਾਂਦੀ, ਮਾੜੀ ਗੱਲ ਹੋ ਗਈ। ਕਹਿੰਦਾ ਨੰਬਰ 'ਚ ਨਹੀਂ ਹਿੱਲਣ ਜੋਗਾ ਛੱਡਿਆ? ਮੈਂ ਕਿਹਾ ਨਹੀਂ ਛੱਡਿਆ, ਸਕਿੰਟ ਚੱਕਿਆ ਜੀ ਉਹਨਾਂ ਨੂੰ, ਸਕਿੰਟ ਜਿੱਤ ਗਿਆ, ਸਕਿੰਟ ਜਿੱਤ ਗਿਆ। ਫਿਰ ਮੋਹਰਲੇ ਮੇਲੇ ਮੇਰੇ ਨਾਲ ਬੋਲਦ ਫਿਰ ਪੱਟਿਆ ਉਹ ਬੰਦਿਆਂ ਨੇ ਜ਼ੋਰ ਪਾ ਕੇ ਪੰਡਤ ਵਾਲਾ ਕਾਰੀ ਸਾਰੀ ਜਾ ਪੱਟਿਆ ਅਤੇ ਫੋਨ ਤਾਂ ਹੁੰਦੇ ਨਾ ਸੀ, ਅਸੀਂ ਚਲੇ ਗਏ ਇਹ ਮੂਹਰੇ ਨਾ ਮੰਨੇ, ਨਹੀਂ ਜੀ ਅਸੀਂ ਇਹ ਨਹੀਂ ਜੋੜਨਾ। ਭੈਣ ਮਾ ਗਿਆ ਪੰਡਤ, ਮਿਹਨਤਾਂ ਕਰੇ ਮੰਨ ਲਾ ਮੇਰੀ ਗੱਲ। ਮੈਂ ਕਿਹਾ ਚਲੋ ਹੋ ਗਏ ਪੰਡਿਤ ਜੀ। ਪੱਪੂ ਨੂੰ ਮੈਂ ਕਿਹਾ ਤੈਨੂੰ ਨੁੱਖ ਦੱਸਾਂ ਬੋਲਦ 'ਚ? ਕਹਿੰਦਾ ਦੱਸ। ਮੈਂ ਕਿਹਾ ਨਨ ਮਜਾਰੇ ਤੋਂ ਲੈਣਾ ਆਰਾ ਬੋਲਦ ਕਦੇ ਨਹੀਂ ਹਾਰਦਾ, ਟਰਾਲੀ ਕੋ ਮੈਨੂੰ ਪਤਾ ਲੱਗਦਾ ਕੰਨ ਖੜ੍ਹੇ ਕਰ ਦਿੰਦਾ, ਉੱਥੇ ਸਿਆਰੀਆਂ ਖਾ ਜਾਂਦਾ ਸਕਿੰਟ। ਪੱਪੂ ਕਹਿੰਦਾ ਨਹੀਂ ਇਹਨੂੰ ਹੱਲ ਦਿੰਦਾ। ਮੈਂ ਕਿਹਾ ਕਲੜਾ ਕਰ ਲਾ ਜੋੜਨਾ ਹੇਠ ਗਿਆ, ਉਹ ਨੰਬਰ ਪਹਿਲਾਂ ਕੀਤਾ ਯਾਦ ਹੈ। ਕਿਹੜੇ ਪਿੰਡ? ਕਾਰੀ ਸਾਰੀ। ਕੋਈ ਹੋਰ ਬੋਲਦ ਜਿਹੜਾ ਤੁਸੀਂ ਹਲਟ ਵਾਲਿਆਂ ਨੂੰ ਵੇਚਿਆ ਹੋਵੇ, ਜਿਹਨੇ ਤੁਹਾਡਾ ਨਾਮ ਵੀ ਉੱਚਾ ਕੀਤਾ ਹੋਵੇ ਤਾਂ ਅਗਲੇ ਮਾਲਕਾਂ ਦਾ ਨਾਮ ਵੀ ਉੱਚਾ ਕੀਤਾ ਹੋਵੇ? ਇੱਕ ਬੋਲਦ ਜੀ, ਜਿਸ ਵੇਲੇ ਅਸੀਂ ਜਮਸ਼ੇਰ ਆ ਨਾ ਸੰਘਿਆ ਵਾਲੇ ਕੇਰੂ ਨੂੰ ਵੇਚਿਆ ਸਰਪੰਚ ਤੋਂ, ਮੈਂ 30,000 ਦਾ ਲਗਿਆ ਸੀ ਬੋਲ। ਕਿਹੜੇ ਲੋਕੜੀਏ ਤੋਂ? ਉਹ ਬੋਲਦ ਸਾਡੇ ਕੋਲ ਬਹੁਤ ਜਿੱਤ ਕੀਤੀ ਉਹਨਾਂ। ਫਿਰ ਮੋੜ ਕੇ ਅਸੀਂ 1,00,000 ਰੁਪਈਏ ਨੂੰ ਸਰਪੰਚ ਨੂੰ ਦਿੱਤਾ ਸੀ, ਮੁੜ ਕੇ ਫਿਰ ਉਹਨੂੰ ਦਿੱਤਾ, ਹਾਂ ਉਹਨੂੰ ਦਿੱਤਾ 1,00,000 ਦਾ। ਫਿਰ ਅਸੀਂ ਇੱਕ ਬੋਲਦ ਚੇਤਾ ਗਿਆ ਲੰਬਰ ਨੂੰ ਵੇਚਿਆ ਖੇੜੇ ਵਾਲੇ ਨੂੰ, ਮੈਂ 1,00,000 ਰੁਪਈਏ ਦਾ 9 ਲੜੀਏ ਨਿੰਮੇ ਤੋਂ ਲਿਆ ਸੀ 10,000 ਨੂੰ। ਉਹ ਖੇੜੇ ਵਾਲੇ ਪੰਮੀ ਨੇ ਜਾਂ 1,00,000 ਰੁਪਈਆ ਮੈਨੂੰ ਦਿੱਤਾ, ਇੱਕ ਬੋਲ ਦਿੱਤਾ ਸੀ ਉਹਨੂੰ। ਮੈਂ ਕਿਹਾ ਪੰਮੀ ਚਾਹੇ ਤਾਂ 5,000 ਰੁਪਈਆ ਮੇਰੇ ਤੋਂ ਲੈ ਜਾ, ਚਾਹੇ ਉਹ ਬੱਛਾ ਲੈ ਜਾ। ਕਹਿੰਦਾ ਸਾਰ ਜੀ ਬੱਛਾ ਲਿਆ ਕੇ ਮੈਂ ਕੀ ਕਰੂੰ? ਮੈਂ ਕਿਹਾ ਤੇਰੇ ਲੱਖ ਲੁੱਖ ਦਾ ਕੋਈ ਪਤਾ ਨਹੀਂ, ਇਹਨੂੰ ਤੇਰਾ ਲੇਖਾ ਕਿ ਨਹੀਂ ਦੇਣਾ ਕਿ ਨਹੀਂ ਦੇਣਾ। ਹੁਣ ਪੰਮੀ ਹਾਲੇ ਪੁੱਛ ਲਓ, ਪੰਮੀ ਨਾਲ ਹੋਈ ਵੀ ਬਾਅਦ 'ਚ ਖੇਲਿਆ ਲੰਬੜ ਨਾਲ ਭਰਾ ਨਾ। ਕਹਿੰਦਾ ਨਹੀਂ ਛੂਟ ਆਇਆ। ਮੈਂ ਕਿਹਾ ਚੇਤੇ ਰੱਖੀ, ਇਹ ਲੱਖ ਲੁੱਖ ਦਾ ਕੋਈ ਯਕੀਨ ਨਹੀਂ, ਆ ਲੈ ਜਾ ਛੋਟ 'ਚ। ਉਹ ਨਾ ਕਰਕੇ ਚਲੇ ਗਿਆ ਮਾਲਪੁਰੀਏ ਬਿੱਕੇ ਨੂੰ। ਮੈਂ ਕਿਹਾ ਤੂੰ ਸਾਡੇ ਬਿੰਦੂ ਦਾ ਯਾਰ ਆ, ਤੂੰ ਬਿਕਿਆ ਉੱਦਾਂ ਹੀ ਰੱਖ ਲਾ। ਉਹ ਨਹੀਂ ਰੱਖਿਆ, ਨਮੋੜੀਆਂ ਵਾਲੇ ਸਵਾਰਨੇ ਦੇ ਮੈਂ ਸਪੈਸ਼ਲ ਲਿਆ ਕੇ ਜੋੜ ਕੇ ਦਿਖਾ ਲਿਆ। ਮੈਂ ਕਿਹਾ ਤੂੰ ਹੀ ਰੱਖ ਲਾ। ਕਹਿੰਦਾ ਛੋਟਾ ਬਹੁਤ ਆ। ਉਹ ਬਹਿੜਾ ਫਿਰ ਮੈਂ ਧਰੇਤੀਏ ਸੋਢੀ ਦੇ ਛੱਡਣ ਆ ਗਿਆ। ਕਹਿੰਦਾ ਸਾਨੂੰ 10 ਕੁ ਦਿਨ ਮਹੀਨਾ ਘੁਮਾਉਣ ਨੂੰ ਦੇ। ਮੈਂ ਕਿਹਾ ਲੈ ਜਾ ਬੋਲ, ਬਹੁਤ ਹੁੰਦੇ ਸੀ। ਉਹ ਜਾਨੋ ਬਿੱਲਾ ਪਾਲਾਂ ਵਾਲਾ ਆ ਗਿਆ ਤਾਂ ਤੁਸੀਂ ਆ ਗਏ ਉੱਥੇ, ਅਸੀਂ ਸੋਢੀ 'ਤੇ ਬੈਠੇ ਸੀ। ਮੈਂ ਤਾਂ ਦੇਖਣ ਆ ਗਿਆ ਸੀ ਕਿ ਧੜੇਤੀਆਂ ਨੇ ਬਹਿੜਾ ਲਿਆ। ਆ ਕੋਈ ਗੱਲ ਨਹੀਂ, ਉਹ ਹੀ ਲਿਆ ਤੁਸੀਂ ਆ ਗਏ, ਧੜੇਤੀਆਂ ਨੇ ਬਹਿੜਾ ਲਿਆ, ਅਸੀਂ ਛੱਡਣ ਆਏ ਸੀ। ਇਹ ਬਿੱਲਾ ਮੈਨੂੰ ਕਹਿੰਦਾ ਆ ਕੇ 4 ਗੇੜੇ ਜੋੜ ਕੇ ਦਿਖਾਣੇਗਾ। ਮੈਂ ਕਿਹਾ ਤੂੰ ਜਿੱਦਾਂ ਮਰਜ਼ੀ ਜੋੜ, ਪਟਾਕੇ ਪਾ ਦੂ 8 ਮਿੰਟ। ਬਿੱਲਾ ਕਹਿੰਦਾ ਗੱਲਾਂ ਨਾ ਕ 45 'ਚ। ਮੈਂ ਕਿਹਾ ਜੋੜ ਹੇਠ ਉੱਤੇ, ਜਦ ਉੱਤੇ ਜੋੜਿਆ ਬਹਿੜਾ ਚੱਲਿਆ ਬਹੁਤ, ਹੇਠ ਜੋੜਿਆ ਹੇਠ ਬਹੁਤ ਚੱਲਿਆ। ਇਹ ਬਿੱਲਾ ਕਹਿੰਦਾ ਬਹਿੜਾ ਲੈ ਲਿਆ ਤੇਰਾ ਸਮਝ, ਮੈਂ ਚੱਲ ਲੈ ਲਓ। ਮੁੜ ਕੇ ਆ ਕੇ ਸੋਢੀ ਨੂੰ ਮੈਂ ਕਿਹਾ ਤੂੰ ਰੱਖ ਲਾ, ਤੈਨੂੰ ਦੇਣ ਆਇਆ ਮੈਂ 10,000 ਨੂੰ, ਤੈਨੂੰ ਜ਼ੋਰ ਲਾਉਂਦਾ ਸੀ, ਤੂੰ 10,000 ਨੂੰ ਰੱਖ ਲਾ। ਸੋਢੀ ਕਹਿੰਦਾ ਛੋਟਾ ਬਹੁਤ, ਮੇਰੇ ਕੰਮ ਦਾ ਨਹੀਂ। ਮੈਂ ਕਿਹਾ ਤੈਂ ਅੱਖਾਂ 'ਤੇ ਹੱਥ ਦੇਖਣਾ, ਇਹਨੇ ਜਿੱਤਣਾ ਰੋਜ਼। ਕੋਈ ਨਹੀਂ, ਫਿਰ ਦੇਖ ਲਵਾਂਗੇ, ਹੁਣ ਵੀ ਸੋਢੀ ਸੁਣਦਾ, ਹੁਣ ਦੇਖਣਾ ਹੀ ਆ। ਜਾਂ ਨਾ ਰੱਖਿਆ ਬਿੱਲਾ ਨੂੰ, ਮੈਨੂੰ ਕਹਿੰਦਾ ਦੇਣਾ, ਕਿਉਂ ਬਿੱਲੇ ਨੂੰ ਇਸ ਗੱਲ ਦਾ ਪਤਾ ਨਾ ਸੀ ਵੀ 10,000 ਨੂੰ। ਬਿੱਲਾ ਕਹਿੰਦਾ ਬਹਿੜਾ ਵੇਚਤਾ ਤੇਰਾ। ਮੈਂ ਕਿਹਾ ਵੇਚਤਾ, ਵਧੀਆ ਹੋ ਗਿਆ। ਕਹਿੰਦਾ ਪੱਦੀ ਵਾਲਿਆਂ ਨੂੰ ਦੇ ਦਿੱਤਾ, ਤੁਹਾਨੂੰ ਦਿੱਤਾ ਸੀ, ਮੈਨੂੰ ਨਹੀਂ ਬਿੱਲੇ ਨੇ ਦੱਸਿਆ। ਕਹਿੰਦਾ 25,000 ਰੁਪਈਆ। ਮੈਂ ਕਿਹਾ ਠੀਕ ਆ। ਕਹਿੰਦਾ ਬੋਲਦ ਵੀ ਨਾਲ ਦੇਣੇ ਆ। ਫਿਰ ਤਾਂ ਮਾਰੀ ਆਈ ਛਾਲਾਂ, ਅਸੀਂ ਕਹਿੰਦਾ ਬੋਲਦ ਵੀ ਮਿਲ ਗਿਆ ਬੋਲਦ ਨਾਲ ਦਿੱਤੇ, ਅਸੀਂ ਤਾਂ ਉੱਦਾਂ ਦੇ ਕੇ ਰਾਜੀ। ਜਦ ਜਾ ਕੇ ਬੋਲਦ ਅਸੀਂ ਦੇਖੇ, ਉਹ ਤਾਂ ਯਾਰ ਹਾਥੀਆਂ ਵਰਗੇ ਬੋਲਦ, ਉਹ ਫਿਰ ਮਲੇਰ ਕੋਲ 14,000 ਦੇ ਵਿੱਚ ਵਧੀਆ ਸੀ ਬੋਲਦ, ਵਧੀਆ ਸੀ। ਅੱਛਾ ਨਹੀਂ ਹੋਰ ਸੀ। ਅੱਛਾ ਉਹ ਦੇਖਾ ਚੁੱਖੋ, ਦੇਖੋ ਇਹ ਬੋਲਦ ਨੇ ਕਿੰਨਾ ਦਿੱਤਾ। ਜਿਹੜਾ ਇਹਦੇ ਉੱਪਰ ਜਿੱਤਿਆ ਉਹਦਾ ਬਿਹੜੇ ਦਾ ਅੰਤ ਮੁਕਾ ਦਿਓ, ਇੰਨਾ ਇਹਨਾਂ ਕੋਲ ਜਿੱਤਿਆ, ਬੇਸ਼ੁਮਾਰ ਜਿੱਤਿਆ, ਅੰਤ ਮੁਕਾ ਦਿਆ, ਲੋਕ ਦੇਖਣ। ਜਿਹੜਾ ਉੱਪਰ ਸੀਤੇ ਦਾ ਜਿੱਤਦਾ ਸੀ ਉਹ ਸੀਤਾ ਮੈਨੂੰ 10,000 ਦੀ ਸਾਈ ਦੇ ਆ, ਮੁੜ ਕੇ ਲੈਣ ਲੱਗ ਗਿਆ। ਉਹ ਭਗੌਣਾ ਵਾਲੇ ਦਰਸ਼ਨ ਦਾ ਬਹਿੜਾ ਮਰ ਗਿਆ ਸੀ, ਮੈਨੂੰ ਕਹਿੰਦਾ ਇਹਦਾ ਮਰਿਆ ਮਰਿਆ ਇੱਕ ਬਾਂਗਰੂ ਦੇ ਗਿਆ, ਦੰਦ ਸਿੱਟ ਗਿਆ ਦੋਨ ਦਾ। ਮੈਂ ਲਿਆ ਕਿੰਨੇ ਦਾ? ਕਹਿੰਦਾ 2,500 ਦਾ। ਮੈਂ ਤੂੰ 3,000 ਮੇਰੇ ਤੋਂ ਲੈ ਲਈ ਸੌਖਾ, ਛੱਡ ਜੀ ਪਿੰਡ। ਉਹ ਛੱਡ ਗਿਆ।
ਉਹ ਤੇ ਲਸਣੀ ਵਾਲਾ ਜਿੰਦਰ ਲੈ ਗਿਆ ਕਾਲੇ ਵਾਲ ਭਗਤਾਂ ਤੋਂ ਸੀ ਤਿੰਨ ਫਿਰ ਲੱਖ ਰੁਪਈਏ ਦਾ ਲਿਆ ਉਹ ਇਕੱਠੇ ਹੀ ਇਹਨਾਂ ਦੇ ਇੰਨੇ ਜਿੱਤੇ ਗੱਲੇ ਛੱਡ ਚਾਰ ਚਾਰ ਮੇਲੇ ਲਗਾਤਾਰ ਪਹਿਲੇ ਫਿਰ ਲੋਕਾਂ ਦੇਖਿਆ ਕਰਨ ਮੈਂ ਕਿਹਾ ਤੁਹਾਨੂੰ ਧੱਕੇ ਦੇਟਿਆ ਸਵਾਨੇ ਨੂੰ ਵੀ ਦੱਸਿਆ ਮੈਂ ਕਿਹਾ ਤੇਰੇ ਘਰ ਦੇਣ ਗਿਆ ਸੀ ਅੱਟੇ ਫਿਰ ਮਿੰਟਾਂ 'ਚ ਉੱਥੇ ਪਹਿਲਾਂ ਨੰਬਰ ਕਰ ਗਿਆ ਸੀ ਪਹਿਲਾਂ ਤਾਂ ਬਾ ਕੀਤਾ ਜੇਸਾ ਲਗਾਏ ਆ ਨਾ ਇਹਨ ਭਾਅ ਜੀ ਨੇ ਜੋੜਿਓ ਬਲਦ ਨਾਰਾ ਜਿਹਾ ਹੋਰ ਜੋੜਿਆ ਉਹ ਬਲਦ ਬਹਾਦਰ ਦਾ ਛੁੱਟ ਗਿਆ ਬਿੱਲਾ ਫਾਣੇ ਚਲੇ ਗਿਆ ਹੱਕਣ ਵਾਲਾ ਕੋਈ ਨਾ ਜਿਹਨੂੰ ਮੈਂ ਕਹਾਂ ਬਿੱਲੇ ਨੇ ਹੱਕਣੇ ਸੀ ਬਿੱਲੇ ਦਾ ਬਲਦ ਬਿੱਲਾ ਬਲਦ ਅੱਛਾ ਜਿਹਨੂੰ ਮੈਂ ਕਹਾਂ ਗਿੰਦੀ ਕਹਿੰਦਾ ਤੇਰਾ ਕਹਾਂ ਮੋੜਦਾ ਹੁਣ ਜੁੱਤੀ ਖੋਲ ਕੇ ਤਾਂ ਰੱਖਤੀ ਕਹਿੰਦਾ ਮੇਰੇ ਤੋਂ ਸ਼ਰਤ ਨਹੀਂ ਪੂਰੀ ਹੋਣੀ ਗਿੰਦੀ ਕਹਿੰਦੇ ਢੇਸੇ ਵਾਲਿਆਂ ਮੈਂ ਹੋਊ ਨਾ ਕਹਿੰਦਾ ਤੁਰਨਾ ਨਹੀਂ ਮੈਂ ਕਿਹਾ ਵੀ ਛੱਡ ਲੈਂਦੇ ਹਾਂ ਮੈਂ ਗਿਆ ਜਾ ਕੇ ਮੈਂ ਬਿਹੜਾ ਛੱਡ ਲਿਆ ਇਹਨੂੰ ਮੈਂ ਕਿਹਾ ਛੱਡ ਲਾ ਫਿਰ ਜੋੜਾਂਗੇ ਰਾਤ ਨੂੰ ਜਿਸ ਵੇਲੇ ਚੁੱਲਿਆ ਉਹ ਬੱਤੀ ਜਾਣ 'ਚ ਕੰਮ ਖਰਾਬ ਹੋਇਆ ਜਾਂ ਦਿਨ ਦੇ ਖਰਿਆ ਤਿੰਨਾਂ ਨੰਬਰਾਂ 'ਚ ਦੋ ਤਿੰਨਾਂ 'ਚ ਹੀ ਹੋ ਜਾਣਾ ਸੀ ਪੰਜਵਾਂ ਨੰਬਰ ਬਣਿਆ ਮੈਨੂੰ ਖੇੜੇ ਵਾਲਾ ਲੰਬੜ ਫੜ ਕੇ ਲੈ ਗਿਆ ਮਾਹੋਂ ਕਹਿੰਦਾ ਇੱਦਾਂ ਦਾ ਬੱਚਾ ਦੇ ਤਾਂ ਮੈਂ ਕਿਹਾ ਇਹ ਪਸੰਦਾ ਤੇਰੇ ਕਹਿੰਦਾ ਉਹ ਕਹਿੰਦਾ ਲੈ ਫੜ 3 ਲੱਖ ਦੀ ਸਾਈ 3.5 ਦੀ ਫੜ ਮੈਂ ਕਿਹਾ ਉਨੀ ਦੇਣਾ ਭਾਵੇਂ 10 ਲੱਖ ਰੁਪਈਆ ਦੇ ਤੇਰੇ ਭਰਾ ਤੋਂ ਤਾਂ 5,000 'ਚ ਨਹੀਂ ਲਿਆ ਹੋਇਆ ਉਹਦੇ ਪੰਮੀ ਨੂੰ ਉਹਨਾਂ ਇੱਦਾਂ ਝਾੜਿਆ ਉਹ ਕਹਿੰਦਾ ਤੈਨੂੰ ਕਦਰ ਨਾ ਪਈ ਗੱਲ ਦੀ ਮਗ ਨਹੀਂ ਪੈਂਦੀ ਮੈਂ ਪੁੱਛ ਲਾ ਤੇਰੇ ਮੂੰਹ 'ਤੇ ਆ ਉਹਨੇ 5,000 ਨੂੰ ਰੱਖਿਆ ਮੁੜ ਕੇ ਤਾਂ ਫਿਰ ਦੂਏ ਸਾਲ ਪਹਿਲਾਂ ਗਾ ਫਿਰ ਤਾਂ ਅੰਤ ਮਖਾ ਇੰਨੇ ਪਹਿਲੇ ਕੀਤੇ ਆ ਮੇਰੇ ਕਿਹਾ ਪਿਛਲੇ ਸਾਲ ਮਰਿਆ ਉਹ ਆ ਪਿਛਲੇ ਸਾਲ ਕੋਲੇ ਹੀ ਰੱਖਿਆ ਸੀ ਇੱਦਾਂ ਦੀਆਂ ਨਹੀਂ ਬਹੁਤ ਕਹਾਣੀਆਂ ਸਾਡੇ ਕੋਲ ਅਸੀਂ ਤਾਂ ਹੁਣ ਵੀਡੀਓ ਲੰਮੀ ਹੋਈ ਜਾਂਦੀ ਕਿੱਦਾਂ ਦੀਆਂ ਯਾਦ ਕਰਾਂ ਜਿਹੜੀਆਂ ਮੁਕਤ ਨਾਲ ਦੀਆਂ ਲੋਕਾਂ ਨੂੰ 21-22 ਸਾਲ ਦੀ ਉਮਰ ਉਸ ਬੋਲ ਦੀ ਹੋ ਗਈ ਸੀ ਬਹੁਤ ਵਧੀਆ ਰਿਹਾ ਹੱਡ ਗੋਡੇ ਵੀ ਨਹੀਂ ਆ ਜਿਹੜੇ ਹਿੰਦੂ ਵਾਲੀਆਂ ਮੇਘੋ ਵਾਲੀਏ ਇਹੀ ਬਹਿਣਾ ਮੈਂ ਘੁਮਾਉਂਦਾ ਰਿਹਾ ਹਟਿਆ ਨਾ ਰੋਪੜ ਵੇਚਿਆ ਗੱਡੀ ਚੱਲ ਗਏ ਵੇਚਣ ਮੈਨੂੰ 11,000 ਰੁਪਈਆ ਦੇਣ ਮੈਂ ਨਹੀਂ ਦੇਣਾ ਗੱਡੀਆਂ ਵਾਲੇ ਕਹਿੰਦੇ ਕਿਹਨੂੰ ਦੇਣਾ ਮੈਂ ਨਵੇਂ ਸ਼ਹਿਰੀਆਂ ਨੂੰ ਮਾਲਪੁਰੀਆਂ ਨੂੰ 6,000 ਨੂੰ ਫੜਾਇਆ ਸੀ 5,000 ਘੱਟ ਲਿਆ ਸੀ ਕਾਹਤੇ ਲਿਆ ਸੀ ਮੈਂ ਮੇਰੇ ਏਰੀਏ 'ਚ ਰਹੇ ਕਹਿੰਦੇ ਜਿੱਤ ਜਾਓ ਮੈਂ ਕਿਹਾ ਤੁਸੀਂ ਮੇਘੋਵਾਲ ਜੋੜੋ ਜਾ ਕੇ ਜੇ ਬੋਲਤ ਨਾ ਵਿਕਿਆ ਮੇਰਾ ਨੌਮਰਾ ਉਹਨੇ ਜੋੜਿਆ ਜੋੜ ਕੇ ਗੱਡੀਆਂ ਵਾਲੇ ਨੂੰ ਪਿੰਡ ਦੇ ਦਿੱਤਾ ਜਦ ਇੰਦੂ ਹੁਣੀ ਗੇੜਾ ਦਿੱਤਾ ਇੰਦੂ ਨੇ 22,000 ਦਾ ਲਿਆ 2.5 ਲੱਖ ਰੁਪਈਆ ਉੱਤੇ ਲੱਗ ਗਿਆ ਸੀ ਤਾਰਾਂ ਸੂ ਲਾਉਂਦਾ ਸੀ ਸਿਰੇ ਲਾ ਚਾਵਕ ਘਰੇ ਰੱਖਿਆ ਉਹਨੇ ਇਹ ਸਿਰਫ ਮੈਂ ਹੁਣ ਵੀਡੀਓ 'ਚ ਗੱਲ ਦੱਸਣ ਲੱਗਾ ਤਦ 5,000 ਰੁਪਈਆ ਮੈਂ ਘੱਟ ਲਿਆ ਸੀ ਇਹਨੂੰ ਅਕਲ ਦੇਣ ਮਾਰੇ ਨਾ ਮੈਂ ਕਿਹਾ ਦੇਖਦਾ ਤਾਂ ਰਹੂ ਜੀ ਏਰੀਏ 'ਚ ਰਹੂ ਬਾਅਦ 'ਚ ਦੇਖਿਆ ਕਰੇ ਮੈਂ ਦੇਖ ਲਾ ਯਾਨੀ ਇੱਦਾਂ ਦੇ ਕੰਮ ਆ ਫਿਰ ਕਈ ਵਾਰ ਲੋਕ ਗੱਲ ਮੰਨਦੇ ਨਹੀਂ ਸਾਡੇ ਬੜੇ ਹੀ ਸਤਿਕਾਰਯੋਗ ਸਰਦਾਰ ਸੁਰਿੰਦਰ ਸਿੰਘ ਜੀ ਸਿੱਧੂ ਦਲਜੀਤ ਸਿੰਘ ਦੇ ਬੜੇ ਭਾਈ ਸਾਹਿਬ ਸਾਬਕਾ ਸਰਪੰਚ ਉਹਨਾਂ ਨਾਲ ਵੀ ਆਪਾਂ ਗੱਲਬਾਤ ਕਰਦੇ ਹਾਂ ਇਹ ਇਸ ਵੇਲੇ ਵੈਸੇ ਤਾਂ ਕੈਨੇਡਾ 'ਚ ਰਹਿੰਦੇ ਆ ਹੁਣ ਇਹ ਪਿਛਲੇ ਸਮੇਂ ਤੋਂ ਥੋੜ੍ਹੇ ਤੋਂ ਆਏ ਹੋ ਇੱਥੇ ਅਤੇ ਇਹਨਾਂ ਨੂੰ ਵੀ ਬਹੁਤ ਜ਼ਿਆਦਾ ਸ਼ੌਂਕ ਆ ਬਲਦਾਂ ਦਾ ਵੀ ਹੋਰ ਪਸ਼ੂ ਡੰਗਰ ਦਾ ਵੀ ਜੋ ਗਾਈਆਂ ਮੱਝਾਂ ਸਾਰਾ ਕੁਛ ਰੱਖਿਆ ਬਹੁਤ ਸ਼ੌਂਕ ਆ ਇਹਨਾਂ ਨੂੰ ਉਹਨਾਂ ਬਾਰੇ ਵੀ ਆਪਾਂ ਕੁਛ ਗੱਲਬਾਤ ਕਰਦੇ ਹਾਂ ਵੀ ਤੁਹਾਡੇ ਕੋਲ ਹੁਣ ਕਿੰਨੇ ਬਲਦੇ ਆ ਸ਼ੌਕ ਦੀ ਗੱਲ ਆ ਉੱਦਾਂ ਹੁਣ ਹਿੰਮਤ ਤਾਂ ਹੈ ਨਹੀਂ ਕਸ਼ਮੀਰ ਸਿਆਂ ਬੱਚੇ ਹੈਗੇ ਆ 2 ਹਾਂਜੀ ਹੈ ਨਾ ਪਾਲਣ ਵਾਲੇ ਸ਼ੌਕ ਲਈ ਰੱਖੇ ਹੋ ਆਪਦਾ ਹਾਂਜੀ ਹਾਂਜੀ ਅਤੇ ਇੱਕ ਹੈਗਾ ਬੋਲ ਜਿਹੜਾ ਪਹਿਲਾਂ ਵੱਡਾ ਮੇਰੇ ਕੋਲ ਪਹਿਲਾਂ ਹਲਟ ਨੂੰ ਵੀ ਉਹ ਨੰਬਰ ਕਰਦਾ ਰਿਹਾ ਗੱਡੀ ਨੂੰ ਵੀ ਚੱਲਿਆ ਚਲੋ ਸਾਨੂੰ ਉੱਦਾਂ ਸ਼ੌਕ ਮੈਨੂੰ ਸਿਰਫ ਹੈਗਾ ਪਸ਼ੂਆਂ ਦੀ ਸੇਵਾ ਕਰਨ ਦਾ ਜ਼ਿਆਦਾ ਸ਼ੌਕ ਹਾਂ ਉੱਦਾਂ ਮੈਨੂੰ ਬਹੁਤਾ ਨਾਮ ਮੇਲਿਆਂ 'ਚ ਜੋੜਨ ਦੀ ਹਿੰਮਤ ਆ ਨਾ ਮੈਨੂੰ ਬਹੁਤਾ ਜਾਣ ਜੂਣ ਦਾ ਹੈਗਾ ਆ ਉਹ ਇਹਨੂੰ ਛੋਟੇ ਭਾਈ ਨੂੰ ਹੀ ਆ ਸਭ ਕੁਛ ਅੰਤਾਂ ਸ਼ੌਕ ਹੀ ਆ ਅਤੇ ਤੁਸੀਂ ਜੋ ਕੁਛ ਹੀ ਨਹੀਂ ਸਾਰੀ ਉਮਰ ਦੇ ਵਿੱਚ ਬਲਦ ਭਜਾਏ ਜਾਂ ਕੰਮ ਕਾਰ ਕੀਤੇ ਆ ਬਲਦਾਂ ਦੇ ਖੇਤਰ 'ਚ ਉਹਦੇ ਤੋਂ ਤੁਸੀਂ ਖੁਸ਼ ਹਾਂ ਬਹੁਤ ਖੁਸ਼ ਹਾਂ ਸਾਡਾ ਬਹੁਤ ਨਾਂ ਉੱਚਾ ਕੀਤਾ ਹਾਂਜੀ ਸਾਹਮਣੇ ਗੱਲ ਬੜੀ ਕਮਾਈ ਵੀ ਕੀਤੀ ਆ ਅਤੇ ਨਾਂ ਵੀ ਉੱਚਾ ਕੀਤਾ ਆ ਹਾਂਜੀ ਸਾਡੇ ਸਮਾਜ ਦੇ ਵਿੱਚ ਪਿੰਡ ਦੇ ਵਿੱਚ ਮਾਲਵੇ ਦੇ ਵਿੱਚ ਜਿੱਥੋਂ ਮਰਜ਼ੀ ਜਾ ਕੇ ਪੁੱਛ ਲਓ ਬਹੁਤ ਜ਼ਿਆਦਾ ਨਾਂ ਉੱਚਾ ਕੀਤਾ ਸਾਡਾ ਬਹੁਤ ਖੁਸ਼ ਹਾਂ ਬਹੁਤ ਖੁਸ਼ ਹਾਂ ਦੱਸ ਨਹੀਂ ਸਕਦੇ ਇੰਨੇ ਖੁਸ਼ ਹਾਂ ਜੀ ਜੀ ਅੱਜ ਜਿੱਦਾਂ ਆਪਣੇ ਕੋਲ ਘੁੰਮਣ ਲਾਈਵ ਟੀਵੀ ਦੀ ਟੀਮ ਪਹੁੰਚੀ ਆ ਹਾਂਜੀ ਤੁਹਾਡੇ ਨਾਲ ਵੀ ਗੱਲਾਂ ਬਾਤਾਂ ਹੋਈਆਂ ਦਲਜੀਤ ਸਿੰਘ ਨਾਲ ਵੀ ਹੋਈਆਂ ਅਤੇ ਤੁਸੀਂ ਇਹਨਾਂ ਦੇ ਬਾਰੇ ਇਹਨਾਂ ਦਾ ਧੰਨਵਾਦ ਕਰੋ ਜਿਹੜਾ ਆਪਣੇ ਘਰ 'ਚ ਆ ਕੇ ਆਪਣੇ ਨਾਲ ਸਾਰਿਆਂ ਨਾਲ ਮੁਲਾਕਾਤ ਬਹੁਤ ਜੀ ਬਹੁਤ ਧੰਨਵਾਦ ਆ ਮੈਂ ਤਾਂ ਵੈਸੇ ਜਦ ਤੁਹਾਡੇ ਮੇਲੇ ਹੁੰਦੇ ਆ ਆਲੇ ਦੁਆਲੇ ਪਿੰਡਾਂ ਦੇ ਵਿੱਚ
ਤਾਂ ਉਦੋਂ ਵੀ ਮੇਰੇ ਮਨ 'ਚ ਬੜਾ ਚਾਅ ਹੁੰਦਾ ਇਹ ਉਦੋਂ ਵੀ ਲਾਈਵ ਕਰਦੇ ਆ ਘਰ ਬੈਠੇ ਸਾਨੂੰ ਮੇਲੇ ਦਿਖਾ ਦਿੰਦੇ ਬਿਲਕੁਲ ਬਿਲਕੁਲ ਅੱਜ ਤਾਂ ਬਹੁਤ ਇਹਨਾਂ ਦਾ ਧੰਨਵਾਦ ਆ ਵੀ ਸਾਡੇ ਇੱਕ ਗਰੀਬ ਪਰਿਵਾਰ ਨੂੰ ਇਹਨਾਂ ਨੇ ਦਿਖ ਲਿਆ ਵੀ ਲੱਖਾਂ ਲੋਕਾਂ ਤੱਕ ਪਹੁੰਚਾ ਦੇਣਾ ਬਹੁਤ ਵੱਡਾ ਉਪਰਾਲਾ ਜੀ ਇਹਨਾਂ ਦਾ ਆਪਣੇ ਵੱਡਾ ਉਪਰਾਲਾ ਕੀਤਾ ਬਲਦਾਂ ਦੀਆਂ ਖੇਡਾਂ ਦੇ ਵਿੱਚ ਹਾਂਜੀ ਹਾਂਜੀ ਸਾਰੀ ਦੁਨੀਆ ਦੇ ਕੋਨੇ ਕੋਨੇ ਤਾਂ ਹੀ ਆਪਣੀ ਜਿਹੜੀ ਆਵਾਜ਼ ਹੈ ਵੀ ਅਸੀਂ ਦੇਖਦੇ ਰਹਿੰਦੇ ਘੁੰਮਣ ਲਈ ਘਰ ਬੈਠੇ ਵੀ ਇਹਨਾਂ ਨੂੰ ਦੇਖਦੇ ਹਾਂ ਅੱਜ ਸਾਡੇ ਘਰ ਆਉਣ 'ਤੇ ਤਾਂ ਇਹਨਾਂ ਦਾ ਬਹੁਤ ਤਹਿ ਦਿਲੋਂ ਧੰਨਵਾਦੀ ਹਾਂ ਹਾਂਜੀ ਹਾਂਜੀ ਇਸ ਕਰਕੇ ਇਹ ਬਹੁਤ ਧੰਨਵਾਦ ਦੇ ਪਾਤਰ ਆ ਹਾਂਜੀ ਹਾਂਜੀ ਬਹੁਤ ਅਤੇ ਜਿੰਨਾ ਵੀ ਇਹਨਾਂ ਦੀ ਧੰਨਵਾਦ ਕਰੀਏ ਉਨਾ ਹੀ ਥੋੜ੍ਹਾ ਘੱਟ ਆ ਪਰਮਾਤਮਾ ਇਹਨਾਂ ਦੇ ਕੰਮ ਦੇ ਵਿੱਚ ਹਾਂਜੀ ਇਹਨਾਂ ਨੂੰ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਬਖਸ਼ੇ ਹਾਂਜੀ ਬੱਲੇ ਬੱਲੇ ਹੋਈ ਪਈ ਆ ਇੱਦਾਂ ਵੀ ਵੱਧ ਬੱਲੇ ਬੱਲੇ ਇਹਨਾਂ ਦੀ ਹੋਈ ਹੋਈ ਧੰਨਵਾਦ।